ਦੋਨਾਂ ਦਾ ਹੀ ਐਲੋਪੈਥੀ ਸਿਸਟਮ ਹੈ ਉਹਨਾਂ ਕੋਲ ਇਲਾਜ ਕਿ ਉਹ ਇਹਦਾ ਓਪਰੇਟ ਕਰਦੇ ਆ, ਹੱਡੀ ਨੂੰ ਸਿੱਧੀ ਕਰ ਦਿੰਦੇ ਆ, ਪੋਲਿਪ ਨਿਕਾਲ ਦਿੰਦੇ ਆ, ਠੀਕ ਆ, ਉਹ ਓਪਰੇਟ ਹੋ ਜਾਂਦਾ। ਲੇਕਿਨ ਆਪਣੇ ਮੈਡੀਸਨ ਦੇ ਵਿੱਚ ਉਹ DNS ਵੀ ਕਿਉਰੇਬਲ ਹੈ, ਪੋਲਿਪ ਵੀ ਕਿਉਰੇਬਲ ਹੈ, ਠੀਕ ਹੈ, ਨੋਜ਼ ਬਲੋਕ ਹੋਣ ਹਟ ਜਾਂਦਾ, ਈਜ਼ੀ ਸਾਹ ਸੌਖਾ ਹੁੰਦਾ ਲੋਕਾਂ ਨੂੰ, ਠੀਕ ਹੈ। ਤਾਂ ਉਹਦੇ 'ਚ ਫਿਰ ਇਹ ਮੈਡੀਸਨ ਕਾਫੀ ਜ਼ਿਆਦਾ ਇਫੈਕਟਿਵ, ਉਹ ਟੈਸਟ 'ਚ ਪਤਾ ਲੱਗਦਾ ਵੀ ਹਾਂ ਇਹਨੂੰ ਵੀਟ ਐਲਰਜੀ ਹੈ। ਤਾਂ ਫਿਰ ਉਹ ਕਹਿੰਦੇ ਨੇ ਵੀ ਇਹਨੂੰ ਵੀ ਬੰਦ ਕਰ ਦਿਓ ਜੀ, ਕਣਕ ਦੀ ਰੋਟੀ ਬੰਦ ਕਰ ਦਿਓ। ਹਾਂਜੀ, ਤਾਂ ਹੁਣ ਕਣਕ ਦੀ ਰੋਟੀ ਬੰਦ ਕਰਨਾ ਕਿੰਨੇ ਕੁ ਤੱਕ ਸਲਿਊਸ਼ਨ ਔਰ ਕਿਹੜੀ ਕਿਹੜੀ ਚੀਜ਼ 'ਚੋਂ ਕਣਕ ਕਟਾਂਗੇ ਤੁਸੀਂ? ਹੈ ਨਾ, ਐਂਡ ਵੀਟ ਐਲਰਜੀ ਕਾਫੀ ਕੇਸ ਮੇਰੇ ਕੋਲ ਵੀ ਚੱਲ ਰਹੇ ਆ, ਫਾਦਰ ਸਾਹਿਬ ਕੋਲ ਵੀ ਚੱਲਦੇ ਆ, ਠੀਕ ਹੈ, ਅਤੇ ਸਾਡੇ ਡਾਕਟਰ ਨੇ ਪਟਿਆਲੇ ਉਹਨਾਂ ਕੋਲ ਵੀ ਨੇ, ਉਹ ਰਿਜ਼ਲਟ ਮਿਲਦੇ ਆ ਲੋਕ ਬੱਚੇ ਅਸੀਂ ਵੀਟ ਦੇ ਦੁਆਰੇ ਕਣਕ ਖਾਣ ਲੱਗ ਜਾਂਦੇ ਆ, ਠੀਕ ਹੈ, ਹੌਲੀ ਹੌਲੀ ਟਾਈਮ ਲੱਗਦਾ ਇਹਦੇ 'ਚ। ਫਿਲਟਰਡ ਵਾਲਾ ਪਾਣੀ ਬਹੁਤ ਜ਼ਿਆਦਾ ਮਾੜਾ, ਥਾਇਰਡ ਕਿਡਨੀ ਸਟੋਨਸ ਮੇਜਰ, ਠੀਕ ਹੈ। ਰਾਜਸਥਾਨ 'ਚ ਇੱਕ ਜਗ੍ਹਾ ਹੈ, ਮੇਰੇ ਨਾਮ ਨਹੀਂ ਧਿਆਨ 'ਚ, ਉੱਥੋਂ ਦੇ ਏਰੀਏ ਦੇ ਲੋਕ ਸਿਰਫ ਅਤੇ ਸਿਰਫ ਫਿਲਟਰ ਪਾਣੀ ਪੀਣ ਨਾਲ ਉਹ ਕੁੱਬੇ ਹੋ ਗਏ ਆ, ਕੁੱਬੇ ਹੋ ਕੇ ਚੱਲ ਰਹੇ ਨੇ ਹੁਣ, ਜੇ 15 ਸਾਲ ਤੋਂ ਸਿਰਫ ਫਿਲਟਰ ਵਾਲਾ ਪਾਣੀ ਪੀਂਦੇ ਸੀ ਵੀ ਥਾਇਰਾਇਡ ਦੀ ਟੇਬਲੇਟ ਲਾ ਦਿਓ ਜੀ, ਠੀਕ ਹੈ, ਟੇਬਲੇਟ ਖਾਈ ਜਾਓ, ਫਿਰ ਉਹ ਲਾਈਫ ਟਾਈਮ ਖਾਣੀ ਪੈਂਦੀ ਆ। ਪੇਸ਼ੈਂਟ ਆਉਂਦੇ ਸਾਡੇ ਕੋਲ, ਅਸੀਂ ਉਹਨਾਂ ਨੂੰ ਟੇਬਲੇਟ ਬੰਦ ਕਰਵਾ ਕੇ ਦੇਖੀ ਹੈ, ਇੱਕ ਥਾਇਰਾਇਡ, ਇੱਕ ਸ਼ੂਗਰ, ਦੋ ਡਾਇਬਟਿਕ ਦੀ ਤੁਹਾਨੂੰ ਗੋਲੀ ਲੱਗਣੀ ਲੱਗਣੀ ਹੈ, ਪਰ ਉਹਦੀ ਡਾਇਟ ਕੀ ਹੋਣੀ ਚਾਹੀਦੀ ਹੈ, ਕੀ ਉਹ ਖਾਣਾ ਪੀਣ ਨਾਲ ਆਪਾਂ ਸੁਧਾਰ ਸਕਦੇ ਹਾਂ, ਇਹ 'ਤੇ ਕੋਈ ਗੌਰ ਨਹੀਂ ਕਰ। ਜੇ ਅਸੀਂ ਰਾਈਟ ਮੈਡੀਸਨ ਸਿਲੈਕਟ ਕਰ ਲੈਂਦੇ ਹਾਂ, ਸਾਈਕੋਲੋਜੀਕਲੀ ਪੇਸ਼ੈਂਟ ਦੀ ਜਿਹੜੀ ਹਿਸਟਰੀ ਲਈ ਆ ਉਹਦੇ ਅਕੋਰਡਿੰਗ ਸਿੰਗਲ ਮੈਡੀਸਨ 'ਤੇ ਅੱਛੀ 'ਤੇ ਪਹੁੰਚ ਜਾਂਦੇ ਹਾਂ, ਤਾਂ ਬਹੁਤ ਜਲਦੀ ਰਿਜ਼ਲਟ ਨੇ। ਇਟ ਇਜ਼ ਵੈਰੀ ਮੱਚ ਸ਼ੌਕਿੰਗ ਕਿ ਵਿਦਇਨ ਆ 1 ਵੀਕ ਉਹ ਮੁੰਡਾ ਡਰਿੰਕ ਬੰਦ ਕਰ ਗਿਆ ਜੀ। ਅੱਜ ਉਹ 1.5 ਮਹੀਨਾ ਹੋ ਗਿਆ, ਉਹਦੀ ਮਦਰ ਕਹਿੰਦੇ ਉਹ ਆਪਦੇ ਆਫਿਸ ਜਾਣ ਲੱਗ ਗਿਆ, ਗਾਲਾਂ ਕੱਢਣ ਤਾਂ ਬਹੁਤ ਦੂਰ ਦੀ ਗੱਲ ਹੈ, ਬਹੁਤ ਅੱਛਾ ਡੀਲ ਕਰਨ ਲੱਗ ਗਿਆ, ਡਰਿੰਕ ਕਦੇ ਇੱਕ ਸਿੰਗਲ ਪੈਗ ਨੂੰ ਵੀ ਹੱਥ ਨਹੀਂ ਲਾਇਆ। ਫੈਮਿਲੀਜ਼ ਦੇ ਬੱਚਿਆਂ ਦੇ, ਹੈ ਨਾ, ਜਿਹੜੀਆਂ ਫੈਮਿਲੀਜ਼ ਦੇ ਵਿੱਚ ਇਹ ਚੀਜ਼ ਆ ਗਈ ਉਹ ਸਮਝ ਸਕਦੇ ਨੇ ਵੀ ਇਹ ਕਿੰਨੀ ਮੁਸ਼ਕਿਲ ਹੈ ਉਹਨਾਂ ਨੂੰ। ਤਾਂ ਉੱਥੇ ਪੇਸ਼ੈਂਟ ਦੀ ਵਿਲ ਹੋਣੀ ਬਹੁਤ ਜ਼ਰੂਰੀ ਹੈ। ਸ਼ੱਕ ਜਾਂ ਵਹਿਮ ਦੀ ਬਿਮਾਰੀ ਇੰਨੀ ਹੈ ਕਿ ਕਈ ਵਾਰ ਲੋਕੀ ਘਰਾਂ 'ਚ ਨੌਕਰ ਰੱਖ ਕੇ ਸਾਰਾ ਦਿਨ ਉਹਨਾਂ ਦੇ ਪਿੱਛੇ ਇਸ ਲਈ ਤੁਰੇ ਫਿਰਦੇ ਕਿ ਕੁਛ ਚੁੱਕ ਨਾ ਲਵੇ, ਹੈ ਨਾ, ਹਾਂ, ਇਹ ਕੋਈ ਚੋਰੀ ਨਾ ਕਰੇ ਘਰ 'ਚ। ਸਾਡੇ ਕੋਲ ਪੇਸ਼ੈਂਟ ਆਉਂਦੇ ਆ ਜਿਹੜੇ ਕਹਿੰਦੇ ਵੀ ਸਾਨੂੰ ਇਹ ਸ਼ੱਕ ਰਹਿੰਦਾ ਵੀ ਮੈਨੂੰ ਇਹ ਵੀ ਹੱਕ ਰਹਿੰਦਾ ਵੀ ਮੇਰੀ ਵਾਈਫ ਕੁਛ ਮੈਨੂੰ ਪਾ ਨਾ ਦੇਵੇ, ਮੇਰੇ ਖਾਣੇ 'ਚ ਨਾ ਪਾ ਦੇ, ਵੀ ਲੋਕ ਮੰਨਦੇ ਨਹੀਂ ਹੈ ਜੀ ਇਸ ਗੱਲ ਨੂੰ ਵੀ ਸਾਨੂੰ ਡਿਪਰੈਸ਼ਨ ਹੈ। ਨਾ 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 ਨਾ, ਤੁਸੀਂ ਕਹਿ ਨਹੀਂ ਸਕਦੇ ਕਿਸੇ ਨੂੰ, ਅਗਲਾ ਕਹੂਗਾ ਜੀ ਮਤਲਬ ਹੀ ਨਹੀਂ, ਤੁਹਾਨੂੰ ਕੀ ਪਤਾ, ਮੈਂ ਤਾਂ ਬਿਲਕੁਲ ਠੀਕ ਹਾਂ। ਸਤਿ ਸ਼੍ਰੀ ਅਕਾਲ, ਮੈਂ ਰੁਪਿੰਦਰ ਕੌਰ ਸੰਧੂ, ਬੀ ਸੋਸ਼ਲ ਦੇਖ ਰਹੇ ਹੋ ਤੁਸੀਂ, ਅਤੇ ਪ੍ਰੋਗਰਾਮ ਹੈ ਸਿਹਤ 7। ਅੱਜ ਅਸੀਂ ਜਿਨ੍ਹਾਂ ਨੂੰ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਉਹ ਹੋਮਿਓਪੈਥੀ 'ਚ ਪ੍ਰੈਕਟਿਸ ਕਰਦੇ ਨੇ ਪਿਛਲੇ 13 ਵਰ੍ਹਿਆਂ ਤੋਂ। ਉਹਨਾਂ ਦੇ ਫਾਦਰ ਸਾਹਿਬ ਵੀ ਸੇਮ ਪ੍ਰੋਫੈਸ਼ਨ 'ਚ ਸੀ ਅਤੇ ਉਹਨਾਂ ਦੇ ਵਾਈਫ ਵੀ ਉਹਨਾਂ ਦੇ ਨਾਲ ਹੀ ਪ੍ਰੈਕਟਿਸ ਕਰਦੇ ਨੇ, ਅਤੇ ਇਸ ਵਕਤ ਸੁਨਾਮ ਦੇ ਵਿੱਚ ਉਹਨਾਂ ਦਾ ਕਲੀਨਿਕ ਹੈ। ਅਤੇ ਪਿਛਲੀ ਵਾਰ ਵੀ ਆਪਾਂ ਹੋਮਿਓਪੈਥੀ ਡਾਕਟਰ ਸੀਗੇ ਉਹਨਾਂ ਨੂੰ ਇੰਟਰਵਿਊ ਕੀਤਾ ਸੀ, ਤਾਂ ਬਹੁਤ ਸਾਰੀਆਂ ਚੀਜ਼ਾਂ 'ਤੇ ਗੱਲਬਾਤ ਹੋਈ ਸੀ, ਖਾਸ ਕਰਕੇ ਕੈਂਸਰ 'ਤੇ, ਸਟੋਨਸ 'ਤੇ ਅਤੇ ਮਾਈਗ੍ਰੇਨ 'ਤੇ। ਪਰ ਮੈਨੂੰ ਲੱਗਦਾ ਹੁੰਦਾ ਕਿ ਹਰ ਡਾਕਟਰ ਦਾ ਇੱਕ ਵੱਖਰਾ ਐਕਸਪੀਰੀਅੰਸ ਹੁੰਦਾ, ਕਿਉਂਕਿ ਤੁਹਾਡੇ ਕੋਲ ਡਿਫਰੈਂਟ ਟਾਈਪ ਦੇ ਜਿਹੜੇ ਪੇਸ਼ੈਂਟਸ ਨੇ ਉਹ ਆਉਂਦੇ ਨੇ। ਅਤੇ ਅੱਜ ਆਪਾਂ ਕਮਲਪ੍ਰੀਤ ਮਾਨ ਹੁਣਾਂ ਨਾਲ ਗੱਲਬਾਤ ਕਰਾਂਗੇ ਕਿ ਐਲਰਜੀ ਦੇ ਵਿੱਚ ਜਾਂ ਹੋਰ ਜਿਹੜੀਆਂ ਸਕਿਨ ਪ੍ਰੋਬਲਮਸ ਹੁੰਦੀਆਂ ਨੇ ਸਟੋਨ ਦੇ ਵਿੱਚ ਜਾਂ ਕਿਡਨੀ ਸਟੋਨ ਅਤੇ ਗੋਲ ਬਲੈਡਰ ਦੇ ਜਿਹੜੇ ਸਟੋਨਸ ਹੁੰਦੇ ਨੇ ਉਹਨਾਂ 'ਚ ਕੀ ਫਰਕ ਹੈ। ਦੂਜੀ ਚੀਜ਼ ਕਿ ਜਿਹੜੀ ਸਭ ਤੋਂ ਜ਼ਿਆਦਾ ਅੱਜ ਕੱਲ੍ਹ ਬਹੁਤ ਮੇਜਰ ਪ੍ਰੋਬਲਮ ਹੈ ਕਿ ਅਸੀਂ ਕਹਿੰਦੇ ਕਿ ਸਟ੍ਰੈਸ ਅਤੇ ਡਿਪਰੈਸ਼ਨ ਉਹ ਹਰ ਬੰਦੇ ਨੂੰ ਆ। ਆਪਾਂ ਪੁੱਛਾਂਗੇ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਹੋਮਿਓਪੈਥੀ ਮੈਡੀਸਨ ਦੇ ਵਿੱਚ ਸੰਭਾਵਨਾ ਹੁੰਦੀ ਹੈ ਕਿ ਉਹ ਠੀਕ ਹੋ ਜਾਣਗੀਆਂ। ਇੱਕ ਗੱਲ ਜਿਹੜੀ ਮੇਰੇ ਲਈ ਵੀ ਹੈਰਾਨੀ ਵਾਲੀ ਸੀ ਕਿ ਇੰਟਰਵਿਊ 'ਚ ਬੈਠਣ ਤੋਂ ਪਹਿਲਾਂ ਉਹਨਾਂ ਨੇ ਦੱਸਿਆ ਕਿ ਅੱਜ ਕੱਲ੍ਹ ਵੈਟਰਨਿਟੀ ਦੇ ਵਿੱਚ ਵੀ ਜਿਹੜੇ ਹੋਮਿਓਪੈਥੀ ਡਾਕਟਰ ਨੇ ਉਹਨਾਂ ਨੂੰ ਇੱਕ ਐਡੀਸ਼ਨਲ ਕੋਰਸ ਕਰਵਾਇਆ ਜਾਂਦਾ ਤਾਂ ਜੋ ਐਨੀਮਲਸ ਨੇ ਜਿਹੜੇ ਉਹਨਾਂ ਨੂੰ ਵੀ ਉਹ ਟ੍ਰੀਟ ਕਰ ਸਕਣ। ਇਹ ਇੱਕ ਬਿਲਕੁਲ ਨਵੀਂ ਗੱਲ ਆ ਆਪਣੇ ਲਈ, ਕਿਉਂਕਿ ਆਪਾਂ ਹਮੇਸ਼ਾ
ਪਸ਼ੂਆਂ ਲਈ ਐਲੋਪੈਥੀ 'ਤੇ ਹੀ ਡਿਪੈਂਡ ਆ, ਅਤੇ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਉਹ ਆਪਾਂ ਨੂੰ ਦੱਸ ਸਕਦੇ ਨੇ ਜਾਂ ਕਿਹੜੀਆਂ ਗੱਲਾਂ ਨੇ ਜਿਹੜੀਆਂ ਮੇਰੇ ਮਨ 'ਚ ਬਿਲਕੁਲ ਇੱਕ ਮਰੀਜ਼ ਤਰ੍ਹਾਂ ਸਵਾਲ ਹੋਣਗੇ, ਉਹ ਸਾਰੇ ਆਪਾਂ ਉਹਨਾਂ ਨੂੰ ਕਰਾਂਗੇ, ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ। ਸਤਿ ਸ਼੍ਰੀ ਅਕਾਲ ਮੈਮ, ਕਿਵੇਂ ਹੋ? ਥੈਂਕ ਯੂ ਜੀ, ਬਹੁਤ ਵਧੀਆ ਜੀ, ਆਲ ਗੁੱਡ, ਤੁਸੀਂ ਸੁਣਾਓ। ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦੀ ਹਾਂ ਕਿ ਮੈਨੂੰ ਨਹੀਂ ਸੀ ਪਤਾ ਕਿ ਮੈਨੂੰ ਇੰਨੇ ਚੰਗੇ ਡਾਕਟਰ ਜਾਣਦੇ ਨੇ। ਆਪਾਂ ਕਿੰਨੇ ਸਮੇਂ ਤੋਂ ਰਾਬਤੇ ਚ ਹਾਂ, ਤੇ ਮੈਂ ਕਦੀ ਤੁਹਾਨੂੰ ਪੁੱਛਿਆ ਹੀ ਨਹੀਂ ਕਿ ਤੁਹਾਡਾ ਪ੍ਰੋਫੈਸ਼ਨ ਕੀ ਹੈ। ਨੇ ਫੋਲੋ ਕਰਦੇ ਰਹਿੰਦੇ ਆ, ਦੇਖ ਸੁਣਦੇ ਰਹਿੰਦੇ, ਹਨਾ। ਬਹੁਤ ਹੁੰਦਾ ਸੀਗਾ ਵੀ ਜਿਹੜੀ ਇੱਕ ਬਿਲਕੁਲ ਆਪਣੀ ਕਹਿ ਲਈਏ ਵੀ ਪੰਜਾਬੀ ਮਾਂ ਬੋਲੀ 'ਚ ਆਪਾਂ ਗੱਲ ਕਰਨੀ ਹੈ, ਗੱਲ ਦੱਸਣੀ ਹੈ, ਉਹ ਸਾਹਮਣੇ ਵਾਲੇ ਦੇ ਇਫੈਕਟ ਬਹੁਤ ਅੱਛਾ ਪੈਂਦਾ। ਤਾਂ ਸੁਣਦੇ ਰਹਿੰਦੇ ਆ, ਗੱਲਾਂ ਬੜੀਆਂ ਅੱਛੀਆਂ ਸਿੱਖਣ ਨੂੰ ਮਿਲਦੀਆਂ। ਤਾਂ ਇਹ ਹੁੰਦਾ ਵੀ ਜਿਹਦੀ ਜਿੰਨਾ ਪਬਲਿਕ 'ਚ ਆਪਾਂ ਗੱਲ ਲੈ ਕੇ ਜਾਣੀ ਹੈ ਨਾ, ਉੱਥੇ ਐਟਲੀਸਟ ਇਹ ਹੋਵੇ ਵੀ ਹਾਂ ਆਪਾਂ ਆਪਣੀ ਉਹ ਭਾਸ਼ਾ 'ਚ ਗੱਲ ਕਰੀਏ ਵੀ ਹਾਂ ਅਗਲੇ ਦੇ ਖਾਣੇ ਪੈਣੇ ਚਾਹੀਦੇ ਹੈ ਨਾ, ਉਹਨੂੰ ਇਹ ਸਮਝ ਆ ਜਾਵੇ ਵੀ ਹਾਂ ਇਸ ਕਿਸ ਗੱਲ 'ਤੇ ਗੱਲ ਹੋ ਰਹੀ ਸੀ, ਆਪਾਂ ਕੀ ਆਪਾਂ ਇਹਦਾ ਬੈਨੀਫਿਟ ਲੈ ਸਕਦੇ ਹਾਂ ਇਹਦੇ 'ਚੋਂ। ਹਾਂਜੀ, ਤਾਂ ਬਹੁਤ ਲੰਬੇ ਸਮੇਂ ਤੋਂ ਇੱਛਾ ਸੀਗੀ ਇਹ ਵੀ ਵੀ ਸੋਸ਼ਲ 'ਤੇ ਆਇਆ ਜਾਵੇ, ਹੈ ਨਾ। ਦੈਟਸ ਵੈਰੀ ਗੁੱਡ, ਮੈਂ ਤਾਂ ਅੱਛਾ ਪਲੇਟਫਾਰਮ ਹੈ ਬਹੁਤ। ਵੈਸੇ ਵੀ ਅਸੀਂ ਗੱਲ ਕਰਦੇ ਹੁੰਦੇ ਹਾਂ ਵੀ ਜਿਹੜਾ ਜਦੋਂ ਅਸੀਂ ਸਿਹਤ ਸਾਥ ਸ਼ੁਰੂ ਕੀਤਾ ਸੀ ਨਾ ਪ੍ਰੋਗਰਾਮ, ਸਾਨੂੰ ਸੀਗਾ ਵੀ ਜਦੋਂ ਵੀ ਕੋਈ ਡਾਕਟਰ ਮਤਲਬ ਕਿਸੇ ਟ੍ਰੀਟਮੈਂਟ ਬਾਰੇ ਦੱਸਦੇ ਆ ਜਾਂ ਕਿਸੇ ਪ੍ਰੋਬਲਮ ਬਾਰੇ, ਤਾਂ ਉਹ ਹਮੇਸ਼ਾ ਬੜੀ ਮੈਡੀਕਲ ਜਿਹੀ ਲੈਂਗੁਏਜ ਹੋ ਜਾਂਦੀ ਹੈ ਨਾ। ਅਤੇ ਸਾਨੂੰ ਸੀਗਾ ਵੀ ਜਿਹੜੇ ਸ਼ਹਿਰਾਂ 'ਚ ਜਾਂ ਪੜ੍ਹੇ ਲਿਖੇ ਲੋਕ ਨੇ ਉਹਨਾਂ ਨੂੰ, ਜਿਹਨਾਂ ਨੂੰ ਸਮਝ ਆ ਰਹੀ ਉਹ ਤਾਂ ਵੈਸੇ ਬੜੇ ਅਵੇਅਰ ਹੁੰਦੇ ਆ ਵੀ ਅਸੀਂ ਪ੍ਰੋਗਰਾਮ ਕਰਨਾ ਸੀ ਉਹਨਾਂ ਲੋਕਾਂ ਲਈ ਜਿਹੜੇ ਪਿੰਡਾਂ 'ਚ ਰਹਿੰਦੇ ਆ, ਹੈ ਨਾ, ਜਿਹਨਾਂ ਨੂੰ ਜੇ ਤੁਸੀਂ ਪੱਥਰੀ ਕਹੋਗੇ ਤਾਂ ਸਮਝ ਆਊਗਾ, ਸਟੋਨ ਕਹਿੰਦੇ ਨਹੀਂ ਸਮਝ ਆਉਂਦਾ। ਅਤੇ ਉਹਨਾਂ ਲਈ ਅਸੀਂ ਬਹੁਤ ਵਾਰ ਦੇਖਦੇ ਹਾਂ ਉਹਨਾਂ ਨੂੰ ਜੇ ਹੁਣ ਪੰਜਾਬੀ ਜਿਵੇਂ ਗੁਰਦੇ ਕਹਿ ਦੇਣਾ, ਉਹ ਇਹ ਵੀ ਨਹੀਂ ਕਹਿ ਸਕਦੇ ਵੀ ਗੁਰਦੇ ਹੈ ਕਿੱਥੇ ਦੇ, ਉਹ ਕਿਤੇ ਹੋਰ ਬਾਡੀ ਦੇ ਵਿੱਚ ਉਹਨੂੰ ਮਤਲਬ ਸਾਨੂੰ ਦੱਸੀ ਜਾਣਗੇ, ਉਹਨਾਂ ਨੂੰ ਲੋਕੇਸ਼ਨ ਤੱਕ ਨਹੀਂ ਪਤਾ ਅੜੇ ਔਰਗਨ ਦੀ, ਇਹ ਨਹੀਂ ਪਤਾ ਵੀ ਉਹ ਕਿੱਥੇ ਹੈ, ਕਿੱਥੇ ਕੀ ਉਹਦੀ ਵਰਕਿੰਗ ਹੈ, ਕੀ ਉਹਦੀ ਸਟੋਨ ਬਣ ਗਿਆ, ਕੀ ਸਾਡੇ ਉਹ ਕਿੰਨਾ ਹਾਨੀਕਾਰਕ ਹੈ। ਜਾਂ ਅਸੀਂ ਜਿਹੜੀਆਂ ਐਲੋਪੈਥੀ ਸਿਸਟਮ ਦੇ ਵਿੱਚ ਮਤਲਬ ਜੋ ਮੈਡੀਸਨ ਲਈ ਜਾ ਰਹੇ ਹਾਂ, ਕੀ ਉਹ ਸਾਨੂੰ ਇਫੈਕਟਿਵ ਹੈ ਜਾਂ ਉਹ ਸਾਨੂੰ ਲੰਬੇ ਸਮੇਂ ਲਈ ਠੀਕ ਰੱਖਣਗੀਆਂ, ਹੈ ਨਾ। ਹਰ ਸਿਸਟਮ ਦੀਆਂ ਲਿਮਿਟੇਸ਼ਨਸ ਨੇ, ਠੀਕ ਹੈ, ਹਰ ਜਗ੍ਹਾ ਉਹ ਬਹੁਤ ਜਗ੍ਹਾ ਅੱਗੇ ਹੈਗੇ ਆ ਜਿੱਥੇ ਉਹ ਐਮਰਜੈਂਸੀ ਟੈਕਲ ਕਰ ਸਕਦੇ ਆ, ਹੈ ਨਾ, ਤਾਂ ਉਹ ਦੇ ਆਰ ਵੈਰੀ ਗੁੱਡ ਐਟ ਦੈਟ ਪਲੇਸ। ਪਰ ਜੇ ਕੁਛ ਚੀਜ਼ਾਂ ਇਹੋ ਜਿਹੀਆਂ ਜਿਵੇਂ ਕਰੋਨਿਕ ਡਿਜ਼ੀਜ਼ ਨੇ ਜਿੱਥੇ ਉਹਨਾਂ ਦਾ ਦੇ ਹੈਵ ਨੋ ਐਕਸਪੀਰੀਅੰਸ ਵਿਦ ਦੈਟ, ਹੈ ਨਾ, ਉਹ ਨਹੀਂ ਬਣ ਗੱਲ ਬਣਦੀ ਹੈਗੀ, ਉੱਥੇ ਪੁਰਾਣੀਆਂ ਐਲਰਜੀਜ਼ ਨੇ, ਪੁਰਾਣੇ ਕੇਸਿਸ ਨੇ, ਜਿਹੜੀ ਤੁਹਾਡੀ ਇਮਿਊਨਿਟੀ ਲੋਅ ਹੋ ਗਈ, ਇਮਿਊਨ ਸਿਸਟਮ 'ਤੇ ਕੰਮ ਕਰਦੀ ਹੈ। ਹੋਮਿਓਪੈਥੀ ਦੇ ਵਿੱਚ ਕੀ ਹੁੰਦਾ ਵੀ ਤੁਹਾਡਾ ਇਮਿਊਨ ਅੱਛਾ ਬਣਨਾ ਚਾਹੀਦਾ, ਤੁਹਾਡੀ ਬਾਡੀ ਇੰਨੀ ਕੁ ਅੱਛੀ ਅੰਦਰੋਂ ਸਟਰੋਂਗ ਹੋ ਜਾਏ ਕਿ ਤੁਸੀਂ ਲੜ ਸਕੋ, ਕੋਈ ਬਿਮਾਰੀ ਆਈ ਹੈ ਤਾਂ ਤੁਹਾਡੀ ਬਾਡੀ ਉਹਨੂੰ ਰਿਸਪੋਂਡ ਕਰੇ ਵੀ ਹਾਂ ਠੀਕ ਹੈ। ਇਹ ਸਿਸਟਮ ਦਾ ਫਰਕ ਹੈ ਬੇਸਿਕਲੀ, ਆਪਾਂ ਇਮਿਊਨ 'ਤੇ ਕੰਮ ਕਰਨਾ, ਇਮਿਊਨ ਠੀਕ ਕਰਨਾ ਤਾਂ ਕਿ ਉਹ ਲੌਂਗ ਲਾਈਫ ਬੰਦਾ ਹੈਲਦੀ ਰਹਿ ਸਕੇ, ਠੀਕ ਹੈ। ਸਿਰਫ ਇਹ ਨਹੀਂ ਹੈ ਵੀ ਉਹ ਮੈਡੀਸਨ 'ਤੇ, ਸਾਡੇ ਵਾਲੀ ਤਾਂ ਚਾਹੇ ਕੋਈ ਵੀ ਮੈਡੀਸਨ ਹੈ, 6 ਮਹੀਨੇ 2 ਸਾਲ 5 ਸਾਲ ਆਪਾਂ ਉਹਨੂੰ ਖਵਾਈ ਚਾਹੀਏ, ਹੈ ਨਾ, ਵੀ ਤੂੰ ਮੈਡੀਸਨ ਖਾਈ ਜਾ ਠੀਕ ਰਹੇਗਾ, ਇਹ ਪਰਪਸ ਨਹੀਂ ਹੋਣਾ ਚਾਹੀਦਾ। ਹੋਮਿਓਪੈਥੀ ਦਾ ਇਹ ਫਰਕ ਹੈ ਇੱਥੇ ਬਹੁਤ ਵੱਡਾ ਕਿ ਇਹਦੇ 'ਚ ਆਪਾਂ ਉਹ ਅਡੋਪਟ ਕਰਦੇ ਹਾਂ ਸਿਸਟਮ ਕਿ ਹਾਂਜੀ ਤੁਹਾਡੀ ਬਿਮਾਰੀ ਤੋਂ ਤੁਹਾਨੂੰ ਫ੍ਰੀ ਕਰ ਦੇਣਾ, ਸੈਕਿੰਡਲੀ ਤੁਹਾਡਾ ਇਮਿਊਨ ਅੱਛਾ ਕਰਨਾ, ਠੀਕ ਹੈ, ਤਾਂ ਕਿ ਤੁਸੀਂ ਇਹ ਨਾ ਕਹੋ ਵੀ ਹਰ ਵਾਰੀ ਸਾਨੂੰ ਡਾਕਟਰ ਦੀ ਲੋੜ ਹੈ, ਈਵਨ ਸਾਡੇ ਕੋਲ ਵੀ ਨਾ ਆਓ ਵਾਰੀ ਵਾਰੀ, ਇੰਨਾ ਕੁ ਅਸਾਂ ਇਸ ਗੱਲ ਦਾ ਮਹਾਰਾਜ ਦੀ ਕਿਰਪਾ ਰਹੇ ਵੀ ਇਹਨੂੰ ਇਸ ਤਰ੍ਹਾਂ ਹੀ ਚਲਾਇਆ ਜਾਣਾ ਚਾਹੀਦਾ, ਦੈਟ ਵਿਲ ਬੀ ਵੈਰੀ ਗੁੱਡ। ਤਾਂ ਹੁਣ ਇਹ ਫਿਰ ਲੋਕਾਂ ਤੱਕ ਉਹ ਜਿਹੜੇ ਮਾਸਿਸ ਨੇ ਨਾ ਜੀ ਉੱਥੇ ਹੀ ਜ਼ਿਆਦਾ ਲੋੜ ਹੈ, ਜਿਵੇਂ ਤੁਸੀਂ ਅੱਛੀ ਪ੍ਰਪੇਅਰ ਲੈ ਕੇ ਚੱਲੇ ਹੋ ਕਿ ਪਿੰਡਾਂ ਦੇ ਵਿੱਚ ਇਹ ਗੱਲ ਪਹੁੰਚਣੀ ਬਹੁਤ ਜ਼ਰੂਰੀ ਹੈ ਲੋਕਾਂ ਤੱਕ ਕਿ ਅਸੀਂ ਬਿਮਾਰੀ ਨੂੰ ਸਮਝੀਏ, ਸਮਝ ਕੇ ਉਹਦੀ ਉਸ ਤਰ੍ਹਾਂ ਦਾ ਟ੍ਰੀਟਮੈਂਟ ਲਈਏ ਜਿਹੜਾ ਉਹਦੇ ਲਈ ਜ਼ਰੂਰੀ ਹੈ। ਜੇ ਹੁਣ ਕੋਈ ਐਮਰਜੈਂਸੀਸ ਨੇ, ਹੈ ਨਾ, ਅਸੀਂ ਉਹਨਾਂ ਨੂੰ ਅਨਨੈਸੈਸਰਲੀ ਕਹੀ ਚੱਲੀਏ ਵੀ ਅਸੀਂ ਤੁਹਾਨੂੰ ਠੀਕ ਕਰ ਦਾਂਗੇ, ਠੀਕ ਕਰ ਦਾਂਗੇ, ਵੈਰੀ ਰੋਂਗ, ਉਹਨਾਂ ਲਈ ਪੇਸ਼ੈਂਟ ਲਈ ਵੀ ਗਲਤ ਹੈ, ਹੈ ਨਾ। ਤਾਂ ਉਹਨਾਂ ਨੂੰ ਦੱਸੋ ਵੀ ਹਾਂ ਤੁਸੀਂ ਇਹਦਾ ਹੱਲ ਓਪਰੇਟ ਹੈ, ਵਨ ਇਨ ਦਾ ਮੇਨ ਥਿੰਗ, ਹੈ ਨਾ। ਤੁਸੀਂ ਸਾਡੇ ਕੋਲ ਵਾਰੀ ਵਾਰੀ ਅਨਨੈਸੈਸਰਲੀ ਆਪਦਾ ਟਾਈਮ ਖਰਾਬ ਨਾ ਕਰੋ, ਬਿਲਕੁਲ ਕਲੀਅਰ ਕਰ ਦੇਣਾ ਚਾਹੀਦਾ ਪੇਸ਼ੈਂਟ ਲਈ। ਇਹ ਪਹਿਲਾ ਜਿਹੜਾ ਮੇਰੇ ਸਮਝ ਆਉਂਦਾ ਵੀ ਧਰਮ ਹੀ ਇਹ ਹੋਣਾ ਚਾਹੀਦਾ ਵੀ ਆਪਾਂ ਕਲੈਰਿਟੀ ਦੇਈਏ ਪੇਸ਼ੈਂਟ ਨੂੰ, ਕਿਉਂਕਿ ਲੋਕ ਤੁਹਾਨੂੰ ਕਹਿੰਦੇ ਵੀ
ਮਰੀਜ਼ ਲਈ ਹੈ ਨਾ ਦੂਜਾ ਰੱਬ ਡਾਕਟਰ ਹੁੰਦਾ ਤੇ ਤੁਸੀਂ ਚਲੋ ਆਪਾਂ ਇਹ ਕਹਿੰਦੇ ਕਿ ਰੱਬ ਨਾਲ ਤਾਂ ਸਾਡਾ ਕੋਈ ਕੰਪੈਰੀਜ਼ਨ ਨਹੀਂ ਪਰ ਉਹ ਇਮੇਜ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ ਨਾ ਤਾਂ ਆਪਾਂ ਇੰਨੀ ਕਿ ਆਪਣੀ ਕੌਨਸ਼ੀਅਸ ਕਲੀਅਰ ਹੋਣੀ ਚਾਹੀਦੀ ਹੈ ਵੀ ਅਸੀਂ ਗਲਤ ਗਾਈਡ ਨਹੀਂ ਕਰਿਆ ਕਿਸੇ ਨੂੰ ਹੈ ਨਾ ਸਿਰਫ ਇਸ ਲਈ ਵੀ ਸਾਨੂੰ ਮਨੀ ਬਣ ਜੇ ਜਾਂ ਸਾਡੇ ਕੋਲ ਪੇਸ਼ੈਂਟ ਆਉਂਦਾ ਰਹੇ ਉਹ ਠੀਕ ਨਹੀਂ ਹੈ ਜਿਵੇਂ ਆਪਾਂ ਹੁਣ ਤੁਸੀਂ ਕਹਿ ਕੇ ਹਟੇ ਸੀ ਕਿ ਗੋਲ ਸਟੋਨ ਗੋਲ ਬੈਡਰ ਪਿੱਤੇ ਦੀ ਪੱਥਰੀ ਅਤੇ ਗੁਰਦਿਆਂ ਦੀ ਠੀਕ ਹੈ ਕਿਡਨੀ ਸਟੋਨ ਤਾਂ ਡਿਫਰੈਂਟ ਹੈ ਇਹਨਾਂ ਦਾ ਪਿੱਤੇ ਵਾਲੀ ਪੱਥਰੀ ਦਾ ਕੋਈ ਵੇ ਆਊਟ ਹੈ ਹੀ ਨਹੀਂ ਹੈ ਠੀਕ ਹੈ ਉਹਨੂੰ ਤੁਸੀਂ ਨਹੀਂ ਕੱਢ ਸਕਦੇ ਮੈਡੀਸਨ ਨਾਲ ਉਹ ਖੁਰ ਨਹੀਂ ਸਕਦਾ ਠੀਕ ਹੈ ਤਾਂ ਉਹਨੂੰ ਉਹ ਤਾਂ ਅਨਸੈਸਰਲੀ ਪੇਸ਼ੈਂਟ ਨੂੰ ਰੋਕੀ ਰੱਖਣਾ ਦਵਾਈ ਨਾ ਕੰਟੀਨਿਊ ਕਰੀ ਜਾਣਾ ਠੀਕ ਹੈ ਉਹ ਗਲਤ ਗੱਲ ਹੈ ਉਹ ਓਪਰੇਟ ਅੱਜ ਹੋਏਗਾ ਕਿ 10 ਸਾਲ ਨੂੰ ਹੋਏਗਾ ਉਹਨਾਂ ਹੋਣਾ ਹੀ ਹੋਣਾ ਕਿ 2 ਸਾਲ ਨੂੰ ਹੋਏਗਾ ਉਹਦਾ ਸੋਲੂਸ਼ਨ ਸੋਲੂਸ਼ਨ ਉਹੀ ਹੈ ਜੀ ਬੇਸਿਕਲੀ ਠੀਕ ਹੈ ਮਤਲਬ ਐਨਲੈਸ ਐਂਡ ਈਵਨ ਕਿ ਤੁਸੀਂ ਕਈ ਲੋਕ ਕੀ ਕਰਦੇ ਨੇ ਵੀ ਅਲਟਰਾਸਾਊਂਡ ਕਰਾਇਆ ਲੇਟਰ ਔਨ ਗੋਲਡ ਪਿੱਤੇ 'ਚ ਪੱਥਰੀ ਪਈ ਹੈ ਉਹਦਾ ਨਹੀਂ ਪਤਾ ਉਹਨਾਂ ਨੂੰ ਕੁਛ ਵੀ ਠੀਕ ਹੈ ਵੀ ਹੈਗੀ ਵੀ ਹੈ ਸਾਡੇ ਕਿ ਨਹੀਂ ਗਏ ਕਿਸੇ ਹੋਰ ਲਈ ਕਰਾਉਣ ਸੀ ਪੱਥਰੀ ਉਹਦੇ 'ਚ ਡਾਇਗਨੋਸ ਹੋ ਗਿਆ ਤਾਂ ਜੇ ਉਹਦਾ ਪੇਨ ਵੀ ਨਹੀਂ ਹੁੰਦਾ ਨਾ ਤਾਂ ਵੀ ਉਹ ਇੰਨਾ ਮਤਲਬ ਇਟਸ ਨੋਟ ਦੈਟ ਇੰਪੋਰਟੈਂਟ ਕਿ ਹੁਣੀ ਕਰਾਉਣਾ ਠੀਕ ਹੈ ਬਟ ਇਫ ਦਾ ਕੰਡੀਸ਼ਨ ਪੇਨਫੁਲ ਹੈ ਤਾਂ ਉਹਨੂੰ ਓਪਰੇਟ ਕਰਾਉਣ 'ਚ ਕੋਈ ਟਾਈਮ ਨਹੀਂ ਲਾਉਣਾ ਚਾਹੀਦਾ ਬਿਕੋਜ਼ ਇਸ ਤਰ੍ਹਾਂ ਦਾ ਔਰਗਨ ਹੈ ਕਿ ਆਫਟਰ ਓਪਰੇਟ ਬਹੁਤ ਮਿਨੀਮਮ ਚੇਂਜਸ ਆਉਂਦੀਆਂ ਤੁਹਾਡੇ ਲਾਈਫ ਸਟਾਈਲ 'ਚ ਕੋਈ ਫਰਕ ਨਹੀਂ ਪੈਂਦਾ ਲੰਬਾ ਚੌੜਾ ਹੈ ਨਾ ਤੁਸੀਂ ਡਾਇਟ ਠੀਕ ਰੱਖ ਲਓ ਰਲਿਆ ਫਲਿਆ ਨਾ ਖਾਓ ਠੀਕ ਹੈ ਆਪਣੀਆਂ ਈਟਿੰਗ ਹੈਬਿਟਸ ਠੀਕ ਰੱਖ ਲਓ ਬਸ ਦੈਟਸ ਇਟ ਹੁਣ ਜੇ ਆਪਾਂ ਦੂਜੀ ਸਾਈਡ ਜਾਈਏ ਵੀ ਕਿਡਨੀ ਸਟੋਨਸ ਨੇ ਉਹ 'ਚ ਚਾਹੇ ਤੁਸੀਂ ਓਪਰੇਟ ਵੀ ਕਰਾਈ ਜਾਓ ਜਿਹੜੀ ਟੈਂਡੈਂਸੀ ਬਣ ਗਈ ਰੀਅਕਰੈਂਸ ਦੀ ਵਾਰੀ ਹੈ ਨਾ ਮਤਲਬ ਆਪਾਂ ਓਪਰੇਟ ਵੀ ਕਰਾ ਲਿਆ ਉਹ ਫਿਰ ਬਣ ਜਾਂਦੀ ਹੈ ਫਿਰ ਓਪਰੇਟ ਕਰਾ ਲੈਂਦੇ ਨੇ ਲੋਕ ਰਿਪੀਟ ਹੋ ਜਾਂਦੀਆਂ ਨੇ ਉਹ ਤੋਂ ਬਚਣਾ ਚਾਹੀਦਾ ਉਹਦੇ 'ਚ ਹੋਮਿਓਪੈਥੀ ਵੈਰੀ ਮੱਚ ਇਫੈਕਟਿਵ ਹੈ ਇੱਕ ਸਵਾਲ ਜਿਹੜਾ ਮੈਨੂੰ ਲੱਗਦਾ ਮੈਂ ਤਾਂ ਇੱਕ ਕੁੜੀਆਂ ਦੇ ਹਿਸਾਬ ਨਾਲ ਹੀ ਕਰਨ ਲੱਗੀ ਤੁਹਾਨੂੰ ਤੁਸੀਂ ਤੁਹਾਡਾ ਤੇ ਮੇਰਾ ਬਰਥ ਸੇਮ ਈਅਰ ਦਾ ਹੈ ਨਾ ਮੇਰਾ ਵੀ ਸਨ 84 ਦਾ ਤੇ ਮੇਰੇ ਅੱਧੇ ਤੋਂ ਜ਼ਿਆਦਾ ਫੇਸ ਤੇ ਰਿੰਕਲਸ ਪੈ ਗਏ ਤੁਹਾਡੇ ਬਿਲਕੁਲ ਤਾਂ ਇਹਦੇ ਲਈ ਵੀ ਤੁਸੀਂ ਕੁਝ ਕਰਦੇ ਹੋ ਮਤਲਬ ਮੈਡੀਸਨ ਕਰਦੇ ਨਥਿੰਗ ਨਹੀਂ ਨਹੀਂ ਕੁਝ ਨਹੀਂ ਕਰਦੇ ਬਸ ਇੱਕ ਹੈਗਾ ਲਾਈਫ 'ਚ ਦੇਖੋ ਮਹਾਰਾਜ ਦੀ ਕਿਰਪਾ ਨਾਲ ਵੀ ਸਟ੍ਰੈਸ ਨਹੀਂ ਰਿਹਾ ਲਾਈਫ 'ਚ ਕਦੇ ਹੈ ਨਾ ਜਾਂ ਲਿਆ ਵੀ ਨਹੀਂ ਗੁਰੂ ਮਹਾਰਾਜ ਦੀ ਕਿਰਪਾ ਇੰਨਾ ਠੀਕ ਰਿਹਾ ਹੈ ਨਾ ਤੇ ਖੁਸ਼ ਰਹਿਣ ਦੀ ਆਦਤ ਬਹੁਤ ਬਣਾਈ ਹੋਈ ਹੈ ਮਤਲਬ ਹੱਸ ਕੇ ਮਿਲੋ ਹੈ ਨਾ ਕਿਸੇ ਦਾ ਚੰਗਾ ਹੀ ਸੋਚਣਾ ਚੰਗਾ ਮਤਲਬ ਇਹ ਕੋਸ਼ਿਸ਼ ਇਹ ਕਰੀਦੀ ਹੈ ਵੀ ਜਿੰਨਾ ਜੇ ਬੱਚਿਆਂ ਨਾਲ ਆ ਤਾਂ ਬੱਚਿਆਂ ਵਰਗੇ ਆ ਠੀਕ ਹੈ ਅਤੇ ਵੱਡਿਆਂ ਨਾਲ ਆ ਤਾਂ ਉਸ ਤਰ੍ਹਾਂ ਦੇ ਉਹਨਾਂ ਦੀ ਰਿਸਪੈਕਟ ਕਰੋ ਠੀਕ ਹੈ ਅਦਰਵਾਈਜ਼ ਮਤਲਬ ਅਨਨੈਸੈਸਰਲੀ ਕਿਸੇ ਤਰ੍ਹਾਂ ਦਾ ਸਟ੍ਰੈਸ ਤੋਂ ਬਚਣ ਦੀ ਕੋਸ਼ਿਸ਼ ਕਰੀਦੀ ਹੈ ਮੈਡੀਟੇਸ਼ਨ ਕਰ ਲਓ ਸਾਈਕਲਿੰਗ ਕਰ ਲਓ ਕੁਛ ਵੀ ਕਰ ਲਓ ਠੀਕ ਹੈ ਤਾਂ ਫਿਰ ਉਹ ਚੀਜ਼ ਸ਼ਾਇਦ ਤੁਹਾਡੀ ਸ਼ਾਇਦ ਇਨਰ ਜਿਹੜੀ ਉਹ ਹੁੰਦੀ ਹੈ ਨਾ ਤਾਂ ਮੇ ਬੀ ਉਹ ਆਉਂਦੀ ਹੈ ਮੇਰੇ ਕੋਲ ਪੇਸ਼ੈਂਟ ਵੀ ਕਹਿੰਦੇ ਆ ਵੀ ਤੁਸੀਂ ਸਾਨੂੰ ਵੀ ਦੱਸ ਦਿਓ ਕੀ ਟਿਪਸ ਨੇ ਮੈਂ ਕਿਹਾ ਨਹੀਂ ਕੋਈ ਟਿਪਸ ਨਹੀਂ ਹੈਗੀ ਤੁਸੀਂ ਮੇਰੇ ਤੋਂ 5-7 ਸਾਲ ਛੋਟੇ ਲੱਗੇ ਸੀ ਮੈਂ ਜ਼ਿਆਦਾ ਹੀ ਸੋਚਦੀ ਸੀ ਪਰ ਉਹ ਮੈਂ ਜਦੋਂ ਤੁਹਾਡਾ ਬਰਥ ਈਅਰ ਸੁਣਿਆ ਤਾਂ ਮੈਂ ਬੜੀ ਹੈਰਾਨ 84 ਦਸੰਬਰ ਹੈ ਜੀ ਤੇ ਸੋ ਇਹ ਹੁੰਦਾ ਵੀ ਉਹ ਉਹਦੇ 'ਚੋਂ ਬਸ ਫਿਰ ਇਹੀ ਹੈ ਵੀ ਉਹ ਜ਼ਿਆਦਾ ਮਤਲਬ ਹੱਸਦੇ ਰਹਿਣ ਦਾ ਹੀ ਇੱਕ ਮੇਨ ਹੈਗਾ ਵੀ ਆਪਾਂ ਖੁਸ਼ ਰਹਿਣ ਦਾ ਟਰਾਈ ਕਰਨੀ ਚਾਹੀਦੀ ਹੈ ਦੈਟ ਵਿਲ ਬੀ ਮੋਰ ਹੈਲਪਫੁਲ ਬਿਲਕੁਲ ਤੇ ਜਿਵੇਂ ਆਪਾਂ ਤੁਹਾਡੇ ਇੱਕ ਪੇਸ਼ੈਂਟ ਬਾਰੇ ਹੈ ਨਾ ਉਹਨਾਂ ਨਾਲ ਪਹਿਲਾਂ ਆਪਾਂ ਗੱਲ ਕੀਤੀ ਮੇਰੀ ਵੀ ਉਹਨਾਂ ਨਾਲ ਗੱਲ ਹੋਈ ਕਿ ਅਲਰਜੀਜ਼ ਨੇ ਜਿਹੜੀਆਂ ਨਾ ਆਪਾਂ ਪਹਿਲਾਂ ਸਕਿਨ ਤੋਂ ਨਹੀਂ ਸ਼ੁਰੂ ਕਰਦੇ ਕਿ ਨੋਰਮਲ ਜਿਹੜੀਆਂ ਅਲਰਜੀਜ਼ ਨੇ ਉਹ ਕਿਵੇਂ ਕਿਸ ਤਰੀਕੇ ਦੀਆਂ ਨੇ ਤੁਹਾਡੇ ਕੋਲ ਕਿਸ ਟਾਈਪ ਦੀ ਅਲਰਜੀ ਦੇ ਪੇਸ਼ੈਂਟ ਜ਼ਿਆਦਾਤਰ ਸਾਡੇ ਕੋਲ ਨਾ ਜਿਵੇਂ ਛਿੱਕਾਂ ਕੋਲਡ ਸਵੇਰੇ ਬੰਦਾ ਉੱਠਦਾ ਹੈ ਨਾ ਜਾਂ ਟੈਂਪਰੇਚਰ ਚੇਂਜ ਹੋ ਗਿਆ ਏਸੀ ਤੋਂ ਬਾਹਰ ਗਏ ਅੰਦਰ ਗਏ ਐਕਸਪੋਜ਼ਰ ਟੂ ਏਅਰ ਕਹਿ ਦਿੰਦੇ ਹਾਂ ਅਸੀਂ ਓਪਨ ਏਅਰ ਠੀਕ ਹੈ ਔਰ ਉਹ ਹੁਣ ਹਰ ਬੰਦੇ ਲਈ ਹੋਈ ਹੈ ਫੋਰਥ ਪਰਸਨ ਨੂੰ ਠੀਕ ਹੈ ਤਾਂ ਮਤਲਬ ਇਹ ਤੁਸੀਂ ਮੰਨ ਕੇ ਚੱਲੋ ਵੀ ਉਹਦੇ 'ਚ ਇਫੈਕਟਿਵ ਮੈਡੀਸਨ ਇੰਨਾ ਕੁ ਕੰਮ ਕਰਦੀ ਹੈ ਵੀ ਉਹ ਜਿੰਨਾ ਕੁ ਪੁਰਾਣਾ ਵੀ ਹੁੰਦਾ ਨਾ ਉਹ ਟਾਈਮ ਜ਼ਰੂਰ ਲੈਂਦਾ ਐਟ ਡਿਜ਼ੀਜ਼ ਪੁਰਾਣੀ ਹੋਏਗੀ ਤਾਂ ਉਹ ਕਿਓਰ ਹੋਣ 'ਚ ਟਾਈਮ ਲੈਂਦੀ ਹੈ ਹਾਂਜੀ ਬਸ ਮੈਡੀਸਨ
ਜਿਹੜੇ ਤਰੀਕੇ ਨਾਲ ਵਰਕ ਕਰਦੀ ਆ ਉਹਦੇ 'ਤੇ ਉਹ ਉਹਨੂੰ ਬਿਲਕੁਲ ਕਲੀਅਰ ਹੋ ਜਾਂਦਾ, ਮਤਲਬ ਉਹਦੇ ਉਹ ਛਿੱਕਾਂ, ਨਜ਼ਲਾ, ਜ਼ੁਕਾਮ ਸਾਰਾ ਕੁਛ ਓਕੇ ਹੋ ਜਾਂਦਾ। ਹੁਣ ਇਹਦੇ 'ਚ ਦੋ ਤਰ੍ਹਾਂ ਦੀਆਂ ਆਉਂਦੀਆਂ ਨੇ ਮੈਮ, ਇੱਕ DNS ਕਹਿ ਦਿੰਦੇ ਆ, ਨੇਜ਼ਲ ਸੈਪਟਮ, ਨੱਕ ਦੀ ਹੱਡੀ ਟੇਢੀ ਹੋ ਜਾਣੀ ਹੈ, ਇੱਕ ਨੱਕ ਦੇ ਵਿੱਚ ਮਾਸ ਵੱਧ ਜਾਂਦਾ, ਨੇਜ਼ਲ ਪੋਲਿਪਸ ਕਹਿ ਦਿੰਦੇ ਆ। ਦੋਨਾਂ ਦਾ ਹੀ ਐਲੋਪੈਥੀ ਸਿਸਟਮ ਹੈ ਉਹਨਾਂ ਕੋਲ ਇਲਾਜ, ਕਿ ਉਹ ਇਹਦਾ ਓਪਰੇਟ ਕਰਦੇ ਆ, ਹੱਡੀ ਨੂੰ ਸਿੱਧੀ ਕਰ ਦਿੰਦੇ ਆ, ਪੋਲਿਪ ਨਿਕਾਲ ਦਿੰਦੇ ਆ, ਠੀਕ ਆ, ਉਹ ਓਪਰੇਟ ਹੋ ਜਾਂਦਾ। ਲੇਕਿਨ ਆਪਣੇ ਮੈਡੀਸਨ ਦੇ ਵਿੱਚ ਉਹ DNS ਵੀ ਕਿਉਰੇਬਲ ਹੈ, ਪੋਲਿਪ ਵੀ ਕਿਉਰੇਬਲ ਹੈ, ਠੀਕ ਹੈ, ਨੋਜ਼ ਬਲੋਕ ਹੋਣ ਹਟ ਜਾਂਦਾ, ਈਜ਼ੀ ਸਾਹ ਸੌਖਾ ਹੁੰਦਾ ਲੋਕਾਂ ਨੂੰ, ਠੀਕ ਹੈ। ਤਾਂ ਉਹਦੇ 'ਚ ਫਿਰ ਇਹ ਮੈਡੀਸਨ ਕਾਫੀ ਜ਼ਿਆਦਾ ਇਫੈਕਟਿਵ ਹੈ, ਚਾਹੇ ਉਹ ਪੁਰਾਣਾ ਨਜ਼ਲਾ ਹੋਵੇ, ਪੁਰਾਣੀ ਖਾਂਸੀ ਹੋਵੇ, ਠੀਕ ਹੈ, ਉਹਨੂੰ ਵੈਦਰ ਚੇਂਜ 'ਤੇ ਹੋਵੇ, ਲੋਕਾਂ ਨੂੰ ਉਹੀ ਫੈਬਰੀ ਮਾਰਚ, ਉਧਰੋਂ ਨਵੰਬਰ ਦਸੰਬਰ, ਇਹ ਮਹੀਨਿਆਂ 'ਚ ਚੇਂਜ ਆਫ ਵੈਦਰ 'ਤੇ ਪ੍ਰੋਬਲਮ ਆਉਂਦੀ ਆਉਂਦੀ ਹੈ। ਬਿਲਕੁਲ। ਤਾਂ ਉਹਨੂੰ ਆਪਾਂ ਇਹ ਨਾ ਮੰਨਿਆ ਜਾਵੇ ਵੀ ਇਹ ਸੀਜ਼ਨਲ ਹੈ, ਯਾਰ 2 ਮਹੀਨੇ ਮੈਂ ਸਾਲ 'ਚ 4 ਮਹੀਨੇ ਕੋਈ ਐਂਟੀਬਾਇਟਿਕ ਦਾ ਕੋਰਸ ਕਰ ਲਊਂਗਾ, ਠੀਕ ਹੈ, ਚਲੋ ਕੋਈ ਗੱਲ ਨਹੀਂ, ਫਿਰ ਦੁਬਾਰੇ ਲੋੜ ਨਹੀਂ ਪੈਣੀ। ਪਰ ਸਾਡੇ ਅਕੋਰਡਿੰਗ ਉਹ ਤਾਂ ਇਮਿਊਨ 'ਤੇ ਕੰਮ ਹੋਣਾ ਲੋੜ ਹੈ, ਠੀਕ ਹੈ, ਤਾਂ ਕਿ 2-3 ਸਾਲਾਂ ਦੇ ਵਿੱਚ ਤੁਸੀਂ ਕੋਈ ਵੈਦਰ ਚੇਂਜ ਹੋਈ ਜਾਵੇ, ਕੋਈ ਕੰਡੀਸ਼ਨਸ ਆਲੇ ਦੁਆਲੇ ਦੀਆਂ ਠੀਕ ਹੋ ਜਾਣ, ਤੁਹਾਨੂੰ ਇਫੈਕਟ ਨਾ ਕਰਨ, ਠੀਕ ਹੈ। ਜਿਹੜੇ ਪੇਸ਼ੈਂਟ ਤੁਹਾਨੂੰ ਦੱਸਿਆ ਉਹ ਵੀ ਆਏ ਸੀਗੇ ਕਿ ਉਹਨਾਂ ਨੂੰ ਥੋੜ੍ਹੇ ਜਿਹੇ ਨਾਲ ਐਕਸਪੋਜ਼ਰ ਨਾਲ ਪ੍ਰੋਬਲਮ ਆ ਜਾਂਦੀ ਸੀ, ਉਹ ਤੋਂ ਫਿਰ ਵੱਧਦਾ ਬੋਡੀ ਐਕਸ, ਫੀਵਰਿਸ਼ ਫੀਲਿੰਗ, ਠੀਕ ਹੈ, ਫਿਰ ਕੰਮ 'ਤੇ ਨਾ ਜਾ ਪਾਉਣਾ, ਐਕਸੀਸ ਹੋ ਜਾਂਦਾ ਸੀ। ਹੁਣ ਉਹ ਕਹਿੰਦੇ ਵੀ ਮੇਰਾ ਸਰਾਊਂਡਿੰਗਸ ਜੋ ਮਰਜ਼ੀ ਹੋਈ ਜਾਵੇ, ਲੇਕਿਨ ਮੈਨੇ ਇਫੈਕਟ ਨਹੀਂ ਡਾਕਟਰ ਸਾਹਿਬ ਕਰਦਾ ਉਹ, ਠੀਕ ਹੈ, ਇਹ ਉਹਦਾ ਇਮਿਊਨ ਬਣਿਆ ਜੀ, ਠੀਕ ਹੈ, ਉਹਨਾਂ ਨੇ ਸਾਲ ਮੈਡੀਸਨ ਖਾ ਲਈ, ਪਰ ਉਹ ਇਮਿਊਨ ਬਿਲਟ ਅਪ ਹੋ ਗਿਆ ਉਹਨਾਂ ਦਾ ਅੰਦਰੋਂ, ਠੀਕ ਹੈ। ਤਾਂ ਹੁਣ ਉਹ ਉਹਨਾਂ ਨੂੰ ਕਾਫੀ ਰਾਹਤ ਹੈ, ਉਹ ਕਹਿੰਦੇ ਮੈਂ 1 ਸਾਲ 'ਚ 3-4 ਐਂਟੀਬਾਇਟਿਕ ਦੇ ਕੋਰਸ ਕਰ ਲੈਣੇ ਹੁੰਦੀ ਸੀ, ਠੀਕ ਹੈ, ਹੁਣ ਮੈਨੂੰ ਨਹੀਂ ਲੋੜ ਪੈ ਰਹੀ, ਠੀਕ ਹੈ। ਤਾਂ ਉਹ ਕਹਿੰਦੇ ਵੀ ਇਹ ਤਾਂ ਫਿਰ ਉਹਨਾਂ ਨੇ ਮੇਰੇ ਨਾਲ ਗੱਲ ਕਰੀ, ਉਹ ਕਹਿੰਦੇ ਲੋਕਾਂ ਤੱਕ ਗੱਲ ਜਾਣੀ ਚਾਹੀਦੀ ਹੈ, ਲੋਕਾਂ ਨੂੰ ਹੈਲਪ ਹੋਣੀ ਚਾਹੀਦੀ ਹੈ, ਫਿਰ ਹੀ ਇਸ ਚੀਜ਼ ਦਾ ਫਾਇਦਾ। ਹਾਂਜੀ, ਨੋਰਮਲੀ ਇਹ ਚੀਜ਼ ਨਾ ਜ਼ਿਆਦਾ ਬੱਚੇ ਫੇਸ ਕਰਦੇ ਆ, ਤੇ ਆਪਾਂ ਇਹੀ ਕਹਿੰਦੇ ਹੁੰਦੇ ਆ ਵੀ ਬੱਚਾ ਸਕੂਲੋਂ AC ਬੱਸ 'ਚ ਆ ਰਿਹਾ ਤੇ ਫਿਰ ਉਹ ਘਰੇ ਆ ਕੇ ਗਰਮੀ 'ਚ ਆ ਗਿਆ, ਫਿਰ ਇੱਕਦਮ AC 'ਚ ਚਲਿਆ ਗਿਆ ਨਾ, ਤੇ ਮਤਲਬ ਚਲੋ ਆਪਾਂ ਨੂੰ ਮੈਡੀਸਨ ਦਾ ਨਾਂ ਨਹੀਂ ਲੈਣਾ ਚਾਹੀਦਾ, ਮੈਂ ਕਹੂੰਗੀ ਬਾਅਦ 'ਚੋਂ ਕੱਟ ਦੇਣਗੇ ਨਾ, ਪਰ ਮੈਂ ਤੁਹਾਨੂੰ ਮੇਰਾ ਦੱਸਣਾ ਜ਼ਰੂਰੀ ਹੈ ਕਿ ਅੱਜ ਕੱਲ੍ਹ ਹਰ ਘਰ 'ਚ ਤੁਸੀਂ ਦੇਖੋਗੇ ਕਿ ਪਈ ਆ, ਹੈ ਨਾ, ਮਤਲਬ ਨਾਂ ਦੀ ਜਿਹੜੀ ਮੈਡੀਸਨ ਆ ਉਹ ਤੁਹਾਨੂੰ ਹਰ ਘਰ 'ਚ ਮਿਲੂਗੀ, ਉਹ ਤੁਸੀਂ ਪੁੱਛੋਗੇ ਵੀ ਕਿਹਦੇ ਲਈ, ਬੱਚੇ ਨੂੰ ਛਿੱਕਾਂ ਬਹੁਤ ਛੇਤੀ ਲੱਗ ਜਾਂਦੀਆਂ ਨੇ, ਤਾਂ ਉਹ ਅਸੀਂ ਇੱਕ ਇਮੀਡੀਏਟ ਰਿਲੀਫ ਆ ਸਾਡੇ ਕੋਲ ਕਿ ਅਸੀਂ ਇੱਕ ਸਕੂਨ ਬੱਚੇ ਨੂੰ ਦੇ ਰਹੇ ਹਾਂ, ਹੈ ਨਾ, ਅਤੇ ਉਹ ਮੈਨੂੰ ਆਪ ਨੂੰ ਨਹੀਂ ਸੀ ਪਤਾ ਕਿ ਐਲਰਜੀ, ਮੈਨੂੰ ਲੱਗਦਾ ਸੀ ਵੀ ਇਹ ਸੀਜ਼ਨਲ ਹੁੰਦਾ ਹਰ ਬੰਦੇ ਨੂੰ, ਅਤੇ ਜਿਵੇਂ ਤੁਸੀਂ ਕਿਹਾ ਕਿ ਨਜ਼ਲਾ, ਹੈ ਨਾ, ਨਜ਼ਲੇ ਨਾਲ ਬਹੁਤ ਸਾਰੇ ਲੋਕਾਂ ਨੂੰ ਬੜੀਆਂ ਦਿੱਕਤਾਂ ਆਉਂਦੀਆਂ, ਕਈ ਕਹਿੰਦੇ ਮੇਰੇ ਵਾਲ ਸਫੇਦ ਹੋ ਗਏ ਕਿਉਂਕਿ ਮੈਨੂੰ ਨਜ਼ਲਾ ਰਹਿੰਦਾ ਸੀਗਾ, ਹਾਂਜੀ, ਕਈ ਕਹਿਣਗੇ ਵੀ ਮੇਰਾ ਆਈਸਾਈਟ ਵੀਕ ਹੋ ਗਈ, ਅਤੇ ਉੱਦਾਂ ਮਤਲਬ ਨਜ਼ਲਾ ਇੰਨਾ ਜ਼ਿਆਦਾ ਸੀਰੀਅਸ ਮੈਟਰ ਹੈ ਜੀ, ਈਵਨ ਕਿ ਇੰਨਾ ਹੋ ਜਾਂਦਾ ਵੀ ਇਸਨੂੰ ਸਾਈਨੋਸਾਈਟਸ ਕਹਿੰਦੇ ਹਾਂ ਆਪਾਂ, ਕੰਨਾਂ ਦੇ ਵਿੱਚ, ਨੱਕ 'ਚ, ਗਲੇ 'ਚ, ਸਾਰਾ ਇਹਨੇ ਕਵਰ ਕਰ ਲੈਣਾ, ਠੀਕ ਹੈ, ਜਿਹਦਾ ਜ਼ਿਆਦਾ ਰੇਸ਼ਾ ਬਣਦਾ, ਰੇਸ਼ਾ ਕਹਿੰਦੇ ਪੰਜਾਬੀ 'ਚ ਵੀ, ਰੇਸ਼ਾ, ਮੇਰੇ ਰੇਸ਼ਾ ਗਿਰਦਾ, ਲੋਕਾਂ ਨੂੰ ਇਹ ਹੁੰਦਾ, ਬਿਲਕੁਲ, ਉਹ ਰੇਸ਼ੇ ਗਿਰਨ ਨਾਲ ਹੀ ਤੁਹਾਡੀ ਪ੍ਰੋਬਲਮ ਅੱਗੇ ਜਾ ਕੇ ਬਹੁਤ ਐਕਸੀਡ ਹੋ ਜਾਂਦੀ ਹੈ, ਠੀਕ ਹੈ, ਉਹ ਅਕਿਊਮੂਲੇਸ਼ਨ ਆਫ ਫਲੂਇਡ ਹੋ ਜਾਂਦਾ, ਲੋਕਾਂ ਦੇ ਨਾ ਆਈ ਸਾਈਡ ਵੀ ਵੀਕ ਹੋ ਜਾਂਦੀ ਹੈ, ਠੀਕ ਹੈ, ਇੱਥੇ ਵੀ ਫਲੂਇਡ ਦੀ ਅਕਿਊਮੂਲੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਸਾਈਨਸਾਈਟਸ ਜਦੋਂ ਹੋ ਜਾਣਾ ਤਾਂ ਉਹਨੇ ਸਾਰਾ ਕਵਰ ਕਰ ਲੈਣਾ ਆਲ ਓਵਰ, ਠੀਕ ਹੈ, ਤਾਂ ਉਹ ਫਿਰ ਇਫੈਕਟ ਬੰਦੇ ਨੂੰ ਲੇਟਰ ਆਨ ਸਮਝ ਆਉਂਦਾ ਵੀ ਯਾਰ ਇਹਦਾ ਟਾਈਮਲੀ ਇਲਾਜ ਹੋ ਗਿਆ ਹੁੰਦਾ ਤਾਂ ਬੈਟਰ ਰਹਿੰਦਾ। ਹਾਂਜੀ, ਹੁਣ ਜਿਵੇਂ ਇਹਦੇ 'ਚ ਈਵਨ ਸਾਡੀ ਪੈਥੀ 'ਚ ਵੀਟ ਐਲਰਜੀ ਦੇ ਬਹੁਤ ਅੱਛਾ ਰਿਜ਼ਲਟ ਨੇ, ਕਣਕ ਦੀ ਐਲਰਜੀ ਬੱਚਿਆਂ 'ਚ ਬਹੁਤ ਜ਼ਿਆਦਾ ਆਉਣ ਲੱਗ ਗਈ ਅੱਜ ਕੱਲ੍ਹ, ਠੀਕ ਹੈ, ਕਿਉਂਕਿ ਉਹ ਫਿਰ ਅਲਟੀਮੇਟਲੀ ਪ੍ਰੋਬਲਮ ਉੱਥੇ ਆ ਗਈ ਵੀ ਜ਼ਿਆਦਾ ਜ਼ਹਿਰ ਹੋਣ ਲੱਗ ਗਿਆ ਖਾਣੇ 'ਚ, ਕਣਕ 'ਚ ਜ਼ਹਿਰ ਨਾ ਜ਼ਿਆਦਾ ਹੋਣ ਲੱਗ ਗਿਆ, ਹੈ ਨਾ, ਤਾਂ ਵੀਟ ਐਲਰਜੀ ਦੇ ਪੇਸ਼ੈਂਟ ਬੱਚਿਆਂ 'ਚ ਇਹ ਬਹੁਤ ਦਿੱਕਤ ਆ ਗਈ ਵੀ ਕਣਕ ਖਾਧੀ, ਡਾਇਰੀਆ ਹੋ ਗਿਆ, ਵੇਟ ਗੇਨ ਨਹੀਂ ਹੋ ਰਿਹਾ, ਠੀਕ ਹੈ, ਵੇਟ ਹੀ ਨਹੀਂ ਵੱਧਦਾ, ਬੱਚਾ ਡਾਇਟ ਵੀ ਲੈ ਰਿਹਾ, ਤਾਂ ਕਦੇ ਉਹਨੂੰ ਲੂਜ਼ ਮੋਸ਼ਨ ਲੱਗ ਗਿਆ, ਕਦੇ ਉਹਨੂੰ ਫੀਵਰ ਰਹਿਣ ਲੱਗ ਗਿਆ, ਤਾਂ ਉਹ ਫਿਰ ਉਹਨੂੰ ਡਾਕਟਰ ਕਹਿੰਦੇ ਵੀ ਇਹਨੂੰ ਜੀ ਤੁਸੀਂ ਟੈਸਟ ਕਰਾਓ, ਉਹ ਟੈਸਟ 'ਚ ਪਤਾ ਲੱਗਦਾ ਵੀ ਹਾਂ ਇਹਨੂੰ ਵੀਟ ਐਲਰਜੀ ਹੈ, ਤਾਂ ਫਿਰ ਉਹ ਕਹਿੰਦੇ ਨੇ ਵੀ ਇਹਨੂੰ ਬੰਦ ਕਰ ਦਿਓ ਜੀ, ਕਣਕ ਦੀ ਰੋਟੀ ਬੰਦ ਕਰ ਦਿਓ। ਹਾਂਜੀ, ਹੁਣ ਕਣਕ ਦੀ ਰੋਟੀ ਬੰਦ ਕਰਨਾ ਕਿੰਨੇ ਕੁ ਤੱਕ ਸਲਿਊਸ਼ਨ, ਔਰ ਕਿਹੜੀ ਕਿਹੜੀ ਚੀਜ਼ 'ਚੋਂ ਕਣਕ ਕੱਟਾਂਗੇ ਤੁਸੀਂ, ਹੈ ਨਾ ਜੀ, ਬਿਲਕੁਲ, ਐਂਡ
ਤੁਸੀਂ 10 ਸਾਲ 15 ਸਾਲ ਤੱਕ ਬੱਚਾ ਤੁਹਾਡੇ ਕੋਲ ਹੈ, ਜਦੋਂ ਬਾਹਰ ਪੜ੍ਹਨ ਜਾਊਗਾ ਉੱਥੇ ਕੀ ਕਰੋਗੇ, ਉੱਥੇ ਤੱਕ ਤਾਂ ਠੀਕ ਹੈ, ਤੁਸੀਂ ਘਰ ਤਾਂ ਮੈਨੇਜ ਕਰ ਲਾਂਗੇ ਆਪਾਂ ਕਰੋਗੇ ਬਿਲਕੁਲ, ਤੇ ਉਹ ਇਸੇ ਲਈ ਕਿਹਾ ਜਾਂਦਾ ਵੀ ਵਿਦ ਇਨ ਟਾਈਮ ਉਹ ਸ਼ੁਰੂ ਕਰ ਲਈ ਜਾਵੇ ਤਾਂ ਕਿ ਵੀਟ ਐਲਰਜੀ ਸੋਹਣੇ ਰਿਜ਼ਲਟ ਮਿਲਦੇ ਆ। ਵੀਟ ਐਲਰਜੀ ਕਾਫੀ ਕੇਸ ਮੇਰੇ ਕੋਲ ਵੀ ਚੱਲ ਰਹੇ ਆ, ਫਾਦਰ ਸਾਹਿਬ ਕੋਲ ਵੀ ਚੱਲਦੇ ਆ, ਠੀਕ ਹੈ, ਅਤੇ ਸਾਡੇ ਡਾਕਟਰ ਨੇ ਪਟਿਆਲੇ ਉਹਨਾਂ ਕੋਲ ਵੀ ਨੇ, ਉਹ ਰਿਜ਼ਲਟ ਮਿਲਦੇ ਆ ਲੋਕ ਬੱਚੇ। ਅਸੀਂ ਵੀਟ ਦੇ ਦੁਆਰੇ ਕਣਕ ਖਾਣ ਲੱਗ ਜਾਂਦੇ ਆ, ਠੀਕ ਹੈ, ਹੌਲੀ ਹੌਲੀ ਟਾਈਮ ਲੱਗਦਾ ਇਹਦੇ 'ਚ, ਕਿਉਂਕਿ ਫਿਰ ਉਹ ਡਿਵੈਲਪ ਹੋ ਜਾਂਦਾ ਉਹਨਾਂ ਦਾ ਸਿਸਟਮ, ਠੀਕ ਹੋ ਜਾਂਦਾ, ਫਿਰ ਵੇਟ ਵੀ ਬਟਾਉਣ ਹੋਣ ਲੱਗ ਜਾਂਦਾ। ਰਿਪੋਰਟਸ ਨੋਰਮਲ ਆਉਂਦੀਆਂ, ਹਰ ਤਿੰਨ ਤਿੰਨ ਛੇ ਛੇ ਮਹੀਨੇ ਬਾਅਦ ਅਸੀਂ ਰਿਪੋਰਟਸ ਕਰਦੇ ਹਾਂ, ਨਾਲ ਰਿਕਾਰਡ ਰੱਖਦੇ ਹਾਂ ਆਪਾਂ ਕਿ ਹਾਂ ਇਹ ਵੈਲਿਊ ਵੀ ਡਾਊਨ ਆ ਰਹੀ ਹੈ ਨਾ, ਕਿਤੇ ਇਕੱਲੀ ਇਹ ਤਾਂ ਨਹੀਂ ਵੀ ਤੁਸੀਂ ਆਪ ਵੀਟ ਬੰਦ ਕਰਤੀ, ਪਰ ਉਹਦੀਆਂ ਵੈਲਿਊਜ਼ ਵੀ ਠੀਕ ਹੋਣੀਆਂ ਜ਼ਰੂਰੀ ਨੇ। ਬਿਲਕੁਲ, ਅਤੇ ਇਹ ਜਿਹੜਾ ਟ੍ਰੀਟਮੈਂਟ ਆ, ਮਤਲਬ ਜਿਵੇਂ ਤੁਸੀਂ ਕਿੰਨਾ ਕੁ ਲੰਮਾ ਚੱਲਦਾ ਕਿ ਮਰੀਜ਼ 'ਤੇ, ਮਰੀਜ਼ 'ਤੇ ਡਿਪੈਂਡ ਕਰਦਾ, ਡਿਫਰੈਂਟ ਹੈ ਨਾ, ਪਰਸਨ ਟੂ ਪਰਸਨ ਹੈ, ਮਤਲਬ ਹਰ ਪੇਸ਼ੈਂਟ ਦਾ ਆਪਣਾ ਇੱਕ ਉਹ ਹੁੰਦਾ ਬੋਡੀ ਦਾ ਵੀ ਉਹ ਕਿੰਨਾ ਕੁ ਜਲਦੀ ਅਸੈਪਟ ਕਰ ਲੈਂਦੇ ਆ, ਠੀਕ ਹੈ। ਜਾਂ ਜਿਵੇਂ ਪੁਰਾਣੇ ਲੋਕ ਆਉਂਦੇ ਨੇ ਸਾਡੇ ਕੋਲ, ਉਹਨਾਂ ਨੇ ਪਹਿਲਾਂ ਮੈਡੀਸਨ ਬਹੁਤ ਲਈ ਹੁੰਦੀ ਹੈ ਹੈ ਨਾ, ਐਲੋਪੈਥੀ ਬਹੁਤ ਖਾਧੀ ਹੁੰਦੀ ਹੈ, ਤਾਂ ਉਹਦੇ ਲਈ ਉਹਨਾਂ ਨੂੰ ਉਸ ਤਰ੍ਹਾਂ ਦਾ ਟਾਈਮ ਲੱਗਦਾ। ਹਾਂਜੀ, ਅਕੋਰਡਿੰਗ ਟੂ ਡਿਜ਼ੀਜ਼ ਹੈ ਜੀ, ਹਾਂ, ਕਿੰਨਾ ਕੁ ਫਰਕ, ਪਹਿਲਾਂ ਹੀ ਬਿਮਾਰੀ 'ਤੇ ਡਿਪੈਂਡ ਕਰਦਾ, ਫਿਰ ਪੇਸ਼ੈਂਟ ਦੀ ਹੈਲਥ 'ਤੇ ਡਿਪੈਂਡ ਕਰਦਾ ਵੀ ਕਿੰਨੀ ਕੁ ਡੀਰੇਂਜ ਹੋਈ ਹੋਈ ਹੈ, ਕੀ ਉਹ ਅੰਦਰੋਂ ਬਹੁਤਾ ਹੀ ਜ਼ਿਆਦਾ ਖਰਾਬ ਹੈ, ਠੀਕ ਹੈ, ਫਿਰ ਉਹਨੂੰ ਉਨਾ ਕੁ ਟਾਈਮ ਵੱਧ ਲੱਗਦਾ, 6 ਮਹੀਨੇ, ਸਾਲ, 2 ਸਾਲ, ਕੋਈ ਹੁੰਦਾ ਵੀ ਅਦਰਵਾਈਜ਼ ਉਹ ਠੀਕ ਹੁੰਦਾ, ਲੇਕਿਨ ਉਹਨੂੰ ਸਿਰਫ ਟੈਂਪਰੇਚਰ ਚੇਂਜ, ਹੋਰ ਇਸ ਤਰ੍ਹਾਂ ਦੇ ਵਿੱਚ ਛਿੱਕਾਂ ਜ਼ੁਕਾਮ ਲੱਗਦਾ, ਤਾਂ ਉਹ ਇੰਨੀ ਕੁਝ ਲੰਬਾ ਸਮਾਂ ਲੈਣੀ ਵੀ ਨਹੀਂ ਪੈਂਦੀ। ਹਾਂਜੀ, ਤੇ ਜਿਵੇਂ ਮੈਂ ਨਾ ਤੁਹਾਨੂੰ ਹਾਸੇ ਹਾਸੇ 'ਚ ਦੱਸਿਆ ਸੀ ਵੀ ਸਾਡੇ ਆਫਿਸ 'ਚ ਅੱਧੇ ਤੋਂ ਜਾਣਾ ਜ਼ਿਆਦਾ ਜਾਣਾ ਤੇ ਪੱਥਰੀਆਂ ਨੇ, ਹੁਣ ਆਪਾਂ ਪੱਥਰੀਆਂ ਹੀ ਕਹਾਂਗੇ, ਤੇ ਉਹ ਮੈਂ ਤਾਂ ਸਭ ਤੋਂ ਪਹਿਲਾਂ ਤਾਂ ਮੈਂ ਰੀਜ਼ਨ ਜਾਣਨਾ ਚਾਹੁੰਦੀ ਹਾਂ ਕਿ ਮੇਨ ਜਿਹੜਾ ਇੰਨੇ ਜ਼ਿਆਦਾ ਲੋਕਾਂ ਨੂੰ ਪੱਥਰੀਆਂ ਹੋ ਰਹੀਆਂ ਨੇ, ਜਿਵੇਂ ਮੇਰੇ ਇੱਕ ਨੋਨ ਨੇ ਹਿਮਾਚਲ ਰਹਿੰਦੇ ਨੇ, ਉਹ ਕਹਿੰਦੇ ਵੀ ਹਿਮਾਚਲ ਬਹੁਤ ਮੇਜਰ ਪ੍ਰੋਬਲਮ ਹੈ ਇਹ, ਕਿਉਂਕਿ ਪਾਣੀ 'ਚ ਕੈਲਸ਼ੀਅਮ ਬਹੁਤ ਆ, ਹੈ ਨਾ, ਤੇ ਸਾਡੇ ਤੁਸੀਂ ਪੰਜਾਬ 'ਚ ਦੇਖ ਲਓਗੇ ਵੀ ਹਰ ਘਰ 'ਚ ਫਿਲਟਰ ਲੱਗਿਆ ਹੋਇਆ, ਅਸੀਂ ਫਿਲਟਰਡ ਪਾਣੀ ਪੀ ਰਹੇ ਹਾਂ, ਹੈ ਨਾ, ਅਤੇ ਦੂਜਾ ਇਹ ਹੈ ਕਿ ਮੈਨੂੰ ਚਲੋ ਐਂ ਲੱਗਦਾ ਹੁੰਦਾ ਵੀ ਫਿਰ ਵੀ ਸਾਡਾ ਖਾਣਾ ਪੀਣਾ ਵਧੀਆ, ਬੇਸ਼ੱਕ ਅਸੀਂ ਜੰਕ ਫੂਡ ਬਹੁਤ ਲੈ ਰਹੇ ਹਾਂ, ਪਰ ਹਰ ਤੀਜਾ ਬੰਦਾ ਉਹਨੂੰ ਤੁਸੀਂ ਪੁੱਛੋਗੇ ਵੀ ਤੂੰ ਬਾਹਰ ਖਾਣਾ, ਨਹੀਂ ਮੈਂ ਬਾਹਰ ਵੀ ਨਹੀਂ ਖਾਂਦਾ, ਮੈਂ ਫਰਾਈਡ ਨਹੀਂ ਖਾ ਰਿਹਾ, ਮੈਂ ਕੁਛ, ਇਹ ਇਸ ਚੀਜ਼ ਦਾ ਰੀਜ਼ਨ ਕੀ ਆ ਕਿ ਹਰ ਇੱਕ ਬੰਦੇ ਨੂੰ ਸਟੋਰ ਹੈ ਤਾਂ ਡਾਇਟਰੀ ਚੇਂਜਿਸ ਸੀ, ਹੈ ਨਾ, ਡਾਇਟ ਮੇਨ ਰੀਜ਼ਨ ਹੈ ਕਿਤੇ ਨਾ ਕਿਤੇ, ਡਾਇਟ ਵੀ ਆ, ਐਂਡ ਸਾਡੇ ਨਾ ਸਿਸਟਮ 'ਚ ਵੀ ਇਹ ਹੋਮਿਓਪੈਥੀ ਵੀ ਸਾਨੂੰ ਪੜ੍ਹਾਇਆ ਵੀ ਜਾਂਦਾ, ਅਸੀਂ ਕੰਮ ਵੀ ਇਹ 'ਤੇ ਕਰਦੇ ਹਾਂ, ਤਈਓ ਅਸੀਂ ਲੰਬੀਆਂ, ਸਾਨੂੰ ਹੈਵ ਟੂ ਟੇਕ ਹਾਫ ਆਰ, 1 ਆਵਰ, ਅੱਧੇ ਘੰਟੇ ਦੀ, ਕੋਈ 15 ਮਿੰਟ ਦੀ, ਪੇਸ਼ੈਂਟ ਟੂ ਪੇਸ਼ੈਂਟ ਸਾਨੂੰ ਹਿਸਟਰੀ ਲੈਣੀ ਪੈਂਦੀ ਹੈ, ਬਿਕੋਜ਼ ਇਹ ਸਿਸਟਮ ਕੰਮ ਹੀ ਇਹ ਕਰਦਾ ਵੀ ਤੁਸੀਂ ਮੈਂਟਲੀ ਤੁਹਾਨੂੰ ਆਰਾਮ ਦਿੱਤਾ ਜਾਵੇ, ਫਸਟ ਰੀਜ਼ਨ ਇਹ ਹੈ, ਠੀਕ ਹੈ। ਸਟ੍ਰੈਸ ਹੋਣਾ, ਕਿਸੇ ਵੀ ਡਿਜ਼ੀਜ਼ ਦਾ ਉੱਠਣਾ, ਕੋਈ ਬਿਮਾਰੀ ਤੁਹਾਨੂੰ ਲੱਗਣੀ ਹੈ ਨਾ, ਉਹਦਾ ਰੀਜ਼ਨ ਬਿਹਾਈਂਡ ਕੋਈ ਨਾ ਕੋਈ ਸਟ੍ਰੈਸ ਹੈ ਮਾਇੰਡ 'ਚ, ਕਿਸੇ ਵੀ ਤਰ੍ਹਾਂ ਦਾ, ਚਾਹੇ ਉਹ ਥੋੜ੍ਹਾ ਹੈ ਚਾਹੇ ਉਹ ਲੰਬਾ ਹੈ, ਠੀਕ ਹੈ। ਸ਼ੋਰਟ ਐਕਟਿੰਗ ਸਟ੍ਰੈਸ ਵੀ ਹੁੰਦੇ ਨੇ, ਠੀਕ ਹੈ, ਉਹਨਾਂ ਨਾਲ ਵੀ ਬਿਮਾਰੀਆਂ ਬਣਦੀਆਂ ਨੇ। ਹਾਂਜੀ, ਹੁਣ ਜਿਵੇਂ ਕੈਂਸਰ ਹੈ ਤਾਂ ਉਹਦੀ ਕੋਈ ਅਜੇ ਅਨਨੋਨ ਸਿਸਟਮ ਹੈ ਵੀ ਹਾਂ ਪਤਾ ਨਹੀਂ ਜੀ, ਉਹਨੂੰ ਵੀ ਹੋ ਗਿਆ, ਉਹਨੂੰ ਆਪਾਂ ਕਹਿ ਦਿੰਦੇ ਹਾਂ ਓਵਰਆਲ ਕਿ ਜੀ ਪਾਣੀ ਮਾੜਾ ਸੀ, ਖਾਣੇ ਮਾੜੇ ਸੀ, ਇਕੱਲਾ ਇਹ ਰੀਜ਼ਨ ਨਹੀਂ ਹੈ, ਠੀਕ ਹੈ, ਸਟ੍ਰੈਸ ਬਹੁਤ ਵੱਡਾ ਰੀਜ਼ਨ ਹੈ, ਠੀਕ ਹੈ। ਹਾਂ, ਲੇਡੀਜ਼ ਦੇ ਵਿੱਚ ਜ਼ਿਆਦਾਤਰ ਕਿਉਂ ਹੁੰਦਾ, ਕਿਉਂਕਿ ਉਹਨਾਂ ਦੀਆਂ ਜਿਹੜੀਆਂ ਹਿਸਟਰੀਜ਼ ਨੇ ਸਹੁਰੇ ਘਰ ਦੀਆਂ, ਪੇਕੇ ਦੀਆਂ ਪੁਰਾਣੀਆਂ ਪ੍ਰੋਬਲਮਸ ਕੈਰੀ ਔਨ ਹੁੰਦੀਆਂ ਰਹਿੰਦੀਆਂ, ਛੋਟੇ ਹੁੰਦੇ ਉਹ ਕਿਸ ਤਰ੍ਹਾਂ ਦੇ ਸੀ, ਕਿਸ ਤਰ੍ਹਾਂ ਦੇ ਮਾਹੌਲ 'ਚੋਂ ਆਏ, ਅੱਗੇ ਫੈਮਿਲੀ ਕਿਸ ਤਰ੍ਹਾਂ ਦੀ ਮਿਲੀ, ਹੈ ਨਾ, ਤਾਂ ਉਹ ਚੀਜ਼ਾਂ ਮੈਟਰ ਕਰਦੀਆਂ ਨੇ, ਇਹ ਸਾਰਾ ਕੁਝ ਕੋਲੈਬੋਰੇਟ ਹੋ ਕੇ ਇੱਕ ਇਸ ਤਰ੍ਹਾਂ ਦੀ ਕੰਡੀਸ਼ਨ ਬਣਦੀ ਹੈ ਜਿਹਦੇ ਕਰਕੇ ਕੈਂਸਰ ਆਇਆ ਜਾਂਦਾ ਪਾਇਆ ਜਾਂਦਾ। ਹੁਣ ਜਿਵੇਂ ਆਹ ਫਿਲਟਰ ਦੀ ਗੱਲ ਕਰੀ, ਬੇਸਿਕ ਰੀਜ਼ਨ ਹੈ ਮੈਮ ਇਹ, ਫਿਲਟਰਡ ਵਾਲਾ ਪਾਣੀ ਬਹੁਤ ਜ਼ਿਆਦਾ ਮਾੜਾ, ਥਾਇਰਡ, ਕਿਡਨੀ ਸਟੋਨਸ ਮੇਜਰ, ਫਿਲਟਰ ਤਾਂ ਪਾਣੀ ਤਾਂ ਪੀਣਾ ਚਾਹੀਦਾ ਹੀ ਨਹੀਂ ਨਾ ਬੇਸਿਕਲੀ। ਅੱਛਾ ਜੀ, ਠੀਕ ਹੈ। ਰਾਜਸਥਾਨ 'ਚ ਇੱਕ ਜਗ੍ਹਾ ਹੈ, ਮੇਰੇ ਨਾਮ ਨਹੀਂ ਧਿਆਨ 'ਚ, ਉੱਥੋਂ ਦੇ ਏਰੀਏ ਦੇ ਲੋਕ ਸਿਰਫ ਅਤੇ ਸਿਰਫ ਫਿਲਟਰ ਪਾਣੀ ਪੀਣ ਨਾਲ ਉਹ ਕੁੱਬੇ ਹੋ ਗਏ ਆ, ਕੁੱਬੇ ਹੋ ਕੇ ਚੱਲ ਰਹੇ ਨੇ ਹੁਣ, ਜੇ 15 ਸਾਲ ਤੋਂ ਸਿਰਫ ਫਿਲਟਰ ਵਾਲਾ ਪਾਣੀ ਪੀਂਦੇ ਸੀ, ਠੀਕ ਹੈ, ਕਿਉਂਕਿ ਫਿਲਟਰ ਵਾਲਾ ਪਾਣੀ ਇਜ਼ ਨੋਟ ਦੈਟ ਮੱਚ, ਮਤਲਬ ਆਪਾਂ ਨੂੰ ਉਹ ਨੁਕਸਾਨੀਕਾਰਕ ਹੀ ਹੈ ਜਿੰਨਾ ਵੀ ਆਪਾਂ ਕਹਿ ਕੇ ਚੱਲੀਏ। ਪਾਣੀ ਟੈਸਟ ਕਰਾਓ, ਜੇ ਪਾਣੀ ਨਹੀਂ ਠੀਕ ਹੈਗਾ ਉਹਨੂੰ ਡੂੰਘਾ ਕਰਾ ਲਓ, ਠੀਕ ਹੈ,
ਆਈਦਰ ਵੇ ਜੇ ਆਪਣੇ ਕੋਲ ਆਪਸ਼ਨ ਹੀ ਕੋਈ ਨਹੀਂ ਵੀ ਹਾਂ ਪਾਣੀ ਤਾਂ ਸਾਡਾ ਮਾਰੇ ਬੋਇਲ ਕਰ ਲਓ, ਹਾਂ ਉਹਨੂੰ ਬੋਇਲ ਕਰ ਲਓ, ਉਹਨੂੰ ਬੋਇਲ ਕਰਕੇ ਫਿਰ ਕੀ ਉਹਦੀ TDS ਠੀਕ ਰੱਖੋ, ਠੀਕ ਹੈ, TDS ਨੂੰ ਬਹੁਤਾ ਡਾਊਨ ਨਾ ਕਰੋ, ਹਾਂ ਪਾਣੀ ਜ਼ਿਆਦਾ ਆਪਾਂ ਸੋਫਟ ਕਰ ਕਰਕੇ ਪੀਣ ਦੀ ਕੋਸ਼ਿਸ਼, ਠੀਕ ਹੈ, ਤਾਂ ਉਹ ਇਹ ਅਸੀਂ ਕਰਕੇ ਰਿਕਮੈਂਡ ਕਰਦੇ ਹਾਂ ਵੀ ਫਿਲਟਰ ਕਰ ਲਓ ਜੇ ਤੁਹਾਡਾ ਬਿਲਕੁਲ ਹੀ ਆਪਣੇ ਕੋਲ ਆਪਸ਼ਨ ਨਹੀਂ ਹੈ, ਆਪਾਂ ਪਾਣੀ ਨੀਚੇ ਵੀ ਨਹੀਂ ਕਰ ਸਕਦੇ ਐਂਡ ਪਾਣੀ ਰੀਅਲੀ 'ਚ ਅਡਲਟਰੇਟਡ ਹੋ ਗਿਆ ਆਪਣੇ ਏਰੀਏ ਦਾ, ਤਾਂ ਫਿਲਟਰ 'ਚੋਂ ਕੱਢ ਕੇ ਫਿਰ ਤੁਸੀਂ ਉਹਨੂੰ ਘੜੇ 'ਚ ਰੱਖੋ ਜਿੱਥੇ ਸਨਲਾਈਟ ਪੈਂਦੀ ਹੋਵੇ, ਘੜੇ ਤੋਂ ਪਹਿਲਾਂ ਪਾਣੀ ਯੂਜ਼ ਨਹੀਂ ਕਰਨਾ, ਫਿਲਟਰ ਵਾਲਾ ਪਾਣੀ ਘੜੇ 'ਚ ਜਾਵੇ, ਘੜੇ ਦੇ ਉੱਤੇ ਕਿਰਨਾਂ ਮੋਰਨਿੰਗ ਪੈਂਦੀਆਂ ਹੋਣ, ਉਹ ਪਾਣੀ ਤੁਸੀਂ ਚਾਹੇ ਫਰਿੱਜ 'ਚ ਰੱਖੋ ਚਾਹੇ ਪੀਓ, ਐਟਲੀਸਟ ਕੁਛ ਉਹ ਜਿਹੜੇ ਪਾਰਟੀਕਲਸ ਨੇ ਜਿਹੜੇ ਜ਼ਰੂਰੀ ਤੱਤ ਨੇ ਉਹ ਮੋੜਨੇ ਚਾਹੀਦੇ ਨੇ, ਹੈ ਨਾ, ਤਾਂ ਇਹ ਬੜਾ ਮੇਜਰ ਰੀਜ਼ਨ ਹੈ ਕਿਡਨੀ ਸਟੋਨ ਦਾ ਵੀ ਅਤੇ ਥਾਇਰਾਇਡ ਦਾ ਵੀ, ਹਰ ਮੈਨੂੰ ਨਹੀਂ ਲੱਗਦਾ ਵੀ ਕੋਈ ਉਹ ਇੱਕ ਘਰ ਦੋ ਘਰ ਬਚਦੇ ਹੋਣਗੇ ਜਿੱਥੇ ਇਹਨਾਂ ਨੇ ਥਾਇਰਾਇਡ ਨਹੀਂ ਪਹੁੰਚਾ, ਆਹ ਨਹੀਂ ਪਹੁੰਚਾਇਆ ਫਿਲਟਰ, ਔਰ ਮੈਨੂੰ ਤਾਂ ਇਹ ਵੀ ਨਹੀਂ ਸੀ ਪਤਾ ਵੀ ਥਾਇਰਾਇਡ ਹੁੰਦਾ ਕੀ ਆ, ਮੈਂ ਹੈਰਾਨ ਰਹਿ ਜਾਂਦੀ ਕਈ ਵਾਰ 30-35 ਸਾਲ ਦੀਆਂ ਕੁੜੀਆਂ ਕਹਿਣਗੀਆਂ ਵੀ ਮੈਨੂੰ ਥਾਇਰਾਇਡ ਆ, ਹੈ ਨਾ, ਅਤੇ ਮੈਨੂੰ ਪਤਾ ਵੀ ਨਹੀਂ ਸੀ ਲੱਗਦਾ, ਮੈਂ ਇਹੀ ਸਮਝ ਜਾਂਦੀ ਵੀ ਜਿਹਨੂੰ ਬੈਕ ਪੇਨ ਹੁੰਦੀ ਥਾਇਰਾਇਡ ਕਹਿੰਦੇ ਆ, ਹਾਂਜੀ, ਕਿਉਂਕਿ ਜਦੋਂ ਤੱਕ ਤੁਸੀਂ ਉਸ ਬਿਮਾਰੀ ਨਾਲ ਇੰਟਰੋਡਿਊਸ ਹੀ ਨਹੀਂ ਹੋਇਆ, ਉਹਦੇ 'ਚ ਵੀ ਬੜੀ ਮਤਲਬ ਇੱਕ ਲੰਬਾ ਉਹ ਹੈਗਾ ਸਿਸਟਮ ਬਣਿਆ ਹੋਇਆ ਵੀ ਥਾਇਰਾਇਡ ਦੀ ਟੇਬਲੇਟ ਲਾ ਦਿਓ ਜੀ, ਠੀਕ ਹੈ, ਟੇਬਲੇਟ ਖਾਈ ਜਾਓ, ਖਾਣੀ ਲਾਈਫ ਟਾਈਮ ਖਾਣੀ ਪੈਂਦੀ ਆ, ਪੇਸ਼ੈਂਟ ਆਉਂਦੇ ਸਾਡੇ ਕੋਲ, ਅਸੀਂ ਉਹਨਾਂ ਨੂੰ ਟੇਬਲੇਟ ਬੰਦ ਕਰਵਾ ਕੇ ਦੇਖੀ ਹੈ ਵੀ ਚਲੋ ਹੁਣ ਬੰਦ ਖਾਣੀ ਨਹੀਂ ਤੁਸੀਂ 6 ਮਹੀਨੇ, ਵੇਟ ਵੀ ਠੀਕ ਰਹਿੰਦਾ, ਠੀਕ ਹੈ, ਜਦੋਂ ਪੁੱਛਦੇ ਹਾਂ ਅਸੀਂ ਵੀ ਥਾਇਰਾਇਡ ਹੈਗਾ ਤੁਹਾਨੂੰ, ਤੁਸੀਂ ਟੇਬਲੇਟ ਖਾ ਰਹੇ ਹੋ, ਕੀ ਤੁਹਾਡੀ ਐਪੇਟਾਈਟ ਠੀਕ ਹੋਈ, ਭੁੱਖ ਠੀਕ ਹੋਈ, ਥਕਾਵਟ ਠੀਕ ਹੋਈ, ਥੱਕੇ ਰਹਿਣਾ, ਜਲਦੀ ਥਕਾਵਟ ਹੋ ਜਾਣੀ, ਕੰਮ ਘੱਟ ਕਰ ਪਾਉਣਾ, ਲੇਡੀਜ਼ ਨੇ ਕਹਿੰਦੇ ਨਹੀਂ ਜੀ ਗੋਲੀ ਖਾ ਰਹੇ ਹਾਂ, ਪਰ ਪ੍ਰੋਬਲਮ ਸਾਰੀਆਂ ਸੀ, ਫਿਰ ਉਹ ਹੱਲ ਤਾਂ ਹੋਇਆ, ਹੱਲ ਤਾਂ ਹੋ ਜਾਣਾ, ਹੈ ਨਾ, ਫਿਰ ਉਹ ਬਸ ਤੁਹਾਨੂੰ ਇੱਕ ਸਰਕਲ ਹੈ, ਵਿਸ਼ੇ ਸਰਕ ਸਾਈਕਲ 'ਚ ਪਏ ਹੋਏ ਹਾਂ ਆਪਾਂ ਵੀ ਹੁਣ 75 ਖਾ ਲਓ, ਹੁਣ 100 mg ਖਾ ਲਓ, ਠੀਕ ਹੈ, ਅਤੇ ਉਹ ਕਈ 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 ਲੰਬੇ ਸਾਲ ਚੱਲੀ ਜਾਂਦੀ ਹੈ, ਇੱਕ ਥਾਇਰਾਇਡ ਇੱਕ ਸ਼ੂਗਰ, ਦੋ ਡਾਇਬਟਿਕ ਦੀ ਤੁਹਾਨੂੰ ਗੋਲੀ ਲੱਗਣੀ ਲੱਗਣੀ ਹੈ, ਪਰ ਉਹਦੀ ਡਾਇਟ ਕੀ ਹੋਣੀ ਚਾਹੀਦੀ ਹੈ, ਕੀ ਉਹ ਖਾਣਾ ਪੀਣ ਨਾਲ ਆਪਾਂ ਸੁਧਾਰ ਸਕਦੇ ਹਾਂ, ਇਹ 'ਤੇ ਕੋਈ ਗੌਰ ਨਹੀਂ ਕਰਦਾ। ਹਾਂਜੀ, ਮੈਂ ਇਸੇ ਚੀਜ਼ ਨਾਲ ਜੁੜੀ ਤੋਂ ਇੱਕ ਗੱਲ ਦੱਸਦੀ ਹਾਂ, ਅਸੀਂ 2 ਮਹੀਨੇ ਪਹਿਲਾਂ 4 ਸਹੇਲੀਆਂ ਘੁੰਮਣ ਗਏ ਹਾਂ, ਉਹਨਾਂ 'ਚੋਂ ਇੱਕ ਮੇਰੀ ਫਰੈਂਡ ਨੂੰ ਇਹ ਪ੍ਰੋਬਲਮ ਸੀਗੀ ਅਤੇ ਉਹ ਇੱਥੋਂ ਆਪਣੀ ਮੈਡੀਸਨ ਲਿਜਾਣੀ ਭੁੱਲ ਗਈ, ਉਹਨੇ 2 ਦਿਨ ਨਹੀਂ ਖਾਧੀ ਅਤੇ ਉਹ ਮੈਨੂੰ ਕਹਿੰਦੀ ਵੀ ਮੈਨੂੰ ਤਾਂ ਬਹੁਤ ਜ਼ਰੂਰੀ ਆ, ਮੈਂ ਖਾਣੀ ਹੁੰਦੀ ਆ ਸਵੇਰੇ ਉੱਠ ਕੇ ਖਾਲੀ ਪੇਟ, ਹੈ ਨਾ। ਮੈਂ ਉਹਨੂੰ ਕਿਹਾ ਵੀ ਜੇ ਤੈਨੂੰ ਕੋਈ ਸਮੱਸਿਆ ਨਹੀਂ ਹੋ ਰਹੀ ਤੂੰ ਨਾ ਖਾ, ਅਤੇ ਉਹ ਕਹਿੰਦੀ ਨਹੀਂ ਫਿਰ ਮੈਨੂੰ ਹਫ਼ਤੇ ਬਾਅਦ ਹੋਊਗੀ। ਮੈਂ ਕਿਹਾ ਚਲੋ ਹਫ਼ਤਾ ਵੇਟ ਤਾਂ ਕਰ, ਮਤਲਬ ਉਹਦਾ ਮਾਇੰਡ ਸੈੱਟ ਇੱਦਾਂ ਦਾ ਹੋਇਆ ਹੋਇਆ ਸੀ ਵੀ ਉਹਨੇ, ਅਸੀਂ ਪੂਰੇ ਜੋਧਪੁਰ 'ਚੋਂ ਇੱਕ ਮੈਡੀਕਲ ਸਟੋਰ ਲੱਭਿਆ ਕਿਉਂਕਿ ਉੱਥੇ ਬਹੁਤ ਘੱਟ ਇੱਦਾਂ ਦੇ ਸਟੋਰ ਨੇ, ਤਾਂ ਉੱਥੋਂ ਉਹਨੇ ਮੈਡੀਸਨ ਲੈ ਕੇ ਜਿੰਨਾ ਚਿਰ ਖਾਧੀ ਨਹੀਂ ਉਹਦਾ ਦਿਮਾਗ ਉਸੇ ਚੀਜ਼ 'ਚ ਰੋਟੇਟ ਹੁੰਦਾ ਰਿਹਾ ਕਿ ਨਵੇਂ ਦਵਾਈ ਖਾਣੀ। ਇਹ ਜਿਹੜੀ ਨਾ ਬਹੁਤ ਉਲਝਣਦਾਰ ਕੰਮ ਹੈ ਵੀ ਮਾਇੰਡ ਨੂੰ ਪੜ੍ਹ ਪਾਉਣਾ, ਐਂਡ ਮਾਇੰਡ ਦੀ ਇਹ ਬਹੁਤ ਵੱਡੀ ਪ੍ਰੋਬਲਮ ਹੈ ਵੀ ਜੋ ਆਪਾਂ ਥੋਟ ਦੇਤਾ ਨਾ ਇੱਕ ਵਾਰੀ ਦਿਨ 'ਚ, ਠੀਕ ਹੈ, ਉਹ ਥੋਟ 'ਚ ਫਿਰ ਨਿਕਲਦਾ ਨਹੀਂ ਪੇਸ਼ੈਂਟ, ਕੋਈ ਵੀ ਬੰਦਾ ਪਰਸਨਲ ਗੱਲ ਨਹੀਂ ਹੈ, ਮਤਲਬ ਵੀ ਇਹਦੇ 'ਚੋਂ ਮਾਇੰਡ ਇਹ ਕਹਿਣ ਐਕਸੈਪਟ ਕਰ ਲੈਂਦੇ ਆਪਾਂ ਵੀ ਹਾਂ ਯਾਰ ਇਹਦੇ ਬਿਨਾਂ ਵੀ ਕਾਂਟ ਲਿਆ, ਇਹ ਗੋਲੀ ਤਾਂ ਖਾਵਾਂਗੇ ਨਾ ਤਾਂ ਅਸੀਂ ਸਾਰਾ ਦਿਨ ਠੀਕ ਰਹਾਂਗੇ, ਠੀਕ ਹੈ, ਉਹਨੂੰ ਬਹੁਤ ਸਟਰੋਂਗ ਵਿਲ ਨਾਲ ਛੱਡਣਾ ਪੈਂਦਾ ਹੈ, ਕਰਕੇ ਦੇਖਣਾ, ਜ਼ਰੂਰ ਟਰਾਈ ਕਰਕੇ ਦੇਖਣੀ ਚਾਹੀਦੀ ਹੈ। ਹਾਂ, ਅਸੀਂ ਕਹਿੰਦੇ ਆ ਲੋਕਾਂ ਨੂੰ, ਲੋਕ ਆਉਂਦੇ ਆ ਕੀਪ ਔਨ ਚੈੱਕਿੰਗ, ਤੁਸੀਂ ਵੇਟ ਚੈੱਕ ਕਰਦੇ ਰਹੋ, ਜੇ ਤੁਹਾਡਾ ਵੇਟ ਪੋਟਾਊਨ ਹੋ ਗਿਆ, ਵੇਟ ਵੱਧ ਗਿਆ, ਅਸੀਂ ਟੇਬਲੇਟ ਬੰਦ ਰੱਖੀ ਹੋਈ ਹੈ, ਇਹਦਾ ਮਤਲਬ ਠੀਕ ਹੈ ਤੁਹਾਡੀ ਬੋਡੀ ਨੂੰ ਲੋਡ ਹੈ, ਫਿਰ ਆਪਾਂ ਮੈਡੀਸਨ ਚੇਂਜ ਕਰਾਂਗੇ। ਹੁਣ ਜੇ 2-3 ਮਹੀਨਿਆਂ 'ਚ 3 ਮਹੀਨੇ ਬਾਅਦ ਤੁਹਾਡਾ 1 kg ਵੇਟ ਵਧਿਆ, ਠੀਕ ਹੈ, ਇਹਦਾ ਮਤਲਬ ਤੁਹਾਨੂੰ ਥਾਇਰਾਇਡ ਇਫੈਕਟ ਹੀ ਨਹੀਂ ਕਰਦਾ, ਹਾਂ ਉਹ ਤਾਂ ਨੋਰਮਲ ਚੀਜ਼ ਹੈ, ਤਾਂ ਫਿਰ ਉਹ ਆਪਾਂ ਕਿਉਂ ਅਨਸੈਸਰਲੀ ਟੇਬਲੇਟ ਖਾਈ ਜਾਣੀ ਹੈ। ਹਾਂ, ਉਹਦੀ ਜਗ੍ਹਾ ਖਾਣਾ ਪੀਣਾ ਅੱਛਾ ਕਰ ਲਓ, ਠੀਕ ਹੈ, ਦੇਖੋ ਕਣਕ ਦੁੱਧ ਇਹ 2 ਚੀਜ਼ਾਂ ਇਹੋ ਜਿਹੀਆਂ ਨੇ ਜਿਹਦੀ ਕੰਜ਼ੰਪਸ਼ਨ ਸਭ ਤੋਂ ਜ਼ਿਆਦਾ ਹੈ,
ਇਹੀ ਸਭ ਤੋਂ ਜ਼ਿਆਦਾ ਅਡਲਟਰੇਸ਼ਨ ਹੈ ਇਹਨਾਂ ਚ, ਹਨਾ, ਦੁੱਧ ਚ ਸਭ ਤੋਂ ਜ਼ਿਆਦਾ ਤੇ ਕਣਕ ਚ, ਹਨਾ। ਤੇ ਇੱਕ ਜਿਵੇਂ ਮੈਂ ਜਾਣਨਾ ਚਾਹੁੰਦੀ ਹਾਂ ਵੀ ਕਈਆਂ ਦੇ ਸਟੋਨਸ ਹੁੰਦੀਆਂ ਨੇ ਪਰ ਉਹਨਾਂ ਨੂੰ ਪੇਨ ਨਹੀਂ ਹੁੰਦਾ, ਹੁਣ ਆਪਾਂ ਨੂੰ ਸਟੋਨ ਹੋ ਸਕਦਾ ਤੁਹਾਡੇ ਵੀ ਹੋਣ, ਕਿਸੇ ਹੋਰ ਦੇ ਵੀ ਹੋਵੇ ਨਾ, ਜਦੋਂ ਤੱਕ ਪੇਨ ਨਹੀਂ ਹੁੰਦਾ ਸਾਨੂੰ ਨਹੀਂ ਪਤਾ ਚੱਲਦਾ। ਮੈਂ ਤੁਹਾਨੂੰ ਦੱਸਿਆ ਸੀ ਵੀ ਜਦੋਂ ਮੈਂ ਜਾ ਕੇ ਅਲਟਰਾਸਾਊਂਡ ਕਰਾਇਆ, ਉਹਨਾਂ ਨੇ ਮੈਨੂੰ ਦੱਸਿਆ ਵੀ ਨੌ ਨੇ ਤੁਹਾਡੇ, ਹਨਾ, ਪੰਜ ਇੱਕ ਸਾਈਡ, ਚਾਰ ਇੱਕ ਸਾਈਡ, ਤੇ ਮੈਨੂੰ ਹੈਰਾਨੀ ਹੋਈ ਵੀ ਮਤਲਬ ਮੈਂ ਨੌ ਸਟੋਨਸ ਲਈ ਬੈਠੀ ਹਾਂ, ਕਦੇ ਪਤਾ ਹੀ ਨਹੀਂ ਲੱਗਿਆ, ਹਾਂਜੀ, ਗੁਰਦਿਆਂ 'ਚ। ਤੇ ਜੇ ਕਿਸੇ ਨੂੰ ਪੇਨ ਨਹੀਂ ਹੋ ਰਿਹਾ, ਫਿਰ ਇਸ ਚੀਜ਼ ਦਾ ਨੁਕਸਾਨ ਹੈ ਕਿ ਉਹਨੂੰ ਮਤਲਬ ਹਾਲੇ ਤੱਕ ਡਾਇਗਨੋਜ਼ ਨਹੀਂ ਹੋਇਆ ਪਰ ਉਹਦੇ ਸਟੋਨਸ ਹੈਗੀਆਂ ਨੇ, ਉਹ ਕਿਡਨੀਜ਼ ਨੂੰ ਇਫੈਕਟ ਕਰਦੀਆਂ ਨੇ, ਇਫੈਕਟ ਕਰਦੇ ਨੇ ਜੀ ਵਰਕਿੰਗ 'ਚ ਤਾਂ, ਹਨਾ। ਦੇਖੋ ਜੋ ਜਿਹੜੀ ਇੱਕ ਹੈਲਦੀ ਔਰਗਨ ਨੇ ਕੰਮ ਕਰਨਾ ਹੈ ਉਹਦੇ ਨਾਲ ਡਿਫਰੈਂਸ ਤਾਂ ਆਊਗਾ, ਹਨਾ। ਇਸ ਲਈ ਦੇਖੋ ਆਪਣੇ ਅਵੇਅਰਨੈਸ ਘੱਟ ਹੈ, ਫੋਰਨ ਕੰਟਰੀ ਦੇ ਵਿੱਚ ਉਹ ਹਰ ਸੈਕਿੰਡ ਥਰਡ ਈਅਰ ਟੋਟਲ ਸਕੈਨ ਹੁੰਦਾ ਬਾਡੀ ਦਾ, ਹਨਾ, ਤੇ ਮਤਲਬ ਇਹ ਨਹੀਂ ਹੈ ਵੀ ਉੱਥੇ ਪ੍ਰੋਬਲਮਸ ਹੈ ਨਹੀਂ, ਕੈਂਸਰ ਉੱਥੇ ਬਹੁਤ ਹੈ, ਬ੍ਰੈਸਟ ਕੈਂਸਰ ਲੇਡੀਜ਼ ਨੂੰ ਬਹੁਤ ਜ਼ਿਆਦਾ, ਸਰਵਾਈਕਲ ਦਾ ਬਹੁਤ ਜ਼ਿਆਦਾ, ਬਹੁਤ ਜ਼ਿਆਦਾ, ਠੀਕ ਹੈ। ਬਟ ਲੇਕਿਨ ਉਹ ਕੀਪ ਔਨ ਚੈਕਿੰਗ ਹੈ, ਮਤਲਬ ਬਹੁਤ ਉਹਨਾਂ ਦੀ ਰੁਟੀਨ ਹੈ ਇਹ ਵੀ, ਹਾਂ ਯਾਰ ਅਸੀਂ ਦੇਖਦੇ ਰਹਿਣਾ ਵੀ ਕੁਛ ਹੈ ਤਾਂ ਨਹੀਂ, ਟਾਈਮਲੀ ਉਹਦਾ ਇਲਾਜ ਹੋ ਜਾਂਦਾ, ਠੀਕ ਹੈ। ਬ੍ਰੈਸਟ ਕੈਂਸਰ ਬਿਲਕੁਲ ਸੇਫ ਹੈ ਪੇਸ਼ੈਂਟ, ਉਹਦੇ ਕੁਛ ਨਹੀਂ ਪ੍ਰੋਬਲਮ ਆਉਂਦੀ, ਫਸਟ ਸੈਕਿੰਡ ਸਟੇਜ ਤੁਹਾਨੂੰ ਅਰਲੀ ਪਤਾ ਲੱਗ ਗਿਆ, ਉਹਦਾ ਆਪਰੇਟ ਕਰਾਓ ਕੁਛ, ਉਹਦੇ ਬੜੇ ਹੱਲ ਨੇ। ਹੁਣ ਜੇ ਆਪਾਂ ਉਹਨੂੰ ਚੈੱਕ ਹੀ ਨਹੀਂ ਕਰਦੇ, ਹਨਾ, ਫਿਰ ਉਹ ਫੋਰ ਸਟੇਜ 'ਤੇ ਚਲਾ ਜਾਂਦਾ, ਕਈ ਵਾਰੀ ਉਹ ਵੀ ਬੰਦੇ ਨੂੰ ਲੈ ਬੈਠਦਾ, ਠੀਕ ਹੈ। ਹਾਲਾਂਕਿ ਜਿਹਨੂੰ ਸੋਚਿਆ ਜਾਵੇ ਤਾਂ ਇੱਕ ਆਮ ਭਾਸ਼ਾ 'ਚ ਗੱਲ ਹੈ ਵਿੱਚ ਬੈਸਟ ਤਾਂ ਹੋ ਗਿਆ ਜੀ, ਕੋਈ ਗੱਲ ਨਹੀਂ, ਬ੍ਰੈਸਟ ਕੈਂਸਰ ਕਿਉਰੇਬਲ ਹੈ, ਡਰਨ ਦੀ ਲੋੜ ਨਹੀਂ ਤੁਹਾਨੂੰ, ਠੀਕ ਹੈ। ਅਤੇ ਲੇਕਿਨ ਉਹੀ ਹਾਲਾਤ ਇੱਧਰ ਨੇ, ਠੀਕ ਹੈ। ਆਫਟਰਆਲ ਕਿਡਨੀਜ਼ ਦੀ ਵਰਕਿੰਗ ਦੇ ਵਿੱਚ ਉਹ ਡਿਫਰੈਂਸ ਤਾਂ ਆਉਣਾ ਹੀ ਆਉਣਾ, ਹੈ ਨਾ। ਜੇ ਆਪਾਂ ਥੋਰੋਲੀ ਉਹਨੂੰ ਚੈੱਕ ਕਰਦੇ ਰਹਾਂਗੇ ਤਾਂ ਬੈਟਰ ਬਣਾ, ਠੀਕ ਹੈ, ਉਹਦਾ ਇਲਾਜ ਹੋ ਜੇ, ਮੈਡੀਸਨ ਲੈ ਲਈ ਜਾਵੇ। ਜੇ ਕੋਈ ਪੇਨਫੁਲ ਨਹੀਂ ਹੈ, ਡਾਇਟ ਦੇ ਵਿੱਚ ਵੀ ਚੇਂਜ ਕਰੀ ਜਾ ਸਕਦੀ ਹੈ, ਕਿਸੇ ਅੱਛੀ ਡਾਇਟੀਸ਼ੀਅਨ ਨੂੰ ਮਿਲ ਲਿਆ ਜਾਵੇ, ਠੀਕ ਹੈ। ਮੈਡੀਸਨ ਨਾ ਵੀ ਲਓ, ਜ਼ਰੂਰੀ ਨਹੀਂ ਵੀ ਉਹ ਡਾਇਟ ਦੇ ਵਿੱਚ ਕੰਮ ਕਰੇ ਵੀ ਹਾਂ ਯਾਰ ਅਸੀਂ ਆਪਦੇ ਔਰਗਨ ਨੂੰ ਹੈਲਦੀ ਰੱਖਣਾ, ਕਿਸ ਤਰ੍ਹਾਂ ਰੱਖਣਾ। ਸਾਡੇ ਕਿੱਥੇ ਨਾ ਤੁਹਾਡੇ ਪਟਿਆਲੇ, ਅੱਜ ਕੱਲ੍ਹ ਉਹ ਘੱਟ ਕਰਦੇ ਆ ਪ੍ਰੈਕਟਿਸ, ਵੈਰੀ ਗੁੱਡ ਡਾਕਟਰ, ਡਾਕਟਰ ਅਨੀਤਾ ਗੋਇਲ ਅਮਰ ਦੇ ਵਿੱਚ ਹੈ, ਗਾਇਨੀਕੋਲੋਜਿਸਟ, ਉਹ ਕਾਫੀ ਕੰਮ ਕਢਾ ਗਏ ਆ ਬੰਦ ਕਰਕੇ, ਬਹੁਤ ਸਪਿਰਚੁਅਲ ਲੇਡੀ ਨੇ, ਬਹੁਤ ਅੱਛੇ। ਉਹਨਾਂ ਦਾ ਬੜਾ ਜ਼ੋਰ ਹੁੰਦਾ ਸੀ, ਉਹ ਮੈਨੂੰ ਮੇਰੇ ਕੋਲ ਪੇਸ਼ੈਂਟ ਭੇਜਦੇ ਹੁੰਦੇ ਵੀ ਡਾਕਟਰ ਸਾਹਿਬ, ਫਾਈਬਰਡ ਯੂਟਰਸ ਦੇ ਵਿੱਚ ਫਾਈਬਰਡ ਹੋ ਗਿਆ ਨਾ, ਇਹ ਤੁਸੀਂ ਮੈਡੀਸਨ ਦਿੰਦੇ ਹੋ? ਅਸੀਂ ਹਾਂਜੀ ਦਿੰਦੇ ਹਾਂ, ਹੋ ਜਾਂਦਾ, ਘੱਟ ਜਾਂਦੇ ਨੇ, ਖਤਮ ਵੀ ਹੋ ਜਾਂਦੇ ਨੇ। ਉਹ ਕਹਿੰਦੇ ਵੀ ਮੈਂ ਰਿਕਮੈਂਡ ਨਹੀਂ ਕਰਦੀ ਜਲਦੀ, ਵੀ ਤਾਂ ਆਪਰੇਟ ਕਰਾਓ। ਕੋਈ ਵੀ ਗਾਇਨੀਕੋਲੋਜਿਸਟ ਪਹਿਲਾ ਸ਼ਬਦ ਉਹਨੂੰ ਇਹੀ ਕਹਿਣਗੇ ਵੀ ਹਾਂਜੀ ਕਢਾ ਦਿਓ। ਹਾਂ, ਤੇ ਤੁਸੀਂ ਦੇਖੋ ਵੀ ਇਹ ਵੀ ਇੱਕ ਉਹ ਕਿ ਐਲੋਪੈਥੀ ਦੇ ਇੱਕ ਗਾਇਨੀ ਦੇ ਡਾਕਟਰ ਤੁਹਾਨੂੰ, ਹਨਾ, ਪੇਸ਼ੈਂਟ ਦੇ ਰਹੇ, ਭੇਜ ਰਹੇ ਨੇ, ਬਿਲਕੁਲ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਮੇਰੇ ਲਈ ਪੇਸ਼ੈਂਟ ਜ਼ਰੂਰੀ ਹੈ, ਹਨਾ, ਮੇਰੇ ਲਈ ਇਹ ਨਹੀਂ ਕਿ ਮੈਂ ਟ੍ਰੀਟ ਕਰ ਸਕਦੀ ਹਾਂ ਉਸ ਚੀਜ਼। ਤਾਂ ਮੈਂ ਉਹਨਾਂ ਨੂੰ ਕਿਹਾ ਵੀ ਕਹਿੰਦੇ ਵੀ ਨਹੀਂ, ਮੈਂ ਲੋਕਾਂ ਨੂੰ, ਮੈਂ ਆਪਦੇ ਮੇਰੇ ਸਾਹਮਣੇ ਦੀ ਗੱਲ ਹੈ, ਉਹਨਾਂ ਨੂੰ ਇਹ ਕਿਹਾ ਗਿਆ ਪੇਸ਼ੈਂਟ ਨੂੰ ਵੀ ਇਹਨੂੰ ਪੋਜ਼ਿਟਿਵ એનર્ਜੀ ਦਿਓ, ਜੇ ਹੈ ਫਾਈਬਰ, ਥੋੜੇ ਯੂਟਰਸ ਦੇ ਵਿੱਚ ਫਾਈਬਰ ਆ ਗਿਆ ਤਾਂ ਇਹਨੂੰ ਛੱਡ ਦਿਓ, ਇੱਕ ਕੋਨੇ ਤੇ ਪਿਆ ਰਹਿਣ ਦਿਓ, ਤੁਸੀਂ ਇਹਨੂੰ ਥੋਟ ਇਹ ਦੇਣਾ ਵੀ ਇਹ ਕਿਉਰ ਹੋ ਜਾਏਗਾ, ਹਾਂਜੀ, ਠੀਕ ਹੈ। ਵੀ ਜਿਹੜੀਆਂ ਚੇਂਜਸ ਆਪਰੇਟ ਤੋਂ ਬਾਅਦ ਆਉਣਗੀਆਂ ਬਹੁਤ ਗਲਤ ਨੇ, ਠੀਕ ਹੈ, ਆਪਾਂ ਬਚੋ ਇਹ ਤੋਂ। ਤੁਸੀਂ ਹੋਮਿਓਪੈਥੀ ਲੈ ਲਓ, ਆਯੁਰਵੈਦਿਕ ਲੈ ਲਓ, ਆਯੁਰਵੈਦਿਕ ਦੇ ਬਹੁਤ ਸੋਹਣੇ ਰਿਜ਼ਲਟ ਨੇ, ਠੀਕ ਹੈ। ਆਪਾਂ ਪਰ ਇਸ ਚੀਜ਼ ਤੋਂ ਪਰਹੇਜ਼ ਕਰੋ ਵੀ ਇਹ ਨਿੰਦਰ ਨਾ ਜਾਇਆ ਜਾਵੇ। ਜਿਵੇਂ ਤੁਸੀਂ ਕਿਹਾ ਵੀ ਡਾਇਟ ਸਟੋਨਸ ਲਈ ਡਾਇਟ ਚੇਂਜ ਕਰੋ, ਹਨਾ, ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਨਹੀਂ ਖਾਣੀਆਂ ਚਾਹੀਦੀਆਂ, ਕਿਉਂਕਿ ਇਹਨਾਂ ਬਾਰੇ ਵੀ ਨਾ ਤੁਸੀਂ ਪਿੰਡਾਂ 'ਚ ਵੀ ਕਿਸੇ ਨਾਲ ਬੈਠ ਜਾਓ, ਤੁਸੀਂ ਚੜ੍ਹ, ਉਹ ਕਹੇਗਾ ਇੱਕ ਤਾਂ ਰਾਜਮਾਂਹ ਛੱਡ ਦਿਓ ਜੀ, ਇੱਕ ਤੁਸੀਂ ਗੰਢੇ ਖਾਣੇ ਛੱਡ ਦਿਓ, ਟਮਾਟਰ ਤਾਂ ਹਰ ਘਰ 'ਚ ਬੈਨ ਹੋ ਜਾਂਦਾ, ਅਤੇ ਉਹ ਮਤਲਬ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਛੱਡਣੀਆਂ ਬੇਸਿਕਲੀ, ਜਿਨ੍ਹਾਂ 'ਚ ਨਾ ਮਤਲਬ ਇਹ ਹੈਗਾ। ਹੁਣ ਜਿਵੇਂ ਸਟੋਨਸ ਬਣਨ ਦੇ ਵਿੱਚ ਤਾਂ ਰੀਜ਼ਨ ਜ਼ਿਆਦਾ ਬੇਸਿਕਲੀ ਇਹ ਡਾਇਟ ਆਪਾਂ ਲੈ ਲੈਂਦੇ ਹਾਂ ਵੀ ਹਾਂ ਯਾਰ ਆਹ ਵਾਲੀਆਂ ਚੀਜ਼ਾਂ, ਇੱਕ ਮਿਥ ਬਣਿਆ ਹੋਇਆ ਵੀ ਸਿਰਫ ਟਮਾਟਰ ਬੰਦ ਕਰਨ ਨਾਲ ਹੀ ਹੋ ਜਾਏਗਾ, ਠੀਕ ਹੈ। ਤਾਂ ਮੈਂ ਕਈ ਵਾਰੀ ਰਿਕਮੈਂਡ ਕਰਦਾ ਹੁੰਦਾ ਵੀ ਇਹਨੂੰ ਇੱਕ ਪ੍ਰੋਪਰ ਅਸੀਂ ਡਾਇਟੀਸ਼ੀਅਨ ਨੂੰ ਤਾਂ ਲੈ ਲੈਂਦੇ ਹਾਂ, ਠੀਕ ਹੈ, ਪਰ ਇੱਕ ਡਾਇਟੀਸ਼ੀਅਨ ਦੇ ਨਾਲ ਇੱਕ ਨਿਊਟ੍ਰੀਸ਼ਨਿਸਟ ਹੋਣਾ ਬਹੁਤ ਜ਼ਰੂਰੀ ਹੈ। ਨਿਊਟ੍ਰੀਸ਼ਨ ਬਾਰੇ ਜਿਹੜਾ ਨੌਲੇਜ ਹੈ ਨਾ, ਉਹ ਤੁਹਾਨੂੰ ਇਹਦੇ ਬਾਰੇ ਬੈਸਟ ਗਾਈਡ ਕਰਦਾ ਹਮੇਸ਼ਾ। ਕਦੇ ਵੀ ਇਹ ਨਾ ਸੋਚੋ ਵੀ ਮੈਂ ਵੇਟ ਘਟਾਉਣਾ ਹੈ, ਡਾਇਟ ਲੈ ਲੈਂਦਾ ਮੈਂ, ਠੀਕ ਹੈ। ਅੱਜ ਕੱਲ੍ਹ ਕੀ ਹੋ ਗਿਆ, ਨਿਊਟ੍ਰੀਸ਼ਨ ਵੱਲ ਬਹੁਤ ਧਿਆਨ ਹੈ ਲੋਕਾਂ ਦਾ, ਠੀਕ ਹੈ। ਨਿਊਟ੍ਰੀਸ਼ਨ ਦਾ ਬੈਸਟ ਹੋਣਾ
ਮਤਲਬ ਬਹੁਤ ਜ਼ਰੂਰੀ ਹੈ। ਤਾਂ ਉਹਦੇ 'ਚ ਮਤਲਬ ਇਹੋ ਜਿਹੀ ਕੋਈ ਵੀ ਚੀਜ਼, ਜਿਵੇਂ ਕਈ ਲੋਕ ਮੇਰੇ ਕੋਲ, ਇੱਕ ਪੇਸ਼ੈਂਟ ਆਏ ਪਰਸੋਂ, ਕੈਲਸ਼ੀਅਮ ਇਨਟੇਕ ਹੀ ਇੰਨਾ ਜ਼ਿਆਦਾ ਸੀ ਉਹਨਾਂ ਦਾ, ਮਤਲਬ ਜਿਵੇਂ ਡਰ ਨਹੀਂ ਹੋ ਜਾਂਦਾ ਲੇਡੀਜ਼ ਨੂੰ, ਕਿਸੇ ਨੇ ਕਹਿਤਾ ਵੀ ਆਫਟਰ 30 ਦਾ ਯਾਰ ਤੁਹਾਡੇ ਸਟੋਨ ਬੋਨਸ ਵੀਕ ਹੋ ਜਾਣਗੇ, ਠੀਕ ਹੈ ਤੁਸੀਂ ਕੈਲਸ਼ੀਅਮ ਲੈਣਾ ਸ਼ੁਰੂ ਕਰੋ। ਐਂਡ ਉਹ ਲੇਡੀ ਨੇ, ਮੈਨੂੰ ਲੱਗਦਾ ਪਤਾ ਨਹੀਂ ਕਿੰਨਾ ਟਾਈਮ ਕੈਲਸ਼ੀਅਮ ਲੈ ਲਿਆ, ਹੈ ਨਾ, ਉਹਦੇ ਵੈਲਿਊਜ਼ ਹੀ ਵਧੀਆਂ ਹੋਈਆਂ ਸੀ ਕਾਫੀ ਜ਼ਿਆਦਾ, ਠੀਕ ਹੈ। ਤਾਂ ਫਿਰ ਉਹ ਜਦੋਂ ਉਹਨੂੰ ਬਾਅਦ ਦੇ ਵਿੱਚ ਪਤਾ ਲੱਗੂਗਾ, ਕਦੇ ਉਹਨੇ ਸਕੈਨ ਕਰਾਇਆ ਵੀ ਮੇਰੇ ਸਟੋਨ ਬਣ ਗਿਆ, ਕੁਛ ਹੋਰ ਰੈਡੀ ਹੋ ਗਿਆ, ਹੈ ਨਾ, ਸਿਸਟਮ ਦੇ ਵਿੱਚ। ਤਾਂ ਆਪਣੇ ਆਪ ਆਪਾਂ ਨੂੰ ਕੁਛ ਵੀ ਇਸ ਤਰ੍ਹਾਂ ਸ਼ੁਰੂ ਨਹੀਂ ਕਰਨਾ ਚਾਹੀਦਾ, ਬੇਸਿਕਲੀ ਇਹ ਜਬ ਕਾਫੀ ਲੋੜ ਹੈ। ਅਤੇ ਤੁਸੀਂ ਇਹ ਲਾ ਲਓ ਵੀ ਮੈਂ ਉਹਨਾਂ ਦੇ ਵੈਲਿਊ ਚੈੱਕ ਕਰੀਆਂ, ਰਿਜ਼ਲਟ ਆਇਆ ਵਿਟਾਮਿਨ B12 ਅਬਵ 14, 1400, ਠੀਕ ਹੈ। ਅਤੇ ਉਹ ਖੁਦ ਹੈਰਾਨ ਸੀ, ਠੀਕ ਹੈ। ਫਿਰ ਮੈਂ ਉਹਨੂੰ ਪੁੱਛਿਆ ਕੀ ਖਾ ਰਹੇ ਹੋ ਇਸ ਤਰ੍ਹਾਂ ਦਾ, ਉਹ ਕਹਿੰਦੇ ਜੀ ਕੋਈ ਓਮੇਗਾ ਫਿਸ਼ ਆਇਲ ਦੇ ਕੈ ਬਾਹਰੋਂ ਉਹਨਾਂ ਨੇ ਦੇਤੇ ਸਾਨੂੰ, ਕੈਨੇਡਾ ਤੋਂ ਆਏ ਸੀ, ਹਰ ਘਰ ਚ ਪਿਆ ਹੈ, ਹਾਂ ਠੀਕ ਹੈ। ਕਹਿੰਦੇ ਅਸੀਂ ਉਹ ਖਾ ਰਹੇ ਹਾਂ, ਮੈਂ ਕਹਿੰਦਾ, ਮੈਂ ਕਹਿੰਦੇ 6 ਤੋਂ 8 ਮਹੀਨੇ ਹੋ ਗਏ। ਫਿਰ ਮੈਂ ਉਹਨੂੰ ਪੜਾਇਆ, ਮੈਂ ਕਿਹਾ ਦੇਖੋ ਇਹਦੀ ਐਕਸੈਸ ਕਿਸੇ ਵੀ ਚੀਜ਼ ਦਾ ਮਾੜਾ, ਠੀਕ ਹੈ। ਇਹਨੂੰ 2 ਮਹੀਨੇ ਲਓ, 1.5 ਮਹੀਨਾ 1 ਮਹੀਨਾ ਬ੍ਰੇਕ ਦਿਓ, ਫਿਰ 2 ਮਹੀਨੇ ਲਓ ਜੇ ਤੁਹਾਨੂੰ ਜ਼ਿਆਦਾ ਲੋੜ ਹੈ, ਠੀਕ ਹੈ। ਹੁਣ ਇਹ B12 ਇੰਨਾ ਐਕਸੀਡ ਕਰ ਗਿਆ ਤੁਹਾਡਾ, ਹੁਣ ਇਹਨੂੰ ਵੀ ਕੰਟਰੋਲ ਕਰਨਾ ਪੈਣਾ, ਠੀਕ ਹੈ ਨਾ। ਤਾਂ ਫਿਰ ਉਹ ਮੈਨੂੰ ਕਹਿੰਦੇ ਵੀ ਤੁਸੀਂ ਸਾਨੂੰ ਦੱਸੋ ਕੀ ਖਾਣਾ ਨਹੀਂ ਖਾਣਾ। ਫਿਰ ਮੈਂ ਉਹਨਾਂ ਨੂੰ ਬਾਰੇ ਇਹ ਗੱਲ ਪਹਿਲਾਂ ਕਹੀ, ਮੈਂ ਕਿਹਾ ਵੀ ਮੈਂ ਤੁਹਾਨੂੰ ਮੇਰੇ ਗਾਈਡ ਕਰਨ ਨਾਲੋਂ, ਠੀਕ ਹੈ, ਇੱਕ ਡਾਇਟੀਸ਼ੀਅਨ ਦਾ ਨੰਬਰ ਦਿੰਦਾ, ਸਹੀ ਤਰੀਕੇ ਨਾਲ ਤੁਸੀਂ ਉਹਨਾਂ ਕੋਲ ਪਹੁੰਚੋ, ਠੀਕ ਹੈ। ਹੀ ਵਿਲ, ਉਹਨੇ ਤੁਹਾਨੂੰ ਦੱਸ ਦੇਣਾ ਵੀ ਆਹ ਤੁਹਾਡੇ ਗਾਈਡ 'ਚ ਹੈਗਾ, ਆਹ ਲੈਣ ਵਾਲਾ ਨਹੀਂ ਲੈਣ ਵਾਲਾ, ਹੈ ਨਾ। ਮੈਂ ਵੀ ਤੁਹਾਨੂੰ ਇਸ ਸਟੈਪ 'ਤੇ ਮਿਸ ਗਾਈਡ ਨਹੀਂ ਕਰਨਾ ਚਾਹੁੰਦਾ, ਮੈਨੂੰ ਜਿੰਨੀ ਨੌਲੇਜ ਹੈ ਮੈਂ ਉਹ ਦੱਸੂਗਾ ਤੁਹਾਨੂੰ, ਲੇਕਿਨ ਐਕੂਰੇਸੀ ਨਾਲ ਤਾਂ ਉਹ ਨਿਊਟ੍ਰੀਸ਼ਨਿਸਟ ਦੱਸ ਸਕਦਾ ਜਿਹਦੀ ਇਸ 'ਤੇ ਪੜ੍ਹਾਈ ਹੈ ਵੀ ਹਾਂ ਯਾਰ ਆਹ ਚੀਜ਼ਾਂ ਤੁਹਾਨੂੰ ਖਰਾਬ ਕਰਨਗੀਆਂ, ਠੀਕ ਹੈ। ਸੰਗਰੂਰ ਇੱਕ ਬੈਠਦੇ ਨੇ ਮੈਡਮ, ਸੀ ਵੈਰੀ ਗੁੱਡ ਐਟ ਉਹਨਾਂ ਨੇ, ਤਾਂ ਉਹਨਾਂ ਨੇ ਇਹਦੀ ਪੜ੍ਹਾਈ ਹੀ ਪ੍ਰੋਪਰ ਕਰੀ ਹੋਈ ਹੈ। ਤਾਂ ਉਹਨਾਂ ਨੇ ਦੱਸ ਦੇਣਾ ਵੀ ਜੇ ਤੁਹਾਨੂੰ PCOD ਆ, ਹੈ ਨਾ, ਲੜਕੀਆਂ 'ਚ ਬੜੀ ਅਰਲੀ ਏਜ 'ਚ ਹੋ ਜਾਂਦਾ, ਸਟੋਨ ਬਣ ਜਾਂਦੇ ਆ, ਕੁਛ ਵੀ ਹੋ ਜਾਂਦਾ, ਤਾਂ ਉਹ ਉਹਨੂੰ ਦੱਸਦੇ ਆ ਵੀ ਤੇਰੇ ਲਈ ਰਾਜਮਾਂਹ ਨਹੀਂ ਠੀਕ, ਠੀਕ ਹੈ, ਜਾਂ ਤੂੰ ਆਹ ਗੋਭੀ ਖਾ ਸਕਦੀ ਹੈ, ਆਹ ਗੋਭੀ ਤੂੰ ਨਹੀਂ ਖਾ ਸਕਦੀ, ਇਹਦੇ ਨਾਲ ਤੇਰੇ ਲੈਵਲਸ ਅਪ ਹੋਣਗੇ। ਤਾਂ ਫਿਰ ਹੁਣ ਮੈਂ ਉਹਨਾਂ ਨੂੰ ਨੰਬਰ ਦਿੱਤਾ, ਕੱਲ੍ਹ ਭੇਜਿਆ ਉਹ, ਮੈਂ ਜਾ ਕੇ ਆਓ, ਤੁਸੀਂ ਮਿਲੋ ਉਹਨਾਂ ਨੂੰ, ਮੇਰੀ ਮੈਡੀਸਨ ਆਪਣਾ ਕੰਮ ਕਰੂਗੀ, ਲੇਕਿਨ ਡਾਇਟ ਤੁਸੀਂ ਇੱਕ ਡਾਇਟੀਸ਼ੀਅਨ ਤੋਂ ਹੀ ਲਓ, ਦੈਟ ਵਿਲ ਬੀ ਮੱਚ ਬੈਟਰ। ਹਾਂਜੀ, ਆ ਜਿਵੇਂ ਤੁਸੀਂ ਕਿਹਾ ਨਾ ਵੀ ਓਮੇਗਾ 3 ਵਗੈਰਾ, ਇਹ ਸਾਰੀਆਂ ਚੀਜ਼ਾਂ ਇਹਨਾਂ ਦੀ ਇੰਨੀ ਐਡ ਹੋ ਚੁੱਕੀ ਹੈ ਕਿ ਆਪਾਂ ਵੀ ਈਵਨ ਦੋਸਤਾਂ ਨੂੰ ਇੱਕ ਦੂਜੇ ਨੂੰ ਰਿਕਮੈਂਡ ਕਰਨ ਲਾ ਜਾਂਦੇ ਹਾਂ ਕਿ ਹਾਂ ਵੀ ਜੇ ਤੇਰੇ ਮਤਲਬ 2 ਡਿਲੀਵਰੀਜ਼ ਹੋ ਗਈਆਂ, ਕੁੜੀਆਂ ਕਹਿਣਗੀਆਂ ਵੀ ਤੂੰ ਇਹ ਸ਼ੁਰੂ ਕਰ ਲਾ, ਹੈ ਨਾ। ਆ ਜਿਵੇਂ ਤੁਸੀਂ B12 ਦੀ ਗੱਲ ਕੀਤੀ ਕਿ ਉਹਨਾਂ ਦਾ ਇੰਨਾ ਐਕਸੈਸ ਹੋ ਗਿਆ, ਇਹ ਅੱਜ ਕੱਲ੍ਹ ਇੱਕ ਬਹੁਤ ਜ਼ਿਆਦਾ ਵਾਇਰਲ ਚੀਜ਼ ਚੱਲ ਰਹੀ ਆ ਕਿ ਲੋਕ ਕਹਿ ਰਹੇ ਨੇ ਕਿ ਤੁਸੀਂ ਜੇ ਤੁਹਾਡੇ ਵਾਲ ਚਿੱਟੇ ਹੋ ਰਹੇ ਆ ਤੁਸੀਂ B12 ਲਓ, ਹੈ ਨਾ। ਮਤਲਬ ਉਹ ਇੱਕ ਫਿਕਸ ਰੀਜ਼ਨ ਥੋੜੀ ਆ, ਹੋ ਸਕਦਾ ਤੁਹਾਡੇ ਨਜ਼ਲੇ ਨਾਲ ਵੀ ਚਿੱਟੇ ਹੋ ਰਹੇ ਹੋਣ। ਹਾਂਜੀ, ਅਰਲੀ ਸਟ੍ਰੈਸ ਵੀ ਤੁਹਾਡਾ ਇਹ ਰੀਜ਼ਨ ਬਣ ਸਕਦਾ, ਬਿਲਕੁਲ ਠੀਕ ਹੈ। ਤੇ ਮਤਲਬ ਇਹਨੂੰ ਆਪਾਂ ਇਸ ਤਰ੍ਹਾਂ ਜੋੜ ਦੇਣਾ ਵੀ ਤੁਸੀਂ ਆਹੀ ਚੀਜ਼ ਖਾਓਗੇ ਜੀ, ਤਾਂ ਇਹਦੇ ਨਾਲ ਤੁਹਾਡਾ ਠੀਕ ਹੋ ਜਾਊਗਾ। ਹੁਣ ਕੈਲਸ਼ੀਅਮ ਹੈ ਸਾਡੇ ਕੋਲ, ਉੱਥੇ ਔਰਗੈਨਿਕ ਹੱਟ 'ਤੇ ਵੀ ਰੱਖਿਆ ਹੋਇਆ, ਰਾਗੀ ਦੀ ਰੋਟੀ ਹੈ, ਰਾਗੀ 'ਚ ਇੰਨਾ ਕੈਲਸ਼ੀਅਮ ਹੈ, ਠੀਕ ਹੈ। ਰਾਗੀ ਦੀ ਰੋਟੀ ਆਪ ਲੋਕ ਖਾਣਾ ਨਹੀਂ ਪਸੰਦ ਕਰਦੇ, ਠੀਕ ਹੈ। ਉਹ ਸਿੰਥੈਟਿਕ ਡਰੱਗਸ ਨੇ ਜੀ ਇਹ, ਜਿੰਨੇ ਵੀ ਅਸੀਂ ਵੀ ਲਿਖ ਦਈਏ, ਕੋਈ ਹੋਰ ਵੀ ਲਿਖ ਦੇ ਕਿਸੇ ਨੂੰ, ਉਹਨਾਂ ਦਾ ਕੋਈ ਪਰਪਸ ਨਹੀਂ ਹੈ, ਠੀਕ ਹੈ। ਟੈਂਪਰੇਰੀ ਹੈ, 3 ਮਹੀਨੇ ਤੁਸੀਂ ਉਹਨੂੰ ਤੁਹਾਡੀ ਹੈਲਥ ਸੁਣ ਲੱਗਣ ਲੱਗ ਜਿਵੇਂ ਠੀਕ ਹੋਗੀ, ਜਦੋਂ ਤੁਸੀਂ 3 ਮਹੀਨੇ ਡਰੋਪ ਕਰਤਾ ਉਹੀ ਲੈਵਲਸ ਫਿਰ ਆ ਜਾਣੇ, ਠੀਕ ਹੈ। ਤਾਂ ਉਹਨਾਂ ਨੂੰ ਇਹ ਕਹੋ ਵੀ ਯਾਰ ਤੁਸੀਂ ਰਾਗੀ ਦੀ ਰੋਟੀ ਖਾਓ, ਠੀਕ ਹੈ, ਜਿਹਦੇ ਕੈਲਸ਼ੀਅਮ ਰਿਚ ਚੀਜ਼ਾਂ ਖਾਓ, ਜਿਹੜਾ ਤੁਹਾਨੂੰ ਤੁਹਾਡਾ ਲੈਵਲ ਠੀਕ ਰੱਖੇ। ਇਹ ਨਾ ਹੋਵੇ ਵੀ ਤੁਸੀਂ ਟੈਂਪਰੇਰੀ ਕੁਛ ਵੀ ਕਰ ਲਿਆ, ਉਹ ਟੈਂਪਰੇਰੀ ਸਿੰਥੈਟਿਕ ਡਰੱਗਸ ਨੇ ਸਾਰੇ, ਹੈ ਨਾ। ਉਹਨਾਂ ਨੇ ਕੋਈ ਲੰਬਾ ਚੌੜਾ ਇਫੈਕਟ ਨਹੀਂ ਪਾਉਣਾ, ਲੰਬਾ ਤਾਂ ਡਾਇਟ ਹੀ ਠੀਕ ਕਰੇ, ਲੇਟਰ ਔਰ ਸੂਨਰ ਤੁਹਾਡਾ ਖਾਣਾ ਪੀਣਾ ਹੀ ਤੁਹਾਡੇ ਨਾਲ ਚੱਲਣਾ, ਇਹੀ ਤੁਹਾਨੂੰ ਕੰਮ ਕਰੇਗਾ। ਤੇ ਹੋਮਿਓਪੈਥੀ ਚ ਸਟੋਨ ਦਾ ਟ੍ਰੀਟਮੈਂਟ, ਹਾਂ ਸਟੋਨ ਦਾ ਟ੍ਰੀਟਮੈਂਟ ਅੱਛਾ ਜੀ, ਮਤਲਬ ਈਵਨ ਕਿ 12-15-20 mm ਤੱਕ ਦੇ ਸਟੋਨ ਵੀ ਨਿਕਲਦੇ ਆ, ਠੀਕ ਹੈ। ਹਾਂ ਈਵਨ ਟੁੱਟ ਕੇ ਵੀ ਨਿਕਲਦੇ ਆ, ਵੱਡਾ ਸਟੋਨ ਹੈ ਤਾਂ ਉਹਦੇ ਛੋਟੇ ਪੀਸਿਸ ਹੋ ਜਾਂਦੇ ਆ, ਮੈਡੀਸਨ ਨਾਲ ਵਾਸ਼ ਆਊਟ ਹੋ ਜਾਂਦਾ ਯੂਰਿਨ ਦੇ ਵਿੱਚ।
ਠੀਕ ਹੈ ਤੇ ਇੱਕ ਇਹ ਚੀਜ਼ ਜਿਵੇਂ ਲੋਕ ਕਹਿ ਦਿੰਦੇ ਮੈਂ ਹੋਮਿਓਪੈਥੀ ਲਈ ਸੀ ਮੈਨੂੰ ਤਾਂ 10 ਦਿਨ ਚ ਰਿਲੀਫ ਮਿਲ ਗਿਆ ਇੰਨਾ ਇਮੀਡੀਏਟ ਰਿਲੀਫ ਹੁੰਦਾ ਜੇ ਸਹੀ ਮੈਡੀਸਨ ਸਿਲੈਕਸ਼ਨ ਹੋਵੇ ਹਨਾ ਫਿਰ ਇਮੀਡੀਏਟ ਵੀ ਬਹੁਤ ਹੈ ਹਨਾ ਪਹਿਲਾਂ ਵਾਲਾ ਕੰਮ ਨਹੀਂ ਰਿਹਾ ਜਿਵੇਂ ਪਹਿਲਾਂ ਇੱਕ ਮਿਥ ਬਣਿਆ ਹੋਇਆ ਸੀਗਾ ਵੀ ਯਾਰ ਇਹ ਹੋਮਿਓਪੈਥੀ ਲਵਾਂਗੇ ਨਾ ਬਹੁਤ ਟਾਈਮ ਠੀਕ ਕਰੂਗੀ ਆਪਾਂ ਫਟਾਫਟ ਜਲਦੀ ਜਲਦੀ ਲਓ ਹਨਾ ਕਿਉਂਕਿ ਲਾਈਫ ਇਸ ਤਰ੍ਹਾਂ ਦੀ ਹੋ ਗਈ ਅੱਜ ਕੱਲ੍ਹ ਅਗਲਾ ਕਹਿੰਦਾ ਵੀ 24 ਘੰਟਿਆਂ 'ਚ ਮੈਂ ਆਪਦੇ ਕੰਮ 'ਤੇ ਚਾਹੀਦਾ ਮੈਨੂੰ ਨਹੀਂ ਲੰਬਾ ਸਮਾਂ ਮੈਂ ਨਹੀਂ ਰੁਕ ਸਕਦਾ ਠੀਕ ਹੈ ਤਾਂ ਉਹ ਪਰਸਪੈਕਟਿਵ ਦੇਖਿਆ ਜਾਵੇ ਤਾਂ 7 ਡੇਜ਼ ਇੱਕ ਐਂਟੀਬਾਇਟਿਕ ਨੇ ਲੈਣੇ ਆ ਤਾਂ 7 ਡੇਜ਼ 'ਚ ਹੀ ਇਫੈਕਟਿਵ ਆਪਣੀ ਮੈਡੀਸਨ ਕੰਮ ਕਰ ਦੇਗੀ ਹਾਂਜੀ ਉਹ ਨਹੀਂ ਰਿਹਾ ਪਹਿਲਾਂ ਵਾਲਾ ਠੀਕ ਹੈ ਜੇ ਅਸੀਂ ਰਾਈਟ ਮੈਡੀਸਨ ਸਿਲੈਕਟ ਕਰ ਲੈਂਦੇ ਹਾਂ ਸਾਈਕੋਲੋਜੀਕਲੀ ਪੇਸ਼ੈਂਟ ਦੀ ਜਿਹੜੀ ਹਿਸਟਰੀ ਲਈ ਆ ਉਹਦੇ ਅਕੋਰਡਿੰਗ ਸਿੰਗਲ ਮੈਡੀਸਨ 'ਤੇ ਅੱਛੀ 'ਤੇ ਪਹੁੰਚ ਜਾਂਦੇ ਹਾਂ ਤਾਂ ਬਹੁਤ ਜਲਦੀ ਰਿਜ਼ਲਟ ਨੇ ਮੈਂ ਤੁਹਾਨੂੰ ਦੱਸਦਾ ਇੱਕ ਫੈਮਿਲੀ ਮੇਰੇ ਕੋਲ ਸੁਨਾਮ ਆਉਂਦੇ ਆ ਜਸਟ ਹੋ ਗਿਆ ਉਹਨਾਂ 1.5 ਮਹੀਨਾ ਉਹ ਮਤਲਬ ਠੀਕ ਹੈ ਹਰ ਕੇਸਿਸ ਉਸ ਤਰ੍ਹਾਂ ਨਹੀਂ ਡੀਲ ਹੁੰਦੇ ਕਈ ਵਾਰੀ ਪਰ ਉਹ ਮੈਡੀਸਨ ਸਟਿੱਕ ਕਰ ਗਿਆ ਉਹ ਕੰਮ ਕਰ ਗਈ ਦਵਾਈ ਬੇਟਾ ਉਹਨਾਂ ਦਾ 35 ਈਅਰਸ ਦਾ ਓਵਰ ਡਰੰਕਡ ਬਹੁਤ ਡਰਿੰਕ ਮਤਲਬ ਦਿਨ ਰਾਤ ਡਰਿੰਕ ਕਰੀ ਜਾਣੀ ਆ ਕਿਸੇ ਨੇ ਅੱਗੇ ਦੀ ਅੱਗੇ ਦੱਸਤਾ ਉਹ ਹੋਏ ਤਾਂ ਮੇਰੇ ਕਿਸੇ ਹੋਰ ਰੀਜ਼ਨ ਕਰਕੇ ਠੀਕ ਸੀ ਪੇਸ਼ੈਂਟ ਉਹ ਮਾਤਾ ਜੀ ਮੇਰੇ ਕੋਲ ਆ ਗਈ ਤਾਂ ਉਹ ਮੈਨੂੰ ਕਹਿਣ ਲੱਗੇ ਵੀ ਬੇਟਾ ਅੱਜ ਤੁਹਾਡੇ ਫਾਦਰ ਇਹਨਾਂ ਤੁਹਾਡੇ ਅੰਕਲ ਨੂੰ ਕੋਲੇ ਬਿਠਾ ਕੇ ਆਈ ਹਾਂ ਉਹਦੀ ਬੰਨਿਆ ਹੋਇਆ ਸੀ ਹਾਂ ਉਹਨੂੰ ਟਾਈ ਕਰਿਆ ਹੋਇਆ ਬੈੱਡ ਦੇ ਨਾਲ ਜੇ ਉਹਨੂੰ ਛੱਡਤਾ ਸੀ ਤਾਂ ਉਹ ਚੀਜ਼ਾਂ ਵੀ ਬਣਦਾ ਆਪਦੇ ਪੈਸੇ ਖਰਾਬ ਵੀ ਕਰਦਾ ਲੋਕਾਂ ਨੂੰ ਗਾਲਾਂ ਕੱਢਦਾ ਠੀਕ ਹੈ ਤਾਂ ਪੇਸ਼ੈਂਟ ਨਹੀਂ ਸੀ ਮੇਰੇ ਕੋਲ ਤਾਂ ਅਸੀਂ ਉਹਦੀ ਹਿਸਟਰੀ ਲਈ ਵੀ ਕੀ ਕਰਦਾ ਕੀ ਬੋਲਦਾ ਕੀ ਤੁਹਾਨੂੰ ਗਾਲਾਂ ਕੱਢਦਾ ਤਾਂ ਉਹ ਸਾਰਾ ਜਦੋਂ ਅਸੀਂ ਉਹਨੂੰ ਕੰਪਾਈਲ ਕੀਤਾ ਕੇਸ ਨੂੰ ਤਾਂ ਮੈਡੀਸਨ ਸਿਲੈਕਟ ਕਰੀ ਦਿੱਤੀ ਇਟ ਵਾਜ਼ ਵੈਰੀ ਮੱਚ ਸ਼ੌਕਿੰਗ ਕਿ ਵਿਦਇਨ ਅ 1 ਵੀਕ ਉਹ ਮੁੰਡਾ ਡਰਿੰਕ ਬੰਦ ਕਰ ਗਿਆ ਜੀ ਅੱਜ ਉਹ 1.5 ਮਹੀਨਾ ਹੋ ਗਿਆ ਉਹਦੀ ਮਦਰ ਕਹਿੰਦੇ ਉਹ ਆਪਦੇ ਆਫਿਸ ਜਾਣ ਲੱਗ ਗਿਆ ਗਾਲਾਂ ਕੱਢਣ ਤਾਂ ਬਹੁਤ ਦੂਰ ਦੀ ਗੱਲ ਹੈ ਬਹੁਤ ਅੱਛਾ ਡੀਲ ਕਰਨ ਲੱਗ ਗਿਆ ਡਰਿੰਕ ਕਦੇ ਇੱਕ ਸਿੰਗਲ ਪੈਗ ਨੂੰ ਵੀ ਹੱਥ ਨਹੀਂ ਲਾਇਆ 2 ਮਹੀਨੇ ਹੋਏ ਕੰਪਲੀਟ 2 ਮਹੀਨਿਆਂ ਦੇ ਵਿੱਚ ਉਹ ਬੱਚਾ ਆਪਦੇ ਕੰਮ 'ਤੇ ਜਾ ਰਿਹਾ ਕੋਈ ਪੈਸਾ ਖਰਾਬ ਨਹੀਂ ਕਰ ਰਿਹਾ ਕਿਸੇ ਤਰ੍ਹਾਂ ਦੀ ਤੰਗੀ ਨਹੀਂ ਕਰ ਰਿਹਾ ਕਿਸੇ ਰਿਸ਼ਤੇਦਾਰ ਨੂੰ ਗਲਤ ਨਹੀਂ ਬੋਲ ਰਿਹਾ ਇੰਨੇ ਰਿਜ਼ਲਟ ਨੇ ਮਤਲਬ ਵਿਦਇਨ ਅ ਵੀਕ ਉਹ ਬੰਦਾ ਛੱਡ ਗਿਆ ਉਹ ਕਹਿੰਦਾ ਮੈਨੂੰ ਨਫ਼ਰਤ ਹੋ ਗਈ ਅਤੇ ਇਸ ਚੀਜ਼ 'ਤੇ ਤਾਂ ਕਈ ਲੋਕ ਤੁਹਾਨੂੰ ਮਤਲਬ ਕਈ ਲੋਕ ਕਿ ਬਹੁਤ ਸਾਰੇ ਡਾਕਟਰ ਵੀ ਕਹਿੰਦੇ ਕਿ ਤੁਸੀਂ ਇੱਕੋ ਦਮ ਨਾ ਛੱਡੋ ਜੀ ਤੁਹਾਡੇ ਫਲਾਣੇ ਔਰਗਨ 'ਤੇ ਅਸਰ ਪਊਗਾ ਉਸ ਚੀਜ਼ 'ਤੇ ਨਹੀਂ ਨਹੀਂ ਜੇ ਮੈਂਟਲ ਮੇਕਅਪ ਹੈ ਨਾ ਜੀ ਆਪਣਾ ਜੇ ਤੁਸੀਂ ਇਹਦੇ ਲਈ ਵੀ ਵਿਲ ਬਹੁਤ ਜ਼ਰੂਰੀ ਹੈ ਅਸੀਂ ਹਰ ਇੱਕ ਨੂੰ ਤਾਂ ਕਹਿੰਦੇ ਵੀ ਨਹੀਂ ਹਰ ਬੰਦੇ 'ਤੇ ਕੰਮ ਨਹੀਂ ਕਰੇਗੀ ਮੈਡੀਸਨ ਲੋਕਾਂ ਨੂੰ ਅਸੀਂ ਇੱਥੇ ਤੱਕ ਵੀ ਕਲੀਅਰ ਦੱਸਦੇ ਹਾਂ ਕਿਉਂਕਿ ਦੱਸ ਦਿੰਦਾ ਨਾ ਕੋਈ ਆ ਕੇ ਵੀ ਜੀ ਅਸੀਂ ਮੈਡੀਸਨ ਦੇਣੀ ਆ ਸਾਡੇ ਇਹ ਬਹੁਤ ਵੱਡੀ ਪ੍ਰੋਬਲਮ ਹੈ ਪੰਜਾਬ 'ਚ ਇਹ ਕਹਿ ਦੇਣ ਦੀ ਗੱਲ ਨਹੀਂ ਹੈ ਕਿ ਜੀ ਡਰਿੰਕ ਖਰਾਬ ਕਰਦੀ ਹੈ ਇਹ ਗਵਰਨਮੈਂਟਸ ਵੀ ਸਾਰੀਆਂ ਇਹੀ ਰੌਲਾ ਪਾਉਂਦੀਆਂ ਦਾਰੂ ਥੋੜ੍ਹੀ ਖਰਾਬ ਕਰਦੀ ਹੈ ਠੀਕ ਹੈ ਹਾਲਾਂਕਿ ਜਦੋਂ ਹਾਲਾਤ ਦੇਖੀਏ ਆਪਾਂ ਘਰਾਂ 'ਚ ਜਾ ਕੇ ਸਭ ਤੋਂ ਜ਼ਿਆਦਾ ਹਾਲਾਤ ਡਰਿੰਕ ਨਾਲ ਹੀ ਮਾੜੇ ਫੈਮਿਲੀਜ਼ ਦੇ ਬੱਚਿਆਂ ਦੇ ਹਨਾ ਜਿਹੜੀਆਂ ਫੈਮਿਲੀ ਦੇ ਵਿੱਚ ਇਹ ਚੀਜ਼ ਆ ਗਈ ਉਹ ਸਮਝ ਸਕਦੇ ਨੇ ਵੀ ਇਹ ਕਿੰਨੀ ਮੁਸ਼ਕਿਲ ਹੈ ਉਹਨਾਂ ਨੂੰ ਤਾਂ ਉੱਥੇ ਪੇਸ਼ੈਂਟ ਦੀ ਵਿਲ ਹੋਣੀ ਬਹੁਤ ਜ਼ਰੂਰੀ ਹੈ ਅਸੀਂ ਮੇਰੇ ਤਾਂ ਮਨ 'ਚ ਇਸ ਚੀਜ਼ ਲਈ ਫਿਰ ਬਹੁਤ ਸਾਰੇ ਸਵਾਲ ਆ ਗਏ ਵੀ ਇੱਕ ਤਾਂ ਜਿਵੇਂ ਤੁਸੀਂ ਕਿਹਾ ਵੀ ਉਹ 1 ਵੀਕ 'ਚ ਉਹਨੇ ਉਹ ਛੱਡਤਾ ਹੈ ਨਾ ਅਤੇ ਹੁਣ ਮੈਨੂੰ ਪਤਾ ਕਿ ਇਸ ਇੰਟਰਵਿਊ ਨੂੰ ਸੁਣਨ ਤੋਂ ਬਾਅਦ ਤੁਹਾਡੇ ਕੋਲ ਬਹੁਤ ਸਾਰੇ ਲੋਕ ਇੱਦਾਂ ਦੇ ਅਪਰੋਚ ਕਰਨਗੇ ਕਿਉਂਕਿ ਡਰੱਗ ਹੋ ਗਈ ਜਾਂ ਇਹ ਚੀਜ਼ਾਂ ਹੈ ਨਾ ਕੁਛ ਵੀ ਇਹ ਬਹੁਤ ਸੱਚੀ ਹਰ 3rd ਫੈਮਿਲੀ ਦਾ ਮੈਟਰ ਹੈ ਇਹ ਤੇ ਇੱਕ ਹੁੰਦਾ ਵੀ ਫਿਰ ਉਹਨਾਂ ਨੇ ਮਤਲਬ ਉਹਨੂੰ ਨੋਇੰਗਲੀ ਦਿੱਤੀ ਵੀ ਤੈਨੂੰ ਅਸੀਂ ਹਾਂਜੀ ਕਈ ਹੈ ਨਾ ਅਸੀਂ ਉਹਨਾਂ ਨਾਲ ਗੱਲ ਕਰੀ ਨਾ ਉਹਨਾਂ ਨੂੰ ਪੁੱਛਿਆ ਵੀ ਦੇਖੋ ਐਂ ਨਹੀਂ ਕੰਮ ਕਰੂਗੀ ਵੀ ਬੇਟੇ ਦੀ ਵਿਲ ਉਹ ਕਹਿੰਦੇ ਵੀ ਜਦੋਂ ਨਾਰਮਲ ਹੁੰਦਾ ਉਹਦੀ ਵਿਲ ਹੁੰਦੀ ਹੈ ਚਾਹੁੰਦਾ ਉਹ ਮੈਨੂੰ ਸਾਨੂੰ ਈਵਨ ਸਾਡੇ ਮੈਂ ਸਮਝ ਲਓ ਕਹਿੰਦੇ ਵੀ ਸਾਡੇ ਅੱਗੇ ਪ੍ਰੇ ਵੀ ਕਰਦਾ ਮੈਨੂੰ ਇਹ ਤੋਂ ਬਾਹਰ ਕੱਢੋ ਮੈਂ ਛੱਡ ਨਹੀਂ ਚਾਹੁੰਦਾ ਠੀਕ ਹੈ ਲੇਕਿਨ ਵਿਦ ਦਾ ਟਾਈਮ ਈਵਨਿੰਗ ਹੋਈ ਉਹਨੇ ਫਿਰ ਸ਼ੁਰੂ ਕਰ ਲੈਣੀ ਹੈ ਠੀਕ ਹੈ ਤਾਂ ਇਹ ਲੋਕਾਂ ਨੂੰ ਸਮਝਾਈਦਾ ਵੀ ਜੇ ਪੇਸ਼ੈਂਟ ਦਾ ਅੰਦਰੋਂ 10% ਵੀ ਇੱਛਾ ਹੈ ਨਾ ਵੀ ਆਈ ਵਾਂਟ ਟੂ ਲੀਵ ਇਟ ਮੈਂ ਛੱਡਣੀ ਹੈ ਜੀ ਬਸ ਠੀਕ ਹੈ
ਫਿਰ ਮੈਡੀਸਨ ਜ਼ਿਆਦਾ ਇਫੈਕਟ ਕੰਮ ਕਰਦੀ। ਅਤੇ ਜੇ ਮਰੀਜ਼ ਮਤਲਬ ਇੱਕ ਸ਼ਰਾਬੀ ਬੰਦਾ ਜਾਂ ਕੋਈ ਵੀ ਜੋ ਬੰਦਾ ਡਰੱਗ ਲੈ ਰਿਹਾ ਉਹਨੂੰ ਮੈਡੀਸਨ ਨੂੰ ਲੈਣ ਲਈ ਤਿਆਰ ਹੀ ਨਹੀਂ, ਫਿਰ ਉਹ ਫਿਰ ਆਪਾਂ ਉਹਨੂੰ ਡਿਲੂਟ ਕਰਕੇ ਦੇ ਸਕਦੇ ਹਾਂ। ਇਹ ਮੈਡੀਸਨ ਪਾਣੀ 'ਚ ਘੁਲ ਜਾਂਦੀ ਹੈ, ਠੀਕ ਹੈ, ਤਾਂ ਉਹਨੂੰ ਤੁਸੀਂ ਕਿਸੇ ਤਰ੍ਹਾਂ ਖਾਣੇ 'ਚ ਵੀ ਦੇ ਸਕਦੇ ਹੋ, ਖਾਣੇ ਦੇ ਨਾਲ ਵੀ ਦੇ ਸਕਦੇ ਹੋ। ਕੁਛ ਫੈਮਿਲੀਜ਼ ਐਂ ਵੀ ਕਰਦੀਆਂ ਨੇ, ਕੁਛ ਰੇਅਰ ਕੇਸਿਸ ਹੁੰਦੇ ਨੇ, ਕਿਉਂਕਿ ਇਹ ਸਭ ਤੋਂ ਵੱਡਾ ਮੈਟਰ ਇਹ ਹੁੰਦਾ ਕਿ ਬੰਦਾ ਦਵਾਈ ਲੈਣਾ ਹੀ ਨਹੀਂ ਚਾਹੁੰਦਾ ਹੁੰਦਾ ਹੈ ਨਾ। ਉਹ ਕਹੂਗਾ ਵੀ ਨਹੀਂ, ਮਤਲਬ ਹੀ ਨਹੀਂ ਸੀ, ਹੈ ਨਾ, ਬਿਲਕੁਲ। ਅਤੇ ਮੇਰੇ ਕੋਲ ਤੁਸੀਂ ਮੰਨੋਗੇ ਵੀ ਲਾਸਟ ਵੀਕ ਪੇਸ਼ੈਂਟ ਆਏ, ਉਹ ਬਹੁਤ ਜ਼ਿਆਦਾ ਡਰਿੰਕ ਕਰਦਾ ਸੀ ਮੁੰਡਾ, ਡਰਿੰਕ ਛੱਡ ਚੁੱਕਿਆ ਕਿਸੇ ਹੋਰ ਤਰੀਕੇ ਨਾਲ, ਕਿਸੇ ਦੇਸੀ ਮੈਡੀਸਨ ਨਾਲ ਛੱਡਤੀ। ਉਹ ਮੈਨੂੰ ਆ ਕੇ ਕਹਿ ਰਿਹਾ ਵੀ ਹੁਣ ਜਦੋਂ ਮੈਂ ਕਿਤੇ ਪੀ ਲੈਂਦਾ ਤਾਂ ਮੈਨੂੰ ਰਿਐਕਸ਼ਨ ਹੋ ਜਾਂਦਾ, ਮੇਰਾ ਫੇਸ ਰੈੱਡ ਹੋ ਜਾਂਦਾ, ਧੜਕਣ ਵੱਧ ਜਾਂਦੀ ਹੈ। ਤਾਂ ਉਹ ਪੇਸ਼ੈਂਟ ਦੀ ਉਲਟਾ ਇਹ ਮੈਨੂੰ ਰਿਕੁਐਸਟ ਕਰ ਰਿਹਾ ਸੀ, ਮੇਰੀ ਇਹ ਧੜਕਣ ਵੱਧ ਨਾ ਹਟਾਓ, ਇਹੋ ਜਿਹੀ ਮੈਡੀਸਨ ਦਿਓ ਵੀ ਜੇ ਮੈਂ ਪੀ ਲਿਆ ਕਰਾਂ ਤਾਂ ਮੈਨੂੰ ਇਫੈਕਟ ਨਾ ਕਰੇ। ਉਹਦੀ ਵਾਈਫ ਬੈਠੀ ਸੀ ਕੋਲੇ, ਉਹ ਕਹਿੰਦੀ ਵੀਰ ਜੀ ਹੱਥ ਜੋੜੇ, ਇਹ ਨਾ ਦਿਓ, ਕਹਿੰਦੀ ਇਹਨੂੰ ਰਿਐਕਸ਼ਨ ਹੀ ਹੋ ਲੈਣ ਦਿਓ। ਮੈਂ ਕਿਹਾ ਜੀ ਹੁਣ ਇਹ ਤਾਂ ਫਿਰ ਕਨਫਿਊਜ਼ਨ ਹੋ ਗਿਆ ਤੁਹਾਡੇ ਦੋਨਾਂ ਦਾ, ਤੁਸੀਂ ਆਪਸ 'ਚ ਸਲਾਹ ਕਰੋ ਕੀ ਕਰਨਾ। ਉਹ ਕਹਿੰਦੀ ਜੀ ਬਹੁਤ ਮੁਸ਼ਕਿਲਾਂ ਨਾਲ ਤੁਹਾਨੂੰ ਮੈਂ ਦੱਸਾਂ ਵੀ 2-3 ਲੱਖ ਰੁਪਇਆ ਤੁਹਾਡਾ ਲੱਗ ਗਿਆ, 2 ਕਿੱਲੇ ਜ਼ਮੀਨ ਹੈ ਸਾਡੇ ਕੋਲ, 3 ਕਿੱਲੇ, ਅਤੇ ਵੀ ਅਸੀਂ ਬਹੁਤ ਔਖੇ ਨਿਕਲੇ ਹਾਂ ਇਹਦੇ 'ਚੋਂ, ਵੀ ਅਸੀਂ ਤਾਂ ਇਹ ਸੋਚਦੇ ਹਾਂ ਵੀ ਜਦੋਂ ਇਹ ਪੀ ਲੈਂਦੇ ਸੀ ਤਾਂ ਨਾ ਮੈਂ ਸੌਂਦੀ ਸੀ ਨਾ ਮੇਰਾ ਬੇਟਾ ਸੌਂਦਾ ਸੀ ਰਾਤ ਨੂੰ, ਠੀਕ ਹੈ। ਅਤੇ ਵੀ ਫਿਰ ਮੈਨੂੰ ਵੀ ਲੱਗਿਆ, ਫਿਰ ਮੈਂ ਉਹਨੂੰ ਸਮਝਾਇਆ, ਮੈਂ ਕਿਹਾ ਵੀ ਤੂੰ ਹੁਣ ਤੂੰ ਕਹਿ ਰਿਹਾ ਯਾਰ ਵੀ ਮੈਂ ਰਿਐਕਸ਼ਨ ਹੋ ਜਾਂਦਾ ਵੀ ਮੇਰਾ ਹੁਣ, ਕਿਉਂਕਿ ਉਹਦਾ ਮਨ ਕਰਨ ਲੱਗ ਗਿਆ ਦੁਬਾਰਾ ਆਫਟਰ 1 ਈਅਰ, 6 ਮਹੀਨੇ ਤਾਂ ਉਹਨੇ ਛੱਡੀ ਰੱਖੀ, ਹੁਣ ਲੱਗਦਾ ਮੈਂ ਫੈਮਿਲੀ ਜਾਊਂਗਾ, ਗੈਦਰਿੰਗ 'ਚ ਬੈਠਦਾ ਤਾਂ ਪੀਆ ਕਰਾਂ, ਹੈ ਨਾ। ਤਾਂ ਫਿਰ ਉਹਨੂੰ ਮੈਂ ਸਮਝਾ ਕੇ ਇਹ ਕਿਹਾ ਵੀ ਨਹੀਂ, ਮੈਡੀਸਨ ਤੇਰੇ ਲਈ ਨਹੀਂ ਠੀਕ, ਠੀਕ ਹੈ, ਤੇਰੀ ਇਹ ਮੈਂ ਘਟਾ ਦੂੰਗਾ, ਮੰਨ ਲੈ ਤੈਨੂੰ ਸੂਟੇਬਲ ਹੋਣ ਲੱਗ ਗਿਆ, ਹੈ ਨਾ, ਉਹੋ ਜਿਹਾ ਮਾਹੌਲ ਦੁਆਰੇ ਫੈਮਿਲੀ ਫਿਰ ਰਿਊਨ ਹੋ ਜਾਣੀ ਹੈ ਤੁਹਾਡੀ, ਬਿਲਕੁਲ, ਤੁਸੀਂ ਇਸ ਗੱਲ ਨੂੰ ਸਮਝੋ, ਇਸ ਗੱਲ ਦੀ ਕਾਉਂਸਲਿੰਗ ਕਰਾ ਮੇਰੇ ਕੋਲ, ਆ ਜਾ ਹਫ਼ਤੇ ਬਾਅਦ ਦੁਬਾਰੇ ਗੱਲ ਕਰਦੇ ਹਾਂ ਆਪਾਂ, ਠੀਕ ਹੈ, ਬੈਟਰ ਹੈ ਵੀ ਆਪਾਂ ਇਹਦੇ ਗੱਲਬਾਤ ਕਰ ਲਈਏ ਵੀ ਇਹ ਤੋਂ ਤੂੰ ਨਿਕਲ, ਕੋਈ ਲੋੜ ਨਹੀਂ ਤੈਨੂੰ। ਅਤੇ ਜਿਵੇਂ ਤੁਸੀਂ ਕਿਹਾ ਵੀ ਜਿਹੜੇ ਨਹੀਂ ਲੈਣਾ ਚਾਹੁੰਦੇ ਉਹਨਾਂ ਨੂੰ ਤੁਸੀਂ ਕਿਸੇ ਵੀ ਚੀਜ਼ 'ਚ ਮਿਕਸ ਕਰਕੇ ਦਿੰਦੇ ਹੋ, ਹੈ ਨਾ, ਅਤੇ ਜੇ ਉਹ ਬੰਦਾ ਵੀ ਦੁਬਾਰਾ ਜਿਵੇਂ ਤੁਸੀਂ ਕਿਹਾ ਕਿ ਉਹਨੇ ਕੁਛ ਮੈਡੀਸਨ ਲਈ ਹੋਊ, ਕੋਈ ਆਯੁਰਵੈਦ ਦਾ ਲੈ ਲਿਆ ਹੋਣਾ ਜਾਂ ਕੁਛ ਵੀ ਲੈ ਲਿਆ, ਹੈ ਨਾ, ਅਤੇ ਉਹ ਉਹਨੂੰ ਆ ਰਹੇ ਨੇ ਲੱਛਣ ਕਿ ਜੇ ਮੈਂ ਕੁਛ ਪੀ ਰਿਹਾ ਤਾਂ ਮੇਰਾ ਫੇਸ ਰੈੱਡ ਹੋ ਰਿਹਾ, ਮੇਰੀ ਹਾਰਟ ਬੀਟ ਵੱਧ ਰਹੀ ਆ, ਅਤੇ ਜੇ ਤੁਹਾਡੀ ਜਿਵੇਂ ਹੋਮਿਓਪੈਥੀ ਜਦੋਂ ਤੁਸੀਂ ਟ੍ਰੀਟ ਕਰਦੇ ਹੋ ਸੇਮ ਬੰਦਾ ਦੁਬਾਰਾ ਸ਼ੁਰੂ ਕਰ ਲਵੇ ਤਾਂ ਉਹਨੂੰ ਵੀ ਫਿਰ ਕੁਛ ਇੱਦਾਂ ਦੀਆਂ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ, ਹੋ ਸਕਦੀਆਂ ਨੇ ਜੀ, ਹੋ ਜਾਂਦੀਆਂ, ਹੈ ਨਾ, ਦੁਬਾਰਾ ਵੀ ਕਈ ਵਾਰੀ। ਅਤੇ ਜੇ ਤਾਂ ਜਿਹੜਾ ਤਾਂ ਬੰਦਾ ਅਵੇਅਰ ਹੈ ਜਾਂ ਫੈਮਿਲੀ ਅਵੇਅਰ ਹੈ, ਹੈ ਨਾ, ਵੀ ਦੁਬਾਰਾ ਸਟਾਰਟਅਪ ਕਰ ਲਿਆ ਕਿਤੇ ਉਹਨੇ, ਫਿਰ ਤਾਂ ਜੇ ਸਟਾਰਟਿੰਗ 'ਚ ਲੈ ਆਉਂਦੇ ਨੇ ਫਿਰ ਤਾਂ ਉਹ ਜਲਦੀ ਰਿਕਵਰ ਕਰ ਜਾਂਦੇ ਨੇ, ਮੈਡੀਸਨ ਆਪਾਂ ਦੇ ਦਿੰਦੇ ਹਾਂ। ਕਈ ਵਾਰੀ ਕੀ ਹੁੰਦਾ ਵੀ ਪੇਸ਼ੈਂਟ ਵੰਸ ਆ ਵਾਈਲ ਤਾਂ ਛੱਡ ਜਾਂਦਾ, ਲੇਕਿਨ ਫਿਰ ਉਹ ਫੈਮਿਲੀ ਦੀ ਗੱਲ ਨਹੀਂ ਸੁਣਦਾ ਦੁਬਾਰਾ, ਹੈ ਨਾ, ਸੈਕਿੰਡ ਟਾਈਮ ਸਾਡੇ ਕੋਲ ਵੀ ਨਹੀਂ ਆਉਂਦਾ, ਕਿਸੇ ਕੋਲ ਵੀ ਨਹੀਂ ਆਉਂਦਾ। ਜਿਹੜਾ ਆਪਾਂ ਨੂੰ ਇੱਕ ਚੀਜ਼ ਆਪਾਂ ਨੂੰ ਅਮਿਊਜ਼ਮੈਂਟ ਮੰਨਣਾ ਵੀ, ਜਿਹੜਾ ਆਪਾਂ ਨੂੰ ਅੰਦਰੋਂ ਇਹ ਲੱਗਣ ਲਾ ਦਿੰਦਾ ਵੀ ਵੈਲਬੀਂਗ ਹੈ, ਹੈ ਨਾ, ਤਾਂ ਉਹ ਪੇਸ਼ੈਂਟ ਉਹਨੂੰ ਛੱਡਣਾ ਨਹੀਂ ਚਾਹੁੰਦਾ ਕਦੇ ਵੀ, ਠੀਕ ਹੈ। ਤਾਂ ਫਿਰ ਉਹ ਜਿਸ ਦੁਬਾਰਾ ਨਹੀਂ ਆਊਗਾ, ਫੈਮਿਲੀ ਦੀ ਗੱਲ ਨਹੀਂ ਸੁਣੂਗਾ, ਫਿਰ ਉਹ ਦੁਬਾਰੇ ਲੱਗ ਸਕਦਾ, ਕਿਉਂਕਿ ਆਪਾਂ ਬਹੁਤ ਵਾਰ ਦੇਖਿਆ ਵੀ ਜਿਹੜੇ ਨਸ਼ਾ ਛੁਡਾਓ ਕੇਂਦਰ ਵੀ ਬਣੇ ਹੋਏ ਆ, ਇਹਨਾਂ 'ਚ ਛੁਡਾ ਲੈਂਦੇ ਆਪਾਂ ਬੱਚਿਆਂ ਨੂੰ, ਡਰੱਗਸ ਵੀ ਬੰਦ ਕਰਾ ਦਿੰਦੇ ਆ, 3-3 ਮਹੀਨੇ ਅੰਦਰ ਉੱਥੇ ਰੱਖਦੇ ਆ, ਵੈਰੀ ਗੁੱਡ ਹੋ ਜਾਂਦੇ ਆ, ਉਹ ਖਾਣ ਪੀਣ ਲੱਗ ਜਾਂਦੇ ਆ, ਕੰਮ ਕਰਨ ਲੱਗ ਜਾਂਦੇ ਆ, ਜਦੋਂ ਹੀ ਉਹ ਉੱਥੋਂ ਬਾਹਰ ਆਏ ਗੇਟ ਤੋਂ, ਜਦੋਂ ਹੀ ਉਹਨਾਂ ਨੂੰ ਦੁਬਾਰਾ ਉਹ ਫ੍ਰੀਡਮ ਮਿਲਦੀ ਆ ਉਸ ਚੀਜ਼ ਲਈ, ਹੈ ਨਾ। ਤੁਸੀਂ ਉਹ ਮੈਂ ਮੇਰੇ ਕੋਲ ਬਹੁਤ ਇਹੋ ਜਿਹੇ ਕੇਸ ਦੇਖਿਆ ਮੈਂ ਜਿਹੜੇ ਕਿ ਉੱਥੋਂ ਬਾਹਰ ਆਉਂਦੇ ਆ ਆਪਦੇ ਪਿੰਡ ਦੀ ਐਂਟਰੈਂਸ 'ਤੇ ਹੀ, ਉਹੀ ਦੁਬਾਰੇ ਉਹੀ ਕੰਪਨੀ ਉਹੀ ਮੁੰਡੇ ਉਹੀ ਦੁਬਾਰੇ ਖੜ੍ਹੇ ਆ ਸਾਰੇ, ਠੀਕ ਹੈ, ਫੈਮਿਲੀ ਦੇ 3 ਮਹੀਨੇ ਉੱਥੇ ਲਵਾਏ, ਟੋਟਲ ਵੇਸਟ ਹੋ ਜਾਂਦੇ ਆ, ਹਾਂਜੀ, ਬਿਕੋਜ਼ ਸਰਾਊਂਡਿੰਗਸ ਤਿਆਰ ਨੇ ਆਉਂਦੇ ਨੂੰ ਵਾਪਸ ਫਿਰ। ਅਤੇ ਸਿੰਥੈਟਿਕ ਡਰੱਗ 'ਚ ਵੀ ਤੁਸੀਂ ਫਿਰ ਟ੍ਰੀਟ ਕਰਦੇ ਹੋ ਕਿਸ ਤਰ੍ਹਾਂ? ਜਿਵੇਂ ਬਹੁਤ ਸਾਰੇ ਲੋਕ ਕਹਿੰਦੇ ਬੱਚੇ ਇੰਜੈਕਸ਼ਨ ਲਾਉਂਦੇ ਆ, ਹੈ ਨਾ, ਜਿਵੇਂ ਆਪਾਂ ਸਿਰਫ ਹਾਲੇ ਤੱਕ ਡਰਿੰਕ ਦੀ ਗੱਲ ਕੀਤੀ, ਅਤੇ ਮਤਲਬ ਲੋਕ ਬੱਚੇ ਹੈਰੋਇਨ ਲੈ ਰਹੇ ਨੇ, ਇੱਦਾਂ ਦੇ ਸਿੰਥੈਟਿਕ ਡਰੱਗ ਡੀਲ ਕਰਦੇ ਆ, ਉਹੀ ਹੈ ਮੈਂਟਲ, ਤੁਹਾਡੇ ਸਟਰੋਂਗ ਮਾਈਂਡ ਸਟਰੋਂਗ ਹੈ, ਛੱਡਣਾ ਚਾਹੁੰਦੇ ਨੇ, ਆਉਂਦੇ ਨੇ ਲੋਕ ਸਾਡੇ ਕੋਲ, ਤਾਂ ਉਹਨਾਂ ਦੀ ਬਿੱਲ ਦੇ ਅਕੋਰਡਿੰਗ ਹੈ, ਜੇ ਉਹ ਬਿੱਲ ਨਾਲ ਛੱਡਣਾ ਚਾਹੁੰਦੇ ਆ ਤਾਂ ਇਫੈਕਟ ਕਰਨਾ ਹੀ ਕਰਨਾ, ਠੀਕ ਹੈ, ਕਿਉਂਕਿ ਸਾਡੇ ਲਈ ਨਾ ਬੇਸਿਕਲੀ ਆਪਾਂ ਇਹ ਕੋਈ ਇਸ ਤਰ੍ਹਾਂ ਦੀ ਪੈਥੀ ਨਹੀਂ ਹੈ, ਹੋਮਿਓਪੈਥੀ ਵੀ ਡਰਿੰਕ ਕਰਦੇ ਹੋ ਜੀ ਤੁਹਾਨੂੰ ਆਹ ਮੈਡੀਸਨ ਦੇ ਦੇਣੀ ਆ, ਤੁਸੀਂ ਹੀਰੋਇਨ ਦਾ ਹੋਰ ਸਮੈਕ ਦਾ ਨਸ਼ਾ ਕਰਦੇ ਹੋ ਤੁਹਾਨੂੰ ਹੋਰ ਦੇ ਦੇਣੀ ਆ,
ਅਸੀਂ ਉਹਦੀ ਹਿਸਟਰੀ ਲੈਣੀ ਆ, ਸਾਈਕੋਲੋਜੀਕਲੀ ਪੇਸ਼ੈਂਟ ਨੂੰ ਰੀਡ ਕਰਨਾ ਵੀ ਇਹਦੇ ਪਿੱਛੇ ਕੀ ਰੀਜ਼ਨ ਸੀ, ਕਿਉਂ ਤੂੰ ਸ਼ੁਰੂ ਕਰੀ, ਹੈ ਨਾ, ਕਿਸੇ ਨੂੰ ਕੋਈ ਫਾਈਨੈਂਸ਼ੀਅਲ ਲੋਸ ਹੋ ਗਿਆ ਮੰਨ ਲਓ, ਹੈ ਨਾ, ਕੋਈ ਫੈਮਿਲੀ 'ਚ ਪੈਸੇ ਦੀ ਪ੍ਰੋਬਲਮ ਇੰਨੀ ਵੱਡੀ ਆ ਗਈ, ਕੋਈ ਕਿਸੇ ਦਾ ਮੰਨ ਲਓ ਕਈ ਬੱਚੇ ਐਂ ਵੀ ਲੱਗ ਜਾਂਦੇ ਆ ਵੀ ਫਾਦਰ ਐਕਸਪਾਇਰ ਹੋ ਗਏ ਛੋਟੀ ਉਮਰ 'ਚ, ਆਲ ਓਵਰ ਸਡਨ ਉਹਨੂੰ ਲੱਗਦਾ ਵੀ ਸਾਰਾ ਫੈਮਿਲੀ ਦਾ ਵਜਨ ਮੇਰੇ 'ਤੇ ਆ ਗਿਆ, ਠੀਕ ਹੈ, ਮੈਂ ਇਹ ਸਾਰਾ ਕੁਛ ਕਿਵੇਂ ਮੈਨੇਜ ਕਰੂੰਗਾ। ਉਹ ਫਿਰ ਦੱਸਦੇ ਨੇ ਆ ਕੇ ਵੀ ਅਸੀਂ ਅੱਜ ਤੋਂ 4 ਸਾਲ ਪਹਿਲਾਂ ਜੀ ਆਹ ਹੋਇਆ ਸੀ, ਇਹ ਚੀਜ਼ ਨੇ ਡਾਕਟਰ ਸਾਹਿਬ ਮੈਨੂੰ ਇੰਨਾ ਇਫੈਕਟ ਕਰਤਾ ਉਸ ਟਾਈਮ, ਠੀਕ ਹੈ। ਤਾਂ ਫਿਰ ਸਾਡੀ ਉਹ ਜਿਹੜੀ ਸਟੱਡੀ ਆ ਮੈਡੀਸਨਸ ਨੇ ਉਹ ਉਸ ਤਰ੍ਹਾਂ ਕੋਰਿਲੇਟ ਕਰਨੀਆਂ, ਉਹਦੇ ਅਕੋਰਡਿੰਗ ਉਹ ਉਸ ਪੁਆਇੰਟ 'ਤੇ ਪਹੁੰਚਣਾ ਪੈਂਦਾ। ਜੇ ਉਹ ਬੰਦਾ ਉਹਦੇ 'ਚੋਂ ਥੋਟ 'ਚੋਂ ਫਰੀ ਹੋ ਗਿਆ ਨਾ ਜੀ, ਫਿਰ ਉਹ ਇਹ ਸਭ ਬੰਦ ਕਰ ਦਿੰਦਾ, ਘਬਰਾਹਟ ਬੰਦ ਹੋ ਜਾਂਦੀ ਹੈ ਹੁਣ ਉਹ, ਫਿਰ ਉਹਦੀ ਉਹਨੂੰ ਇਹ ਲੱਗਣ ਲੱਗ ਜਾਂਦਾ ਵੀ ਮੈਂ ਹੈਪੀ ਹਾਂ, ਮੈਂ ਠੀਕ ਹਾਂ, ਮੈਂ ਰਹਿ ਸਕਦਾ। ਹੁਣ ਡਿਪਰੈਸ਼ਨ ਦੇ ਹੋਮਬਿਤੀ ਇਸ ਲਈ ਇੰਨੀ ਕਾਮਯਾਬ ਹੈ, ਠੀਕ ਹੈ, ਕਿਉਂਕਿ ਅਸੀਂ ਉਹ ਉਹਦੀ ਰੂਟ ਤੱਕ ਪਹੁੰਚਣਾ ਵੀ ਇਹ ਸਟਾਰਟ ਕਿੱਥੋਂ ਹੋਇਆ, ਠੀਕ ਹੈ। ਉਹ ਸਟਾਰਟ ਹੋਏ ਤੋਂ ਫਿਰ ਬੜੇ ਅੱਛੇ ਬਹੁਤ ਐਕਸੀਡੈਂਟ ਰਿਜ਼ਲਟਸ ਮਿਲਦੇ ਆ, ਹਾਂਜੀ, ਹੈ ਨਾ। ਤਾਂ ਉਹ ਫਿਰ ਬੰਦਾ ਇੰਨਾ ਕੁ ਫਰੀ ਰਹਿਣ ਲੱਗ ਜਾਂਦਾ ਆਪਣੇ ਆਪ ਮਾਇੰਡ 'ਚ, ਉਹਦੇ ਆਉਣਾ ਹੀ ਨਹੀਂ ਹੁਣ ਫੈਮਿਲੀ, ਉਹੀ ਫੈਮਿਲੀ ਉਹਨੂੰ ਅੱਛੀ ਲੱਗਣ ਲੱਗ ਜਾਂਦੀ ਹੈ, ਜਿਹੜੀ ਫੈਮਿਲੀ ਸਿਰਫ ਉਹਨੂੰ ਇੱਕ ਇਹ ਲੱਗਦਾ ਵੀ ਮੈਨੂੰ ਖਾਣਾ ਬਣਾ ਦਿਉ, ਬਸ ਦੈਟਸ ਇਟ, ਮੈਂ ਘਰ ਆ ਕੇ ਕਿਸੇ ਨਾਲ ਗੱਲ ਨਹੀਂ ਕਰਨੀ ਤੁਹਾਡੀ, ਹੈ ਨਾ, ਫਿਰ ਉਹ ਫੈਮਿਲੀ 'ਚ ਬੈਠਣ ਵੀ ਲੱਗ ਜਾਂਦਾ। ਹਾਂਜੀ, ਲੇਟਰ ਔਨ ਤੇ ਸਕਿਨ ਅਲਰਜੀਸ ਮਤਲਬ ਕਿੱਦਾਂ ਦੇ ਪੇਸ਼ੈਂਟ ਆਉਂਦੇ? ਸਕਿਨ ਦੇ ਵਿੱਚ ਦੇਖੋ ਕਿਸੇ ਵੀ ਤਰ੍ਹਾਂ ਦਾ, ਠੀਕ ਹੈ, ਜਿਵੇਂ ਕਿਸੇ ਨੂੰ ਵੈਦਰ ਤੋਂ ਕੋਈ ਚੇਂਜਸ ਆ ਗਈਆਂ ਬਾਡੀ 'ਚ, ਠੀਕ ਹੈ, ਗਰਮੀ ਜ਼ਿਆਦਾ, ਕਿਸੇ ਨੂੰ ਹੀਟ ਬਰਨ ਹੋ ਜਾਂਦਾ, ਠੀਕ ਹੈ, ਤਾਂ ਜਾਂ ਕਿਸੇ ਕੋਈ ਸਕਿਨ ਦੇ ਰਪਸ਼ਨਸ ਬਾਡੀ 'ਚ ਕਿਤੇ ਵੀ ਆ ਗਈਆਂ, ਠੀਕ ਹੈ, ਉਹਦੇ 'ਚ ਉਹਨੇ ਕੰਮ ਕਰਨਾ ਹੀ ਕਰਨਾ, ਚਾਹੇ ਉਹ ਪਿੰਪਲਸ ਨੇ, ਪਿੰਪਲਸ ਵੀ ਅੱਛਾ ਕੰਮ ਕਰਦੀ ਹੈ ਮੈਡੀਸਨ, ਠੀਕ ਹੈ, ਕੋਈ ਸਕਾਰਸ ਬਣ ਗਏ ਬਾਡੀ 'ਤੇ, ਠੀਕ ਹੈ, ਕੋਈ ਕਿਸੇ ਤਰ੍ਹਾਂ ਦਾ ਉਹਨੂੰ ਈਵਨ ਰਿਜ਼ਲਟ ਤਾਂ ਸਾਨੂੰ ਲਿਕੁਇਡ ਅਰਮਾ 'ਚ ਵੀ ਫਲਵੈਰੀ 'ਚ ਵੀ ਮਿਲਦੇ ਆ। ਅੱਛਾ ਜੀ, ਥੋੜ੍ਹਾ ਲੰਬਾ ਪ੍ਰੋਸੈਸ ਹੈ ਜ਼ਿਆਦਾ, ਠੀਕ ਹੈ, ਉਹਦੇ 'ਚ ਟਾਈਮ ਲੱਗਦਾ ਜ਼ਰੂਰ ਹੈ, ਠੀਕ ਹੈ, ਪਰ ਜੇ ਐਗਜੈਕਟ ਮੈਡੀਸਨ ਹੈ ਤਾਂ ਉਹਦੇ 'ਚ ਵੀ ਰਿਵਰਸਲ ਹੈਗਾ, ਹਾਂਜੀ, ਠੀਕ ਹੈ। ਤਾਂ ਜਿਹੜੇ ਰੂਟੀਨ 'ਚ ਆਉਂਦੇ ਨੇ ਪੇਸ਼ੈਂਟ ਉਹ ਇਹੀ ਨੇ ਵੀ ਕੋਈ ਰੈਸ਼ਿਸ ਹੋ ਗਈਆਂ, ਕੋਈ ਗਰਮੀ ਨਾਲ ਹੋ ਗਿਆ, ਕੋਈ ਕਿਸੇ ਨੂੰ ਕੋਟਨ ਤੋਂ ਕੱਪੜੇ ਤੋਂ ਬਹੁਤ ਲੋਕਾਂ ਨੂੰ ਐਲਰਜੀ ਹੋ ਜਾਂਦੀ ਹੈ, ਠੀਕ ਹੈ, ਤਾਂ ਉਹ ਵੀ ਹੈਗਾ, ਠੀਕ ਹੈ। ਤਾਂ ਜਿਵੇਂ ਕੋਈ ਪੇਸ਼ੈਂਟ ਸਾਡੇ ਕੋਲ ਪਿੱਛੇ ਆਏ ਸੀ, ਉਹਨਾਂ ਦੇ ਵੇਟ ਓਵਰ ਵੇਟ ਸੀ ਲੇਡੀ ਉਹ, ਠੀਕ ਹੈ, ਤਾਂ ਓਵਰ ਵੇਟ ਕਰਕੇ ਉਹ ਫੋਲਡ ਸਕਿਨ 'ਚ ਇੰਨੇ ਬਣ ਜਾਂਦੇ ਆ ਵੀ ਜਦੋਂ ਸਵੈਟਿੰਗ ਵੱਧ ਹੋ ਗਈ ਤਾਂ ਉਹ ਰੈਸ਼ ਬਣਨੇ ਸ਼ੁਰੂ ਹੋ ਗਏ, ਠੀਕ ਹੈ। ਤਾਂ ਉਹ ਗੋਇੰਗ ਔਨ ਉਹਨਾਂ ਨੇ ਵਾਰੀ ਵਾਰੀ ਓਇੰਟਮੈਂਟਸ ਲਾਈ ਜਾਣੀਆਂ, ਓਇਲ ਲਾਈ ਜਾਣਾ, ਲੇਕਿਨ ਨਹੀਂ, ਕੋਈ ਰਿਜ਼ਲਟ ਨਹੀਂ ਮਿਲਦਾ, ਠੀਕ ਹੈ। ਤਾਂ ਫਿਰ ਜਦੋਂ ਸਾਡੇ ਕੋਲ ਆਉਂਦਾ ਪੇਸ਼ੈਂਟ, ਉਹਦੀ ਹਿਸਟਰੀ ਲਈ ਜਾਂਦੀ ਹੈ, ਠੀਕ ਹੈ, ਉੱਥੇ ਵੀ ਕੁਛ ਨਿਕਲਦਾ ਵੀ ਹਾਂ ਯਾਰ ਇਹ ਸਮਹਾਓ ਉਹ ਪੇਸ਼ੈਂਟ ਦਾ ਨਾ ਸ਼ਾਇਦ ਕੋਈ, ਹਾਂ, ਉਹਦੇ ਪੇਰੈਂਟਲ ਸਾਈਡ 'ਤੇ ਕੋਈ ਦਿੱਕਤ ਸੀ। ਹੁਣ ਉਹ ਕਹਿੰਦੇ ਵੀ ਮੈਂ ਜਿੱਥੇ ਮੈਰਿਜ ਹੋ ਕੇ ਆਈ ਹੈ, ਆਮ ਵੈਰੀ ਗੁੱਡ, ਬਹੁਤ ਹੈਪੀ ਹਾਂ ਮੈਂ, ਮੇਰੀ ਜੋ ਕਦੇ ਵੀ ਮੈਨੂੰ ਬਿਨਾਂ ਪੁੱਛੇ ਕੋਈ ਕੰਮ ਨਹੀਂ ਹੁੰਦਾ ਇੱਥੇ, ਠੀਕ ਹੈ। ਪਰ ਪੇਰੈਂਟਸ ਦਾ ਸਟ੍ਰੈਸ ਉਹਦੇ ਦਿਮਾਗ 'ਤੇ ਇੰਨਾ ਕੁ ਜ਼ਿਆਦਾ ਸੀ, ਭਰਾ ਹੈ ਨਹੀਂ ਸੀ, ਮਾਂ ਪਿਓ ਇਕੱਲੇ ਸੀ, ਦੋਨੋਂ ਬਿਰਧ, ਦੋਨੋਂ ਬਿਮਾਰ, ਠੀਕ ਹੈ। ਤਾਂ ਉਹ ਕਹਿੰਦੀ ਵੀ ਮੈਂ ਇੱਥੇ ਦੀ ਖੁਸ਼ੀ ਦੇ ਨਾਲ ਨਾਲ ਉਹ ਕੈਰੀ ਔਨ ਕਰਦੀ ਹਾਂ ਪਿਛਲੇ, ਉਹ 'ਚ ਨਿਕਲ ਨਹੀਂ ਪਾ ਰਹੀ, ਹਾਂਜੀ, ਠੀਕ ਹੈ, ਕਿਉਂਕਿ ਉਹ ਬਿਟ ਓਬੀਅਸ ਹੈ ਵੀ ਲੜਕੀਆਂ ਨੇ ਜਦੋਂ ਘਰ ਛੱਡ ਕੇ ਆਉਣਾ ਤਾਂ ਉਹ ਪਿੱਛੇ ਦਾ ਤਾਂ ਧਿਆਨ ਉਹਨਾਂ ਰਹਿਣਾ ਹੀ ਰਹਿਣਾ, ਉਹ ਤਾਂ ਨਿਕਲ ਤਾਂ ਆਪ ਸਕਦੇ ਨੇ, ਕੋਈ ਵੀ ਨਹੀਂ ਨਿਕਲ ਸਕਦਾ, ਹੈ ਨਾ, ਅਸੀਂ ਤਾਂ ਆਪਦੇ ਪੇਰੈਂਟਸ ਕੋਲ ਰਹਿਣਾ, ਸਾਨੂੰ ਤਾਂ ਇਹਦੀ ਕੋਈ ਇਹ ਚੀਜ਼ ਫੀਲ ਹੀ ਨਹੀਂ ਹੋ ਸਕਦੀ, ਪਹਿਲੇ ਮੁੰਡੇ ਹੋ ਤੁਸੀਂ ਜਿਹੜੇ ਸਮਝ ਰਹੇ ਹੋ, ਨਹੀਂ ਨਹੀਂ ਰੀਅਲੀ ਹੈ, ਰੀਅਲਟੀ ਹੈ, ਹੈ ਨਾ, ਸਾਨੂੰ ਬੜਾ ਪਿਆਰ ਹੈ ਵੀ ਮਦਰ ਫਾਦਰ ਆ, ਇਹ ਨਾ ਹੋ ਜਾਣ, ਉਹ ਨਾ ਹੋ ਜਾਣ, ਅਤੇ ਪਰ ਉਹਨਾਂ ਨੇ ਦੋ ਜਗ੍ਹਾ ਦੇਖਣਾ, ਉਹਨਾਂ ਨੇ ਉਰੇ ਵੀ ਦੇਖਣਾ, ਪਿੱਛੇ ਵੀ ਦੇਖਣਾ, ਤਾਂ ਜੇ ਇੱਥੇ ਉਹਨਾਂ ਨੂੰ ਸਹੂਲਤ ਅੱਛੀ ਦੇ ਦਾਂਗੇ, ਲੇਕਿਨ ਉਹ ਜੇ ਇੱਕ ਪੁਰਾਣਾ ਕੈਰੀ ਔਨ ਕਰੀ ਜਾ ਰਹੀਆਂ ਨੇ ਜੀ, ਤਾਂ ਵੀ ਉਹ ਡਿਜ਼ੀਜ਼ ਆਉਂਦੀ ਹੀ ਆਉਂਦੀ ਹੈ, ਫਿਰ ਉਹਨੂੰ ਅਸੀਂ ਕੋਸ਼ਿਸ਼ ਕਰੀਦੀ ਆ ਵੀ ਉਹ ਸੌਟ ਆਊਟ ਕਰੀਏ, ਹੈ ਨਾ, ਉਹ ਰਿਲੈਕਸ ਰਹਿਣ ਲੱਗੇ, ਤਾਂ ਇਹ ਰਿਲੈਕਸ ਅਸੀਂ ਮਾਇੰਡ ਨੂੰ ਕਰਨਾ, ਠੀਕ ਹੈ, ਡਿਜ਼ੀਜ਼ ਆਪਣੇ ਆਪ ਠੀਕ ਹੋਣੀ ਹੋਣੀ, ਬਿਲਕੁਲ, ਡਿਜ਼ੀਜ਼ 'ਤੇ ਕੰਮ ਨਹੀਂ ਹੈ, ਇਸ ਤਰ੍ਹਾਂ ਡਾਇਰੈਕਟ ਕੁਛ ਨਹੀਂ ਹੈ, ਮਤਲਬ ਵੀ ਆਹ ਤੁਹਾਡੀ ਸਕਿਨ ਹੈ ਜੀ, ਤੁਹਾਨੂੰ ਐਂਟੀਬਾਇਟਿਕ ਦੇ ਦਿੱਤਾ, ਠੀਕ ਹੈ, ਤੁਹਾਡਾ ਉਹ ਟੈਂਪਰੇਰੀ ਹੈ, ਫਿਰ ਉਹ ਬਾਹਰੋਂ ਬਾਹਰੋਂ ਠੀਕ ਤਾਂ ਹੋ ਜਾਊਗਾ ਪੇਸ਼ੈਂਟ, ਫੋਰ 2 ਮਹੀਨੇ ਲਈ ਹੋ ਜਾਊ, 3 ਮਹੀਨੇ ਲਈ ਹੋ ਜਾਊ, ਪਰ ਜਿਹਦਾ ਉਹਦਾ ਥੋਟ ਪ੍ਰੋਸੈਸ ਨਹੀਂ ਰੁਕੂਗਾ ਉਹਨਾਂ ਚਿਰ ਨਹੀਂ।
ਜਿਵੇਂ ਇੱਕ ਤੁਸੀਂ ਕਿਹਾ ਵੀ ਅਸੀਂ ਪਿੱਤੇ ਦੀ ਪੱਥਰੀ ਚ ਹੋਮਿਓਪੈਥੀ ਨਹੀਂ ਕੰਮ ਕਰਦੀ ਹੈ ਨਾ, ਉਹਦਾ ਜਿਹੜਾ ਸੋਲੂਸ਼ਨ ਆ ਉਹ ਪ੍ਰੇਟ ਹੀ ਹੈ, ਪਰ ਬਹੁਤ ਸਾਰੇ ਲੋਕ ਉਹ ਮੈਡੀਸਿਨ ਖਾਂਦੇ ਰਹਿੰਦੇ ਆ ਲੰਮੇ ਸਮੇਂ ਲਈ ਹੈ ਨਾ। ਰੀਜ਼ਨ ਕਈ ਨੇ ਜੀ, ਕਈ ਲੋਕ ਤਾਂ ਇਹਨੂੰ ਥੋੜ੍ਹਾ ਜਿਹਾ ਆਪਣੇ ਆ ਇਹ ਡਰ ਵੀ ਬਣਿਆ ਹੋਇਆ ਬੇਸਿਕਲੀ ਕਿ ਓਪਰੇਸ਼ਨ ਵੱਲ ਨਹੀਂ ਅਸੀਂ ਜਾਣਾ ਵੀ ਤਗੜਾ ਦਾਂਗੇ ਜੀ ਤਾਂ ਪਤਾ ਨਹੀਂ ਕੀ ਹੋ ਜਾਣਾ, ਵੀ ਤਗੜਾ ਤਾਂ ਸਾਡਾ ਤਾਂ ਪਤਾ ਨਹੀਂ ਪ੍ਰੋਬਲਮ ਹੀ ਕਿੰਨੀਆਂ ਸ਼ੁਰੂ ਹੋ ਜਾਣਗੀਆਂ। ਆਮ ਤੌਰ 'ਤੇ ਆਪਾਂ ਨੂੰ ਲੇਡੀਜ਼ ਨੂੰ ਜੈਂਟਸ ਨੂੰ ਇਹੀ ਦਿੱਕਤ ਆਉਂਦੀ ਹੈ ਵੀ ਜੀ ਇਹਦਾ ਓਪਰੇਟ ਕਰਾਤਾ, ਉਦੋਂ ਬਾਅਦ ਬੋਡੀ 'ਚ ਚੇਂਜਸ ਆ ਜਾਂਦੀਆਂ ਤੁਹਾਡੇ, ਤੁਸੀਂ ਖਾਣਾ ਨਹੀਂ ਖਾ ਸਕਦੇ। ਸਾਨੂੰ ਲੋਕ ਆ ਕੇ ਕਹਿਣਗੇ ਵੀ ਫਿਰ ਤਾਂ ਅਸੀਂ ਖਾਣਾ ਪੀਣਾ ਬੰਦ ਹੋ ਜੂ ਸਾਡਾ, ਅਸੀਂ ਵਿਆਹ 'ਚ ਕੁਝ ਨਹੀਂ ਖਾ ਸਕਦੇ ਜਾ ਕੇ। ਅਸੀਂ ਕਿਹਾ ਵੀ ਦੇਰ ਇਜ਼ ਨਥਿੰਗ, ਇਸ ਤਰ੍ਹਾਂ ਦਾ ਕੁਛ ਵੀ ਨਹੀਂ ਹੈ, ਠੀਕ ਹੈ। ਫਰਾਈਡ ਦਾ ਕੁਛ ਚੀਜ਼ਾਂ ਦਾ ਪਰਹੇਜ਼ ਤੁਹਾਡੀ ਵੈਸੇ ਲਾਈਫ 'ਚ ਅੱਛਾ ਹੋਣਾ ਚਾਹੀਦਾ। ਮੇਰੇ ਤੁਹਾਨੂੰ ਮੈਂ ਦੱਸਦਾ ਹੁਣ ਜੇ ਕਢਾਉਣ ਵਾਲਾ ਜਾਂ ਆਪਾਂ ਗਾਈਡ ਤਾਂ ਕਰੀਏ, ਮੇਰੇ ਮਦਰ ਦਾ 2014 'ਚ ਕਰਾਇਆ ਸੀ, ਅਸੀਂ ਕਰਾ ਚੁੱਕੇ ਓਪਰੇਟ 16 ਸੈਕਟਰ ਚੰਡੀਗੜ੍ਹੋਂ ਕਰਾਇਆ ਸੀ। ਤਾਂ ਉੱਥੋਂ ਦੇ ਡਾਕਟਰ ਨੇ 2014 'ਚ ਉੱਥੋਂ ਦੇ ਡਾਕਟਰ ਨੇ ਜਿਹੜੇ ਓਪਰੇਟ ਕੀਤਾ ਉਹਨੇ ਜਦੋਂ ਸਾਨੂੰ ਛੁੱਟੀ ਦਿੱਤੀ ਥਰਡ ਡੇ, ਉਹਨੇ ਆਪ ਆ ਕੇ ਸਾਨੂੰ ਇਹ ਗੱਲ ਕਹੀ ਸੀ, ਉਹ ਕਹਿੰਦੇ ਆਂਟੀ ਪਲੀਜ਼ ਪੇਸ਼ੈਂਟ ਬਹੁਤ ਤੁਸੀਂ ਕਾਮਲੀ ਰਹਿਣਾ, ਇਹ ਤਾਂ ਬਹੁਤ ਜ਼ਿਆਦਾ ਇਹਨੂੰ ਐਂ ਨਹੀਂ ਸੋਚਣਾ ਵੀ ਮੇਰਾ ਕੋਈ ਔਰਗਨ ਬਾਹਰ ਹੋ ਗਿਆ ਜਾਂ ਹੁਣ ਮੇਰੇ ਨਾਲ ਕੀ ਹੋ ਜੂਗਾ, ਹੈ ਨਾ, ਲਾਈਕ ਦਿਸ ਇਹ ਇਸ ਤਰ੍ਹਾਂ ਦਾ ਮਨ 'ਚ ਥੋਟ ਹੀ ਨਾ ਲਿਆਓ। ਠੀਕ ਹੈ ਔਰਗਨ ਬੋਡੀ 'ਚ ਹੈ, ਉਹਦੀ ਲੋੜ ਹੈ ਬੋਡੀ ਨੂੰ, ਜਦ ਤੱਕ ਉਹ ਤੁਹਾਨੂੰ ਇਫੈਕਟ ਨਹੀਂ ਕਰ ਰਿਹਾ ਕੋਈ, ਜੇ ਹੁਣ ਤੁਹਾਨੂੰ ਉਹ ਪੇਨਫੁਲ ਕੰਡੀਸ਼ਨ 'ਚ ਆ ਗਿਆ ਹੈ ਨਾ, ਤੁਹਾਨੂੰ ਉਹ ਦਿੱਕਤ ਕਰੂਗਾ, ਜ਼ਿਆਦਾ ਦਿੱਕਤ ਕਰੂ, ਤੁਸੀਂ ਉਹਨੂੰ ਕਢਵਾਓ ਫਿਰ, ਠੀਕ ਹੈ। ਕਢਵਾਓ ਤਾਂ ਨੋਰਮਲ ਹੈ, ਹੁਣ ਉਹ ਮਦਰ ਮੇਰੇ ਠੀਕ ਹੈ, ਨਥਿੰਗ ਲਾਈਕ ਦੈਟ, ਹੈ ਨਾ, ਖਾਣਾ ਪੀਣਾ ਦਾ ਨੋਰਮਲ ਚੱਲਿਆ ਅਤੇ ਠੀਕ ਰਿਹਾ। ਉਹਨਾਂ ਦੇ 2 ਵਾਰੀ ਪੇਨ ਹੋਇਆ, ਸਵੀਅਰ ਪੇਨ ਹੋਇਆ, ਤਾਂ ਸੈਕਿੰਡ ਚਾਂਸ ਅਸੀਂ ਦਿੱਤਾ ਨਹੀਂ ਫਿਰ, ਠੀਕ ਹੈ ਵੀ ਸੈਕਿੰਡ ਤੋਂ ਬਾਅਦ ਥਰਡ ਵਾਰੀ ਪੇਨ ਉੱਠੇ ਫਿਰ ਆਪਾਂ ਐਂਟੀਬਾਇਟਿਕ ਦਾ ਕੋਰਸ ਦੇਈਏ, ਹੈ ਨਾ, ਫਿਰ ਉਹ ਸਵੈਲਿੰਗ ਉਤਾਰੀਏ ਉਹਦੀ ਗੋਲ ਬੈਡਰ ਦੀ, ਉਹ ਦੈਟਸ ਨੋਟ ਗੁੱਡ ਥਿੰਗ। ਤਾਂ ਹੁਣ ਫਿਰ ਕਢਾਉਣ 'ਚ ਫਾਇਦਾ ਸੀਗਾ, ਫਿਰ ਉਹ ਕਢਾਇਆ ਗਿਆ। ਤਾਂ ਡਰ ਲੋਕਾਂ ਦੇ ਵਿੱਚ ਬਹੁਤ ਹੈ ਵੀ ਆਪਾਂ ਇਹਨੂੰ ਕਢਾਓ ਨਾ ਯਾਰ, ਇਹਨੂੰ ਆਈ ਲਈ ਫਿਰ ਉਹ ਦਰਦ ਹੋ ਰਿਹਾ ਐਂਟੀਬਾਇਟਿਕ ਲੈ ਲਓ, ਕਿਸੇ ਨੇ ਕਹਿ ਤਾ ਆਯੁਰਵੈਦਿਕ ਲੈ ਲਓ, ਆਯੁਰਵੈਦਿਕ ਲੈ ਲਿਆ। ਸਾਡੇ ਕੋਲ ਮੰਨੋਗੇ ਨਹੀਂ ਲੋਕ ਨਾ, ਉਲਟਾ ਸਟ੍ਰੈਸ ਕਰਦੇ ਆ ਕੇ ਵੀ ਨਹੀਂ ਨਹੀਂ ਡਾਕਟਰ ਸਾਹਿਬ ਦੇ ਦਿਓ ਤੁਸੀਂ ਦਿਓ। ਮੈਂ ਕਿਹਾ ਯਾਰ ਹਾਂ ਵੀ ਤੁਸੀਂ ਅਨਸੈਸਰੀ ਕਿਉਂ ਲੈਣੀ ਹੈ, ਹੈ ਨਾ, ਜਦੋਂ ਆਪਾਂ ਕੋਲ ਸਲੀਸ਼ਨ ਜਦੋਂ ਅਸੀਂ ਤੁਹਾਨੂੰ ਸਿੱਧਾ ਦੱਸ ਰਹੇ ਹਾਂ, ਹੈ ਨਾ, ਇਹ ਤਾਂ ਕਹਿਣਾ ਬਣਦਾ ਸਟੋਨ ਕਿਡਨੀ ਸਟੋਨ ਹੈ, ਪੱਥਰੀ ਗੁਰਦੇ ਦੀਆਂ ਨੇ, ਅਸੀਂ ਕਹੀਦਾ ਵੀ ਨਹੀਂ ਤੁਸੀਂ ਓਪਰੇਟ ਵੱਲ ਨਾ ਜਾਓ, ਠੀਕ ਹੈ, ਆਪਾਂ ਇਹਦਾ ਸਲਿਊਸ਼ਨ ਕਰ ਲਾਂਗੇ। ਹਾਂਜੀ, ਤਾਂ ਇਹ ਬੈਟਰ ਵੇ ਆ, ਹੈ ਨਾ। ਤਾਂ ਜਿਹਦੇ ਜੇ ਆਪਾਂ 10 ਪਿੱਛੇ 8 ਪੋਜ਼ਿਟਿਵ ਰਿਜ਼ਲਟਸ ਆਪਣੇ ਕੋਲ ਪੇਸ਼ੈਂਟ ਦੇ ਹੈਗੇ ਆ ਨਾ, ਸਾਡੇ ਅਕੋਰਡਿੰਗ ਤਾਂ ਉਹ ਹੀ ਇੱਕ ਡਿਜ਼ੀਜ਼ ਹੈ ਜਿਹਨੂੰ ਇੱਕ ਡਾਕਟਰ ਨੂੰ ਮਤਲਬ ਮੰਨਣਾ ਚਾਹੀਦਾ, ਮੈਂ ਟ੍ਰੀਟ ਕਰ ਮੈਂ ਠੀਕ ਕਰ ਸਕਦਾ, ਹੈ ਨਾ। ਜੇ ਹੁਣ ਮੈਂ 10 ਪੇਸ਼ੈਂਟ ਆਏ ਆ ਉਹ 'ਚੋਂ 2 ਠੀਕ ਕਰਤੇ, ਉਹਦੀ ਜੇ ਅਸੀਂ ਲੋਕਾਂ ਨੂੰ ਮਤਲਬ ਪਬਲਿਸਿਟੀ ਕਰ ਦਾਂਗੇ, ਹੈ ਨਾ, ਉਹ ਫਿਰ ਅਨਨੈਸਰੀ ਆਪਣੇ ਪ੍ਰੋਫੈਸ਼ਨ ਨਾਲ ਵੀ ਆਪਣੇ ਇਨਸਾਨੀਅਤ ਨਾਲ ਵੀ ਇਹ ਫਿਰ ਠੀਕ ਨਹੀਂ ਰਹਿਣੀ ਗੱਲ, ਹੈ ਨਾ। ਮਤਲਬ ਇਹ ਆਪਣੇ ਆਪ ਨੂੰ ਤੁਸੀਂ ਤੁਹਾਨੂੰ ਕਿਤੇ ਨਾ ਕਿਤੇ ਲਾਈਫ 'ਚ ਆਨਸਰ ਦੇਣਾ ਪੈਣਾ ਵੀ ਤੁਸੀਂ ਕਿਉਂ ਖਵਾਈ, ਕਿਉਂ ਅਨਨੈਸਰੀ। ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਵੀ ਬਹੁਤ ਸਾਰੇ ਲੋਕਾਂ ਨੂੰ ਅੱਜ ਕੱਲ੍ਹ ਸਟ੍ਰੈਸ ਅਤੇ ਡਿਪਰੈਸ਼ਨ 'ਚ ਫਰਕ ਨਹੀਂ ਪਤਾ, ਹੈ ਨਾ, ਵੀ ਹਰ ਬੰਦਾ ਉਹਨੂੰ ਚਾਹੇ 1 ਮਿੰਟ ਦਾ ਸਟ੍ਰੈਸ ਆ ਉਹ ਕਹੂਗਾ ਮੈਂ ਡਿਪਰੈਸ਼ਨ 'ਚ ਹਾਂ, ਹੈ ਨਾ, ਮੇਰੇ ਨਾਲ ਗੱਲ ਨਾ ਕਰੋ ਮੈਂ ਬਹੁਤ ਡਿਪਰੈਸ਼ਨ 'ਚ ਹਾਂ। ਪਹਿਲਾਂ ਤਾਂ ਮੈਂ ਚਾਹੁੰਦੀ ਹਾਂ ਵੀ ਤੁਸੀਂ ਇੱਕ ਡਾਕਟਰ ਹੋਣ ਦੇ ਨਾਤੇ ਮੇਰੀ ਗੱਲ ਸ਼ਾਇਦ ਲੋਕਾਂ ਨੂੰ ਘੱਟ ਸਮਝ ਆਊ ਵੀ ਸਟ੍ਰੈਸ ਅਤੇ ਡਿਪਰੈਸ਼ਨ 'ਚ ਫਰਕ ਕੀ ਹੈ। ਦੇਖੋ ਸਟ੍ਰੈਸ ਆਪਣੀ ਰੂਟੀਨ ਹੈ ਨਾ, ਜਿਹੜੀ ਡੇਲੀ ਲਾਈਫ ਹੈ ਜੀ, ਹੁਣ ਫਿਜ਼ੀਕਲ ਐਕਟੀਵਿਟੀ ਖਤਮ ਹੋ ਗਈ, ਹੈ ਨਾ, ਹੌਲੀ ਹੌਲੀ ਜਿੰਨਾ ਕੰਮ ਹੈ ਉਹ ਮੈਂਟਲ ਵਰਕ ਰਹਿ ਗਿਆ, ਠੀਕ ਹੈ, ਬੈਠੇ ਹਾਂ ਸਵੇਰੇ 9 ਤੋਂ 5, ਠੀਕ ਹੈ, ਤਾਂ ਉਹ ਸਟ੍ਰੈਸ ਬਿਟ ਓਬਵੀਅਸ ਹੈ, ਹੋਣਾ ਹੀ ਹੋਣਾ, ਹੈ ਨਾ, ਲਾਈਫ ਫਾਸਟ ਹੋ ਗਈ, ਆਪਾਂ ਵੀ ਚਾਹੁੰਦੇ ਹਾਂ ਵੀ ਸਾਰਾ ਕੰਮ ਜਲਦੀ ਹੋਵੇ, ਅਗਲੀ ਜਨਰੇਸ਼ਨ ਬੱਚੇ ਆ ਉਦੋਂ ਵੀ ਫਾਸਟ ਨੇ, ਠੀਕ ਹੈ, ਉਹ ਆਪਣੇ ਜਿੰਨੇ ਵੀ ਪੇਸ਼ੈਂਟਸ ਨੇ ਉਹਨਾਂ 'ਚ ਸਾਡੀ ਸਾਡੇ ਮਦਰ ਫਾਦਰ ਜਿੰਨੀ ਨਹੀਂ ਹੈ, ਜਿੰਨਾ ਉਹ ਪੇਸ਼ੈਂਟਸ ਨਾਲ ਚੱਲ ਸਕਦੇ ਆ। ਜੇ ਅੱਜ ਉਹਨਾਂ ਦੇ ਕੋਈ ਪੇਨ ਹੋਊਗਾ ਜੀ, ਉਹ ਸ਼ਾਇਦ 2 ਮਹੀਨੇ ਦਵਾਈ ਨਾ ਲੈਣ, ਇਹਨੂੰ ਬਰਦਾਸ਼ਤ ਕਰਨ ਸਾਰਿਆਂ ਨੂੰ, ਠੀਕ ਹੈ, ਵੀ ਕੋਈ ਨਾ ਬੋਡੀ ਨੂੰ ਹੀਲ ਕਰਨ ਦਿਓ, ਠੀਕ ਹੈ, ਮੈਂ ਉਹ ਨਹੀਂ ਕਰੂੰਗਾ, ਠੀਕ ਹੈ, ਮੈਨੂੰ ਲੱਗੂਗਾ ਵੀ ਨਹੀਂ ਯਾਰ ਪੇਨ ਹੋ ਰਿਹਾ, ਹੈ ਨਾ, ਤਾਂ ਮੈਂ ਤਾਂ ਭੱਜਾਂ ਫਟਾਫਟ ਡਾਕਟਰ ਕੋਲ, ਠੀਕ ਹੈ, ਅਤੇ ਜਲਦੀ ਇਹਦਾ ਹੱਲ ਹੋਣਾ ਚਾਹੀਦਾ, ਠੀਕ ਹੈ। ਅਤੇ ਮੇਰੀ ਜਿਹੜੀ ਅਗਲੀ ਸਾਡੇ ਬੱਚੇ ਆ ਉਹ ਉਦੋਂ ਪਹਿਲਾਂ ਹੀ ਸ਼ੁਰੂ ਕਰ ਦੇਣਗੇ, ਉਹ ਇੱਕ ਝਰੀਟ ਤੇ ਵੀ ਆ ਕੇ ਪੱਟੀ ਬਣਾਉਣਗੇ, ਕਰਾਓ ਫਟਾਫਟ, ਸਾਡਾ ਤਾਂ ਬੁਰਾ ਹਾਲ ਹੋ ਗਿਆ ਜੀ, ਹੈ ਨਾ, ਅਸੀਂ ਨਹੀਂ ਬੀਅਰ ਕਰ ਸਕਦੇ।
ਤਾਂ ਇਹ ਸਟ੍ਰੈਸ ਇਨ ਦਾ ਮੀਨ ਕਿ ਰੂਟੀਨ ਦੇ ਵਿੱਚ ਤੁਹਾਡੀਆਂ ਆਲੇ ਦੁਆਲਾ ਸਰਾਊਂਡਿੰਗਸ ਤੁਹਾਡੇ ਲਈ ਕੀ ਇਫੈਕਟ ਕਰਦੀਆਂ ਨੇ, ਉਹ ਸਟ੍ਰੈਸ ਆਪਾਂ ਉਹਨੂੰ ਮੰਨ ਸਕਦੇ ਹਾਂ ਵੀ ਮੋਰਨਿੰਗ ਕੋਈ ਆਪਾਂ ਵਰਕ 'ਤੇ ਜਾਣ ਕੰਮ 'ਤੇ ਜਾਣਾ, ਤੁਸੀਂ ਲੇਟ ਹੋ ਗਏ ਕਿਸੇ ਰੀਜ਼ਨ, ਹੈ ਨਾ, ਤੁਹਾਡਾ ਬੌਸ ਬੈਠਾ, ਤੁਹਾਨੂੰ ਉਸ ਚੀਜ਼ ਦਾ ਸਟ੍ਰੈਸ ਹੈ, ਉੱਥੇ ਮੈਂ ਆਨਸਰੇਬਲ ਹਾਂ ਜਾ ਕੇ, ਉਹ ਇੱਕ ਸਟ੍ਰੈਸ ਕਹਿ ਸਕਦੇ ਹਾਂ। ਅਤੇ ਜਦੋਂ ਆਪਾਂ ਉੱਥੇ ਪਹੁੰਚ ਗਏ, ਤੁਸੀਂ ਵਰਕਿੰਗ 'ਚ ਆ ਗਏ, ਤੁਸੀਂ ਆਪਣੀ ਇਨਪੁੱਟ ਦੇ ਤੀ, ਸਟ੍ਰੈਸ ਰਿਲੀਜ਼ ਹੋ ਗਿਆ, ਠੀਕ ਹੈ, ਚਾਹ ਲੈ ਲਈ, ਕੌਫੀ ਲੈ ਲਈ, ਕਿਸੇ ਨਾਲ ਗੱਲਬਾਤ ਕਰ ਲਈ, ਤਾਂ 5 ਵਜੇ ਤੱਕ ਤਾਂ ਰਹਿਣਾ ਹੀ ਨਹੀਂ ਚਾਹੀਦਾ, 2 ਵਜੇ ਤੱਕ ਤਾਂ ਵੈਸੇ ਖਤਮ ਹੋ ਜਾਣਾ, ਠੀਕ ਹੈ, ਆਪਣੇ ਲੰਚ ਕੀਤਾ, ਬੌਸ ਵੀ ਖੁਸ਼ ਹੈ ਵੀ ਇਹਨੇ ਕੰਮ ਕਰਤਾ, ਠੀਕ ਹੈ, ਤਾਂ ਉਹਨੂੰ ਆਪਾਂ ਡਿਪਰੈਸ਼ਨ ਨਹੀਂ ਕਹਿ ਸਕਦੇ, ਠੀਕ ਹੈ, ਡਿਪਰੈਸ਼ਨ ਇਜ਼ ਅ ਡਿਫਰੈਂਟ ਸਟੇਟ, ਉਹਦੇ 'ਚ ਤਾਂ ਤੁਸੀਂ ਲੌਂਗ ਲਾਸਟਿੰਗ ਉਸ ਸੇਮ ਫੇਜ਼ ਦੇ ਵਿੱਚ ਚੱਲਦੇ ਰਹਿੰਦੇ ਹੋ, ਤਾਂ ਤੁਸੀਂ ਡਿਪਰੈਸ਼ਨ ਦੇ ਅੰਡਰ ਆਉਣੇ ਹੋ, ਠੀਕ ਹੈ। ਇਹਦੇ 'ਚ ਵੀ ਮੇਰੇ ਹਿਸਾਬ ਨਾਲ ਉਹੀ ਪਹਿਲਾਂ ਮੈਂ ਗੱਲ ਕਰੀ ਸੀ ਵੀ ਥੋਟ ਪ੍ਰੋਸੈਸ ਕਾਫੀ ਕੰਮ ਕਰਦਾ, ਹੈ ਨਾ, ਵੀ ਉਹ ਆਪਾਂ ਕੀ ਉਹ ਥੋਟ ਨੂੰ ਕੈਰੀ ਔਨ ਕਰਦੇ ਹਾਂ, ਵੀ ਮੈਂ ਹੁਣ ਸਵੇਰੇ ਜੇ ਕਿਸੇ ਸਟ੍ਰੈਸ 'ਚ ਆ ਗਿਆ, ਜਿਵੇਂ ਸ਼ਾਮ ਤੱਕ ਉਹਦੇ ਬਾਰੇ ਸੋਚੀ ਜਾਊਂਗਾ, ਠੀਕ ਹੈ, ਅਗਲੇ ਦਿਨ ਮੋਰਨਿੰਗ ਉੱਠੂਗਾ, ਫਿਰ ਸੋਚੂਗਾ ਵੀ ਕੱਲ੍ਹ ਯਾਰ ਮੈਨੂੰ ਆਹ ਗੱਲ ਆਹ ਚੀਜ਼ ਹੋਈ ਸੀ ਸਾਲ ਪਹਿਲਾਂ, ਮੈਨੂੰ ਇਹ ਘਾਟਾ ਪਿਆ ਸੀ, ਤਾਂ ਫਿਰ ਉਹ ਮਾਈਂਡ ਦੀ ਕੰਡੀਸ਼ਨਿੰਗ ਇਸ ਤਰ੍ਹਾਂ ਹੁੰਦੀ ਹੈ, ਫਿਰ ਉਹ ਹੌਲੀ 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 ਤੁਸੀਂ ਡਿਪਰੈਸ਼ਨ 'ਚ ਅਲਟੀਮੇਟਲੀ ਐਂਟਰ ਕਰ ਹੀ ਜਾਂਦੇ, ਠੀਕ ਹੈ। ਤਾਂ ਡਿਪਰੈਸ਼ਨ ਵਾਲਾ ਪੇਸ਼ੈਂਟ ਦੀ ਇਹ ਸਮਝ ਲਓ ਵੀ ਜਿਹੜੀ ਉਹਦੀ ਬੋਡੀ ਲੈਂਗੁਏਜ ਹੈ ਉਹ ਡਿਫਰੈਂਟ ਹੋਊਗੀ, ਡਿਪਰੈਸ਼ਨ ਦਾ ਲੋਕ ਬਹੁਤ ਸਾਰੇ ਕਹਿੰਦੇ ਕਿ ਡਿਪਰੈਸ਼ਨ ਦਾ ਪੇਸ਼ੈਂਟ ਕਦੀ ਨਹੀਂ ਕਹੂਗਾ ਕਿ ਮੈਨੂੰ ਕਿਸੇ ਨਾਲ ਕੰਸਲਟ ਕਰਨ ਦੀ ਜ਼ਰੂਰਤ ਹੈ, ਕਿਉਂਕਿ ਉਹਨੂੰ ਪਤਾ ਹੀ ਨਹੀਂ ਹੁੰਦਾ। ਜਿਵੇਂ ਤੁਸੀਂ ਕਿਹਾ ਬੋਡੀ ਲੈਂਗੁਏਜ ਡਿਫਰੈਂਟ ਹੁੰਦੀ ਆ, ਉਹ ਕਿਸ ਤਰ੍ਹਾਂ ਦੇਖੋ ਪੇਸ਼ੈਂਟ ਦੀ ਬੈਠਣ ਤੋਂ ਸਾਡੇ ਕੋਲ ਐਂਟਰ ਕਰਨ ਤੋਂ ਸਾਨੂੰ ਇਹੀ ਪੜਾ ਇਹ ਐਕਸਪੀਰੀਅੰਸ ਵੀ ਇਹੀ ਹੈ ਨਾ, ਉਹ ਜੱਜਮੈਂਟ ਹੋ ਜਾਂਦੀ ਹੈ ਵੀ ਕੀ ਇਹ ਨੋਰਮਲ ਵੇਜ 'ਚ ਗੱਲ ਕਰ ਰਿਹਾ, ਕਿ ਡਿਪਰੈਸਿਵ ਹੈ, ਠੀਕ ਹੈ, ਜਾਂ ਕੀ ਇਹ ਟੈਂਪਰੇਰੀ ਹੈ ਇਹਦਾ ਫੇਸ, ਠੀਕ ਹੈ। ਅਤੇ ਉਹਦੀ ਫਿਰ ਜਦੋਂ ਆਪਾਂ ਜਾਂਦੇ ਹਾਂ ਅੰਦਰ ਤੱਕ ਗੱਲ ਪਤਾ ਲੱਗਦੀ ਹੈ, ਤਾਂ ਉਹ ਕਲੀਅਰ ਹੋ ਜਾਂਦਾ ਵੀ ਹਾਂ ਇਹ ਪੇਸ਼ੈਂਟ ਨੂੰ ਟੈਂਪਰੇਰੀ ਰਿਲੀਫ ਕਿਹਦੇ ਨਾਲ ਮਿਲਣਾ, ਠੀਕ ਹੈ। ਸਪੋਜ਼ ਕਰ ਲਓ ਕਿ ਮੈਂ ਕੋਈ ਪੇਸ਼ੈਂਟ ਆਉਂਦੇ ਆ, ਕੋਈ ਡੈਥ ਹੋ ਗਈ ਫੈਮਿਲੀ 'ਚ, ਤਾਂ ਉਹ ਡਿਪਰੈਸ਼ਨ, ਉਹ ਜਿਹੜਾ ਤਾਂ ਕੋਈ ਮਦਰ ਹੈ ਉਹਦਾ ਬੇਟਾ ਚਲਾ ਗਿਆ, ਹੈ ਨਾ, ਉਹ ਤਾਂ ਇਕੱਲਾ ਸਟ੍ਰੈਸ ਨਹੀਂ ਰਹੂਗਾ ਉਹਨੂੰ, ਠੀਕ ਹੈ, ਬਿਕੋਜ਼ ਉਹਦਾ ਇੱਕ ਲਾਈਫ ਦਾ ਬਹੁਤ ਮੇਜਰ ਪਾਰਟ ਸੀ ਜਿਹੜਾ ਉਹ ਨਹੀਂ ਰਹੇਗਾ, ਠੀਕ ਹੈ। ਉਹ ਸਟ੍ਰੈਸ ਪਹਿਲੇ ਦਿਨ ਸਟ੍ਰੈਸ ਰਹੇਗਾ, ਫਿਰ ਉਹ ਹੌਲੀ 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 ਜੇ ਉਹਨੂੰ ਨਾ ਕਿਓਰ ਕਰਿਆ ਗਿਆ, ਮੈਡੀਸਨ ਨਾ ਦਿੱਤੀ ਗਈ, ਤਾਂ ਫਿਰ ਉਹ ਡਿਪਰੈਸ਼ਨ ਦੇ ਵਿੱਚ ਉਹਨੇ ਪੇਸ਼ੈਂਟ ਨੇ ਐਂਟਰ ਹੋ ਹੀ ਜਾਣਾ, ਬਿਲਕੁਲ, ਠੀਕ ਹੈ। ਤਾਂ ਉਹ ਅਸੀਂ ਦੇਖ ਕੇ ਵੀ ਜੱਜਮੈਂਟ ਲਾ ਕੇ ਗੱਲ ਵੀ ਕਰਕੇ ਵੀ ਪਤਾ ਲੱਗ ਜਾਂਦਾ ਵੀ ਇਹ ਪੇਸ਼ੈਂਟ ਕੀ ਗੱਲ ਕਰ ਰਿਹਾ, ਕਿਸ ਲੈਵਲ 'ਤੇ ਬੋਲ ਰਿਹਾ, ਹੈ ਨਾ, ਜਾਂ ਕਿੰਨੀ ਕੁ ਪੁਰਾਣੀ ਇਹਨੂੰ ਪ੍ਰੋਬਲਮ, ਉਹ ਡਿਪੈਂਡ ਫਿਰ ਤੁਹਾਡੀ ਪੇਸ਼ੈਂਟ ਦੀ ਸਾਈਕੋਲੋਜੀ 'ਤੇ ਕਰਦਾ। ਕਈ ਲੋਕ ਅੱਛੀ ਤਰ੍ਹਾਂ ਹੈਂਡਲ ਕਰ ਲੈਂਦੇ ਆ, ਕਈ ਲੋਕ 3-4 ਸਾਲ ਉਹ 'ਚੋਂ ਨਹੀਂ ਨਿਕਲਦੇ, ਠੀਕ ਹੈ, ਨਹੀਂ ਉਹ ਛੱਡ ਨਹੀਂ ਪਾਉਂਦੇ। ਪੇਸ਼ੈਂਟ ਸਾਡੇ ਕੋਲ ਤੋਲਾਵਾਲ ਪਿੰਡ ਆ, ਮੇਰੇ ਕੋਲ ਚੀਮੇ ਆਉਂਦੇ ਸੀ, ਉਹਦੀ ਮਦਰ ਨਹੀਂ ਉਹ 'ਚੋਂ ਨਿਕਲ ਪਾਈ, ਬੇਟਾ ਸਡਨ ਚਲਾ ਗਿਆ। ਹੁਣ ਉਹਦੀ ਬੇਟੀ ਹੈ, ਉਹ ਉਹਦੀ ਸਿਸਟਰ ਸੀ ਮੁੰਡੇ ਦੀ, ਉਹ 2 ਸਾਲ ਵੱਡੀ ਸੀ ਉਹ ਮੁੰਡੇ ਤੋਂ, ਉਹਨੂੰ 3 ਮਹੀਨੇ ਲੱਗੇ ਠੀਕ ਹੋਣ 'ਚ, ਉਹਨੂੰ 6 ਮਹੀਨੇ ਲੱਗ ਗਏ ਹਜੇ ਵੀ ਉਹ ਪ੍ਰੋਪਰ ਕਿਓਰ ਨਹੀਂ ਹੋ ਰਹੀ, ਠੀਕ ਹੈ, ਉਹ ਤਾਂ ਹਜੇ ਵੀ ਉਹ ਉਸੇ ਸੇਮ ਫੇਜ਼ ਤੋਂ ਚੱਲ ਰਹੀ ਹੈ, ਠੀਕ ਹੈ। ਕੁਛ ਤਾਂ ਹਾਲਾਤ ਵੀ ਫਰਕ ਹੈ, ਏਜ ਦਾ ਵੀ ਡਿਫਰੈਂਸ ਆ ਗਿਆ ਦੋਨਾਂ ਦਾ, ਹੈ ਨਾ, ਬੇਟੀ ਕੋਲੇ ਕਾਫੀ ਕੁਛ ਹੈ ਹੋਰ ਬਿਜ਼ੀ ਹੋਣ ਵਾਸਤੇ ਲਾਈਫ 'ਚ, ਮਦਰ ਕੋਲੇ ਨਹੀਂ ਹੈ, ਠੀਕ ਹੈ, ਤਾਂ ਮਦਰ ਲਈ ਉਹ 24/7 ਉਹਨੇ ਇਹੀ ਸੋਚਣਾ ਬੇਟੇ ਬਾਰੇ ਹੀ ਚੱਲਣਾ ਖਿਆਲ ਹੋਵੇ, ਠੀਕ ਹੈ। ਤੁਹਾਡੇ ਇਮੋਸ਼ਨਸ ਵੀ, ਮਤਲਬ ਇੱਕ ਭੈਣ ਭਰਾ ਦੇ ਇਮੋਸ਼ਨ ਜਿਹੜੇ ਹੁੰਦੇ ਆਪਸ ਵਿੱਚ, ਮਦਰ ਦੇ ਆਪਣੇ ਬੱਚੇ ਲਈ ਉਸ ਤੋਂ ਬਹੁਤ ਜ਼ਿਆਦਾ ਡਿਫਰੈਂਸ ਵੱਡਾ ਹੁੰਦਾ, ਹੈ ਨਾ ਜੀ। ਅਤੇ ਫਿਰ ਉਹ ਮੈਂ ਉਹਨੂੰ ਸਮਝਾਇਆ ਵੀ, ਕਾਉਂਸਲਿੰਗ ਵੀ ਹੋਈ ਵੀ, ਫਿਰ ਮੈਂ ਕਿਹਾ ਵੀ ਤੁਸੀਂ ਤਾਂ ਐਜ਼ ਅ ਸਿਸਟਰ ਹੈ, ਤੂੰ ਪੜ੍ਹਦੀ ਵੀ ਆ, ਤੂੰ ਕੱਲ੍ਹ ਨੂੰ ਹੋਰ ਲੋਕਾਂ ਨੂੰ ਵੀ ਮਿਲਦੀ ਹੈ, ਠੀਕ ਹੈ, ਇਹਨਾਂ ਤਾਂ ਆਪਣੇ ਬੰਦ ਰੂਮ 'ਚ ਬੈਠੇ ਰਹਿਣਾ ਮਦਰ ਨੇ, ਠੀਕ ਹੈ, ਬਾਹਰੋਂ ਇਹ ਆਪਣੇ ਪਿੰਡਾਂ 'ਚ ਬੜਾ ਪੁਰਾਣਾ ਇਹ ਬੜੀ ਪ੍ਰੋਬਲਮ ਹੈ ਨਾ, ਵੀ ਜਿਹਨੇ ਆਉਣਾ ਉਹਨੇ ਨੈਗੇਟਿਵ ਇਨਪੁੱਟ ਹੀ ਦੇਣੀ ਆ, ਆਫਟਰ 6 ਮੰਥਸ ਵੀ ਉਹ ਇਸ ਤਰ੍ਹਾਂ ਦੀ ਗੱਲ ਕਰਕੇ ਜਾਣਗੇ, ਯਾਦ ਕਰਾਉਣਗੇ, ਯੈਸ, ਕਿ ਉਹ ਨਿਕਲ ਨਾ ਸਕੇ ਉਹਦੇ 'ਚ, ਠੀਕ ਹੈ।
ਤਾਂ ਫਿਰ ਉਹ ਫਿਰ ਉਹਦੇ 'ਚੋਂ ਹੌਲੀ ਹੌਲੀ ਹੁਣ ਉਹ ਮੈਡੀਸਨ, ਮੈਂ ਨਹੀਂ ਕਹਿੰਦਾ ਵੀ ਸਾਰੀਆਂ ਮੈਡੀਸਨ ਉਹਦੀ ਕੰਮ ਕਰਦੀਆਂ ਨੇ, ਹੈ ਨਾ, 6 ਮੰਥਸ ਲੱਗ ਗਏ, ਹੈ ਨਾ, 6 ਮਹੀਨੇ ਸ਼ਾਇਦ ਹੋ ਚੁੱਕੇ, ਹੁਣ ਉਹਨੂੰ ਇੱਕ ਲਾਸਟ ਮੈਡੀਸਨ ਹੋਰ ਦਿੱਤੀ ਆ, ਉਹਦੇ ਨਾਲ ਉਹ ਕਹਿੰਦੀ ਮੇਰਾ ਰੋਣਾ ਵੀ ਬੰਦ ਹੋ ਗਿਆ, ਠੀਕ ਹੈ, ਮੈਨੂੰ ਸਾਹ ਚੜ੍ਹਨਾ ਵੀ ਹਟ ਗਿਆ। ਦੇਖੋ ਉਹ ਪੇਸ਼ੈਂਟ ਨੋਰਮਲ ਸੀ ਬਿਲਕੁਲ, ਉਹਨੂੰ ਜੇ ਉਹ ਮੈਡੀਸਨ ਆਪਣੇ ਕੋਲ ਲੈ ਰਹੀ ਸੀ, ਰੈਗੂਲਰ ਚੱਲ ਰਹੀ ਸੀ, ਪੁਰਾਣੇ ਆਉਂਦੇ ਸੀ ਮੇਰੇ ਕੋਲ, ਤਾਂ ਉਹਨਾਂ ਨੂੰ ਫੇਥ ਬਹੁਤ ਸੀ, ਠੀਕ ਹੈ, ਵੀ ਠੀਕ ਅਸੀਂ ਇਹਦੇ ਨਾਲ ਹੀ ਹੋਵਾਂਗੇ। ਉਹ ਲੇਡੀ ਦਾ ਅਸਥਮਾ, ਜਿਹਨੂੰ ਜੇ ਆਪਾਂ ਕਹਿ ਦਿੰਦੇ ਪੰਜਾਬੀ 'ਚ ਪਿੰਡਾਂ 'ਚ ਵੀ ਉਹਨੂੰ ਸਾਹ ਹੋਣ ਲੱਗ ਗਿਆ, ਠੀਕ ਹੈ, ਉਹ ਸਾਹ ਚੜ੍ਹਦਾ ਸੀ, ਤੁਰਦੇ ਆਉਂਦਾ, ਬੈਠਦੇ ਆਉਂਦਾ, ਬੈਠਣ ਦੇ ਵੀ ਚੜ੍ਹੀ ਜਾਂਦਾ ਸੀਗਾ ਉਹ ਸਟ੍ਰੈਸ, ਠੀਕ ਹੈ। ਜਿਹੜੀ ਹੁਣ ਮੈਡੀਸਨ ਦਿੱਤੀ, ਉਹ ਮੈਡੀਸਨ ਨੇ ਉਹਦੇ ਬੈਡਨਾ ਇਫੈਕਟ ਕੀਤਾ, ਉਹਦਾ ਰੋਣਾ ਬੰਦ ਹੋ ਗਿਆ, ਉਹਨੂੰ ਸਾਹ ਚੜ੍ਹਨੋਂ ਹਟ ਗਿਆ, ਠੀਕ ਹੈ। ਤਾਂ ਫਿਰ ਉਹ ਅਲਟੀਮੇਟਲੀ ਉਹੀ ਗੱਲ ਹੋ ਗਈ ਨਾ, ਵੀ ਰੀਜ਼ਨ ਬਿਹਾਈਂਡ ਤੁਹਾਡੇ ਮਾਈਂਡ ਦੇ ਵਿੱਚ ਕੀ ਸਾਈਕੋਲੋਜੀਕਲੀ ਤੁਸੀਂ ਫੀਲ ਕਰਦੇ ਹੋ, ਕਿਸ ਲੈਵਲ 'ਤੇ ਤੁਸੀਂ ਡਾਊਨ ਟੁੱਟ ਚੁੱਕੇ ਹੋ, ਠੀਕ ਹੈ। ਉਹ ਬਿਮਾਰੀਆਂ ਉੱਥੋਂ ਹੀ ਸ਼ੁਰੂ ਹੁੰਦੀਆਂ ਸਾਰੀਆਂ, ਹੈ ਨਾ। ਹੁਣ ਉਹ ਕਹਿੰਦੀ ਮੈਨੂੰ ਸਾਹ ਨਹੀਂ ਚੜ੍ਹ ਰਿਹਾ, ਠੀਕ ਹੈ, ਫਿਰ ਉਹ ਕੋਈ ਅਸਥਮਾ ਨਹੀਂ ਹੈ, ਕੋਈ ਉਹਨੂੰ ਚੈਸਟ ਪ੍ਰੋਬਲਮ ਨਹੀਂ ਸੀਗੀ, ਠੀਕ ਹੈ, ਕਿਉਂਕਿ ਉਹ ਓਵਰ ਥਿੰਕਿੰਗ ਇੱਕੋ ਹੀ ਥੋਟ ਮਨ 'ਚ ਫਸੇ ਰਹਿਣਾ। ਬੜੀ ਲੋਕਾਂ ਨੂੰ ਇਹ ਬਹੁਤ, ਅੱਜ ਕੱਲ੍ਹ ਇਹ ਪ੍ਰੋਬਲਮ ਬਹੁਤ ਆ ਰਹੀ ਹੈ, ਵੀ ਉਹ ਕਹਿੰਦੇ ਨੇ ਜੀ ਵੀ ਜਿਹੜੀ ਗੱਲ ਅਸੀਂ ਸਵੇਰੇ ਸੋਚ ਲਈ ਨਾ, ਰਾਤ ਨੂੰ ਵੀ ਉਹੀ ਚੱਲੀ ਜਾਣੀ ਆ, ਸਵੇਰੇ ਉੱਠਾਂਗੇ ਨੈਕਸਟ ਡੇ ਵੀ ਅਸੀਂ ਉਹਦੇ ਬਾਰੇ ਸੋਚੀ ਜਾਂਦੇ ਹਾਂ, ਮਾਈਂਡ ਥੋਟ ਫਿਕਸ ਬਹੁਤ ਹੋਣ ਲੱਗ ਗਏ ਬਿਲਕੁਲ। ਇਹ ਮਤਲਬ ਬਿਲਕੁਲ ਵੱਖਰੀ ਗੱਲ ਹੋ ਜੂ, ਜਿਵੇਂ ਤੁਸੀਂ ਕਿਹਾ ਕਿ ਬਾਡੀ ਲੈਂਗੁਏਜ ਤੋਂ ਪਤਾ ਲਾ ਜਾਂਦਾ ਹੈ ਨਾ, ਪੇਸ਼ੈਂਟ ਤੁਹਾਡੇ ਕੋਲ ਮਿਲਾ ਤਾਂ 10 ਮਿੰਟ ਬੈਠਦਾ ਹੋਣਾ, ਹੈ ਨਾ, ਤੇ ਉਸ ਤੋਂ ਬਾਅਦ ਤੁਸੀਂ ਉਹਦੇ ਨਾਲ ਗੱਲਾਂ ਹੀ ਕਰਦੇ ਹੋਣੇ। ਮੈਂ ਹੁਣ ਤੁਹਾਡੇ ਕੋਲ ਘੰਟਾ ਹੋ ਗਿਆ ਬੈਠੇ ਨਾ, ਮੇਰੀ ਬਾਡੀ ਲੈਂਗੁਏਜ ਤੋਂ ਤੁਸੀਂ ਇਹੋ ਜਿਹੀਆਂ ਚੀਜ਼ਾਂ ਜੱਜ ਕਰ ਸਕਦੇ ਹੋ? ਜਦੋਂ ਤੁਹਾਡੀ ਪ੍ਰੋਪਰ ਨਹੀਂ ਐਂ ਤਾਂ ਕੁਛ ਜਜਮੈਂਟ ਤਾਂ ਹੁੰਦੀ ਹੈ, ਠੀਕ ਹੈ, ਵੀ ਕਿਸ ਤਰ੍ਹਾਂ ਦਾ ਇਨਰ ਕਿਸ ਤਰ੍ਹਾਂ ਹੈ ਬੰਦੇ ਦਾ, ਠੀਕ ਹੈ, ਅਤੇ ਫਿਰ ਅਲਟੀਮੇਟਲੀ ਜਦੋਂ ਆਪਾਂ ਕਿਸੇ ਗੱਲ 'ਤੇ ਆਵਾਂਗੇ ਸਾਈਕੋਲੋਜੀਕਲੀ, ਜਾਂ ਪੁੱਛਣ ਨਾਲ ਸ਼ੁਰੂ ਕਰਾਂਗੇ, ਕੋਈ ਹਿਸਟਰੀ 'ਚ ਜਾਵਾਂਗੇ ਵੀ ਹਾਂ ਕੀ ਹੋਇਆ, ਠੀਕ ਹੈ, ਕਦੋਂ ਕੀ ਹੋਇਆ, ਲਾਈਫ ਕਿਸ ਤਰ੍ਹਾਂ ਦੀ ਤੁਸੀਂ ਜਿਉਂਦੇ ਹੋ, ਰੁਟੀਨ ਤੁਹਾਡੀ ਕਿਸ ਤਰ੍ਹਾਂ ਦੀ ਹੈ, ਕੀ ਤੁਸੀਂ ਕਿੰਨਾ 'ਚ ਗੱਲਾਂ ਨੂੰ ਕਿਵੇਂ ਟੈਕਲ ਕਰਦੇ ਹੋ, ਉੱਥੋਂ ਫਿਰ ਆਪਾਂ ਇਸ ਵਾਰੀ ਕਲੈਰਟੀ ਨਿਕਲ ਕੇ ਆਉਂਦੀ ਹੈ ਵੀ ਹਾਂ ਇਹ ਇਸ ਤਰ੍ਹਾਂ ਦੀ ਪਰਸਨੈਲਿਟੀ ਨੇ, ਆਹ ਇਹਨਾਂ ਦਾ ਲਾਈਫ ਸਟਾਈਲ ਹੈ, ਠੀਕ ਹੈ, ਇੰਨਾ ਕੇ ਸਟ੍ਰੈਸ ਨੂੰ ਸੀਰੀਅਸ ਲੈਂਦੇ ਆ, ਇੰਨਾ ਕੇ ਛੱਡ ਕੇ ਲੀਵ ਆਨ ਕਰਕੇ ਨਿਕਲਦੇ ਆ, ਹੈ ਨਾ। ਹੁਣ ਤੁਸੀਂ ਇੰਨੇ ਲੋਕਾਂ 'ਚ ਵਿਚਰਦੇ ਹੋ, ਰੁਟੀਨ ਦੀਆਂ ਇੰਟਰਵਿਊਜ਼ ਕਰਦੇ ਹੋ, ਤਾਂ ਉਹ ਪਰਸਪੈਕਟਿਵ ਤੁਹਾਡਾ ਹੋਰ ਤਰ੍ਹਾਂ ਦਾ ਬਣਿਆ ਹੋਇਆ, ਠੀਕ ਹੈ। ਤਾਂ ਜੇ ਹੁਣ ਇਹੀ ਕੋਈ ਘਰ ਬੈਠੇ ਆ ਲੇਡੀ, ਉਹ ਨਹੀਂ ਨਿਕਲਦੇ ਕਿਤੇ ਕੰਮ 'ਤੇ ਨਹੀਂ ਜਾਂਦੇ, ਠੀਕ ਆ, ਉਹਨਾਂ ਦਾ ਉਹ ਵਾਈਡ ਐਂਗਲ ਹੋਣਾ ਹੀ ਨਹੀਂ ਹੈ, ਠੀਕ ਹੈ, ਤਾਂ ਉਹ ਫਿਰ ਉੱਥੋਂ ਜੱਜਮੈਂਟ ਕਰਨੀ ਪੈਂਦੀ ਹੈ ਵੀ ਹਾਂ ਆਹ ਸਾਈਕੋਲੋਜੀਕਲੀ ਆਹ ਇਹਨਾਂ ਦੀ, ਸਾਡੀ ਮੈਡੀਸਨ ਹੀ ਇਸ ਤਰ੍ਹਾਂ ਦੀਆਂ ਨੇ, ਮੈਂ ਸੁਭਾਅ ਦੀਆਂ ਗੱਲਾਂ ਪੁੱਛਦੇ ਹਾਂ ਵੀ ਗੁੱਸਾ ਕਿੰਨਾ ਕੁ ਆਉਂਦਾ, ਉਹ ਕਹਿੰਦੇ ਜੀ ਇੰਨਾ ਆਉਂਦਾ, ਫਿਰ ਉਹਨੂੰ ਪੁੱਛਣਾ ਮੈਂ ਵੀ ਮਿਊਜ਼ਿਕ ਚੰਗਾ ਲੱਗਦਾ, ਗਾਣੇ ਸੁਣ ਲੈਂਦੇ ਹੋ, ਉਹ ਕਹਿੰਦੇ ਵੀ ਉਹ ਕਈ ਜਿਹੜੇ ਪੇਸ਼ੈਂਟ ਹੁੰਦੇ ਨੇ ਤੁਸੀਂ ਇਹਨੂੰ ਛੱਡੋ ਜੀ ਦਵਾਈ ਦਿਓ, ਇਟਸ ਨੋਟ ਦੈਟ ਥਿੰਗ, ਇਹ ਉਵੇਂ ਨਹੀਂ ਹੈ, ਅਸੀਂ ਇਸ ਲਈ ਨਹੀਂ ਪੁੱਛ ਰਹੇ ਵੀ ਤੁਹਾਡੇ ਮਿਊਜ਼ਿਕ ਦਾ ਸਾਨੂੰ ਕੁਝ ਜ਼ਰੂਰੀ ਹੈ ਪੁੱਛਣਾ, ਬਿਲਕੁਲ, ਸਾਡੀ ਮੈਡੀਸਨ ਸਿਲੈਕਸ਼ਨ ਆਫ ਮੈਡੀਸਨ ਡਿਪੈਂਡ ਕਰਦੀ ਵੀ ਤੁਸੀਂ ਕੀ, ਤੁਹਾਨੂੰ ਅਮਿਊਜ਼ਮੈਂਟ ਅੱਛਾ ਲੱਗਦਾ, ਜੇ ਉਹ ਬੰਦੇ ਨੂੰ ਗਾਣੇ ਅੱਛੇ ਲੱਗਦੇ ਆ ਤਾਂ ਉਹ ਮੈਡੀਸਨ ਸਿਲੈਕਸ਼ਨ ਹੋਰ ਹੋ ਜਾਣੀ ਹੈ, ਜੇ ਉਹ ਸਾਨੂੰ ਸਹੀ ਗੱਲ ਨਹੀਂ ਦੱਸਦਾ ਸਾਡੀ ਮੈਡੀਸਨ ਹੀ ਰੋਂਗ ਚਲੀ ਜਾਣੀ ਹੈ, ਠੀਕ ਹੈ। ਜਿਹੜਾ ਬੰਦਾ ਕਹਿੰਦਾ ਵੀ ਗਾਣੇ ਤਾਂ ਨਹੀਂ ਪਸੰਦ ਲੇਕਿਨ ਮੈਨੂੰ ਧਾਰਮਿਕ ਬਹੁਤ ਪਸੰਦ ਹੈ, ਗੁਰਬਾਣੀ ਮੈਂ ਸਵੇਰੇ ਹੀ ਲਾ ਲੈਣੀ ਹੈ, ਸ਼ਾਮ ਨੂੰ ਵੀ ਸੁਣਨੀ ਹੈ, ਮਿਊਜ਼ਿਕ ਨਹੀਂ ਮੈਨੂੰ ਚੰਗਾ ਲੱਗਦਾ, ਗਾਣੇ ਸੁਣਨੇ ਮੇਰੇ ਲਈ ਕੋਈ ਜ਼ਰੂਰੀ ਨਹੀਂ ਹੈ। ਮੈਨੂੰ ਲੱਗਦਾ ਕਿ ਬਹੁਤੇ ਲੋਕ, ਆਪਾਂ ਕਹਿੰਦੇ ਵੀ ਸਾਡੇ ਅੰਦਰ ਨਾ ਇੰਨਾ ਕੁ ਝੂਠ ਜ਼ਰੂਰ ਹੁੰਦਾ ਵੀ ਅਸੀਂ ਡਾਕਟਰ ਸਾਹਮਣੇ ਵੀ ਜਾਂ ਕਿਸੇ ਵੀ ਬੰਦੇ ਸਾਹਮਣੇ ਵੀ ਪ੍ਰਟੈਂਡ ਵੀ ਕਰਦੇ ਹਾਂ ਕਿ ਨਹੀਂ ਜੀ ਅਸੀਂ ਸਿਰਫ ਧਾਰਮਿਕ ਹੀ ਹਾਂ, ਜਦਕਿ ਹੋ ਸਕਦਾ ਸਾਡਾ ਟੇਸਟ ਵਾਕਈ ਮਿਊਜ਼ਿਕ ਸੁਣਨ ਦਾ ਹੋਵੇ, ਹੈ ਨਾ। ਹੁੰਦਾ ਸਾਡੇ ਕੋਲ ਕਈ ਨਾ, ਹੁਣ ਉਹ ਬਾਈ ਨੇਚਰ ਉਹਨਾਂ ਦੀ ਜੋਬ ਹੈ, ਗ੍ਰੰਥੀ ਹੈ, ਗੁਰਦੁਆਰਾ ਸਾਹਿਬ ਕੀਰਤਨ ਕਰਦੇ, ਉਹ ਕਹਿ ਨਹੀਂ ਸਕਦੇ ਲੇਕਿਨ ਉਹ ਫਿਰ ਕੀ ਹੁੰਦਾ ਜਦੋਂ ਦੂਜੀ ਤੀਜੀ ਸਿਟਿੰਗ 'ਤੇ ਰਿਜ਼ਲਟ ਨਹੀਂ ਮਿਲਦਾ ਫਿਰ ਸਾਨੂੰ ਦੁਬਾਰੇ ਗੱਲ ਦੀ ਕਰਨੀ ਪੈਂਦੀ ਹੈ ਗੱਲਬਾਤ, ਫਿਰ ਮੈਨੂੰ ਕਈ ਵਾਰੀ ਕਹਿਣਾ ਵੀ ਪਿਆ, ਉਹ ਮੈਂ ਕਿਹਾ ਵੀ
ਤੁਸੀਂ ਇਹਨੂੰ ਸਾਈਡ 'ਤੇ ਛਤਾ ਕਰੋ, ਠੀਕ ਹੈ, ਇਸ ਤੁਹਾਡਾ ਪ੍ਰੋਫੈਸ਼ਨ ਆ, ਠੀਕ ਹੈ, ਇਹ ਤੁਹਾਨੂੰ ਪਸੰਦ ਹੈ ਨਹੀਂ ਹੈ, ਇਸ ਬਾਈ ਨੇਚਰ ਹੈ, ਵੈਸੇ ਤੁਹਾਨੂੰ ਕੀ ਪਸੰਦ ਆ? ਉਹਨੇ ਫਿਰ ਕਹਿਤਾ ਕਿ ਮੈਨੂੰ ਗਾਣੇ ਬਹੁਤ ਜ਼ਿਆਦਾ ਪਸੰਦ ਨੇ, ਮੈਂ ਇਕੱਲਾ ਹੁੰਦਾ ਪੰਜਾਬੀ ਗਾਣੇ ਸੁਣਦਾ, ਠੀਕ ਹੈ, ਤਾਂ ਸਾਡੀ ਮੈਡੀਸਨ ਚੇਂਜ ਹੋ ਗਈ ਜੀ, ਐਂਡ ਵਿਦਿਨ 15 ਦਿਨਾਂ 'ਚ ਰਿਜ਼ਲਟ ਮਿਲ ਗਿਆ, ਹੈ ਨਾ। ਹਾਂ, ਇਹ ਆਉਂਦੀ ਹੈ ਗੱਲ ਕਿ ਲੋਕ ਕੁਛ ਵਾਰੀ ਹਾਈਡ ਕਰ ਜਾਂਦੇ ਆ, ਤਾਂ ਉਸ ਅਸੀਂ ਡਿਲੇ ਹੋ ਜਾਂਦੇ ਹਾਂ ਰਿਜ਼ਲਟ ਦੇਣ 'ਚ, ਫਿਰ ਹੁੰਦਾ ਹੀ ਇਹ ਤਾਂ ਬਿਟ ਓਬਵੀਅਸ ਹੈ। ਸਾਨੂੰ ਕਈ ਵਾਰੀ ਲੋਕਾਂ ਨੂੰ ਇਹ ਬਹੁਤ ਕਲੀਅਰ ਕਰਨਾ ਪੈਂਦਾ ਵੀ ਵੈਰੀ ਟਰੂ ਚੱਲੋ, ਠੀਕ ਹੈ, ਮਤਲਬ ਸਾਡੇ ਲਈ ਇਹ ਕੋਈ ਹਿਸਟਰੀ, ਸਾਡੇ ਕਾਲੇ ਪੇਜ ਨਹੀਂ ਭਰਨੇ ਆਪਣੇ, ਵੀ ਸਾਨੂੰ ਇਹ ਕਲੀਅਰਿਟੀ ਹੋਣੀ ਜ਼ਰੂਰੀ ਹੈ, ਅਸੀਂ ਰਾਈਟ ਮੈਡੀਸਨ 'ਤੇ ਫਿਰ ਹੀ ਆ ਸਕਾਂਗੇ, ਠੀਕ ਹੈ। ਤਾਂ ਬਹੁਤ ਜਲਦੀ ਜਿਹੜੇ ਕਹਿੰਦੇ ਆਪਾਂ ਕੁਇਕ ਰਿਜ਼ਲਟ ਮਿਲ ਗਿਆ, ਜਿੰਨਾ ਪਲੇਨ ਬੰਦਾ ਆਉਂਦਾ ਸਾਡੇ ਕੋਲ, ਜਿੰਨਾ ਕਲੀਅਰਟੀ ਉਹਨੂੰ ਦੱਸ ਦੇਣਾ ਵੀ ਹਾਂਜੀ ਮੈਂ ਤਾਂ ਉਹ ਕਹਿ ਦਿੰਦੇ ਨੇ ਲੋਕ ਆ ਕੇ, ਅਸੀਂ ਕਹਿੰਦੇ ਨਾ ਗੁੱਸਾ, ਕੋਈ ਕਹਿੰਦਾ ਜੀ ਮੈਨੂੰ ਪਛਤਾਵਾ ਆਉਂਦਾ, ਕੋਈ ਅੱਗੇ ਕਹਿ ਦਿੰਦਾ ਲੇਡੀਜ਼ ਵੀ ਕੋਈ ਪਛਤਾਵਾ ਨਹੀਂ ਆਉਂਦਾ, ਇਹ ਸਹੀ ਸੀ ਮੈਂ ਕਹਿਤੀ, ਦੈਟਸ ਗੁੱਡ, ਮੈਂ ਤਾਂ ਕਹਿ ਕੇ ਹਟਣੀ ਹੈ ਜੀ ਮੈਡਮ, ਮੈਂ ਨਹੀਂ ਰਹਿ ਸਕਦੀ ਕਿਉਂਕਿ ਮੈਥੋਂ ਤਾਂ ਅੰਦਰ ਰੱਖੀ ਨਹੀਂ ਜਾਂਦੀ, ਮੈਂ ਰੋਂਗ ਹੈ ਹੀ ਨਹੀਂ। ਉਹ ਕਹਿੰਦਾ ਆਈ ਐਮ ਰਾਈਟ, ਮੈਨੂੰ ਪਛਤਾਵਾ ਹੁੰਦਾ ਹੀ ਨਹੀਂ, ਮੈਂ ਤਾਂ ਗਲਤ ਸਹੀ, ਐਵਰੀ ਬਟ ਹਰ ਬੰਦਾ ਤਾਂ ਦੇਖੋ ਇਹ ਨਹੀਂ ਮੰਨਦਾ ਵੀ ਮੈਂ ਗਲਤ ਹਾਂ, ਹੈ ਨਾ, ਕਈ ਲੋਕ ਕਹਿੰਦੇ ਨੇ ਮੈਂ ਤਾਂ ਆਪਣੀ ਸਹੀ ਗੱਲ ਕਰਦੀ ਹਾਂ, ਤਾਂ ਫਿਰ ਉਹ ਮੈਡੀਸਨ ਚੇਂਜ ਹੋ ਜਾਂਦੀ ਹੈ, ਤਾਂ ਇੰਨੇ ਇੰਨੇ ਤਾਂ ਮੈਡੀਸਨ ਬਦਲਦੀ ਜਾਂਦੀ ਹੈ, ਨੇਚਰ ਵਾਈਜ਼ ਮੈਡੀਸਨ ਹੋਮਪੈਥੀ ਵਰਕ ਕਰਦੀ ਹੈ, ਜਿਸ ਤਰ੍ਹਾਂ ਦਾ ਤੁਸੀਂ ਸੁਭਾਅ ਹੈ ਤੁਹਾਡਾ, ਜਿਸ ਤਰ੍ਹਾਂ ਦਾ ਤੁਸੀਂ ਉਹਦੇ ਅਕੋਰਡਿੰਗ ਸਾਨੂੰ ਦੱਸਦੇ ਹੋ, ਤਾਂ ਉਹ ਫਿਰ ਕੋਈ ਵੀ ਮਤਲਬ ਵਾਈਡ, ਬਹੁਤ ਵਾਈਡ ਲੈ ਕੇ ਚੱਲਦੇ ਹਾਂ ਵੀ ਇਫੈਕਟਿਵ ਮੈਡੀਸਨ ਨੇ ਕਰਨਾ ਹੀ ਕਰਨਾ, ਨੋ ਆਪਸ਼ਨ, ਹੈ ਨਾ। ਜਿਵੇਂ ਮੇਰਾ ਇੱਕ ਸੁਭਾਅ ਹੈ ਕਿ ਮੈਂ ਮਤਲਬ ਬਹੁਤ ਛੇਤੀ ਕਿਸੇ ਚੀਜ਼ 'ਤੇ ਰਿਐਕਟ ਨਹੀਂ ਕਰ ਸਕਦੀ, ਹੈ ਨਾ, ਮੈਨੂੰ ਹੁੰਦਾ ਹੈ ਕਿ ਵੀ ਮੈਂ ਸਾਲ ਬਾਅਦ ਸ਼ਾਇਦ ਕਿਸੇ ਇੱਕ ਬੰਦੇ ਅੱਗੇ ਰੋ ਸਕਦੀ ਹਾਂ, ਮਤਲਬ ਮੈਂ ਰੋਜ਼ ਨਹੀਂ ਕਿਸੇ ਅੱਗੇ ਰੋ ਸਕਦੀ, ਅਤੇ ਬਹੁਤ ਜ਼ਿਆਦਾ ਮੈਂ ਮੈਂਟਲੀ ਅਤੇ ਫਿਜ਼ੀਕਲ ਬਰਡਨ ਲੈ ਲੈਂਦੀ ਹਾਂ ਵੀ ਮੈਨੂੰ ਐਂ ਕਹਿਣ ਦੀ ਆਦਤ ਵੀ ਨਹੀਂ, ਨਹੀਂ ਮੈਥੋਂ ਨਹੀਂ ਹੋ ਰਿਹਾ ਨਾ ਇਹ ਕੰਮ, ਅਤੇ ਇੱਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਕਹਿੰਦੇ ਹਾਂ ਕਿ ਬਹੁਤ ਜ਼ਿਆਦਾ ਚੀਜ਼ਾਂ ਨੂੰ ਆਪਣੇ ਆਪ 'ਤੇ ਝੱਲਦੇ ਰਹਿਣਾ ਹਮੇਸ਼ਾ, ਕਿ ਫਿਜ਼ੀਕਲ ਬਰਡਨ ਵੀ ਲੈ ਰਹੇ ਹੋ, ਮੈਂਟਲ ਬਰਡਨ ਵੀ, ਅਤੇ ਕਈ ਐਵੇਂ ਦੇ ਵੀ ਲੋਕ ਹੁੰਦੇ ਆ ਵੀ ਉਹ ਮੋਰਨਿੰਗ 'ਚ ਬਹੁਤ ਪੋਜ਼ਿਟਿਵ ਹੋਣਗੇ, ਸ਼ਾਮ ਨੂੰ ਬਹੁਤ ਲੋ, ਸ਼ਾਮ ਨੂੰ ਉਹ ਕਹਿਣਗੇ ਵੀ ਦੁਨੀਆਂ ਦਾ ਸਭ ਤੋਂ ਹਾਰਿਆ ਹੋਇਆ ਬੰਦਾ ਮੈਂ ਹਾਂ, ਸਵੇਰੇ ਉਹ ਕਹਿਣਗੇ ਵੀ ਮੈਂ ਦੁਨੀਆਂ 'ਚ ਕੁਛ ਵੀ ਕਰ ਸਕਦਾ, ਅਤੇ ਇਹ ਵੀ ਮਤਲਬ ਤੁਸੀਂ ਜਜਮੈਂਟ ਕਰਦੇ ਹੋ ਕਿ ਇਹ ਵੀ ਡਿਪਰੈਸ਼ਨ ਦਾ ਜਾਂ ਸਟ੍ਰੈਸ ਦਾ? ਹਾਂ ਦੇਖੋ, ਫੇਜ਼ਿਸ ਤਾਂ ਅਲੱਗ ਅਲੱਗ ਨੇ ਸਾਰੀਆਂ ਗੱਲਾਂ ਦੇ, ਹੈ ਨਾ, ਨੇਚਰ ਵਾਈਜ਼ ਜਿਹੜੀ ਡਿਫਰੈਂਟ ਹੈ ਹਰੇਕ ਦਾ। ਹੁਣ ਜਿਵੇਂ ਕੋਈ ਬੰਦਾ ਇਸ ਚੀਜ਼ ਨੂੰ ਬਹੁਤ ਪੋਜ਼ਿਟਿਵ ਲੈਂਦਾ, ਕਿੰਨਾ ਵੀ ਕੁਛ ਹੋਈ ਜਾਵੇ ਲਾਈਫ 'ਚ, ਠੀਕ ਹੈ, ਉਹ ਲੇਕਿਨ ਉਹ ਨਿਕਲੇਗਾ ਉਹਦੇ 'ਚੋਂ, ਉਹਨਾਂ ਲੱਗੇਗਾ ਵੀ ਕੋਈ ਗੱਲ ਨਹੀਂ, ਅੱਜ ਨਹੀਂ ਤਾਂ ਕੱਲ੍ਹ ਨੂੰ ਸਹੀ, ਕੱਲ੍ਹ ਨੂੰ ਤਾਂ ਪਰਸੋਂ ਹੋ ਜਾਏਗਾ, ਠੀਕ ਹੈ। ਕਈ ਲੋਕ ਸਾਡੇ ਕੋਲ ਆਉਂਦੇ ਆ, ਇਹ ਤੱਕ ਵੀ ਕਹਿੰਦੇ ਆ ਵੀ ਅਸੀਂ ਰਿਪੀਟਿਡਲੀ ਪੁੱਛ ਲਈਦਾ ਵੀ ਫੈਮਿਲੀ 'ਚ ਪ੍ਰੋਬਲਮ? ਨਾ ਜੀ। ਹਸਬੈਂਡ? ਨਾ ਜੀ। ਫਾਈਨੈਂਸ਼ੀਅਲੀ? ਬਿਲਕੁਲ ਵੀ ਨਹੀਂ। ਪਰ ਉਹ ਕਹਿੰਦੇ ਵੀ ਉਹ ਤੁਹਾਡੇ ਲਈ ਗੱਲ ਪਹਿਲਾਂ ਵਾਲੀ, ਡਿਪਰੈਸ਼ਨ ਬਹੁਤ ਆ ਸਾਨੂੰ, ਉਹਨਾਂ ਨੂੰ ਪਤਾ ਹੈ ਨਹੀਂ ਵੀ ਡਿਪਰੈਸ਼ਨ 'ਚ ਅਸੀਂ ਕਿਉਂ ਆ, ਇਹ ਵੀ ਨਹੀਂ ਪਤਾ ਹੈ ਹੁੰਦੇ ਵੀ ਨਹੀਂ ਉਹ ਲੋਕ ਐਕਚੁਲੀ, ਠੀਕ ਹੈ, ਲੇਕਿਨ ਉਹ ਆਪਣੀ ਕੋਈ ਨਾ ਕੋਈ ਪੁਰਾਣੀ ਉਹਨਾਂ ਦੀ ਕੋਈ ਡਿਜ਼ਾਇਰ ਸੀ ਉਹ ਨਹੀਂ ਪੂਰੀ ਹੋਈ, ਕੋਈ ਪੜ੍ਹਨਾ ਹੀ ਚਾਹੁੰਦਾ ਸੀ, ਹੈ ਨਾ, ਇਸੇ ਤਰ੍ਹਾਂ ਦਾ ਕੋਈ ਬੰਦਾ ਹੁੰਦਾ, ਕਈ ਵਾਰੀ ਕੀ ਹੁੰਦਾ ਵੀ ਪੜ੍ਹਿਆ ਅੱਛਾ ਹੁੰਦਾ ਲੇਕਿਨ ਉਹ ਵੈਲ ਟੂ ਡੂ ਫੈਮਿਲੀ 'ਚ ਮੈਰਿਜ ਹੋ ਜਾਂਦੀ ਹੈ, ਉਹ ਅਗਲੇ ਕਹਿੰਦੇ ਵੀ ਜੋਬ ਦੀ ਅਸੀਂ ਕਰਾਉਂਦੇ, ਹੈ ਨਾ, ਲੋੜ ਹੀ ਨਹੀਂ ਸਾਨੂੰ ਜੋਬ ਦੀ ਤੇਰੀ ਦੀ, ਠੀਕ ਹੈ, ਲੇਕਿਨ ਉਹ ਫਿਰ ਜਿਹੜਾ ਇੱਕ ਅੰਦਰ ਤੁਹਾਡੇ ਸਬਕੌਂਸ਼ੀਅਸ ਮਾਈਂਡ 'ਚ ਉਹ ਰਹਿੰਦੀ ਹੈ ਗੱਲ, ਹੈ ਨਾ, ਕਿਤੇ ਨਾ ਕਿਤੇ ਉਹ ਲੇਟ ਚੱਲਦਾ ਰਹਿੰਦਾ ਵੀ ਮੇਰੇ 'ਚ ਇੰਟਲੈਕਟ ਵੀ ਸੀਗਾ, ਮੈਂ ਪੜ੍ਹੀ ਵੀ ਸੀ, ਚਲੋ ਕਰ ਲੈਂਦੀ ਜੋਬ ਤਾਂ ਮੈਨੂੰ ਅੱਛਾ ਰਹਿੰਦਾ, ਠੀਕ ਹੈ, ਤਾਂ ਉਹ ਲੇਟਰ ਆਉਣ ਆ ਕੇ ਉਹ ਡਿਜ਼ੀਜ਼ ਵੀ ਬਣ ਜਾਂਦੀ ਹੈ, ਅਗਲੇ ਨੂੰ ਕੋਈ ਨਾ ਕੋਈ ਬਿਮਾਰੀ ਸ਼ੁਰੂ ਹੋ ਜਾਂਦੀ ਹੈ ਅਗਲੀ ਏਜ 'ਚ ਜਾ ਕੇ, ਠੀਕ ਹੈ। ਤਾਂ ਫਿਰ ਉਹ ਡਿਫਰੈਂਟ ਡਿਫਰੈਂਟ ਪ੍ਰੋਸਪੈਕਟ ਨੇ ਹਰ ਇੱਕ ਬੰਦੇ ਦੇ, ਠੀਕ ਹੈ, ਤਾਂ ਕੋਈ ਉਹਨੂੰ ਮੰਨ ਸਕਦੇ ਹਾਂ ਆਪਾਂ ਵੀ, ਜੇ ਕਈ ਤਰ੍ਹਾਂ ਦੇ ਲੋਕ ਨੇ ਸਾਡੇ ਕੋਲ ਆਉਂਦੇ ਨੇ ਵੀ ਇਹ ਸਿਸਟਮ ਹੁੰਦਾ ਕਿ ਆਪਾਂ ਦਬਾਈ ਜਾਣਾ ਅੰਦਰ ਰੱਖੀ ਜਾਣਾ ਹੈ ਨਾ, ਵੀ ਗੱਲ ਕਹਿਣਾ ਪਾਉਣੀ, ਠੀਕ ਹੈ। ਇੱਕ ਤਾਂ ਆਉਂਦੇ ਨੇ ਇਹ ਸੋਚ ਕੇ ਵੀ ਯਾਰ ਹਾਰਮ ਨਹੀਂ ਰਹਿਣੀ ਚਾਹੀਦੀ ਹੈ ਫੈਮਿਲੀ 'ਚ, ਨਾ ਕੋਈ ਡਿਸਟਰਬੈਂਸ ਨਾ ਹੋਵੇ, ਹੈ ਨਾ, ਤੁਹਾਡੇ ਕੋਲ ਸਪੈਸੀਫਿਕਲੀ ਮੈਡੀਸਨਸ ਨੇ ਸਾਰੇ ਕਾਸੇ ਲਈ, ਇਸ ਲਈ ਵੀ ਮੈਡੀਸਨ ਹੈ ਵੀ ਅਸੀਂ ਜੇ ਉਹ ਲੇਡੀ ਆ ਕੇ ਦੱਸਦੇ ਹਾਂ ਨਾ ਵੀ ਜੀ ਕੋਈ ਵੀ ਡਿਸਟਰਬੈਂਸ ਨਾ ਹੋਵੇ, ਮੈਨੂੰ ਕੁਛ ਵੀ ਕਹਿ ਦੇ ਕੋਈ, ਮੈਂ ਆਨਸਰ ਨਹੀਂ ਕਰਦੀ ਵਾਪਸ, ਨਾ 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 ਅਸੀਂ ਕਿਉਂ ਨਹੀਂ ਕਰਦੇ, ਕਿਉਂਕਿ ਛੋਟੇ ਹੁੰਦੇ ਤਾਂ ਨਹੀਂ ਕਦੇ ਕਰਿਆ ਜੀ, ਆਪਣੇ ਘਰ ਵੀ ਨਹੀਂ ਕਰਿਆ ਸੀ, ਠੀਕ ਹੈ, ਵੀ ਲੈਟ ਦੈਮ ਡੂ,
ਜੋ ਮਰਜ਼ੀ ਕਹੀ ਜਾਣ ਮੈਨੂੰ, ਠੀਕ ਹੈ, ਮੈਂ ਵਾਪਸ ਨਹੀਂ ਜਵਾਬ ਦੇਣਾ, ਠੀਕ ਹੈ। ਤਾਂ ਰੀਸੈਂਟਲੀ ਪਿਛਲੇ ਹਫ਼ਤੇ ਇੱਕ ਡਿਪਰੈਸ਼ਨ ਦਾ ਪੇਸ਼ੈਂਟ ਚੱਲ ਰਿਹਾ ਮੇਰੇ ਕੋਲ ਚੀਮੇ, ਐਂਡ ਉਹ ਬੜੀ ਮੁਸ਼ਕਿਲ ਸੀ ਲੇਡੀ ਵਿਚਾਰੀ, ਉਹ ਬਹੁਤ ਘਬਰਾਹਟ ਕਰ ਰਹੀ ਸੀ, ਸਟ੍ਰੈਸ ਹੋ ਰਿਹਾ ਸੀ, ਰੋਣਾ ਆ ਰਿਹਾ ਸੀ। ਹੁਣ ਕੱਲ੍ਹ ਆ ਕੇ ਗਏ ਨੇ ਉਹ, ਠੀਕ ਨੇ, ਕਿਉਂਕਿ ਉਹ ਇਹੀ ਨੇਚਰ ਦੀ ਸੀਗੇ, ਠੀਕ ਹੈ, ਕਿ ਮੈਂ ਨਹੀਂ ਕਹਿਣਾ ਮੇਰੇ 'ਚ। ਉਹ ਇੱਥੇ ਤੱਕ ਮੰਨਦੇ ਆ ਅਸੀਂ ਕੋਵਰਡਾਈਜ਼ ਕਹਿ ਦਿੰਦੇ ਹਾਂ, ਵੀ ਉਹ ਡਰਪੋਕ ਹੁੰਦਾ ਅੰਦਰੋਂ ਬੰਦਾ, ਕਰ ਹੀ ਨਹੀਂ ਪਾਉਂਦਾ ਇਹ ਕੰਮ, ਮਤਲਬ ਡਰ ਰਹਿੰਦਾ ਵੀ ਮੈਂ ਇੱਕ ਬੋਲੂੰਗੀ ਅਗਲਾ ਦਸ ਸੁਣਾਊਗਾ ਮੈਨੂੰ, ਫਿਰ ਮੇਰਾ ਹਸਬੈਂਡ, ਫਿਰ ਮੇਰੇ ਬੱਚੇ, ਫਿਰ ਸਾਡੀ ਸਾਰੀ ਫੈਮਿਲੀ ਲਾਈਫ ਖਰਾਬ ਹੋ ਜੂਗੀ, ਠੀਕ ਹੈ। ਜੇ ਉਹਨੂੰ ਕੋਈ ਗੱਲ ਬੁਰੀ ਵੀ ਲੱਗੀ ਨਾ, ਉਹਨੇ ਚੁੱਪ ਕਰ ਜਾਣਾ ਉੱਥੇ, ਠੀਕ ਹੈ। ਤਾਂ ਉਹਨੇ ਮੈਨੂੰ ਕਲੀਅਰਲੀ ਪਲੇਨਲੀ ਦੱਸਿਆ ਅਤੇ ਮੈਡੀਸਨ ਦਿੱਤੀ ਗਈ, ਠੀਕ ਹੈ, ਐਂਡ ਇਫੈਕਟ ਹੋਇਆ। ਤਾਂ ਹਫ਼ਤੇ 'ਚ ਉਹ ਕਹਿੰਦੀ ਕੋਈ ਰੋਣਾ ਨਹੀਂ ਹੈ, ਕੋਈ ਘਬਰਾਹਟ ਨਹੀਂ ਹੈ, ਮੈਂ ਆਪਦੇ ਰੂਟੀਨ ਦੇ ਕੰਮ ਕਰਨ ਲੱਗੀ। ਹਾਂਜੀ, ਠੀਕ ਹੈ। ਅਤੇ ਫੀਮੇਲ ਜਿਹੜੀਆਂ ਮਤਲਬ ਲੇਡੀਜ਼ ਨੇ, ਉਹਨਾਂ 'ਚ ਜ਼ਿਆਦਾ ਸਟ੍ਰੈਸ ਆ ਜਾਂ ਫਿਰ ਜਿਹੜੇ ਬੰਦੇ ਨੇ ਉਹ ਜ਼ਿਆਦਾ? ਲੇਡੀਜ਼ 'ਚ ਜ਼ਿਆਦਾ ਦੇਖਿਆ ਜਾਂਦਾ, ਮਰੀਜ਼ ਤੁਹਾਡੇ ਕੋਲ ਜ਼ਿਆਦਾ? ਹਾਂ, ਜ਼ਿਆਦਾ ਆਉਂਦੇ ਨੇ। ਹਾਂਜੀ, ਕਿਉਂਕਿ ਉਹੀ ਫਿਰ ਸਪਰੈਸਡ ਇਮੋਸ਼ਨਸ ਕਹਿ ਦਿੰਦੇ ਆਪਾਂ, ਦੱਬਿਆ ਜਾਣਾ, ਤੁਹਾਡੇ ਵਿਚਾਰਾਂ ਨੂੰ ਦੱਬਿਆ, ਮਤਲਬ ਨਹੀਂ ਤੁਸੀਂ ਐਕਸਪ੍ਰੈਸ ਨਹੀਂ ਕਰ ਪਾਉਂਦੇ ਹਜੇ। ਜਿਹੜੇ ਆਪਾਂ ਲੋਕ ਹਾਂ ਸ਼ਹਿਰਾਂ 'ਚ, ਪੜ੍ਹ ਲਿਖ ਗਏ, ਆਪਣੀਆਂ ਫੈਮਿਲੀਜ਼, ਆਪਾਂ ਮੈਰਿਜ ਵੀ ਉਹਨਾਂ ਫੈਮਿਲੀਆਂ 'ਚ ਹੋ ਗਏ, ਹੈ ਨਾ, ਫਿਰ ਵੀ ਆਪਾਂ ਐਕਸਪ੍ਰੈਸ ਕਰ ਸਕਦੇ ਹਾਂ। ਪਿੰਡਾਂ 'ਚ ਤਾਂ ਤੁਸੀਂ ਮੰਨੋਗੇ ਵੀ ਹਜੇ ਵੀ, ਮੈਨੂੰ ਨਹੀਂ ਲੱਗਦਾ 75% 75% ਲੋਕ ਹਜੇ ਵੀ ਆਏ ਨੇ, ਮਤਲਬ ਜੋ ਦੱਸ ਦਿੱਤਾ ਗਿਆ ਉਹੀ ਹੋਣਾ, ਉਹੀ ਕੰਮ ਕਰਨਾ, ਠੀਕ ਹੈ। ਤਾਂ ਫਿਰ ਉਹ ਮੋਰਨਿੰਗ 4:45 ਉੱਠ ਜਾਣਾ, ਤਾਂ ਉਹ ਸਾਰਾ ਘਰ ਦਾ ਕੰਮ ਕਰਦੇ 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 ਸ਼ਾਮ ਤੱਕ ਆਪਦਾ ਚੁੱਲ੍ਹਾ ਸਮੇਟਿਆ, ਅਤੇ ਫਿਰ ਉਹੀ ਲਾਈਫ ਸਵੇਰ ਤੋਂ, ਫਿਰ ਮੋਰਨਿੰਗ ਤੋਂ ਉਹੀ, ਠੀਕ ਹੈ। ਤਾਂ ਜੋ ਮਤਲਬ ਕਹਿ ਲਓ ਵੀ ਕਿਸੇ ਦੇ ਪਹਿਲਾਂ ਉਹ ਸੱਸ ਸਹੁਰੇ ਦੇ ਅੰਡਰ ਚਲੀ ਗਈਆਂ, ਫਿਰ ਹਸਬੈਂਡ, ਫਿਰ ਉਹ ਹਸਬੈਂਡ ਤੋਂ ਬਾਅਦ ਬੱਚੇ ਵੀ ਉਵੇਂ ਕਰਨ ਲੱਗ ਜਾਂਦੇ ਨੇ, ਠੀਕ ਹੈ। ਤਾਂ ਫਿਰ ਉਹ ਬਿਟ ਓਬਵੀਅਸ ਹੈ ਵੀ ਉਹ ਬਿਮਾਰੀਆਂ ਸ਼ੁਰੂ ਹੋਣੀਆਂ ਹੋਣੀਆਂ ਨੇ, ਹੈ ਨਾ, ਕਿਉਂਕਿ ਜਿਹੜਾ ਬ੍ਰੇਕਡਾਊਨ ਫਿਜ਼ੀਕਲ ਹੋਣਾ ਜੀ, ਦੇਖੋ 2 ਡਿਲੀਵਰੀਜ਼ ਹੋ ਜਾਣੀਆਂ, 3 ਹੋ ਜਾਣੀਆਂ ਬੱਚਿਆਂ, ਉਦੋਂ ਬਾਅਦ ਚੇਂਜਸ ਤਾਂ ਆਉਣਗੀਆਂ ਆਉਣਗੀਆਂ, ਹਾਰਮੋਨਲ ਚੇਂਜਸ ਬਹੁਤ ਆਉਣੀਆਂ ਨੇ ਬੰਦਿਆਂ 'ਚ, ਕੀ ਚੇਂਜਸ ਆਉਣੇ, ਹਾਰਮੋਨਲ ਕੋਈ ਵੀ ਨਹੀਂ ਆਉਣਾ, ਠੀਕ ਹੈ। ਹੁਣ ਇੱਕ ਸਟ੍ਰੈਸ ਬਾਹਰ ਵੀ ਕੱਢ ਲੈਣਾ, ਠੀਕ ਹੈ, ਦੋਸਤਾਂ 'ਚ ਬੈਠ ਜੂਗਾ, ਠੀਕ ਹੈ, ਡਰਿੰਕ ਹੀ ਕਰ ਲੂਗਾ, ਉਹ ਉਵੇਂ ਵੀ ਠੀਕ ਹੋ ਜਾਣਾ, ਲੇਡੀਜ਼ ਨੇ ਉਵੇਂ ਨਹੀਂ ਹੋਣਾ, ਠੀਕ ਹੈ। ਤਾਂ ਫਿਰ ਉਹਨਾਂ ਦਾ ਜਿਹੜਾ ਥੋਟ ਪ੍ਰੋਸੈਸ ਹੈ ਉਹ ਲੰਬਾ ਚੱਲਦਾ, ਠੀਕ ਹੈ, ਕਈ ਕਈ ਸਾਲ ਚੱਲਦਾ, ਠੀਕ ਹੈ। ਉਹ ਫਿਰ ਉੱਥੋਂ ਬਿਮਾਰੀ ਸ਼ੁਰੂ ਹੋ ਜਾਂਦੀ ਹੈ, ਓਵਰ ਥਿੰਕਿੰਗ ਵੀ ਇਸ ਚੀਜ਼ ਦਾ ਪਾਰਟ ਹੈ, ਬਹੁਤ ਬੇਸਿਕ। ਹਾਂਜੀ, ਪਹਿਲਾ ਸਟੈਪ ਹੀ ਇਹ ਹੈ, ਠੀਕ ਹੈ। ਅੱਛਾ, ਹਾਂ, ਓਵਰ ਥਿੰਕਿੰਗ ਤਾਂ ਮਤਲਬ ਬੇਹੱਦ ਜ਼ਿੰਮੇਵਾਰ ਹੈ ਇਸ ਕੰਮ ਲਈ। ਹਾਂਜੀ, ਫਸਟ ਸਟੈਪ ਹੀ ਹੈ ਵੀ ਓਵਰ ਥਿੰਕ, ਕਿਉਂਕਿ ਜਾਂ ਤੁਸੀਂ ਗੱਲ ਕਰ ਪਾਉਂਦੇ ਹੋਵੋ, ਕਈ ਵਾਰ ਸਾਡੇ ਕੋਲ ਫੈਮਿਲੀਜ਼ ਆਉਂਦੀਆਂ, ਉਹ ਦੱਸਦੇ ਆ ਵੀ ਦਰਾਣੀ ਠਾਣੀ ਸਾਡੀ ਬਹੁਤ ਸੋਹਣੀ ਬਣਦੀ ਆ ਆਪਸ 'ਚ, ਅਸੀਂ ਆਪਸ 'ਚ ਗੱਲ ਕਰ ਲੈਂਦੇ ਹਾਂ, ਕੋਈ ਨੂੰ ਸਟ੍ਰੈਸ ਤਾਂ ਮੈਨੂੰ ਦੱਸ ਦਿੰਦੀ ਹੈ, ਸੈਟਲ ਹੋ ਜਾਂਦੇ ਹਾਂ ਅਸੀਂ, ਠੀਕ ਹੈ। ਉੱਥੇ ਨਹੀਂ, ਉਹ ਇੰਨੀ ਬਿਮਾਰ ਨਹੀਂ ਹੁੰਦੀਆਂ, ਹਾਂ, ਜਿੱਥੇ ਇਕੱਲੀਆਂ ਰਹਿਣ ਵਾਲੀਆਂ। ਯੈਸ, ਹਾਂ, ਐਕਸਪ੍ਰੈਸ ਨਹੀਂ ਕਰ ਪਾਉਂਗੇ ਨਾ ਤੁਸੀਂ, ਫਿਰ ਤਾਂ ਪ੍ਰੋਬਲਮ ਆਊਗੀ ਆਊਗੀ, ਠੀਕ ਹੈ। ਫਿਰ ਉਹ ਅਲਟੀਮੇਟਲੀ ਬਿਮਾਰੀ ਹੁੰਦੀ ਹੈ, ਠੀਕ ਹੈ। ਹੁਣ ਜੇ ਤਾਂ ਉਹਨੂੰ ਕੋਈ ਸਮਝ ਕੇ, ਕਿਸੇ ਵੀ ਡਾਕਟਰ ਮੇਰੇ ਸਾਡੇ ਕੋਲ ਨਹੀਂ, ਕਿਸੇ ਹੋਮਿਓਪੈਥ ਕੋਲ ਪਹੁੰਚਦਾ ਹੈ ਜਾਂ ਕੋਈ ਅੱਛੇ ਸਾਈਕੈਟ੍ਰਿਸਟ ਕੋਲ ਵੀ ਚਲਾ ਜਾਂਦਾ, ਠੀਕ ਹੈ, ਸਾਈਕੈਟ੍ਰਿਸਟ ਵੀ ਅੱਛੇ ਬਹੁਤ ਬੈਠੇ ਆ ਜਿਹੜੇ ਕਿ ਕਾਉਂਸਲਿੰਗ ਕਰਦੇ ਆ ਤੁਹਾਡੇ ਨਾਲ, ਸਿਰਫ ਮੈਡੀਸਨ 'ਤੇ ਨਹੀਂ ਰੱਖਦੇ, ਹੈ ਨਾ, ਕੋਈ ਸਾਈਕੈਟ੍ਰਿਸਟ ਸਿਸਟਮ ਵੈਰੀ ਗੁੱਡ ਸਿਸਟਮ ਹੈ, ਉਹਦੇ ਤੁਸੀਂ ਬੜਾ ਬੰਦਾ ਬਚ ਜਾਂਦਾ, ਬਹੁਤ ਕਈ ਕੋਈ ਸੁਸਾਈਡ ਹੀ ਕਰਦੇ, ਕੋਈ ਬਹੁਤ ਹੈ ਨਾ ਜ਼ਿਆਦਾ ਦਿੱਕਤ ਆ ਜਾਏ ਕਿਸੇ ਨੂੰ, ਤਾਂ ਉੱਥੇ ਜੇ ਕਾਉਂਸਲਿੰਗ ਨਾਲ ਮਿਲਦੀ ਹੈ ਮੈਮ, ਉਹ ਬਹੁਤ ਗੁੱਡ ਹੈ, ਕਾਉਂਸਲਿੰਗ ਹੋਣੀ ਇਜ਼ ਵੈਰੀ ਗੁੱਡ, ਜੇ ਕਾਉਂਸਲਰ ਅੱਛਾ ਹੈ ਨਾ ਨਾਲ ਤੁਹਾਡੇ, ਤੁਹਾਨੂੰ ਕਾਉਂਸਲਿੰਗ ਵੀ ਕਰਦਾ, ਤੁਹਾਨੂੰ ਉਹ ਦੱਸਦਾ ਵੀ ਹਾਂ ਤੁਸੀਂ ਜੋ ਬਾਹਰ ਕਿਸ ਤਰ੍ਹਾਂ ਆਉਣਾ, ਇਕੱਲੀ ਮੈਡੀਸਨ ਨਾਲ ਨਹੀਂ ਆਉਣਾ, ਠੀਕ ਹੈ, ਇਹਨੂੰ ਠੀਕ ਰੱਖੋ। ਹਾਂਜੀ, ਹੁਣ ਫਾਦਰ ਸਾਹਿਬ ਨੇ ਮੇਰੇ, ਉਹਨਾਂ ਦਾ ਸਟ੍ਰੈਸ ਡਿਪਰੈਸ਼ਨ ਦੇ ਕੇਸਿਸ ਬਹੁਤ ਜ਼ਿਆਦਾ ਵਾਈਡ ਉਹ ਹੈ, ਮਤਲਬ ਐਕਸਪੀਰੀਅੰਸ ਹੋ ਗਿਆ, ਠੀਕ ਹੈ। ਉਹ ਜਿਵੇਂ ਕਹਿੰਦੇ ਨਾ ਵੀ ਗੱਲ ਕਢਾ ਲੈਣਾ, ਹੈ ਨਾ, ਉਹ ਕਢਾ ਲੈਂਦੇ ਆ ਵੀ ਹਾਂ ਵੀ ਦੱਸ ਕੀ ਗੱਲ ਹੈ, ਹਾਲਾਂਕਿ ਸਾਤੋਂ ਕਈ ਵਾਰੀ ਉਵੇਂ ਅਪਰੋਚ ਨਹੀਂ ਹੋ ਪਾਉਂਦਾ, ਤਾਂ ਉਹ ਪੁੱਛ ਲੈਂਦੇ ਨੇ ਵੀ ਹਾਂ ਕੋਈ ਬੱਚਾ ਹੈ, ਕੋਈ ਲੜਕੀ ਹੈ, ਕੋਈ ਮੁੰਡਾ ਹੈ, ਕੋਈ ਦੱਸਣਾ ਚਾਹੁੰਦਾ, ਕਿਸੇ ਦਾ ਕੋਈ ਫੇਅਰ ਹੈ, ਕੋਈ ਇਸ ਤਰ੍ਹਾਂ ਦਾ ਮੈਟਰ ਵੀ ਆ ਗਿਆ ਜਿਹੜਾ ਫੈਮਿਲੀ ਡਿਸਕਸ ਨਹੀਂ ਕਰ ਸਕਦੇ ਬੱਚੇ, ਉੱਥੇ ਆ ਕੇ ਦੱਸ ਦਿੰਦੇ ਆ, ਉਹਨਾਂ ਦਾ ਸੋਲਿਊਸ਼ਨ ਉਸ ਤਰ੍ਹਾਂ ਵੀ ਕਰ ਦਿੰਦੇ ਆ ਆਪਾਂ, ਤੇ ਫਾਦਰ ਫਿਰ ਉਹਨਾਂ ਦੇ ਪੇਰੈਂਟਸ ਨੂੰ ਬੁਲਾਉਂਦੇ ਆ ਦੁਬਾਰਾ। ਹਾਂ, ਮੈਂ ਇਹੀ ਪੁੱਛਣ ਲੱਗੀ ਸੀ ਵੀ ਫਿਰ ਤੁਹਾਨੂੰ ਫੈਮਿਲੀ ਤੱਕ ਵੀ ਅਪਰੋਚ ਕਈ ਵਾਰ ਕਰਨਾ ਪੈਂਦਾ? ਯੈਸ ਯੈਸ ਯੈਸ, ਹਾਂ। ਅੱਛਾ ਜੀ, ਉਹਨਾਂ ਨੂੰ ਮਿਲਣਾ ਪੈਂਦਾ, ਉੱਥੇ ਮਿਲ ਕੇ ਦੱਸਿਆ ਜਾਂਦਾ ਵੀ
ਇਹ ਬੱਚਾ ਆਹ ਫੀਲ ਕਰ ਰਿਹਾ ਤੁਹਾਡਾ, ਤਾਂ ਇਹ ਇਸ ਤਰ੍ਹਾਂ ਦੀਆਂ ਹਰਕਤਾਂ 'ਚ ਆਇਆ ਹੋਇਆ, ਇਹਨੂੰ ਹੋਰ ਡਿਪਰੈਸ਼ਨ ਸਟ੍ਰੈਸ ਇਸ ਗੱਲ ਦਾ, ਇਹਨੂੰ ਤੁਸੀਂ ਦੂਰ ਕਰੋ, ਠੀਕ ਹੈ? ਬੱਚੇ ਵੀ ਆਉਂਦੇ, ਬੱਚੇ ਵੀ ਆਉਂਦੇ ਨੇ, ਬਹੁਤ ਜ਼ਿਆਦਾ ਆਉਂਦੇ ਨੇ ਜੀ ਬੱਚੇ, ਬੜਾ ਬੜਾ ਬੜਾ। ਉਹ ਉਸ ਚੀਜ਼ ਦੇ ਜ਼ਿਆਦਾ ਕੌਜ਼ਿਸ ਕੀ ਨੇ? ਜ਼ਿਆਦਾ ਕੌਜ਼ਿਸ ਇਹੀ ਨੇ ਮੈਮ, ਬਿਨਾਂ ਜਿਹੜਾ ਉਹਦੇ 'ਚ ਵੀ ਨਾ ਫਿਰ ਉੱਥੇ ਪ੍ਰੋਬਲਮ ਆ ਜਾਂਦੀ ਹੈ, ਜਿਹੜਾ ਗੈਪ ਹੈ ਨਾ ਉਹ ਜ਼ਿਆਦਾ ਹੈ, ਜਨਰੇਸ਼ਨ ਗੈਪ ਵੱਧ ਜਾਂਦਾ ਹੈ ਨਾ, ਪੇਰੈਂਟਸ ਨੂੰ ਬੱਚੇ ਦੱਸ ਨਹੀਂ ਪਾਉਂਦੇ, ਐਕਸਪੋਜ਼ਰ ਜ਼ਿਆਦਾ ਹੋ ਗਿਆ ਜੀ, ਹੈ ਨਾ, ਫੋਨਸ ਦਾ ਐਕਸਪੋਜ਼ਰ ਹੋ ਗਿਆ, ਬਾਹਰ ਪੜ੍ਹਨ ਲਿਖਣ ਦਾ ਐਕਸਪੋਜ਼ਰ ਵੱਧ ਗਿਆ ਬੱਚਿਆਂ ਦਾ, ਘਰੇ ਦੱਸਣਾ ਪਾਉਣਾ, ਘਰੇ ਕਹਿ ਨਹੀਂ ਪਾਉਣਾ, ਸੁਣਨਾ ਨਹੀਂ ਕਿਸੇ ਨੇ, ਬਾਹਰ ਕੋਈ ਤੁਹਾਨੂੰ ਕਿਤੋਂ ਵੀ ਇੱਕ ਬੰਦਾ ਮਿਲ ਗਿਆ ਜਿਹੜਾ ਤੁਹਾਨੂੰ ਸੁਣਦਾ ਤੁਹਾਡੀ ਗੱਲ, ਤੁਸੀਂ ਅਟੈਚ ਹੋ ਜਾਂਦੇ ਹੋ, ਅਟੈਚ ਹੋ ਜਾਏ ਤਾਂ ਫਿਰ ਉਹ ਬਿਟ ਓਬਵੀਅਸ ਹੈ ਵੀ ਫਿਰ ਤੁਹਾਡੀ ਉਹ ਬੌਂਡਿੰਗ ਬਣ ਗਈ, ਉਹ ਫਿਰ ਕਿਤੇ ਨਾ ਕਿਤੇ ਉਹ ਚੀਜ਼ ਦਾ ਰਿਜ਼ਲਟ ਹੋਰ ਨਿਕਲਦਾ ਜਾ ਕੇ। ਫਿਰ ਪੇਰੈਂਟਸ ਨੂੰ ਫਾਦਰ ਸਾਹਿਬ ਵੀ ਬਿਠਾਉਂਦੇ ਵੀ ਨੇ, ਦੱਸਦੇ ਵੀ ਹਾਂ, ਉਹਦਾ ਹੱਲ ਵੀ ਹੁੰਦਾ ਵੀ ਜੇ ਰੀਅਲੀ 'ਚ ਦੇ ਆਰ ਵੈਰੀ ਟਰੂ ਟੂ ਦਿਸ ਥਿੰਗ, ਤਾਂ ਤੁਸੀਂ ਗੋਲ ਇਹਨਾਂ ਦੇ ਮੁਤਾਬਿਕ ਚੱਲੋ, ਚਲੋ ਬਿਲਕੁਲ। ਹਾਂ, ਕਈ ਬੱਚੇ ਬਹੁਤ ਚੰਗੇ ਡਿਸੀਜਨ ਮੇਕਰ ਹੁੰਦੇ ਆ ਔਰ ਉਹਨਾਂ ਨੂੰ ਪਤਾ ਹੁੰਦਾ ਕਿ ਇਨ ਫਿਊਚਰ ਮੈਂ ਕੀ ਕਰਨਾ ਹੈ ਨਾ, ਤਾਂ ਉਹ ਹੁਣ ਪੇਰੈਂਟਸ ਕਈ ਵਾਰੀ ਉਹਨਾਂ ਦੀ ਗਾਈਡ ਉਹਨਾਂ ਨੂੰ ਸਹੀ ਕਰ ਹੀ ਨਹੀਂ ਪਾਉਂਦੇ, ਉਹ ਆਪਣੇ ਗੱਲ 'ਤੇ ਫਿਕਸ ਹੁੰਦੇ ਨੇ, ਸਹੀ ਹੁੰਦੇ ਨੇ ਵੀ ਅਸੀਂ ਘਰ ਬੱਚੇ ਬਚਾਉਣੇ ਆ, ਖਰਾਬ ਨਾ ਹੋਣ, ਹਾਂਜੀ, ਲੇਕਿਨ ਸਮਹਾਉ ਨਹੀਂ ਬਚਾ ਨਹੀਂ ਪਾਉਂਦੇ, ਠੀਕ ਹੈ, ਉਲਟਾ ਫਿਰ ਇਸ ਤਰ੍ਹਾਂ ਦਾ ਸਿਸਟਮ ਖੜਾ ਹੋ ਜਾਂਦਾ ਕਿ ਉਹ ਡਿਪਰੈਸ਼ਨ 'ਚ ਜਾਣਾ ਸ਼ੁਰੂ ਹੋ ਜਾਂਦੇ ਨੇ ਬੱਚੇ। ਹਾਂਜੀ, ਤਾਂ ਫਿਰ ਉਹਦੇ 'ਚ ਇਹ ਹੁੰਦਾ ਵੀ ਉਹਨਾਂ ਨੂੰ ਅੱਡ ਸਮਝਾਇਆ ਜਾਂਦਾ, ਵਾਰੀ ਵਾਰੀ ਕਾਉਂਸਲਿੰਗ ਕਰੀ ਜਾਂਦੀ ਹੈ, ਹੌਲੀ 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 ਫਿਰ ਉਹ ਛੱਡ ਦਿੰਦੇ ਨੇ, ਜਿਵੇਂ ਇੱਕ ਸਸਪੇਸ਼ ਸਾਡੀ ਮੈਡੀਸਨ ਹੈ ਹਾਇਓਸਾਈਮਸ, ਉਹ ਬਹੁਤ ਕੰਮ ਕਰਦੀ ਹੈ, ਜਿਹੜਾ ਸ਼ੱਕ ਕਰ ਲੈਣਾ ਆਮ ਹੀ ਹੈ, ਲੇਡੀਜ਼ ਜੈਂਟਸ ਦਾ, ਹਸਬੈਂਡ ਵਾਈਫ ਦਾ ਇੱਕ ਦੂਜੇ 'ਤੇ ਸ਼ੱਕ ਹੋ ਜਾਣਾ, ਹੈ ਨਾ, ਜਾਂ ਪੇਰੈਂਟਸ ਦਾ ਸ਼ੱਕ ਕਰ ਲੈ ਜਾਣਾ, ਬੱਚਿਆਂ ਨੇ ਸ਼ੱਕ ਕਰ ਲੈਣਾ, ਉਹ 'ਚ ਮੈਡੀਸਨ ਵੈਰੀ ਮੱਚ ਇਫੈਕਟਿਵ ਹੈ, ਮੰਨੋਗੇ ਵੀ ਐਂ ਕੇਸਿਸ ਐਂ ਇੰਨੇ ਸਡਨ ਚੇਂਜ ਆਉਂਦੀ ਹੈ, ਠੀਕ ਹੈ, ਜੋ ਮੈਡੀਸਨ ਸਹੀ ਲੱਗ ਜਾਂਦੀ ਹੈ ਇਸ ਪੇਸ਼ੈਂਟ ਨੂੰ, ਤਾਂ ਉਹ ਕਹਿਣਾ ਸ਼ੁਰੂ ਕਰ ਦਿੰਦੇ ਨੇ ਵੀ ਸਾਡੇ ਖਿਆਲ ਹੀ ਨਹੀਂ ਆ ਰਿਹਾ, ਵਾਈਫ ਕਹਿਣ ਲੱਗਦੀ ਮੈਨੂੰ ਯਾਦ ਵੀ ਨਹੀਂ ਮੈਂ ਇਹਦੇ ਸ਼ੱਕ ਕਦੋਂ ਕਰਦੀ ਹੁੰਦੀ ਸੀ, ਉਸ ਤੋਂ ਪਹਿਲਾਂ ਉਹ ਕਹਿੰਦੇ ਮੈਂ 6-6 ਮਹੀਨੇ ਪੇਕੇ ਬੈਠੀ ਰਹਿੰਦੀ ਸੀ, ਇੰਨਾ ਇਫੈਕਟਿਵ ਹੈ ਸ਼ੱਕ ਦੀ। ਤਾਂ ਮਤਲਬ ਆਪਾਂ ਉਹੀ, ਮੈਂ ਚਾਹੁੰਦੀ ਹਾਂ ਵੀ ਆਪਾਂ ਉਹੀ ਗੱਲਾਂ ਕਰੀਏ ਜਿਹੜੀਆਂ ਅਸੀਂ ਫੇਸ ਕਰਦੇ ਹਾਂ ਨਾ, ਇਕੱਲਾ ਸ਼ੱਕ ਇਹ ਨਹੀਂ ਹੁੰਦਾ ਵੀ ਕਿਸੇ ਹਸਬੈਂਡ ਨੂੰ ਆਪਣੀ ਵਾਈਫ 'ਤੇ ਹੋ ਗਿਆ ਜਾਂ ਵਾਈਫ ਨੂੰ, ਸ਼ੱਕ ਜਾਂ ਵਹਿਮ ਦੀ ਬਿਮਾਰੀ ਇੰਨੀ ਹੈ ਕਿ ਕਈ ਵਾਰ ਲੋਕੀ ਘਰਾਂ 'ਚ ਨੌਕਰ ਰੱਖ ਕੇ ਸਾਰਾ ਦਿਨ ਉਹਨਾਂ ਦੇ ਪਿੱਛੇ ਇਸ ਲਈ ਤੁਰੇ ਫਿਰਦੇ ਕਿ ਕੁਛ ਚੁੱਕ ਨਾ ਲਵੇ, ਹੈ ਨਾ, ਹਾਂ, ਇਹ ਕੋਈ ਚੋਰੀ ਨਾ ਕਰੇ ਘਰ 'ਚ। ਸਾਡੇ ਕੋਲ ਪੇਸ਼ੈਂਟ ਆਉਂਦੇ ਆ ਜਿਹੜੇ ਕਹਿੰਦੇ ਵੀ ਸਾਨੂੰ ਇਹ ਸ਼ੱਕ ਰਹਿੰਦਾ ਵੀ ਮੈਨੂੰ ਇਹ ਵੀ ਹੱਕ ਰਹਿੰਦਾ ਵੀ ਮੇਰੀ ਵਾਈਫ ਕੁਛ ਮੈਨੂੰ ਪਾ ਨਾ ਦੇਵੇ, ਮੇਰੇ ਖਾਣੇ 'ਚ ਨਾ ਪਾ ਦੇ, ਹੈ ਨਾ, ਫਿਰ ਹੌਲੀ ਹੌਲੀ ਇਹ ਵੀ ਜੇ ਚੀਜ਼ਾਂ ਬਹੁਤ ਜ਼ਰੂਰੀ ਹੈ ਗੱਲ ਕਰਨ ਵਾਲੀ ਵੀ ਇਹ 'ਤੇ ਕੰਮ ਅਰਲੀਐਸਟ ਹੋ ਜਾਣਾ ਚਾਹੀਦਾ। ਆਪਾਂ ਕਹਿੰਦੇ ਨਾ ਵੀ ਲੋਕ ਮੰਨਦੇ ਨਹੀਂ ਹੈ ਜੀ ਇਸ ਗੱਲ ਨੂੰ ਵੀ ਸਾਨੂੰ ਡਿਪਰੈਸ਼ਨ ਹੈ, ਨਾ 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 ਨਾ, ਤੁਸੀਂ ਕਹਿ ਨਹੀਂ ਸਕਦੇ ਕਿਸੇ ਨੂੰ, ਅਗਲਾ ਕਹੂਗਾ ਜੀ ਮਤਲਬ ਹੀ ਨਹੀਂ, ਤੁਹਾਨੂੰ ਕੀ ਪਤਾ, ਮੈਂ ਤਾਂ ਬਿਲਕੁਲ ਠੀਕ ਹਾਂ, ਮੈਂ ਨਹੀਂ ਲੈਣੀ, ਉਹ ਕਹਿ ਉਲਟਾ ਤੁਹਾਨੂੰ ਦੱਸਣਗੇ ਵੀ ਲੈ ਬੰਦਿਆਂ 'ਚ ਤਾਂ ਇਹ ਚੀਜ਼ਾਂ ਆਮ ਹੀ ਹੁੰਦੀਆਂ ਨੇ, ਠੀਕ ਹੈ, ਉਹਨਾਂ ਨੇ ਇਸ ਗੱਲ ਨੂੰ ਕਿਉਂਕਿ ਫਿਰ ਥੋੜ੍ਹੀ ਜਿਹੀ ਉਹ ਈਗੋ ਵੀ ਆ ਜਾਂਦੀ ਹੈ ਵੀ ਨਹੀਂ ਸਾਨੂੰ, ਤੁਸੀਂ ਇਹ ਈਗੋ ਕਲੈਸ਼ ਹੋ ਜਾਂਦਾ, ਠੀਕ ਹੈ, ਤਾਂ ਉਹਦੇ 'ਚ ਜੇ ਤਾਂ ਆਪਾਂ ਅਰਲੀਐਸਟ ਨੂੰ ਠੀਕ ਕਰ ਲਿਆ ਤਾਂ ਬੈਟਰ ਹੈ, ਨਹੀਂ ਤੁਸੀਂ ਸੁਣਿਆ ਹੋਣਾ ਇੱਕ ਨਾ OCD ਕਹਿ ਦਿੰਦੇ ਆ, ਓਬਸੈਸਿਵ ਕੰਪਲਸ਼ਨ ਡਿਸਆਰਡਰ ਹੋ ਜਾਂਦਾ, ਹਾਂਜੀ, ਤਾਂ ਉਹਦੇ 'ਚ ਫਿਰ ਉਹ ਜਿਵੇਂ ਗੇਟ ਸਾਫ ਕਰੀ ਜਾਣੇ, ਹੈਂਡਲ ਸਾਫ ਕਰੀ ਜਾਣੇ, ਕਿਚਨ ਦੇ ਨੌਬ ਚੈੱਕ ਕਰੀ ਜਾਣੀ ਜਾ ਕੇ ਗੈਸ ਦੀ, ਹੈ ਨਾ, ਮੇਨ ਡੋਰ ਬੰਦ ਹੈ ਨਹੀਂ ਬੰਦ ਹੈ, ਤਿੰਨ ਤਿੰਨ ਵਾਰ ਚਾਰ ਚਾਰ ਦੁਬਾਰਾ ਜਾ ਕੇ ਦੇਖਣਾ, ਬਿਲਕੁਲ, ਆਪਣੇ ਕਬੋਰਡ ਲੌਕ ਕਰੀ ਜਾਣਾ, ਹਾਂ, ਉਹਦੀ ਕੰਡੀਸ਼ਨਿੰਗ ਇੰਨੀ ਜ਼ਿਆਦਾ ਹੋ ਜਾਂਦੀ ਹੈ ਮਾਈਂਡ ਦੀ ਹੌਲੀ ਹੌਲੀ, ਸਟਾਰਟਿੰਗ ਤਾਂ ਆਪਾਂ ਇਹਨੂੰ ਸੀਰੀਅਸ ਨਹੀਂ ਲੈਂਦੇ ਵੀ ਨਹੀਂ ਨਹੀਂ ਇਹ ਦਵਾਈ ਦੀ ਨਹੀਂ ਲੋੜ, ਠੀਕ ਹੈ, ਲੇਕਿਨ ਉਹ ਬਹੁਤ ਪਿੰਡ ਧਿਆਨ ਨਾਲ ਦੇਖਣ ਦੀ ਲੋੜ ਹੁੰਦੀ ਹੈ ਵੀ ਕੀ ਇਹ ਬੱਚਾ ਜਾਂ ਇਹ ਇੰਡੀਵਿਜੁਅਲ ਇਹ ਕੰਮ ਕਰਨ ਦਾ ਨਹੀਂ ਲੱਗ ਗਿਆ, ਹੈ ਨਾ, ਆਪਾਂ ਨੋਟ ਕਰੋ, ਘਰਾਂ 'ਚ ਵੀ ਨੋਟ ਕਰੋ ਇਹ ਗੱਲ ਵੀ ਯਾਰ ਇਹ ਮੇਰੇ ਨਾਲੋਂ 4 ਵਾਰੀ ਵੱਧ ਚੈੱਕ ਕਰ ਰਹੀ ਹੈ, ਠੀਕ ਹੈ, ਮੈਂ ਅੰਦਰ ਜਾਂਦਾ ਇਹ ਪਿੱਛੇ ਜਾ ਕੇ ਬੈੱਡ ਸ਼ੀਟ ਫੇਰ ਚੇਂਜ ਕਰੇ ਆਉਂਦੀ ਹਾਂ, ਉਹ ਤੁਹਾਨੂੰ ਫੇਰ ਕਹਿਣਗੇ ਤੂੰ ਤਾਂ ਲਾਪਰਵਾਹ ਹੈ, ਤੂੰ ਤਾਂ ਬੇਪਰਵਾਹ ਹੈ, ਮੈਂ ਬਹੁਤ ਸਹੀ ਤਰੀਕੇ ਨਾਲ, ਮੈਂ ਸਹੀ ਤਰੀਕੇ ਨਾਲ ਆਰਗੇਨਾਈਜ਼ ਕਰਨਾ ਸੀ, ਆਰਗੇਨਾਈਜ਼ ਤੱਕ ਤਾਂ ਠੀਕ ਹੈ, ਲੇਕਿਨ ਉਹ ਜਦੋਂ 2 ਸਾਲ 3 ਸਾਲ 4 ਸਾਲ ਲੰਘੇ ਉਹ ਲੈਵਲ ਬਹੁਤ ਵੱਧ ਜਾਂਦਾ, ਠੀਕ ਹੈ, ਫਿਰ ਉਹਨੂੰ ਫੇਰ ਮੈਡੀਸਨ 'ਤੇ ਆਉਣਾ ਪੈਂਦਾ, ਹੈ ਨਾ, ਸਾਡੇ ਕੋਲ ਪੇਸ਼ੈਂਟ ਆਉਂਦੇ ਨੇ ਉਹ ਬਹੁਤ ਜ਼ਿਆਦਾ ਮੁਸ਼ਕਿਲ ਆਉਂਦੀ ਹੈ ਵੀ ਉਹ ਕਹਿੰਦੇ ਵੀ ਅਸੀਂ ਤਾਂ
ਈਵਨ ਕੋਈ ਪਟਿਆਲੇ ਸਾਈਡ ਦੇ ਪੇਸ਼ੈਂਟ ਨੇ, ਉਹਨਾਂ ਨੇ ਹੁਣ ਮੇਰੀ ਗੱਲ ਕਰਾਉਣੀ ਹੈ ਫੋਨ 'ਤੇ, ਉਹ ਕਹਿੰਦੇ ਵੀ ਇਹ ਉਹਨੂੰ ਮਨਾਉਣਾ ਪੈਣਾ ਲੇਡੀ ਨੂੰ ਸਾਡੀ ਨੂੰ ਘਰ ਦੀ ਜਿਹੜੀ ਵਾਈਫ ਉਹਨਾਂ ਦੀ, ਵੀ ਤੈਨੂੰ ਇਹ ਪ੍ਰੋਬਲਮ ਹੈ ਉਹ ਮੰਨੂਗੀ ਨਹੀਂ ਛੇਤੀ ਕਿਤੇ। ਉਹ ਕਹਿੰਦੇ ਮੱਝਾਂ ਦਾ ਕੰਮ ਕਰਦੇ ਆ, ਅਤੇ ਉਹ ਕੀ ਕਹਿੰਦੀ ਹੈ ਵੀ ਮੋਟਰਸਾਈਕਲ ਜਿਹੜਾ ਤੂੰ ਦੁੱਧ ਪਾ ਕੇ ਆਉਣਾ, ਮੋਟਰਸਾਈਕਲ ਘਰ ਤੋਂ ਬਾਹਰ ਖੜਾ, ਮੈਂ ਉਹਦੇ ਪਾਣੀ ਮਾਰੂੰਗੀ ਫਿਰ ਉਹ ਮੋਟਰਸਾਈਕਲ ਤੋਂ ਅੰਦਰ ਲੈ ਕੇ ਆਏਗਾ। ਇਹ ਤਾਂ ਰੂਟੀਨ, ਮੈਂ ਸੁਣ ਕੇ ਹੈਰਾਨ ਹੋ ਗਿਆ। ਉਹ ਕਹਿੰਦੇ ਵੀ ਨਾ, ਇਹਨੂੰ ਪਹਿਲਾਂ ਉਹ ਵਾਸ਼ ਕਰਾਉਂਦੀ ਹੈ, ਉਹਦੇ ਜੁੱਤੇ ਵਾਸ਼ ਕਰਾਉਂਦੀ ਹੈ, ਉਹ ਜੁੱਤੇ ਹੋਰ ਰੱਖੇ ਨੇ, ਅੰਦਰ ਆਉਣ ਵਾਲੇ ਹੋਰ ਨੇ, ਬਾਹਰ ਜਾਣ ਵਾਲੇ ਹੋਰ ਨੇ, ਮੱਝਾਂ 'ਚ ਜਾਣ ਵਾਲੇ ਹੋਰ ਨੇ। ਹਾਂ, ਮਤਲਬ ਇੰਨੀ ਕੰਡੀਸ਼ਨਿੰਗ ਖਰਾਬ ਹੋਈ ਪਈ ਹੈ ਲੋਕਾਂ ਦੀ। ਇਹ ਤਾਂ ਫਿਰ ਮੈਂ ਐਡਮਿਟ ਕਰ ਲਾਂ, ਮੈਂ ਉਹ ਬੰਦਾ ਜਿਹੜਾ ਦਿਨ 'ਚ 5 ਵਾਰ ਬੈੱਡਸ਼ੀਟ ਸੈੱਟ ਕਰਦਾ, ਸ਼ਾਮ ਨੂੰ ਘਰੇ ਪਹੁੰਚਦੀ ਹੈ, ਚਾਹੇ ਪੂਰਾ ਘਰ ਸਾਫ਼ ਹੋਵੇ, ਜਦੋਂ ਸੋਫੇ 'ਤੇ ਕੱਪੜੇ ਹੁੰਦੇ, ਮੇਰਾ ਧਿਆਨ ਬਿਲਕੁਲ ਉਹਨਾਂ 'ਤੇ ਰਹਿੰਦਾ ਕਿ ਇਹਨਾਂ ਨੂੰ ਚੁੱਕੋ। ਹਾਂ, ਅਲੱਗ ਅਲੱਗ ਹੁੰਦੇ ਨੇ ਲੈਵਲਸ ਆ ਇਹ ਚੀਜ਼ਾਂ ਦੇ। ਕੋਈ ਕੋਈ ਲੋਕ ਹੁੰਦੇ ਨੇ ਸਾਡੇ ਕੋਲ ਆਉਂਦੇ ਆ, ਈਵਨ ਮੇਰਾ ਖੁਦ ਦਾ ਸਿਸਟਮ ਇਹ ਹੈ, ਮੇਰੇ ਕਲੀਨਿਕ 'ਤੇ ਵੀ ਮੈਨੂੰ ਹੁੰਦਾ ਕੋਈ ਆਦਤ ਦੀ ਲੋਕਾਂ ਨੂੰ, ਮੇਰੇ ਵਾਲੀ ਸਾਈਡ ਵੀ ਚੀਜ਼ਾਂ ਛੇੜੀ ਜਾਣਗੇ, ਇੱਧਰੋਂ ਚੱਕ ਲਿਆ, ਇੱਧਰ ਤੱਕ ਤਾਂ ਮੈਂ ਕਿਹਾ ਵੀ ਤੁਸੀਂ ਬੈਠੋ, ਇਹ ਮੈਨੂੰ ਫਿਰ ਸੈੱਟ ਕਰਨਾ ਪੈਣਾ ਸਾਰਾ ਕੁਛ। ਹਾਂਜੀ, ਤਾਂ ਉਹ ਬਾਈ ਨੇਚਰ ਹੁੰਦਾ ਇਹ ਜ਼ਰੂਰੀ ਨਹੀਂ ਵੀ ਹਰ ਇੱਕ ਬੰਦਾ ਉਸ ਤਰ੍ਹਾਂ ਹੀ ਚੱਲੇ, ਅਤੇ ਉਹ ਹੁੰਦਾ ਵੀ ਆਪਾਂ ਉਹ ਸਾਡੀ ਮੈਡੀਸਨ ਵੀ ਆਉਂਦੀ ਹੈ ਇੱਕ, ਉਹਦੇ 'ਚ ਬਹੁਤ ਹੀ ਮੈਨਿਊਟਲੀ ਇਹਦੇ ਕੰਮ ਹੁੰਦਾ ਵੀ ਕੀ ਤੁਸੀਂ ਇਹ ਕੰਮ ਕਰਦੇ ਹੋ, ਵੀ ਕੀ ਤੁਸੀਂ ਲਿਟਰਲੀ ਐਂ ਕਰਦੇ ਹੋ। ਉਹ ਲੇਡੀਜ਼ ਦੱਸਦੀਆਂ ਨੇ ਵੀ ਸਾਡੇ ਅਸੀਂ ਬੋਕਸ ਵੀ ਨਾ ਕਿਚਨ 'ਚ, ਜੇ ਕੋਈ ਡਿਸਆਰਡਰ ਹੋ ਜਾਣ ਵੀ ਉਹ ਮੇਰੇ ਮੁਤਾਬਿਕ ਨਾ ਰੱਖਿਆ ਹੋਵੇ, ਮੇਰੇ ਮਦਰ ਲਾਉ ਨੇ ਆਪਦੇ ਮੁਤਾਬਿਕ ਰੱਖ ਲਿਆ, ਤਾਂ ਮੈਨੂੰ ਤਾਂ ਅਗਲੇ ਬਹੁਤ ਵੱਡਾ ਮੁਸ਼ਕਿਲਾਂ ਹੋ ਜੂਗੀ। ਠੀਕ ਹੈ, ਅਤੇ ਵੀ ਦੈਟ ਵਿਲ ਬੀ ਵੈਰੀ ਡਿਫੀਕਲਟ ਫੋਰ ਮੀ। ਠੀਕ ਹੈ, ਤਾਂ ਉਹ ਸਪੈਸੀਫਿਕਲੀ ਉਹ ਮੈਡੀਸਨ ਉਹ 'ਤੇ ਵਰਕ ਕਰਦੀ ਹੈ ਫਿਰ। ਠੀਕ ਹੈ, ਥਿੰਗਸ ਟੂ ਬੀ ਆਰਡਰ ਇਨ ਓਨਲੀ, ਬਸ ਉਹਦਾ ਮਤਲਬ ਇਹ ਹੈ ਮੇਰੀ ਚੀਜ਼ਾਂ ਹਿੱਲਣ ਨਾ ਮੇਰੀ ਜਗ੍ਹਾ ਤੋਂ। ਤਾਂ ਉਹ ਇਹ ਵੀ ਦੱਸਦੇ ਨੇ ਆ ਕੇ ਵੀ ਮੈਂ ਬੁਖਾਰ 'ਚ ਹਾਂ, ਮੈਨੂੰ ਬੋਡੀ ਐਕਸ ਹੋ ਰਹੇ ਨੇ। ਸੇਮ ਬਹੁਤ ਫੀਮੇਲ ਦੀ ਇਹ ਦਿੱਕਤਾਂ ਨੇ, ਔਰ ਮਤਲਬ ਅਸੀਂ ਵੀ ਉਹਨਾਂ 'ਚੋਂ ਹੀ ਆਉਂਦੇ ਹਾਂ ਕਿ ਸਾਨੂੰ ਲੱਗੂਗਾ ਕਿ ਮੈਨੂੰ ਰੈਸਟ ਜ਼ਰੂਰੀ ਨਹੀਂ, ਮੇਰਾ ਘਰ ਸਾਫ਼ ਹੋਣਾ ਜ਼ਰੂਰੀ ਆ। ਹਾਂ ਬਿਲਕੁਲ, ਠੀਕ ਹੈ ਨਾ। ਅਤੇ ਸਮ ਪੀਪਲ ਆਰ ਲਾਈਕ ਦਿਸ, ਕਿ ਮੈਂ ਦੇਖਦਾ ਹੁੰਦਾ ਸਾਡੇ ਵੀ ਇੱਕ ਦੋ ਫਰੈਂਡ ਨੇ, ਉਹ ਮੋਟਰਸਾਈਕਲ 'ਤੇ ਵੀ ਉੱਨੀ ਸੀਟ ਸਾਫ਼ ਕਰਨ ਜਿਹਨਾਂ 'ਤੇ ਆਪ ਬੈਠੇ, ਸਭ ਤੋਂ ਖੂਬਸੂਰਤ, ਉਸ ਤੋਂ ਬਾਅਦ ਕੋਈ ਲੋਡ ਨਹੀਂ। ਠੀਕ ਹੈ, ਮੈਂ ਵੀ ਲੱਗਦਾ ਹੁੰਦਾ ਕਈ ਵਾਰੀ ਵੀ ਇਹ ਫ੍ਰੀ ਮਾਈਂਡ ਰਹਿੰਦੇ ਯਾਰ, ਦੇਣ ਗੁੱਡ ਹੈ ਨਾ, ਇਹੋ ਜਿਹੀ ਨਹੀਂ ਗੱਲ। ਪਰ ਉਹ ਜੇ ਉਹ ਕਿਸੇ ਲੈਵਲ 'ਤੇ ਆ, ਉਹ ਅੰਡਰ ਚੈੱਕ ਰਹਿਣਾ ਚਾਹੀਦਾ ਵੀ ਠੀਕ ਹੈ, ਕਦੇ ਨਾ ਕਦੇ ਬੰਦਾ ਰਿਲੈਕਸ ਵੀ ਹੋ ਜਾਵੇ। ਠੀਕ ਹੈ, ਤਾਂ ਉਹ ਤੁਸੀਂ ਆਪਣੇ ਆਪ ਨੂੰ ਚੈੱਕ 'ਚ ਰੱਖੋ ਵੀ ਹਾਂ ਯਾਰ ਠੀਕ ਆ, ਵੀ ਕੋਈ ਗੱਲ ਨਹੀਂ, ਅੱਜ ਨਹੀਂ ਮਨ ਕਰਦਾ, ਅੱਜ ਨਾ ਸਹੀ। ਕੰਡੀਸ਼ਨਿੰਗ ਹੋ ਜਾਂਦੀ ਹੈ, ਰਹਿ ਨਹੀਂ ਪਾਉਂਦਾ ਬੰਦਾ, ਹੈ ਨਾ, ਇਹ ਦਿੱਕਤ ਆਉਂਦੀ। ਨਹੀਂ, ਮੈਂ ਤਾਂ ਇਹ ਚੀਜ਼ਾਂ ਦੱਸ ਰਹੀ ਹਾਂ ਵੀ ਜੇ ਸੱਚੀ ਮੇਰੇ ਵਾਂਗੂ ਇਹ ਚੀਜ਼ਾਂ ਹੋਰ ਜਨਾਨੀਆਂ 'ਚ ਹੈਗੀਆਂ ਨੇ, ਉਹਨਾਂ ਨੂੰ ਆਉਣਾ ਚਾਹੀਦਾ। ਮੈਨੂੰ ਹੁਣ ਮੈਂ ਥੋੜ੍ਹਾ ਜਿਹਾ, ਜਿਵੇਂ ਆਪਾਂ ਬਹੁਤ ਸਾਰੇ ਲੋਕਾਂ ਨੂੰ ਮਿਲਦੇ, ਮੈਂ ਤੁਹਾਡੀ ਗੱਲ ਸੁਣੀ, ਸ਼ਾਇਦ ਮੈਂ ਘਰੇ ਜਾ ਕੇ ਆਪਣੇ 'ਤੇ ਇੱਕ ਮੀਟਰ ਰੱਖੂੰਗੀ ਵੀ ਨਹੀਂ ਮੈਂ ਇੱਥੋਂ ਅੱਗੇ ਨਹੀਂ ਜਾਣਾ, ਪਰ ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ। ਜਦੋਂ ਮੇਰੇ ਬੇਟੀ 5 ਸਾਲ ਦੀ ਸੀ, ਮੇਰੀ ਸੈਕਿੰਡ ਡਿਲੀਵਰੀ ਹੋਈ, 11 ਵਜੇ ਮੇਰਾ ਬੇਟਾ ਹੋਇਆ, ਸੈਕਿੰਡ ਡੇ ਅਸੀਂ ਦੁਪਹਿਰੇ 2-2:30 ਵਜੇ ਮਤਲਬ ਹੋਸਪਿਟਲ ਤੋਂ ਘਰੇ ਆ ਗਏ। ਸੇਮ ਚੀਜ਼ ਮੈਂ ਕੀਤੀ, ਮੈਂ ਆ ਕੇ ਸਾਰੀ ਬੈੱਡਸ਼ੀਟ ਆਪ ਸੈੱਟ ਕੀਤੀ, ਮੇਰੀ ਬੇਟੀ ਨੂੰ ਮੇਰੀ ਸਿਸਟਰ ਨੇ ਨਵਾਇਆ ਹੋਇਆ ਸੀ, ਗੁੱਤਾਂ ਕੀਤੀਆਂ ਹੋਈਆਂ ਸੀ, ਮੈਨੂੰ ਲੱਗਿਆ ਕਿ ਉਵੇਂ ਨਹੀਂ ਕੀਤੀਆਂ ਜਿਵੇਂ ਮੈਂ ਕਰਦੀ ਹਾਂ, ਮੈਂ ਉਹਨੂੰ ਦੁਬਾਰਾ ਨਵਾਇਆ, ਉਹਨੂੰ ਗੁੱਤਾਂ ਕੀਤੀਆਂ, ਮੈਂ ਭੁੱਲ ਗਈ ਕਿ ਮੇਰੀ ਡਿਲੀਵਰੀ ਹੋਈ ਆ ਕਰਦਾ, ਹੈ ਨਾ। ਅਤੇ ਇੱਦਾਂ ਵਾਕਈ ਆਪਾਂ ਨੂੰ ਮਤਲਬ ਇਹ ਚੀਜ਼ਾਂ ਹੈਗੀਆਂ ਨੇ ਕਿ ਉਸ ਟਾਈਮ ਤੁਹਾਨੂੰ ਜ਼ਰੂਰਤ ਹੈਗੀਆਂ ਨੇ ਕੁਛ ਚੀਜ਼ਾਂ, ਮਤਲਬ ਕੁਛ ਚੀਜ਼ਾਂ ਦੇ ਨਾ ਆਪਣੀ ਛੋਟੇ ਹੁੰਦੇ ਤੋਂ ਕੰਡੀਸ਼ਨਿੰਗ ਹੋਈ ਹੁੰਦੀ ਹੈ ਮਾਇੰਡ ਦੀ, ਹੈ ਨਾ, ਆਪਾਂ ਉਵੇਂ ਕੰਮ ਕਰਕੇ ਰਾਜ਼ੀ ਹੁੰਦੇ ਹਾਂ, ਹੈ ਨਾ, ਵੀ ਆਪਾਂ ਨੂੰ ਪਸੰਦ ਵੀ ਨਹੀਂ ਆਉਂਦਾ ਛੇਤੀ ਕਿਸੇ ਦਾ। ਠੀਕ ਹੈ, ਹੋਰ ਕੋਈ ਕਰੇ ਉਹ ਅੱਛਾ ਨਹੀਂ ਲੱਗਦਾ। ਠੀਕ ਹੈ, ਕਿਉਂਕਿ ਜਿਹੜੇ ਬੰਦੇ ਨੇ ਖੁਦ ਜ਼ਿਆਦਾ ਕੰਮ ਕੀਤਾ ਹੁੰਦਾ ਲਾਈਫ 'ਚ, ਹੈ ਨਾ, ਉਹ ਹਮੇਸ਼ਾ ਆਪਣੇ ਆਪ ਅਕੋਰਡਿੰਗਲੀ ਰੱਖਦਾ। ਠੀਕ ਹੈ, ਜਿਨ੍ਹਾਂ ਨੇ ਬਹੁਤਾ ਹੀ ਜ਼ਿਆਦਾ ਮਤਲਬ ਲਾਈਫ ਇਸ ਤਰ੍ਹਾਂ ਇੰਜੋਏ ਕਰੀ ਹੁੰਦੀ ਹੈ ਵੀ ਨਹੀਂ ਯਾਰ ਕੋਈ ਹੋਰ ਹੀ ਕਰੂਗਾ ਤਾਂ ਦੇਖੀ ਜਾਊਗੀ, ਹੈ ਨਾ, ਉਹ ਚਾਹੇ ਹਸਬੈਂਡ ਦੇ ਵੀ ਛੱਡੀ ਰੱਖਣ ਵੀ ਇਹਨੇ ਕਰਨਾ ਕਰੇ, ਆਪਾਂ ਨੇ ਕੀ ਲੈਣਾ, ਜਾਂ ਨੌਕਰ 4 ਰੱਖੇ ਨੇ ਆਪੇ ਕਰੀ ਜਾਣਗੇ, ਮੈਂ ਕੀ ਲੈਣਾ। ਠੀਕ ਹੈ, ਲੇਕਿਨ ਜਦੋਂ ਆਪਾਂ ਆਪਣੇ ਹੱਥੀਂ ਕੁਛ ਕਰਦੇ ਹਾਂ, ਚਾਹੇ ਆਪਾਂ ਛੋਟੇ ਹੁੰਦੇ ਤੋਂ ਉਵੇਂ ਡਿਵੈਲਪ ਹੁੰਦੇ ਹਾਂ, ਤਾਂ ਫਿਰ ਆਪਾਂ ਉਹ ਚੀਜ਼ਾਂ ਵੇਅਰ ਨਹੀਂ ਕਰ ਪਾਉਂਦੇ, ਉਹ ਮਾਇੰਡ ਉਵੇਂ ਰਹਿੰਦਾ ਹੀ ਹੈ, ਉਹਨੂੰ ਬਹੁਤ ਚੇਂਜ ਕਰ ਜ਼ਰੂਰ ਰੱਖਣਾ ਚਾਹੀਦਾ, ਕਿ ਕੱਲ ਨੂੰ ਬਿਮਾਰੀ 'ਚ ਕਨਵਰਟ ਨਾ ਹੋ ਜਾਏ। ਇਹ ਬੜਾ ਜ਼ਰੂਰੀ ਹੈ।
ਠੀਕ ਹੈ, ਅਤੇ ਫਿਰ ਆਪਾਂ ਉਹਦੇ 'ਚੋਂ ਫਿਰ ਨਿਕਲ ਨਹੀਂ ਪਾਉਂਦਾ ਬੰਦਾ, ਠੀਕ ਹੈ। ਹੁਣ ਉਹ ਜਿਹੜਾ ਇਹ ਕੰਪਲਸਿਵ ਡਿਸਆਰਡਰ ਹੋ ਜਾਂਦਾ, ਇਹ ਇੱਕ ਓਬਸੈਸ਼ਨ ਹੋ ਜਾਂਦਾ ਅੰਦਰੋਂ, ਠੀਕ ਹੈ। ਹੁਣ ਉਹ ਕਿਹੜਾ ਚਾਹੁੰਦੇ ਨਹੀਂ ਵੀ ਮੈਂ ਗਲਾਸ ਨੂੰ ਵਾਰੀ ਵਾਰੀ ਨਾ ਸਾਫ਼ ਕਰੀ ਜਾਵਾਂ, ਜਾਂ ਮੈਂ ਇੱਥੇ ਬਾਹਰ ਰੱਖ ਤੇ ਤਾਂ ਮੈਂ ਇਹਨੂੰ ਸਾਫ਼ ਕਰਨ ਬੈਠ ਜਾਂ। ਫਿਰ ਜਦੋਂ ਗੈਸਟ ਆਉਂਦਾ, ਉਹ ਕੱਲ੍ਹ ਮੈਨੂੰ ਕਹਿੰਦੇ, ਕਹਿੰਦੇ ਸਾਡੇ ਤਾਂ ਜੀ ਬਹੁਤ ਪ੍ਰੋਬਲਮ ਆਈ ਪਈ ਹੈ, ਕਹਿੰਦੇ ਅਸੀਂ ਉਹਦੇ ਘਰੇ ਵੀ ਨਹੀਂ ਜਾਂਦੇ, ਵੀ ਉਹ ਕਹਿ ਪਸੰਦ ਨਹੀਂ ਕਰਦੇ ਸਾਨੂੰ, ਵੀ ਆਉਣਗੇ ਮੇਰਾ ਖਰਾਬ ਕਰਨਗੇ, ਕਹਿੰਦੇ 6-6 ਮਹੀਨੇ ਹੋ ਗਏ ਸਾਨੂੰ ਗਿਆ ਨੂੰ, ਫੋਨ 'ਤੇ ਗੱਲ ਹੁੰਦੀ ਹੈ। ਪਰ ਹੁਣ ਤਾਂ ਉਹ ਵਿਚਾਰੇ ਵੈਰੀ ਮੱਚ ਟ੍ਰਬਲ 'ਚ ਨੇ, ਮੈਂ ਕਿਹਾ ਤੁਸੀਂ ਲੈ ਕੇ ਆਓ ਇੱਕ ਵਾਰੀ, ਆਪਾਂ ਗੱਲਬਾਤ ਵੀ ਕਰਾਂਗੇ ਅਤੇ ਮੈਡੀਸਨ ਵੀ ਦੇਵਾਂਗੇ, ਠੀਕ ਹੈ। ਇਹ ਤਾਂ ਕੰਡੀਸ਼ਨ ਜ਼ਿਆਦਾ ਖਰਾਬ ਹੋ ਗਈ ਤੁਹਾਡੀ। ਹਾਂਜੀ, ਇਹ ਰੂਟੀਨ ਦੀਆਂ ਗੱਲਾਂ ਨੇ ਇਹਨਾਂ 'ਚ। ਬਿਲਕੁਲ, ਜਿਵੇਂ ਆਪਾਂ ਜਦੋਂ ਹੋਮਿਓਪੈਥੀ ਡਾਕਟਰ ਕੋਲ ਜਾਂਦੇ ਹਾਂ, ਤਾਂ ਵਾਕਈ ਜਿਵੇਂ ਤੁਸੀਂ ਕਿਹਾ ਕਿ ਤੁਸੀਂ ਪੂਰੀ ਹਿਸਟਰੀ ਲੈਂਦੇ ਹੋ ਨਾ, ਕਿ ਤੁਹਾਡੇ ਬਚਪਨ 'ਚ ਕੀ ਸੀ, ਤੁਹਾਡੇ ਪੇਰੈਂਟਸ ਨੂੰ ਜੈਨੈਟਿਕਲੀ, ਮਤਲਬ ਇਹ ਚੀਜ਼ਾਂ ਤੁਹਾਡੇ ਤੱਕ ਤਾਂ ਨਹੀਂ ਆਈਆਂ, ਹੈ ਨਾ, ਉਹ ਮਤਲਬ ਅੱਧੀ ਕਾਉਂਸਲਿੰਗ ਤਾਂ ਤੁਹਾਡੀ ਹੋ ਜਾਂਦੀ ਆ, ਅਤੇ ਥਰੋ ਮੈਡੀਸਨ ਵੀ ਤੁਸੀਂ ਟ੍ਰੀਟਮੈਂਟ ਕਰਦੇ ਹੋ, ਕਿ ਤੁਹਾਨੂੰ ਵੀ ਕਦੀ ਸਾਈਕੈਟ੍ਰਿਸਟ ਦੀ ਜ਼ਰੂਰਤ ਪੈਂਦੀ ਕਿ ਇਸ ਪੇਸ਼ੈਂਟ ਨੂੰ ਹੁਣ ਮੈਂ ਡੀਲ ਨਹੀਂ ਕਰ ਸਕਦਾ, ਇਹਦੇ ਲਈ ਮੈਨੂੰ ਇੱਕ ਇੱਕ ਅਦਰ ਹੈਲਪ ਜਿਹੜੀ ਉਹ ਚਾਹੀਦੀ? ਉਸ ਲੈਵਲ 'ਤੇ ਜਾ ਕੇ ਦੇਖੋ, 100% ਤਾਂ ਕੋਈ ਵੀ ਨਹੀਂ ਰਿਜ਼ਲਟ ਓਰੀਐਂਟਡ ਹੁੰਦਾ, ਹੈ ਨਾ, ਸਾਡੇ 'ਚ ਵੀ ਕਮੀਆਂ ਨੇ, ਅਸੀਂ ਵੀ ਹਰ ਇੱਕ ਬੰਦੇ ਨੂੰ ਟ੍ਰੀਟ ਅਸੀਂ ਵੀ ਨਹੀਂ ਕਰ ਸਕਦੇ, ਤਾਂ ਉਸ ਲੈਵਲ 'ਤੇ ਸਾਨੂੰ ਫਿਰ ਚੈੱਕ ਰੱਖਣਾ ਪੈਂਦਾ, ਠੀਕ ਹੈ। ਵੀ ਲਾਈਕ ਆਪਾਂ 4-6 ਮਹੀਨੇ ਖਵਾ ਲਈ, ਹੈ ਨਾ, ਤਾਂ ਇਹ ਪਹਿਲਾਂ ਕਲੀਅਰ ਕਰਨਾ ਪੈਂਦਾ ਵੀ ਇਫ ਯੂ ਆਰ ਇਨ ਡਿਪਰੈਸ਼ਨ, ਜਿਹਨਾਂ ਲੰਬਾ ਡਿਪਰੈਸ਼ਨ ਚੱਲ ਰਿਹਾ, ਤਾਂ ਇਹ ਪਹਿਲੀ ਗੱਲ ਤਾਂ ਇਹਨੂੰ ਤੁਸੀਂ ਬਹੁਤ ਪੇਸ਼ੈਂਸ ਨਾਲ ਚੱਲਣਾ ਪਊਗਾ, 6-4 ਮਹੀਨੇ ਖਾਣਾ ਪਊਗਾ, ਰਿਜ਼ਲਟ ਇੰਨੀ ਜਲਦੀ ਨਹੀਂ ਮਿਲਣਾ। ਜੇ ਨਹੀਂ ਮਿਲਦਾ 6 ਮਹੀਨੇ 'ਚ, ਹੈ ਨਾ, ਪੇਸ਼ੈਂਟ ਦੀ ਕੰਡੀਸ਼ਨ ਖਰਾਬ ਹੀ ਹੋ ਰਹੀ ਹੈ, ਤਾਂ ਬੈਟਰ ਹੈ ਵੀ ਉਹਨੂੰ ਗਾਈਡ ਕਰੋ ਵੀ ਤੁਸੀਂ ਸਾਈਕੈਟ੍ਰਿਸਟ ਨੂੰ ਮਿਲੋ, ਅੱਛਾ, ਠੀਕ ਹੈ। ਤਾਂ ਉਹ ਜਿਵੇਂ ਸੰਗਰੂਰ ਸਾਡੇ ਇੱਕ ਬੜੇ ਅੱਛੇ ਹੈਗੇ ਨੇ, ਵੈਰੀ ਯੰਗ, ਅਤੇ ਉਹਨੂੰ ਨੌਲੇਜ ਬਹੁਤ ਹੈ ਮੁੰਡੇ ਨੂੰ, ਠੀਕ ਹੈ। ਤਾਂ ਉਹ ਜਿਹੜੀ ਗੱਲ ਸਾਨੂੰ ਇਸ ਗੱਲ ਦੀ ਸ਼ਿਓਰਟੀ ਹੋ ਗਈ ਵੀ ਉਹ ਬੰਦਾ ਮੈਡੀਸਨ ਘੱਟ ਦੇਊਗਾ, ਲੌਂਗ ਲਾਸਟਿੰਗ ਮੈਡੀਸਨ ਨਹੀਂ ਦਿੰਦੇ ਉਹ ਡਾਕਟਰ ਸਾਹਿਬ, ਠੀਕ ਹੈ। ਉਹ ਇਹ ਨਹੀਂ ਕਰਦੇ ਹੈਗੇ ਵੀ ਯਾਰ ਇਹ ਤੋਂ ਬਿਨਾਂ ਕੰਮ ਹੀ ਨਹੀਂ ਚੱਲਣਾ, ਹੈ ਨਾ, ਉਹਨੇ ਐਲੋਪੈਥੀ ਵੀ ਉਹਨੇ ਲਿਖ ਕੇ ਦੇ ਦੇਣਾ ਵੀ ਆਫਟਰ 6 ਮੰਥ ਛੱਡ ਦਿਓ ਜੀ ਤੁਸੀਂ, ਠੀਕ ਹੈ। ਤਾਂ ਉਹਦਾ ਡਿਸਆਰਡਰ ਸਮਝੇਗਾ ਪਹਿਲਾਂ ਵੀ ਇਹਨੂੰ ਕੀ ਹੋਇਆ ਹੋਇਆ, ਠੀਕ ਹੈ। ਫਿਰ ਮੂਵ ਔਨ ਕਰਦੇ ਹਾਂ ਜੀ, ਹੁਣ ਡਿਵਰਜਨ ਦਿੰਦੇ ਹਾਂ ਵੀ ਜਾਓ ਜਾ ਕੇ ਉੱਥੇ ਮਿਲੋ ਐਂਡ ਉਹਨਾਂ ਦਾ ਟ੍ਰੀਟਮੈਂਟ ਲਓ, ਠੀਕ ਹੈ। ਇਹ ਹੋ ਸਕਦਾ ਵੀ 6 ਮੰਥ 'ਚ ਤੁਸੀਂ ਨੋਰਮਲ ਆ ਜਾਓ, ਠੀਕ ਹੈ, ਕਿਉਂਕਿ ਉਹਨੇ ਕੀ ਕਰਨਾ ਨਾ, ਉਹਨੇ ਤੁਹਾਨੂੰ ਜਿਹੜੇ ਤੁਹਾਡੇ ਮਤਲਬ ਅੰਦਰੋਂ ਓਵਰ ਤੁਸੀਂ ਐਕਸਾਈਟ ਹੋਏ ਹੋਏ ਹੋ ਕਿਸੇ ਵੀ ਚੀਜ਼ ਨੂੰ ਲੈ ਕੇ, ਠੀਕ ਹੈ। ਕੋਈ ਲੋਕਾਂ 'ਚ ਇਹ ਫੇਜ਼ ਵੀ ਆਉਂਦੇ ਨੇ ਨਾ ਜੀ, ਡਿਪਰੈਸ਼ਨ ਵੀ ਕਈ ਕਈ ਮਹੀਨਿਆਂ ਦੇ ਹੁੰਦੇ ਆ, ਮਤਲਬ ਕਈ ਵਾਰੀ ਲੋਕਾਂ ਨੂੰ ਮਾਰਚ ਅਪ੍ਰੈਲ 'ਚ ਡਿਪਰੈਸ਼ਨ ਹੁੰਦਾ, ਬਾਕੀ ਮਹੀਨਿਆਂ 'ਚ ਠੀਕ ਰਹਿੰਦੇ ਨੇ ਜੀ, ਠੀਕ ਵੀ ਰਹਿੰਦੇ ਨੇ, ਇਹ ਵੀ ਦਿੱਕਤ ਨਹੀਂ ਨਾ ਕਿ ਉਹ ਸਪੈਸੀਫਿਕਲੀ ਉਹਨਾਂ ਮਹੀਨਿਆਂ 'ਚ ਇਹ ਕਨਫਰਮ ਹੈ ਕਿਸੇ ਨੂੰ ਮਾਰਚ ਹੀ ਓਪਰੇਸ਼ਨ ਹੋਏਗਾ, ਮੇਜ ਠੀਕ ਹੋ ਜਾਂਦੇ ਨੇ ਆਪਣੇ ਮੇਜ 'ਚ ਜਾ ਕੇ, ਤਾਂ ਫਿਰ ਉਦੋਂ ਗਾਈਡ ਕਰੀਦਾ। ਦੋ ਅਖੀਰਲੇ ਸਵਾਲ ਮੈਂ ਤੁਹਾਨੂੰ ਕਰਨਾ ਚਾਹੁੰਦੀ ਹਾਂ, ਹੈ ਨਾ। ਇੱਕ ਸਵਾਲ ਤਾਂ ਮੇਰਾ ਇਹ ਆ ਵੀ ਮੰਨ ਲਓ ਕਿ ਕਿਸੇ ਨੂੰ ਸਾਰੀ ਉਮਰ ਨਹੀਂ ਪਤਾ ਚੱਲਿਆ ਕਿ ਮੇਰੇ ਫਲਾਣੇ ਫੈਮਿਲੀ ਮੈਂਬਰ ਨੂੰ ਡਿਪਰੈਸ਼ਨ ਸੀ, ਉਹ ਬਹੁਤ ਸਾਰੇ ਲੋਕ ਨੇ ਜੇ ਸਾਰੀ ਉਮਰ ਹੀ ਉਸ ਚੀਜ਼ 'ਚ ਸਫ਼ਰ ਕਰਦੇ ਰਹਿੰਦੇ, ਅਸੀਂ ਉਹਨਾਂ ਦਾ ਸੁਭਾਅ ਹੀ ਸਮਝ ਲੈਂਦੇ ਹਾਂ ਉਸ ਚੀਜ਼ ਨੂੰ, ਹੈ ਨਾ, ਕਿ ਜ਼ਿਆਦਾ ਗੁੱਸਾ ਆ ਰਿਹਾ ਤਾਂ ਸੁਭਾਅ ਹੀ ਗੁੱਸੇ ਵਾਲਾ, ਇਹ ਕੋਈ ਕੰਮ ਨਹੀਂ ਕਰ ਰਿਹਾ ਅੱਜ, ਇਹਦਾ ਸੁਭਾਅ ਹੀ ਇੱਦਾਂ ਦਾ। ਅਤੇ ਜੇ ਇੱਦਾਂ ਦੇ ਬੰਦੇ ਨੂੰ ਟ੍ਰੀਟਮੈਂਟ ਨਹੀਂ ਮਿਲਦਾ, ਮਤਲਬ ਬਹੁਤ ਚੀਜ਼ਾਂ ਹੋ ਜਾਂਦੀਆਂ ਕਿ ਕਈ ਵਾਰ ਬੰਦਾ ਸੁਸਾਈਡ ਹੀ ਕਰ ਲੈਂਦਾ, ਉਹ ਕਈ ਵਾਰੀ ਕਹਿਣਗੇ ਉਹ ਘਰੋਂ ਹੀ ਨਿਕਲ ਗਿਆ, ਮੁੜ ਕੇ ਹੀ ਨਹੀਂ ਆਇਆ, ਹੈ ਨਾ। ਪਰ ਜੇ ਕੋਈ ਬੰਦਾ ਸਾਰੀ ਜ਼ਿੰਦਗੀ ਵਧੀਆ ਘਰੇ ਰਹਿ ਗਿਆ, ਮਤਲਬ ਆਪਾਂ ਸਿਰਫ ਉਹਦਾ ਮਿਜਾਜ ਸਮਝ ਕੇ ਕੁਛ ਕੁ ਚੀਜ਼ਾਂ ਨੂੰ ਇਗਨੋਰ ਕਰਦੇ ਰਹੇ, ਕਿ ਜੈਨੈਟਿਕਲੀ ਉਹ ਫਿਰ ਉਹਨਾਂ ਦੇ ਬੱਚਿਆਂ 'ਚ ਉਹ ਚੀਜ਼ ਜਾਊਗੀ? ਬਹੁਤੇ ਵਾਰੀ ਦੇਖਿਆ ਜਾਂਦਾ ਵੀ ਡਿਪਰੈਸ਼ਨ ਦੇ ਜਿਹੜੇ ਹੈਗੇ ਨੇ ਨਾ, ਇਹ ਆ ਜਾਂਦੇ ਨੇ ਜੈਨੈਟਿਕਲੀ ਵੀ ਆ ਜਾਂਦੇ ਨੇ, ਕਿਉਂਕਿ ਹੈਬਿਟਸ ਕੈਰੀ ਔਨ ਹੋ ਜਾਂਦੀਆਂ, ਠੀਕ ਹੈ। ਉਹ ਆਦਤਾਂ ਅੱਗੇ ਆਉਂਦੀਆਂ ਨੇ ਨੈਕਸਟ ਜਨਰੇਸ਼ਨ 'ਚ, ਠੀਕ ਹੈ। ਜਿਵੇਂ ਕੋਈ ਡਰ ਕਹਿ ਲਈਏ ਕਿਸੇ ਦਾ, ਸਾਡੇ ਕੋਲ ਇਹ ਪੇਸ਼ੈਂਟ ਵੀ ਆਉਂਦੇ ਨੇ, ਉਹਨਾਂ ਨੂੰ ਅਨਕਾਊਂਟੇਬਲ ਡਰ ਫੀਅਰ ਹੁੰਦਾ ਮਨ 'ਚ, ਠੀਕ ਹੈ, ਵੀ ਆਹ ਮੇਰੇ ਨਾਲ ਹੋਊਗਾ ਹੀ ਹੋਊਗਾ ਜੀ, ਠੀਕ ਹੈ। ਉਹ ਡਰ ਪੁਰਾਣੇ ਚੱਲੇ ਆਉਂਦੇ ਹੁੰਦੇ ਨੇ, ਸੰਸਕਾਰ ਕਹਿ ਦਿੰਦੇ ਆਪਾਂ, ਵੀ ਉਹ ਪੁਰਾਣੇ ਫੈਮਿਲੀਜ਼ ਜੈਨੇਟਿਕਲੀ ਹੁੰਦੇ ਨੇ, ਵੱਡਿਆਂ 'ਚ ਵੀ ਸੀਗੇ, ਉਹ ਕਈ ਵਾਰੀ ਉਦੋਂ ਨੀਚੇ ਵਾਲੀ ਪੀੜ੍ਹੀ 'ਚ ਵੀ ਦੇਖੇ ਜਾਂਦੇ ਆ, ਠੀਕ ਹੈ। ਹੋ ਸਕਦਾ ਅਗਲੀ ਜਨਰੇਸ਼ਨ 'ਚੋਂ ਘੱਟ ਜਾਣ, ਬਿਕੋਜ਼, ਠੀਕ ਹੈ, ਉਹ ਰੀਜ਼ਨ ਮਤਲਬ ਇਹ ਬਣਦਾ ਤਾਂ ਹੈਗਾ ਵੀ ਜੈਨੇਟਿਕਲੀ ਤਾਂ ਇਹ ਚੀਜ਼ ਆਉਂਦੀ ਹੈ, ਠੀਕ ਹੈ।
ਹਾਂ ਲੇਕਿਨ ਕਈ ਵਾਰੀ ਕੀ ਹੁੰਦਾ ਵੀ ਬੱਚਾ ਐਕਸਪੋਜ਼ਰ ਲੈ ਗਿਆ ਉਹਨਾਂ ਬਾਹਰ ਰਹਿ ਗਏ ਬਾਹਰ ਪੜ੍ਹ ਗਏ ਉਹਨਾਂ 'ਚੋਂ ਡਰ ਨਹੀਂ ਰਹੇ ਠੀਕ ਹੈ ਤਾਂ ਉਹ ਨਿਕਲ ਵੀ ਜਾਂਦੇ ਨੇ ਇਹਦੇ 'ਚੋਂ ਠੀਕ ਹੈ ਪਰ ਤਕਰੀਬਨ ਤਕਰੀਬਨ ਜੇ ਆਪਾਂ ਕਈ ਵਾਰੀ ਹਿਸਟਰੀ 'ਚ ਜਾਂਦੇ ਹਾਂ ਤਾਂ ਅਸੀਂ ਦੇਖਦੇ ਹਾਂ ਉਹ ਕਹਿੰਦੇ ਹੁੰਦੇ ਨੇ ਵੀ ਹਾਂਜੀ ਇਹਦੇ ਦਾਦਾ ਜੀ ਨੂੰ ਵੀ ਆਈ ਸੀਗਾ ਇਹਦੇ ਫਾਦਰ ਵੀ ਇਸੇ ਮਤਲਬ ਇਸ ਏਜ 'ਚ ਜਾ ਕੇ ਸਪੈਸੀਫਿਕਲੀ ਆਏ ਹੋ ਗਏ ਸੀ ਇਹ ਵੀ ਦੇਖਿਆ ਜਾਂਦਾ ਵੀ 50 ਸਾਲ ਤੱਕ ਉਹ ਠੀਕ ਵੀ ਰਹੇ ਆਫਟਰ 50 ਡਿਸਟਰਬੈਂਸ ਹੋਈ ਜਿਹੜੇ ਦਾਦਾ ਜੀ ਨੂੰ ਹੋਈ ਸੀ ਜੀ ਇਹਨੂੰ ਵੀ ਹੋਈ ਸੀ ਮਤਲਬ ਇਹਦੇ ਮੇਰੇ ਹਸਬੈਂਡ ਨੂੰ ਵੀ ਹੋਈ ਸੀ ਅਤੇ ਕਿਤੇ ਨਾ ਕਿਤੇ ਅਸੀਂ ਇਹ ਵੀ ਦੇਖਦੇ ਹਾਂ ਵੀ ਉਹ ਇੱਕ ਉਹੀ ਫਿਰ ਮੈਂਟਲ ਸੈਟਅਪ ਉਹ ਲੇਡੀਜ਼ ਦਾ ਵੀ ਬਣ ਜਾਂਦਾ ਡਰ ਬਣ ਜਾਂਦਾ ਵੀ ਇਹਨੂੰ ਵੀ ਨਾ ਹੋ ਜੇ ਬੇਟੇ ਨੂੰ ਵੀ ਨਾ ਹੋ ਜੇ ਹੈ ਨਾ ਤਾਂ ਉਹ ਅਸੀਂ ਇੱਕ ਕੇਸ ਦੇਖਿਆ ਸੀ ਉਹਦੇ 'ਚ ਉਹ ਮਦਰ ਨੇ ਉਹਨੂੰ ਓਵਰ ਪ੍ਰੋਟੈਕਟਿਵ ਰੱਖਿਆ ਇਸੇ ਚੱਕਰ 'ਚ ਐਂ ਵੀ ਬੱਚੇ ਦੀ ਪਰਸਨੈਲਿਟੀ ਥੋੜ੍ਹੀ ਜਿਹੀ ਖਰਾਬ ਹੋ ਗਈ ਹਾਂ ਕਿ ਉਹਨੂੰ ਓਵਰ ਪ੍ਰੋਟੈਕਟਿਵ ਰੱਖਦੇ ਹੈ ਨਾ ਵੀ ਉਹ ਫਾਦਰ ਨੂੰ ਆਏ ਹੋਇਆ ਸੀ ਨਹੀਂ ਵੀ ਇਹਨੂੰ ਬਚਾ ਬਚਾ ਕੇ ਰੱਖੋ ਇਕੱਲਾ ਹੀ ਬੇਟਾ ਠੀਕ ਹੈ ਇਹਨੂੰ ਵੀ ਨਾ ਹੋ ਜੇ ਇਹਨੂੰ ਬਾਹਰ ਨਾ ਜਾਣ ਦਿਓ ਇਹ ਆਏ ਨਾ ਹੋ ਜੇ ਇਹ ਕੰਪਨੀ 'ਚ ਨਾ ਵੱਧ ਹੋ ਜੇ ਉਹ ਉਲਟਾ ਬੱਚਾ ਆਪਦਾ ਐਕਸਪ੍ਰੈਸ ਕਰ ਹੀ ਨਹੀਂ ਸਕਿਆ ਆਪਦੇ ਆਪ ਨੂੰ ਉਹ ਮਤਲਬ ਇੰਟਰੋਵਰਟ ਹੋ ਕੇ ਰਹਿ ਗਿਆ ਕਿਸੇ ਨਾਲ ਗੱਲ ਕਰਨ ਨੂੰ ਰਹਿ ਗਿਆ ਨਹੀਂ ਗੱਲ ਹੋਈ ਠੀਕ ਹੈ ਤਾਂ ਉਹ ਉੱਥੇ ਦੇਖਿਆ ਜਾਂਦਾ ਵੀ ਇਹ ਬਚਾਇਆ ਵੀ ਜਾ ਸਕਦਾ ਸੀ ਠੀਕ ਹੈ ਹਾਂ ਉਹ ਮਤਲਬ ਨਾ ਪਤਾ ਹੋਣ ਮਤਲਬ ਫੈਮਿਲੀ ਵੀ ਅਵੇਅਰ ਨਹੀਂ ਹੁੰਦੀ ਠੀਕ ਹੈ ਵੀ ਉਹਨੂੰ ਤੁਸੀਂ ਐਕਸਪੋਜ਼ਰ ਹੋਣ ਦਿਉ ਮੇ ਬੀ ਉਹਦੇ ਫਾਦਰ ਕਿਉਂ ਹੋਏ ਉਹਦੇ ਦਾਦਾ ਕਿਉਂ ਹੋਇਆ ਹੈ ਨਾ ਤਾਂ ਉਹ ਚੀਜ਼ਾਂ ਤੋਂ ਆਪਾਂ ਬਚਿਆ ਜਾਵੇ ਬਚਾਇਆ ਜਾ ਸਕੇ ਇਹ ਚੀਜ਼ ਹੈਗੀ ਮੇਰੀ ਇੱਕ ਫਰੈਂਡ ਆ ਮਤਲਬ ਉਹਦੇ ਹਸਬੈਂਡ ਡਰਿੰਕ ਕਰਦੇ ਨੇ ਪਰ ਉਹ ਕਰਦੇ ਨੇ ਮਤਲਬ ਵੀ ਇੱਦਾਂ ਕਿ 2 ਦਿਨ ਪੀਤੀ ਨਹੀਂ ਤੀਜੇ ਦਿਨ ਬਹੁਤ ਜ਼ਿਆਦਾ ਪੀ ਲਈ ਹੈ ਨਾ ਤਾਂ ਉਹ ਕਹਿੰਦੀ ਜਦੋਂ ਮੇਰਾ ਬੇਟਾ ਬਹੁਤ ਛੋਟਾ ਸੀ ਤਾਂ ਮੈਂ ਉਹਨੂੰ ਹਮੇਸ਼ਾ ਕਹਿੰਦੀ ਰਹਿੰਦੀ ਸੀ ਵੀ ਤੂੰ ਇਹ ਨਹੀਂ ਕਰਨਾ ਹੈ ਨਾ ਅਤੇ ਉਹ ਬੱਚੇ ਨੂੰ ਉਹਨੇ ਇੰਨਾ ਇੰਟਚ ਕਰਤਾ ਸ਼ਰਾਬ ਵਰਡ ਨਾਲ ਕਿ ਉਹ ਫਾਦਰ ਤਾਂ 2 ਦਿਨ ਬਾਅਦ ਪੀਂਦਾ ਸੀ ਪਰ ਉਹਨੂੰ ਰੋਜ਼ ਕਹਿਣ ਲੱਗ ਗਈ ਔਰ ਬੱਚਾ ਇਸ ਟਾਈਮ ਉਹ ਮਤਲਬ ਸੇਮ ਫੇਸ 'ਚ ਆ ਹੈ ਨਾ ਅਤੇ ਉਹ ਮੈਨੂੰ ਲੱਗਿਆ ਕਿ ਕਈ ਵਾਰੀ ਸਾਨੂੰ ਵਾਕਈ ਨਹੀਂ ਪਤਾ ਹੁੰਦਾ ਕਿ ਅਸੀਂ ਆਪਣੇ ਆਪ ਹੀ ਇੱਕ ਲਾਈਫ ਪ੍ਰੋਟੈਕਟ ਨਹੀਂ ਕਰ ਰਹੇ ਉਹਨੂੰ ਸਪਾਇਲ ਕਰ ਰਹੇ ਕਿ ਆਪਾਂ ਉਹਨੂੰ ਨਾ ਕੁਛ ਆਦਤਾਂ ਉਹ 'ਚ ਖੁਦ ਇਨਵੈਂਟ ਕਰ ਦਿੰਦੇ ਹਾਂ ਠੀਕ ਹੈ ਵੀ ਹਾਂ ਤੂੰ ਐਂ ਕਰੇਂਗਾ ਤਾਂ ਨਹੀਂ ਤੂੰ ਐਂ ਕਰੇਂਗਾ ਤਾਂ ਨਹੀਂ ਡਰ ਆਪਣਾ ਹੁੰਦਾ ਕਿਉਂਕਿ ਆਪਾਂ ਉਹ ਸਹਿਣ ਕਰੀ ਹੁੰਦੀ ਹੈ ਗੱਲ ਉਹਨਾਂ ਨੇ ਦੇਖਿਆ ਆਪਦੇ ਹਸਬੈਂਡ ਦਾ ਠੀਕ ਹੈ ਉਹ ਬੱਚੇ ਨੂੰ ਉਵੇਂ ਕਹਿੰਦੇ ਗਏ ਠੀਕ ਹੈ ਤਾਂ ਲੇਕਿਨ ਉਹ ਅਲਟੀਮੇਟਲੀ ਮਤਲਬ ਇਹ ਦੇਖਿਆ ਜਾਂਦਾ ਕੁਛ ਫੈਮਿਲੀ ਦੇ ਵਿੱਚ ਬੱਚੇ ਲੈਸਨ ਵੀ ਲੈ ਲੈਂਦੇ ਆ ਮੇਰਾ ਫਾਦਰ ਇੰਨਾ ਕਰਦਾ ਸੀ ਡਰਿੰਕ ਅਤੇ ਮੈਨੂੰ ਇਹ ਨਹੀਂ ਕਰਨੀ ਚਾਹੀਦੀ ਹੈ ਨਾ ਖਰਾਬ ਹੈ ਤਾਂ ਸਾਰੀ ਲਾਈਫ ਉਹ ਨਹੀਂ ਹੱਥ ਲਾਉਂਦੇ ਠੀਕ ਹੈ ਪਰ ਅਲਟੀਮੇਟਲੀ ਕੁਛ ਫੈਮਿਲੀਸ 'ਚ ਹੁੰਦਾ ਬਿਕੋਜ਼ ਜਦੋਂ ਡਰਿੰਕ ਕਰੀ ਜਾਂਦਾ ਪੇਰੈਂਟਸ ਦੇ ਵਿੱਚੋਂ ਫਾਦਰ ਦਾ ਰੋਬ ਨਹੀਂ ਰਹਿੰਦਾ ਹੈ ਨਾ ਅਤੇ ਮਦਰ ਨੇ ਉਹ ਰੋਬ ਨਹੀਂ ਰੱਖ ਪਾਉਣਾ ਜੋ ਫਾਦਰ ਰੱਖਦੇ ਠੀਕ ਹੈ ਤਾਂ ਬੱਚਾ ਘਰੋਂ ਨਿਕਲਿਆ ਅਤੇ ਉਹ ਕਿਸੇ ਮੈਡ ਕੰਪਨੀ 'ਚ ਆ ਗਿਆ ਤਾਂ ਉਹਨੂੰ ਲੱਗਦਾ ਵੀ ਫਾਦਰ ਵੀ ਪੀਂਦਾ ਸੀ ਕੀ ਗੱਲ ਹੈ ਹੈ ਨਾ ਹੁਣ ਮੈਂ ਆਪਦੀ ਪਰਸਨਲ ਦੱਸਦਾ ਲਾਈਫ 'ਚ ਬੱਚਤ ਰਹੀ ਮਹਾਰਾਜ ਦੀ ਕਿਰਪਾ ਨਾਲ ਨਹੀਂ ਸ਼ੁਰੂ ਹੋਏ ਕਦੇ ਫਾਦਰ ਸਾਹਿਬ ਨੇ ਮੇਰਿਆਂ ਨੇ 2009 'ਚ ਬੰਦ ਕਰਤੀ ਸੀ ਬਿਲਕੁਲ ਪਹਿਲਾਂ ਜੋ ਕਰਦੇ ਲੈਂਦੇ ਸੀ ਕਿਤੇ ਓਕੇਜ਼ਨਲੀ ਤਾਂ ਬੰਦ ਕਰਤਾ 2009 ਅੱਜ 24 ਆ ਗਿਆ ਠੀਕ ਹੈ ਨੈਵਰ ਟੱਚ ਵੀ ਨਹੀਂ ਕਰੀ ਕਦੇ ਠੀਕ ਹੈ ਤਾਂ ਉਹ ਸਟਰੋਂਗ ਵਿਲ ਸੀ ਨਹੀਂ ਉਹਨਾਂ ਨੇ ਉਹ ਕਰਿਆ ਅਤੇ ਮੈਂ ਜਿੱਥੇ ਪੜ੍ਹਿਆ ਮੇਰੀ ਕੰਪਨੀ ਵੀ ਸੀਗੀ ਮੇਰੇ ਫਰੈਂਡ ਸਰਕਲ ਵੀ ਬਹੁਤ ਸੀ ਅਤੇ ਬਸ ਵੰਸ ਆ ਵਾਈਲ ਤੁਸੀਂ ਮਨਾ ਕਰੋ ਲਾਈਫ 'ਚ ਫਿਰ ਮੁੜ ਕੇ ਨਹੀਂ ਦਿੱਕਤ ਆਉਂਦੀ ਤੁਹਾਡੀ ਵਿਲ 'ਤੇ ਹੀ ਕੰਮ ਕਰਦਾ ਇਹ ਬੇਸਿਕਲੀ ਹੈ ਨਾ ਮਤਲਬ ਇੱਕ ਵਾਰੀ ਨੋ ਕਹਿਤੀ ਤਾਂ ਉਹ ਨੋ 'ਤੇ ਤੁਹਾਨੂੰ ਰੁਕਣਾ ਪੈਣਾ ਠੀਕ ਹੈ ਤਾਂ ਫਿਰ ਤੁਸੀਂ ਮੰਨੋਗੇ ਵੀ ਮੇਰਾ ਉਹ ਸਰਕਲ ਸੀ ਵੀ ਜਿਹੜਾ ਦੇ ਬਹੁਤ ਮਤਲਬ ਵਧੀਆ ਬੰਦੇ ਉਹ ਦਿਲ ਦੇ ਅੱਛੇ ਸੀ ਬਹੁਤ ਚੰਗੇ ਸੀ ਮੁੜ ਕੇ ਉਹਨਾਂ ਨੇ ਇਹ ਆਪਣੇ ਲੜ ਮੰਨ ਲਈ ਗੱਲ ਵੀ ਇਹਨੂੰ ਯਾਰ ਰੋਕਣਾ ਇਹਨੂੰ ਆਪਾਂ ਜੇ ਕਦੇ ਕਹੂਗਾ ਨਾ ਕੋਈ ਹੋਰ ਬੰਦਾ ਇਹਨੂੰ ਆ ਕੇ ਤਾਂ ਮੈਨੂੰ ਸਪੋਰਟ ਕਰਦੇ ਉਲਟਾ ਵੀ ਇਹਨੂੰ ਯਾਰ ਜੂਸ ਪਾ ਕੇ ਦਿਓ ਤੁਸੀਂ ਇਹ ਬੰਦਾ ਨਹੀਂ ਸਾਡਾ ਇਹ ਠੀਕ ਹੈ ਇਹਦੀ ਵਿਹਲੀ ਨਹੀਂ ਹੈਗੀ ਜਦੋਂ ਅੰਦਰ ਹੁਣ ਬਿਲਕੁਲ ਤਾਂ ਉਹ 1 or 2 ਈਅਰਸ ਆਫਟਰ ਡਿਗਰੀ +1 +2 ਜਿਹੜੇ ਹੁੰਦੇ ਨੇ ਉਹੀ ਫੇਜ਼ ਹੁੰਦਾ 16, 17, 18 ਸਾਲ ਦਾ ਤੁਸੀਂ ਨਿਕਲ ਗਏ ਜੀ ਠੀਕ ਹੈ ਤਾਂ ਇਹ ਬਾਈ ਗੋਡਸ ਗ੍ਰੇਸ ਵਿੱਚ ਕੁਛ ਨਹੀਂ ਤੁਸੀਂ ਕੁਛ ਨਹੀਂ ਕਰ ਸਕਦੇ ਲੱਗਣਾ ਤਾਂ ਲੱਗ ਵੀ ਸਕਦਾ ਬੱਚਾ ਠੀਕ ਹੈ ਪਰ ਇਹ ਤੁਹਾਡੀ ਗੱਲ ਸਹੀ ਹੈ ਵੀ ਉਹ ਆਪਾਂ ਉਹਦੇ ਵਿੱਚ ਇਹ ਹੈਬਿਟਸ ਐਡ ਨਾ ਕਰੀਏ ਉਹਨੂੰ ਆਪਾਂ ਫਰੀ ਮਾਈਂਡ ਰੱਖੋ ਠੀਕ ਹੈ ਉਹਨੂੰ ਦਿਖਾਓ ਦੁਨੀਆਦਾਰੀ ਵੀ ਠੀਕ ਹੈ ਆਹ ਫੈਮਿਲੀ ਆਪਣੀ ਇਸ ਤਰ੍ਹਾਂ ਹੈ
ਉਹ ਸਾਹਮਣੇ ਵਾਲੇ ਹੋਰ ਨੇ ਕੋਈ ਕਿਸੇ ਐਗਜ਼ਾਮਪਲ ਦੇ ਸਕਦੇ ਹਾਂ ਹੈ ਨਾ ਵੀ ਉਹ ਬੈਟਰ ਰਹਿ ਰਹੇ ਨੇ ਆਪਣੇ ਨਾਲ ਬੇਟੇ ਤੁਸੀਂ ਦੇਖੋ ਇਹ ਚੀਜ਼ ਦਾ ਆਪਾਂ ਉਹਨੂੰ ਗਾਈਡੈਂਸ ਦੇ ਸਕਦੇ ਹਾਂ ਪਰ ਜੇ ਉਹਦੇ 'ਚ ਮਾਇੰਡ ਜੇ ਆਪਾਂ ਭਰਤਾ ਠੀਕ ਹੈ ਫਿਰ ਹੋ ਸਕਦਾ ਉਹ ਸੇਮ ਰਸਤੇ 'ਤੇ ਚਲਾ ਜਾਵੇ ਬਿਲਕੁਲ ਹੈ ਨਾ ਇੱਕ ਜਿਵੇਂ ਮੈਂ ਲਾਸਟ ਸਵਾਲ ਤੁਸੀਂ ਹੈ ਨਾ ਉਹ ਮੈਨੂੰ ਤੁਹਾਡੇ ਕੋਲ ਆ ਕੇ ਪਤਾ ਚੱਲਿਆ ਕਿ ਵੈਟਰਨਿਟੀ 'ਚ ਵੀ ਹੁਣ ਇਹ ਚੀਜ਼ਾਂ ਆ ਗਈਆਂ ਹੈ ਨਾ ਅਤੇ ਉਹ ਤੁਸੀਂ ਉਹ ਵੀ ਮੈਨੂੰ ਮਤਲਬ ਮੇਰੇ ਲਈ ਬਿਲਕੁਲ ਅਲੱਗ ਚੀਜ਼ ਸੀ ਕਿ ਸੇਮ ਡਾਕਟਰਸ ਹੈ ਨਾ ਸੇਮ ਹਾਂਜੀ ਉਹ ਕੀ ਹੋਇਆ ਜਿਵੇਂ ਸਾਡੇ ਅਸੀਂ ਪ੍ਰੈਕਟਿਸ ਤਾਂ ਕਰਦੇ ਹਾਂ ਸਾਡੇ ਤਾਂ ਅਸੀਂ ਆਪਣੇ ਸਾਹੀਵਾਲ ਗਾਈਆਂ ਰੱਖੀਆਂ ਫਾਰਮ 'ਤੇ ਇੱਥੇ ਤਾਂ ਉਹਨਾਂ ਨੂੰ ਅਸੀਂ ਦਿੰਦੇ ਹਾਂ ਠੀਕ ਹੈ ਡਰੱਗਸ ਹੋਮਿਓਪੈਥੀ ਮੈਡੀਸਨ ਅਤੇ ਹੋਰ ਡਾਕਟਰ ਵੀ ਪ੍ਰੈਕਟਿਸ ਕਰਦੇ ਆ ਹੁਣ ਇਹ ਯੂਨੀਵਰਸਿਟੀ ਵੱਲੋਂ ਵਾਈਸ ਚਾਂਸਲਰ ਨੇ ਉਹਨਾਂ ਵੱਲੋਂ ਇਹ ਫਾਈਨਲ ਹੋ ਗਿਆ ਵੀ 6 ਮੰਥ ਦਾ ਕੋਰਸ ਅਸੀਂ ਆਪਣੇ ਸਟੂਡੈਂਟਸ ਨੂੰ ਵੀ ਦੇਵਾਂਗੇ ਅੱਛਾ ਆਫਟਰ ਵੈਟਰਨਰੀ ਦਾ ਕੋਰਸ ਕੰਪਲੀਟ ਹੋਣ ਤੋਂ ਬਾਅਦ 6 ਮੰਥਸ ਐਡੀਸ਼ਨਲ ਉਹਨਾਂ ਨੂੰ ਪੜ੍ਹਾਇਆ ਜਾਊਗਾ ਵੀ ਹੋਮਿਓਪੈਥੀ ਮੈਡੀਸਨ ਤੁਸੀਂ ਡੰਗਰਾਂ 'ਚ ਕਿਵੇਂ ਯੂਜ਼ ਕਰਨੀ ਹੈ ਠੀਕ ਹੈ ਗਾਈਆਂ 'ਚ ਮੱਝਾਂ 'ਚ ਦੇ ਸਕਦੇ ਹਾਂ ਜਿਵੇਂ ਸਾਡੇ ਕੋਲ ਹੈਗਾ ਇਹ ਬੜਾ ਦੇਖਣ 'ਚ ਸੁਣਨ 'ਚ ਲੱਗਦਾ ਵੀ ਕੀ ਗੱਲ ਐਂ ਕੰਮ ਕਰਦਾ ਸਾਈਕੋਲੋਜੀ ਗਾਈਆਂ 'ਤੇ ਵੀ ਐਂ ਕੰਮ ਕਰਦੀ ਹੈ ਠੀਕ ਹੈ ਹਾਂ ਸੇਮ ਟੂ ਸੇਮ ਲਾਈਕ ਜਿਵੇਂ ਅਸੀਂ ਕਹਿ ਦਿੰਦੇ ਹਾਂ ਵੀ ਇੱਕ ਹੁੰਦਾ ਨਾ ਵੀ ਸੀਲ ਹੁੰਦਾ ਪਸ਼ੂ ਠੀਕ ਹੈ ਵੀ ਉਹਨਾਂ ਤੁਸੀਂ ਹੱਥ ਫੇਰਿਆ ਉਹਨੇ ਸ਼ਾਂਤ ਖੜੇ ਰਹਿਣਾ ਠੀਕ ਹੈ ਹੀ ਫੀਲ ਉਹਨੂੰ ਲੱਗਦਾ ਗਾਂ ਹੋਵੇ ਮੱਝ ਹੋਵੇ ਵੀ ਮੈਂ ਬਹੁਤ ਸਕੂਨ 'ਚ ਹਾਂ ਮੇਰਾ ਮਾਲਕ ਮੈਨੂੰ ਪਿਆਰ ਕਰ ਰਿਹਾ ਆ ਕੇ ਠੀਕ ਹੈ ਜਿਹੜਾ ਸੀਲ ਹੋਏਗਾ ਉਹਦੀ ਅੱਡ ਮੈਡੀਸਨ ਹੈ ਠੀਕ ਹੈ ਇੱਕ ਓਕੂਲਸ ਕਰਕੇ ਮੈਡੀਸਨ ਆਉਂਦੀ ਹੈ ਸਾਡੀ ਠੀਕ ਹੈ ਉਹਨੂੰ ਉਹ ਦੇ ਸਕਦੇ ਹਾਂ ਆਪਾਂ ਠੀਕ ਹੈ ਪਲਸਾਟੇਲਾ ਦੇ ਸਕਦੇ ਹਾਂ ਵੀ ਇਹ ਬਹੁਤ ਸੀਲ ਹੈ ਇਹ ਬਿਲਕੁਲ ਤੰਗ ਨਹੀਂ ਕਰਦੀ ਜਿਹੜੀ ਮਾਰ ਖਿੰਡਾਈ ਹੁੰਦੀ ਹੈ ਉਹਨੇ ਦੂਰੋਂ ਹੀ ਤੁਹਾਡੇ ਮਾਰਨਾ ਸ਼ੁਰੂ ਕਰ ਦੇਣਾ ਸਿੰਗ ਮਾਰਨੇ ਇੱਧਰ ਭੱਜਣਾ ਉੱਧਰ ਭੱਜਣਾ ਮੇਰੇ ਹੱਥ ਨਾਲ ਲਾਵੇ ਕੋਈ ਠੀਕ ਹੈ ਉਹਦੇ ਲਈ ਕੈਮੋਮੇਲਾ ਇੱਕ ਮੈਡੀਸਨ ਆਉਂਦੀ ਹੈ ਠੀਕ ਹੈ ਉਹ ਦੇ ਸਕਦੇ ਹਾਂ ਸੇਮ ਜਿਵੇਂ ਅਸੀਂ ਇੰਜੈਕਸ਼ਨ ਹੈ ਬੱਚਿਆਂ 'ਚ ਦੇਖਦੇ ਹਾਂ ਵੀ ਬੱਚਾ ਇੰਜੈਕਸ਼ਨ ਤੋਂ ਡਰਦਾ ਉਹਦਾ ਇੱਕ ਮੈਡੀਸਨ ਹੋਰ ਹੈ ਨਹੀਂ ਡਰਦਾ ਉਹਦੀ ਹੋਰ ਹੈ ਠੀਕ ਹੈ ਉਹ ਗਾਈਆਂ 'ਚ ਵੀ ਐਂ ਹੋ ਜਾਂਦਾ ਜੀ ਠੀਕ ਹੈ ਉਹਨਾਂ 'ਚ ਵੀ ਮੱਝਾਂ 'ਚ ਵੀ ਇੰਜੈਕਸ਼ਨ ਲਵਾਉਣ ਤੋਂ ਡਰਨਾ ਜਾਂ ਨੋਰਮਲ ਤਰੀਕੇ ਨਾਲ ਲਵਾ ਲੈਣਾ ਠੀਕ ਹੈ ਤਾਂ ਉਹ ਡਿਫਰੈਂਸ ਕਰਦਾ ਠੀਕ ਹੈ ਤਾਂ ਉੱਥੇ ਉਹਨੂੰ ਉਹ ਮੈਡੀਸਨ ਦਿੰਦੇ ਆ ਵੀ ਉਹ ਇਫੈਕਟਿਵ ਹੁੰਦੀ ਆ ਉਹਦੇ 'ਚ ਮਾਰ ਖੰਡਿਆਈ ਆ ਉਹਦੇ 'ਚ ਅੱਡ ਹੋਣਾ ਸੀਲ ਖੜੀ ਰਹੇਗੀ ਉਹਦੇ 'ਚ ਅੱਡ ਹੋਣਾ ਠੀਕ ਹੈ ਨਵੇਂ ਦੁੱਧ ਨਾ ਹੋਣਾ ਉਹਦਾ ਵੀ ਰੀਜ਼ਨ ਦੇਖੋ ਇਹ ਇਹਨਾਂ 'ਚ ਵੀ ਦਿੱਤਾ ਜਾਂਦਾ ਨਵੇਂ ਦੁੱਧ ਵੀ ਹੋ ਜਾਂਦੀਆਂ ਨੇ ਠੀਕ ਹੈ ਪ੍ਰੋਲੈਪਸ ਦੇ ਵਿੱਚ ਵੀ ਕੰਮ ਕਰਦੀ ਹੈ ਬਹੁਤ ਸੋਹਣਾ ਹੋਮਿਓਪੈਥੀ ਡੰਗਰਾਂ 'ਚ ਵੀ ਹੋ ਜਾਣਾ ਠੀਕ ਹੈ ਅਤੇ ਉਹ ਪ੍ਰੋਲੈਪਸ ਵੀ ਕੰਮ ਕਰਦੀ ਹੈ ਸਪੈਸੀਫਿਕਲੀ ਆਪਾਂ ਦੇ ਸਕਦੇ ਹਾਂ ਦੁੱਧ ਨਾ ਦੇ ਪਾਉਣਾ ਦੁੱਧ ਘੱਟ ਦੇਣਾ ਉਹਦੇ 'ਚ ਵੀ ਜੇ ਉਹ ਬੱਚਾ ਉਹਦੀ ਬੱਚੀ ਮਰ ਜਾਂਦਾ ਬੱਚਾ ਮਰ ਜਾਂਦਾ ਉਹ ਵੀ ਉਹ ਸਾਈਕੋਲੋਜੀਕਲੀ ਸੇਮ ਇਫੈਕਟ ਆਉਂਦਾ ਅੱਛਾ ਜੀ ਹਾਂ ਠੀਕ ਹੈ ਉਹ ਸਾਨੂੰ ਦੱਸਦੇ ਨੇ ਲੋਕ ਆ ਕੇ ਵੀ ਇਹਦੀ ਆਹ ਪ੍ਰੋਬਲਮ ਆ ਗਈ ਜੀ ਬੱਚਾ ਹੋਇਆ ਨਾਲ ਦੀ ਨਾਲ ਡੈਥ ਹੋ ਗਈ ਠੀਕ ਹੈ ਦੁੱਧ ਚੜ੍ਹਾ ਉਦੋਂ ਬਾਅਦ ਦਿੱਤਾ ਹੀ ਨਹੀਂ ਇਹਨੇ ਤਾਂ ਉਹ ਤੁਸੀਂ ਮੰਨੋ ਵੀ ਉਹ ਜਿਹੜੀ ਹਿਊਮਨ ਸਾਈਕੋਲੋਜੀ ਦੇ ਬਰਾਬਰ ਅਸੀਂ ਉਹ ਮੈਡੀਸਨ ਸੁਭਾਅ ਦੇ ਮੁਤਾਬਿਕ ਦੇਈਏ ਤਾਂ ਉਹ ਮੈਡੀਸਨ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ ਆਟੇ 'ਚ ਪਿੰਡ ਪਾ ਕੇ ਮੈਡੀਸਨ ਦੇ ਸਕਦੇ ਹਾਂ ਅਤੇ ਲੋਕ ਭਰੋਸਾ ਕਰਦੇ ਨੇ ਜੀ ਜਿਹਨਾਂ ਨੇ ਵਰਤ ਲਈ ਉਹ ਤਾਂ ਰੈਗੂਲਰ ਆ ਰਹੇ ਨੇ ਸਾਡੇ ਕੋਲ ਹਾਂ ਉਹ ਕਹਿੰਦੇ ਵੀ ਅਸੀਂ ਇੰਜੈਕਸ਼ਨ ਤੋਂ ਹੋਰ ਚੀਜ਼ਾਂ ਤੋਂ ਬਚ ਕੇ ਬਹੁਤ ਤੋਂ ਹੈ ਨਾ ਅਸੀਂ ਆਪਣੇ ਫਾਰਮ 'ਤੇ ਬਹੁਤ ਯੂਜ਼ ਕਰਦੇ ਹਾਂ ਜਦੋਂ ਵੀ ਲੋੜ ਪੈਂਦੀ ਤਾਂ ਇਹ ਇੱਕ ਇੰਨੀ ਕੁ ਜ਼ਿਆਦਾ ਅੱਛੀ ਚੀਜ਼ ਹੈ ਕਿ VC ਨੇ ਉਹਨਾਂ ਨੇ ਡਾਕਟਰ ਸਾਹਿਬ ਨੇ ਆਪ ਇਹਨੂੰ ਬਹੁਤ ਹਿੰਮਤ ਨਾਲ ਇਹ ਗੱਲ ਇੰਟਰੋਡਿਊਸ ਕਰਾਈ ਕਿ ਇਹ ਸਾਨੂੰ ਬਚਣਾ ਚਾਹੀਦਾ ਇਸ ਗੁੱਡ ਪੈਥੀ ਹੋਮਿਓਪੈਥੀ ਨੂੰ ਅਪਲਿਫਟ ਕਰੋ ਇਹਨੂੰ ਆਪਾਂ ਆਪਣੇ ਕੋਰਸ ਦੇ ਵਿੱਚ ਇੰਟਰੋਡਿਊਸ ਕਰਾਓ ਠੀਕ ਹੈ ਤਾਂ ਕਿ ਸਾਡੇ ਡਾਕਟਰ ਜਿਹੜੇ ਇੱਥੋਂ ਟ੍ਰੇਨ ਹੋ ਕੇ ਜਾਣ ਉਹ ਉੱਥੇ ਜਾ ਕੇ ਹੋਮਿਓਪੈਥੀ ਪ੍ਰੈਕਟਿਸ ਨਾਲ ਕਰਨ ਠੀਕ ਹੈ ਦੇ ਕੈਨ ਗਿਵ ਦਿੰਦੇ ਨੇ ਉਹ ਲੋਕ ਤਾਂ ਜੋ ਸਭ ਤੋਂ ਪਤਾ ਲੱਗਦਾ ਫੀਡਬੈਕ ਤਾਂ ਜਾਂਦਾ ਜੀ ਦੇਖੋ ਠੀਕ ਹੈ ਐਨੀਮਲ ਡਿਪਾਰਟਮੈਂਟ 'ਚ ਵੀ ਜਾਂਦਾ ਹੈ ਹਰ ਜਗ੍ਹਾ ਫੀਡਬੈਕ ਪਹੁੰਚਦਾ ਵੀ ਕੀ ਤੁਹਾਡੇ ਬਰਾਬਰ ਹੋਮਿਓਪੈਥੀ ਦਵਾਈ ਤੁਸੀਂ ਕਿਤੋਂ ਵੀ ਲੈ ਕੇ ਆਏ ਕਿਸੇ ਹੋਮਿਓਪੈਥੀ ਫਿਜ਼ੀਸ਼ੀਅਨ ਤੋਂ ਉਹਨੇ ਕੰਮ ਕੀਤਾ ਲੋਕ ਦੱਸਦੇ ਨੇ ਵੀ ਹਾਂਜੀ ਬਹੁਤ ਨੇ ਕੀਤਾ ਹੈ ਨਾ ਫਿਰ ਉਹ ਬਿਟ ਓਬਵੀਅਸ ਹੋ ਜਾਂਦਾ ਵੀ ਚਲੋ ਯਾਰ ਜੇ ਆਪਾਂ ਪੇਸ਼ੈਂਟ ਹਿਊਮਨ ਬੀਂਗਸ 'ਚ ਗੱਲ ਬਚਾ ਸਕਦੇ ਹਾਂ ਤਾਂ ਇਹਨਾਂ ਨੂੰ ਕਿਉਂ ਨਾ ਬਚਾਈਏ ਬਿਲਕੁਲ ਉਹ ਜਾਂ ਪਹਿਲਾਂ ਆਪਾਂ ਗੱਲ ਕਰੀ ਸੀ ਵੀ ਉਹ ਇਹਨਾਂ ਦੇ ਇੰਜੈਕਸ਼ਨ ਲੱਗਦੇ ਜਾਂਦੇ ਆ ਠੀਕ ਹੈ ਉਹ ਗਲਤ ਇੰਜੈਕਸ਼ਨ ਡੰਗਰ ਨੂੰ ਫਿਰ ਖਰਾਬ ਕਰਦੇ ਆ ਹੈ ਨਾ ਫਿਰ ਉਹਦੀ ਮਿਲਕਿੰਗ ਆਪਾਂ ਦੁੱਧ ਪੀ ਲਿਆ ਬੱਚਿਆਂ 'ਚ ਗਾਹਾਂ ਫਿਰ ਦਿੱਕਤਾਂ ਆਉਂਦੀਆਂ ਨੇ ਹੈ ਨਾ ਉਹ ਮਦਰ ਫੀਡ ਕਰਦੀ ਆਪਦੇ ਬੱਚੇ ਨੂੰ ਉਹ ਹੀ ਆਕਸੀਟੋਸਿਨ ਉਹਦੇ ਲੱਗਿਆ ਹੁੰਦਾ ਠੀਕ ਹੈ ਤਾਂ ਅਰਲੀ ਪਿਊਬਰਟੀ
ਹੈ ਨਾ, ਅਤੇ ਅਸੀਂ ਚੀਜ਼ਾਂ 14-15-16 ਸਾਲ 'ਤੇ ਜਾ ਕੇ ਬੱਚਿਆਂ ਨੂੰ ਕਿਹੜਾ ਆਪਾਂ ਸੁਣਿਆ ਸੀ ਕਦੇ ਵੀ 11-11 ਸਾਲ ਦਿਆਂ 10-10 ਸਾਲ ਦਿਆਂ ਨੂੰ ਮੈਂਸਿਸ ਸਟਾਰਟ ਹੋ ਜਾਂਦੇ ਅੱਜ ਕੱਲ੍ਹ, ਠੀਕ ਹੈ, ਉਹ ਰੀਜ਼ਨ ਬਿਹਾਈਂਡ ਇਹੀ ਹੈ ਜੀ, ਠੀਕ ਹੈ, ਕਿਉਂਕਿ ਮਿਲਕਿੰਗ ਬਹੁਤ ਖਰਾਬ ਹੋ ਚੁੱਕੀ, ਠੀਕ ਹੈ, ਦੁੱਧ ਬਹੁਤ ਅੱਛਾ ਮਿਲਣਾ ਚਾਹੀਦਾ ਲੜਕੀਆਂ ਨੂੰ ਤਾਂ ਸਪੈਸ਼ਲੀ, ਠੀਕ ਹੈ, ਤਾਂ ਕਿ ਗਰਲਸ ਦੇ ਵਿੱਚ ਇਹ PCOD ਬਹੁਤ ਅਰਲੀ ਹੋਣ ਲੱਗ ਗਿਆ, ਠੀਕ ਹੈ, ਮੇਰੇ ਵਾਈਫ ਨੇ ਉਹਨਾਂ ਦਾ ਬਹੁਤ ਜ਼ਿਆਦਾ ਐਕਸਪੀਰੀਅੰਸ ਹੈ PCOD ਦੇ, ਕਾਫੀ ਰਿਜ਼ਲਟ ਠੀਕ ਹੁੰਦੇ ਉਹਨਾਂ ਕੋਲ, ਤਾਂ ਉਹ ਹਰ ਵਾਰ ਇਹੀ ਗੱਲ ਕਰਦੇ ਹੁੰਦੇ ਆ ਵੀ ਆਪਾਂ ਇਹ ਜਿਹੜੀ ਇਹਨਾਂ ਨੂੰ ਫੀਡ ਦੇਣਾ ਬੱਚਿਆਂ ਨੂੰ ਲੜਕੀਆਂ ਨੂੰ ਉਹ ਬਹੁਤ ਜ਼ਰੂਰੀ ਹੈ, ਪੌਸ਼ਟਿਕ ਦੁੱਧ ਮਿਲਣਾ ਜਿਹੜਾ ਖੁਰਾਕ ਹੈ ਨਾ ਉਹਦੇ 'ਚ ਐਡ ਹੋਣਾ ਬਹੁਤ ਜ਼ਰੂਰੀ ਹੈ, ਇਹ ਇੱਕ ਵੱਡਾ ਰੀਜ਼ਨ ਹੈ, ਇੱਕ ਰੀਜ਼ਨ ਸੈਕਿੰਡ ਹੈ ਕਿ ਆਪਾਂ ਜਿਹੜਾ ਗੈਜ਼ਟ ਜ਼ਿਆਦਾ ਯੂਜ਼ ਕਰਨਾ, ਹਾਂ, ਜਾਂ ਅਸੀਂ ਜੰਕ ਫੂਡ ਦੇ ਜੰਕ ਫੂਡ ਓਵਰ ਹੋ ਗਿਆ ਹੈ ਨਾ ਜੀ, ਤਾਂ ਲੋਕਾਂ ਦੇ ਘਰਾਂ 'ਚ ਖਾਣਾ ਬਣਨੋਂ ਹੀ ਹਟ ਗਿਆ, ਮਤਲਬ ਚੰਡੀਗੜ੍ਹ ਤੱਕ 3 ਦਿਨ ਖਾਣਾ ਬਣਾਉਂਦੇ ਉਹ ਕਹਿੰਦੇ 3 ਦਿਨ ਕਿਚਨ ਨਹੀਂ ਚੱਲਦੀ ਸਾਡੀ, ਬਿਲਕੁਲ, ਠੀਕ ਹੈ, ਆਮ ਲੋਕਾਂ 'ਚ ਆਮ ਹੋ ਗਈ ਇਹ ਗੱਲ, ਐਂਡ ਇੱਕ ਗੈਜ਼ਟਸ, ਇੱਕ ਇਹ ਤੀਜੀ ਚੀਜ਼ ਇਹ ਹੁੰਦੀ, ਅਤੇ ਉਹ ਅਰਲੀ ਸਾਰੇ ਅਰਲੀ ਉਹਨਾਂ ਦੇ ਸ਼ੁਰੂ ਹੋ ਜਾਂਦੇ ਆ, ਜਦਕਿ ਮਤਲਬ 16-17 ਸਾਲ ਤੋਂ ਪਹਿਲਾਂ ਇਹ ਆਨਸੈਟ ਹੋਣਾ ਹੀ ਨਹੀਂ ਚਾਹੀਦਾ, ਹਾਂਜੀ, ਹੈ ਨਾ, ਉਹ ਬੱਚੀ ਕਿਵੇਂ ਹੈਂਡਲ ਕਰੂਗੀ, ਆਪਣੇ ਆਪ ਨੂੰ ਕੀ ਪਤਾ ਇਹਦੇ ਬਾਰੇ ਵੀ ਇਹ ਕੀ ਚੀਜ਼ ਹੈ, ਹੈ ਨਾ, 10-11 ਸਾਲ ਬੜਾ ਹੈਰਾਨੀਜਨਕ ਹੈ ਸਾਡੇ ਕੋਲ ਆ ਕੇ ਨੰਬਰ ਆਫ ਪੇਸ਼ੈਂਟ ਆਉਂਦੇ ਆ, 10ਵੇਂ ਸ਼ੁਰੂ ਹੋ ਗਿਆ ਜੀ, 11 ਸ਼ੁਰੂ ਹੋ ਗਿਆ ਬੱਚੇ ਦੱਸ, ਤਾਂ ਇਹ ਬੜਾ ਅਲਾਰਮਿੰਗ ਹੈ, ਲੋਕਾਂ ਨੂੰ ਇਹ 'ਤੇ ਬਹੁਤ ਕੰਮ ਕਰਨ ਦੀ ਲੋੜ ਹੈ, ਲੋਕਾਂ ਨੂੰ ਚਾਹੀਦਾ ਵੀ ਹਾਂ ਅਸੀਂ ਐਨੀਮਲਸ ਦੇ ਵਿੱਚ ਵੀ ਹੋਮਪੈਥੀ ਨੂੰ ਵੱਧ ਤੋਂ ਵੱਧ ਪ੍ਰੈਫਰ ਕਰੀਏ, ਦੇਈਏ ਲੋਕਾਂ ਜਿੰਨਾ ਵੱਧ ਤੋਂ ਵੱਧ ਹੋਈ, ਕਿਉਂਕਿ ਉਹਨਾਂ ਤੋਂ ਵੀ ਜੋ ਚੀਜ਼ ਤੁਸੀਂ ਲੈ ਰਹੇ ਹੋ ਉਹ ਤੁਸੀਂ ਮਤਲਬ ਖਾ ਪੀ ਰਹੇ ਹੋ ਨਾ, ਤਾਂ ਉਹ ਤੁਹਾਡੇ ਤੱਕ ਆਊਗੀ, ਤੁਹਾਡੇ ਜਨਰੇਸ਼ਨ 'ਚ ਜਾਊਗੀ ਜਾਊਗੀ, ਫਿਰ ਆਪਾਂ ਇਹ ਨਹੀਂ ਕਹਿ ਸਕਦੇ ਵੀ ਆਪਾਂ ਇਕੱਲੇ ਐਨੀਮਲਸ ਨੂੰ ਡੰਗਰਾਂ ਦੇ ਗਾਈਆਂ ਮੱਝਾਂ 'ਤੇ ਲਾਈ ਜਾਓ ਜੀ ਜੋ ਮਰਜ਼ੀ ਕਰ, ਹੈ ਨਾ, ਇਹ ਸਾਡੇ ਬੱਚੇ ਸੇਫ ਹੈ, ਹਾਂ, ਇਹ ਨਹੀਂ ਹੋ ਸਕਦਾ ਵੀ ਆਪ 6 ਕਿਲੋਮੀਟਰ ਰੋਜ਼ ਸੈਰ ਕਰ ਰਹੇ ਹੋ ਅਤੇ ਆ ਕੇ ਤੁਸੀਂ ਉਹੀ ਪੈਸਟੀਸਾਈਡ ਵਾਲੀ ਉਹੀ ਦੁੱਧ ਪਿਲਾਤਾ ਖੁਰਾਕ ਖਾ ਰਹੇ ਹੋ, ਫਿਰ ਉਹਦੇ ਵਿੱਚ ਫਿਰ ਕੁਛ ਨਹੀਂ, ਫਿਰ ਨੋਟ ਐਨੀ ਬੈਨੀਫਿਟ, ਮੈਨੂੰ ਤਾਂ ਮਤਲਬ ਇੰਨੇ ਕੁ ਜਵਾਬਾਂ ਤੋਂ ਨਾ ਇੰਨੇ ਹੋਰ ਉਹ ਹੋ ਗਿਆ ਕਿ ਮੈਂ ਹੋਰ ਸਵਾਲ ਕਰਾਂ ਕਿ ਅਸੀਂ ਕਿੰਨੇ ਐਪੀਸੋਡ ਕਰ ਸਕਦੇ ਹਾਂ ਇਹਨਾਂ ਚੀਜ਼ਾਂ ਤੇ, ਬਿਲਕੁਲ ਕਰ ਸਕਦੇ ਹਾਂ, ਜਿਵੇਂ ਅਸੀਂ ਇੱਕੋ ਹੀ ਐਪੀਸੋਡ 'ਚ ਕਿੰਨੀਆਂ ਸਾਰੀਆਂ ਬਿਮਾਰੀਆਂ ਡਿਸਕਸ ਕੀਤੀਆਂ ਉਹਨਾਂ ਤੇ ਤਾਂ ਇਕੱਲੀ ਬਿਮਾਰੀ ਤੇ ਇੱਕ ਐਪੀਸੋਡ ਗੱਲ ਕਰੀ ਜਾ ਸਕਦੀ ਹੈ, ਬੜਾ ਅੱਛਾ ਗੱਲ ਹੈ ਵੀ ਜਿਹੜਾ ਕਿ ਲੋਕਾਂ 'ਚ ਮੈਸੇਜ ਪਹੁੰਚਣਾ ਚਾਹੀਦਾ, ਹੈ ਨਾ, ਇਟਸ ਵੈਰੀ ਗੁੱਡ, ਤੁਹਾਡੇ ਪਲੇਟਫਾਰਮ ਨਾਲ ਤਾਂ ਬਹੁਤ, ਮੈਂ ਰੀਅਲੀ ਆਮ ਵੈਰੀ ਥੈਂਕਫੁਲ, ਨਹੀਂ ਮੈਂ ਕਹਿੰਦੀ ਹਾਂ ਤੁਸੀਂ ਸਮਾਂ ਕੱਢਿਓ, ਆਪਾਂ ਤਾਂ ਮਤਲਬ ਪੂਰਾ ਸੈਗਮੈਂਟ ਕਰ ਸਕਦੇ ਹਾਂ ਇਸ ਚੀਜ਼ ਤੇ, ਹਾਂਜੀ ਬਿਲਕੁਲ ਕਰ ਸਕਦੇ ਹਾਂ, ਬਲਕਿ ਮੈਂ ਬੈਟਰ ਹੈ ਵੀ ਇਲੈਬੋਰੇਟ ਕਰਿਆ ਜਾਵੇ ਇੱਕ ਚੀਜ਼ ਨੂੰ, ਹੈ ਨਾ, ਤਾਂ ਕਿ ਲੋਕਾਂ 'ਚ ਇਹ ਗੱਲ ਜਾਣੀ ਚਾਹੀਦੀ ਹੈ, ਹੈ ਨਾ, ਤੁਹਾਡੇ ਤੁਹਾਡਾ ਮਾਧਿਅਮ ਬਹੁਤ ਗੁੱਡ ਹੈ, ਇਸ ਤਰੀਕੇ ਨਾਲ ਤਾਂ ਲੋਕਾਂ ਨੂੰ ਗੱਲ ਮਿਲਦੀ ਨਹੀਂ ਜੀ ਐਕਚੁਅਲੀ, ਹੈ ਨਾ, ਸ਼ੁਕਰੀਆ, ਬਹੁਤ ਥੈਂਕਫੁਲ ਨਾ ਤੁਹਾਡੇ, ਬੜੇ ਪੁਰਾਣੇ ਫੋਲੋਅਰ ਆ, ਬਹੁਤ ਸੁਭ ਮਿਲਿਆ ਕਿ ਬੈਠਣਾ ਹੋਇਆ ਤੇ ਗੱਲਬਾਤ ਹੋਈ, ਹੈ ਨਾ, ਰੀਅਲੀ ਥੈਂਕਸ ਅ ਲੋਟ, ਨਹੀਂ ਨਹੀਂ ਬਹੁਤ ਬਹੁਤ ਸ਼ੁਕਰੀਆ, ਇਹ ਪਹਿਲੀ ਮੁਲਾਕਾਤ ਆ ਜਿਹਦੇ ਤੋਂ ਮੈਂ ਬਾਅਦ ਤੁਹਾਨੂੰ ਕਹਿ ਰਹੀ ਹਾਂ ਕਿ ਅਸੀਂ ਅੱਗੇ ਐਪੀਸੋਡ ਲੈ ਕੇ ਆਵਾਂਗੇ ਇਹਨਾਂ ਨਾਲ, ਅਤੇ ਉਹ ਐਪੀਸੋਡ ਹੋਣਗੇ ਕਿ ਇਸ ਇੰਟਰਵਿਊ ਨੂੰ ਸੁਣਨ ਤੋਂ ਬਾਅਦ ਜਿਹੜੇ ਤੁਸੀਂ ਕਮੈਂਟ ਕਰੋਗੇ ਕਿ ਇਹਨਾਂ ਇਹਨਾਂ ਚੀਜ਼ਾਂ 'ਤੇ ਗੱਲਬਾਤ ਕਰੋ, ਤੁਸੀਂ ਜ਼ਰੂਰ ਆਪਣੇ ਆਪਣੇ ਜੋ ਵੀ ਤੁਹਾਡੇ ਮਨ 'ਚ ਹੋ ਕਿ ਕੋਈ ਬਿਮਾਰੀ ਆ ਜਾਂ ਕੋਈ ਉਲਝਣ ਆ, ਤੁਸੀਂ ਕਮੈਂਟ ਜ਼ਰੂਰ ਕਰਿਓ, ਅਤੇ ਅਸੀਂ ਫਿਰ ਅਗਲੇ ਐਪੀਸੋਡ ਨੇ ਜਿਹੜੇ ਉਹ ਇਹਨਾਂ ਨਾਲ ਇਹਨਾਂ ਚੀਜ਼ਾਂ 'ਤੇ ਹੀ ਲੈ ਕੇ ਆਵਾਂਗੇ। ਮੈਨੂੰ ਖੁਦ ਨੂੰ ਬਹੁਤ ਚੰਗਾ ਲੱਗਿਆ ਗੱਲਬਾਤ ਕਰਕੇ, ਅਤੇ ਉਮੀਦ ਆ ਕਿ ਤੁਹਾਡੀ ਜ਼ਿੰਦਗੀ 'ਚ ਵੀ ਜ਼ਰੂਰ ਥੋੜ੍ਹਾ ਜਿਹਾ ਕੁਛ ਚਾਹੇ ਬਦਲੇ, ਇਸ ਮੁਲਾਕਾਤ ਤੋਂ ਬਾਅਦ ਜ਼ਰੂਰ ਬਦਲੂਗਾ, ਅਤੇ ਅਗਲੀ ਵਾਰ ਇਹਨਾਂ ਨਾਲ ਹੀ ਮਿਲਾਂਗੇ ਆਪਾਂ, ਉਹ ਮੈਂ ਤੁਹਾਨੂੰ ਹੁਣੇ ਕਹਿ ਚੱਲੀ ਹਾਂ। ਥੈਂਕ ਯੂ ਬਹੁਤ ਬਹੁਤ, ਮੋਸਟ ਵੈਲਕਮ, ਥੈਂਕ ਯੂ, ਓਕੇ, ਸਤਿ ਸ਼੍ਰੀ ਅਕਾਲ ਜੀ।